ਜਿਹੜੇ ਵੱਖ ਵੱਖ ਸਾਡੇ ਇੰਡੀਆ ਦੇ ਵਿੱਚ ਪੰਜ ਵੱਡੇ ਸੈਮੀਨਾਰ ਕਰਨ ਦਾ ਬਾਬਾ ਜੀ ਹੋਰਾਂ ਵੱਲੋਂ ਪ੍ਰੋਗਰਾਮ ਲਿਖਿਆ ਗਿਆ, ਜੋ ਬੰਬੇ ਵੀ ਹੈ, ਦਿੱਲੀ ਵੀ ਹੈ, ਮਾਲਵੇ ਦੇ ਵਿੱਚ ਮੋਗੇ ਹੈ, ਪਟਿਆਲਾ ਯੂਨੀਵਰਸਿਟੀ ਹੈ, ਪਰ ਸਭ ਤੋਂ ਪਹਿਲਾਂ ਸਮਾਗਮ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਹ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਾਡੇ ਵਿੱਚ ਸਾਡੇ ਅੱਤ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ, ਖਾਲਸਾ ਮੁਖੀ ਦਮਦਮੀ ਟਕਸਾਲ ਜੀ ਔਰ ਉਹਨਾਂ ਦੇ ਬਹੁਤ ਸਾਰੀਆਂ ਸੰਪਰਦਾਵਾਂ, ਟਕਸਾਲਾਂ ਦੇ ਮੁਖੀ ਜਨ, ਵਿਦਿਆਰਥੀ ਪ੍ਰਬੰਧਕ ਜਨ ਔਰ ਸਾਡੇ ਸਤਿਕਾਰਯੋਗ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਸੈਕਟਰੀ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸੀਨਾ ਸਾਹਿਬ, ਉਹਨਾਂ ਦੇ ਨਾਲ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ, ਸਰਦਾਰ ਸੁਰਿੰਦਰ ਸਿੰਘ ਜੀ ਕੱਥੂ ਨੰਗਲ ਸਾਹਿਬ ਸੀਨੀਅਰ ਮੀਤ ਪ੍ਰਧਾਨ ਚੈਰੀਟੇਬਲ ਸੁਸਾਇਟੀ, ਸਰਦਾਰ ਹਰਵਿੰਦਰ ਸਿੰਘ ਫਰੀਡਮ ਜੀ, ਸਰਦਾਰ ਸੁਰਿੰਦਰ ਸਿੰਘ ਜੀ ਰੁਮਾਲਿਆਂ ਵਾਲੇ ਸੈਕਟਰੀ ਚੀਫ ਖਾਲਸਾ ਦੀਵਾਨ, ਸਾਡੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ ਰਟੌਲ ਸਾਹਿਬ, ਹੋਰ ਬਹੁਤ ਸਤਿਕਾਰ ਸ਼ਖਸੀਅਤਾਂ, ਢੋਡ ਸਾਹਿਬ ਜਿਨ੍ਹਾਂ ਨੇ ਬਹੁਤ ਉੱਦਮ ਕੀਤਾ ਇਸ ਸੈਮੀਨਾਰ ਲਈ, ਸਾਡੇ SGPC ਦੇ ਮੈਂਬਰ ਸਾਹਿਬਾਨ ਮਗਵਿੰਦਰ ਸਿੰਘ ਜੀ ਖਾਪੜਖੇੜੀ, ਭਾਈ ਰਾਮ ਸਿੰਘ ਜੀ, ਸਰਦਾਰ ਮੇਜਰ ਸਿੰਘ ਜੀ ਔਰ ਇਸ ਸੈਮੀਨਾਰ ਨੂੰ ਸਹਿਯੋਗ ਦੇਣ ਵਾਲੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੀ ਆਏ ਨੇ ਪ੍ਰੋਫੈਸਰ ਡਾਕਟਰ ਅਮਰਜੀਤ ਸਿੰਘ ਜੀ ਸਾਬਰ ਸਾਹਿਬ ਆਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਮੁਖ ਪਿਆਰੇ ਆਏ ਨੇ, ਤਾਂ ਜੋ ਸਾਡੀਆਂ ਪੰਥਕ ਮਰਿਆਦਾ ਦੇ ਅਨੁਸਾਰ ਅਸੀਂ ਆਪਣੇ ਸੈਮੀਨਾਰ ਦੀ ਸ਼ੁਰੂਆਤ ਕਰਦੇ ਹਾਂ। ਇਹ ਸੈਮੀਨਾਰ ਜਿਹਨੂੰ ਕਿਉਂਕਿ ਇਹ ਸਾਰਾ ਪ੍ਰਬੰਧ ਖਾਲਸਾ ਕਾਲਜ ਵਿੱਚ ਡਾਕਟਰ ਮਹਿਲ ਸਿੰਘ ਜੀ ਹੋਰਾਂ ਨੇ, ਪ੍ਰਿੰਸੀਪਲ ਖਾਲਸਾ ਕਾਲਜ ਜੀ ਹੋਰਾਂ ਨੇ ਬਹੁਤ ਭਾਵਨਾ ਦੇ ਨਾਲ ਇਹ ਸਾਰੇ ਨੂੰ ਉਲੀਕਿਆ ਬਾਬਾ ਜੀ ਦੇ ਸਹਿਯੋਗ ਦੇ ਨਾਲ, ਪਰ ਕੋਈ ਵੀ ਸਮਾਗਮ ਸਾਡੇ ਪ੍ਰਬੰਧਕ ਸਾਹਿਬਾਨ ਸਰਦਾਰ ਰਜਿੰਦਰ ਮੋਹਨ ਸਿੰਘ ਸੀਨਾ ਸਾਹਿਬ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਅਸੀਂ ਕਾਰਜਸ਼ੀਲ ਹਾਂ, ਤਾਂ ਇਸ ਸਮੁੱਚੇ ਪ੍ਰੋਗਰਾਮ ਦੀ ਇਹ ਘਾੜਤ ਤਾਂ ਬਾਬਾ ਜੀ ਹੋਰਾਂ ਦਾ ਇੱਕ ਸੁਪਨਾ ਸੀ ਕਿ ਪਹਿਲਾ ਸਮਾਗਮ ਗੁਰੂ ਪੰਥ ਦੀ ਸਭ ਤੋਂ ਨਾਮਵਰ ਸੰਸਥਾ ਹੈ ਖਾਲਸਾ ਕਾਲਜ ਔਰ ਖਾਲਸਾ ਕਾਲਜ ਸੁਸਾਇਟੀ, ਇੱਥੋਂ ਸ਼ੁਰੂਆਤ ਹੋਏਗੀ। ਇਹ ਗੁਰੂ ਦੀ ਨਗਰੀ ਹੈ, ਇਹ ਸਿੱਖੀ ਦਾ ਕੇਂਦਰੀ ਸਥਾਨ ਹੈ ਔਰ ਇੱਥੋਂ ਸੈਮੀਨਾਰਾਂ ਦਾ ਆਗਾਜ਼ ਹੋਏਗਾ। ਮਹਾਰਾਜ ਆਪ ਹੀ ਕਲਾ ਵਰਤਾਉਂਦੇ ਨੇ, ਸਾਰੇ ਥਾਈਂ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ। ਪੰਥਕ ਮਰਿਆਦਾ ਦੇ ਅਨੁਸਾਰ ਅਸੀਂ ਅਰਦਾਸ ਨੁਮਾ ਸ਼ਬਦ ਜੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸ਼ਵ ਨੂੰ ਇੱਕ ਸੰਦੇਸ਼ ਦਿੱਤਾ, ਅਕਾਲ ਪੁਰਖ ਤੋਂ ਵਰ ਮੰਗਿਆ, ਦੇਹ ਸ਼ਿਵਾ ਬਰ ਮੋਏ ਇਹ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ। ਇਹ ਸ਼ੁਭ ਕਰਮ ਕਰਨ ਦੀ ਅਰਦਾਸ ਹੈ ਕਿ ਅਜਿਹੇ ਸ਼ੁਭ ਕਾਰਜ ਹੁੰਦੇ ਰਹਿਣ, ਪਰ ਰਹਿਮਤ ਉਸ ਅਕਾਲ ਪੁਰਖ ਦੀ ਹੋਵੇ। ਸਾਡੇ ਖਾਲਸਾ ਕਾਲਜ ਦੇ ਵਿਦਿਆਰਥੀ ਸ਼ਬਦ ਦੀ ਸ਼ੁਰੂਆਤ ਕਰਨਗੇ। ਸਮੂਹ ਗੁਰਮੁਖ ਪਿਆਰਿਆਂ ਨੂੰ ਬੇਨਤੀ, ਅਸੀਂ ਸਤਿਕਾਰ ਵਜੋਂ ਅਰਦਾਸ ਨੁਮਾ ਖੜੇ।
ਸਾਡੇ ਵਿੱਚ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹਨਾਂ ਸ਼ਮੂਲੀਅਤ ਕੀਤੀ ਹੈ, ਮੈਂ ਸਤਿਕਾਰ ਵਜੋਂ ਜਕਾਰੇ ਨਾਲ ਸਤਿਕਾਰ ਦੇਵਾਂਗੇ। ਬੋਲੇ ਸੋਨਿਹਾਲ, ਮੈਂ ਬਾਹਰ ਜਿੰਨੇ ਵੀ ਸਾਡੇ ਪ੍ਰਬੰਧਕ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਡੀ ਸੰਗਤ ਅੰਦਰ ਆ ਕੇ ਹਾਲ ਵਿੱਚ ਸਵਾਇਮਾਨ ਹੋਵੇ, ਤਾਂ ਕਿ ਆਪਾਂ ਹੁਣ ਸੈਮੀਨਾਰ ਦੀ ਸ਼ੁਰੂਆਤ ਕਰ ਰਹੇ ਹਾਂ। ਸਾਡੀਆਂ ਸਤਿਕਾਰ ਸ਼ਖਸੀਅਤਾਂ ਆਪਣੇ ਸਥਾਨਾਂ 'ਤੇ ਸਵਾਇਮਾਨ ਹੁੰਦੀਆਂ। ਹੁਣ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਨੇ ਬਹੁਤ ਵੱਡਾ ਪਸਾਰ ਕੀਤਾ ਵਿੱਦਿਅਕ ਅਦਾਰਿਆਂ ਦਾ, ਜਿਨ੍ਹਾਂ ਦੀ ਵਿੱਦਿਅਕ ਪ੍ਰਤੀ ਮਿਸ਼ਨਰੀ ਸਪਿਰਿਟ ਔਰ ਉੱਚ ਭਾਵਨਾ ਕਰਕੇ ਸਾਡੇ ਸੁਸਾਇਟੀ ਦੇ ਅਧੀਨ ਬਹੁਤ ਨਵੇਂ ਕਾਲਜ ਸਕੂਲ ਸਥਾਪਿਤ ਹੋਏ ਔਰ ਤਕਰੀਬਨ 21-22 ਹਜ਼ਾਰ ਵਿਦਿਆਰਥੀ ਖਾਲਸਾ ਕਾਲਜ ਸੰਸਥਾਵਾਂ ਵਿੱਚ ਜਿੱਥੇ ਵਿੱਦਿਆ ਪ੍ਰਾਪਤ ਕਰ ਰਿਹਾ। ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸੀਨਾ ਸਾਹਿਬ, ਸੈਕਟਰੀ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ, ਸਮੂਹ ਆਈਆਂ ਸੰਗਤਾਂ ਨੂੰ ਜੀ ਆਇਆਂ ਦੇ ਸ਼ਬਦ ਕਹਿਣਗੇ। ਮੈਂ ਬੇਨਤੀ ਕਰਾਂਗਾ ਸੀਨਾ ਸਾਹਿਬ ਜੀ ਹੋਰਾਂ ਨੂੰ ਕਿ ਮੰਚ 'ਤੇ ਆਉਣਗੇ ਔਰ ਸਾਡੇ ਆਏ ਹੋਏ ਸਮੂਹ ਭੁੱਲਣ ਸਤਿਕਾਰ ਸ਼ਖਸੀਅਤਾਂ ਨੂੰ ਜੀ ਆਇਆਂ ਕਹਿਣਗੇ, ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਉਸ ਤੋਂ ਬਾਅਦ ਅਸੀਂ ਜਿਹੜਾ ਸਾਡੇ ਬੁਲਾਰਿਆਂ ਨੂੰ ਮੰਚ 'ਤੇ ਸੱਦਾ ਦੇਵਾਂਗੇ, ਫਿਰ ਅਸੀਂ ਸ਼ੁਰੂਆਤ ਕਰਦੇ ਹਾਂ। ਤਾਂ ਸੀਨਾ ਸਾਹਿਬ ਜੀ, ਚਲਦੇ ਹੋਣੇ
ਸਾਡੇ ਪ੍ਰਿੰਸੀਪਲ ਸਾਹਿਬ ਆਪਣੇ ਆਪ ਨੂੰ ਸਮਝਦੇ ਇਸ ਖਾਲਸਾ ਕਾਲਜ ਦੇ ਵਿਦਿਆਰਥੀ ਪੈਦਾ ਨਹੀਂ ਕੀਤਾ ਸਮਾਂ ਕਾਲਜ ਵਿੱਚ ਸਾਨੂੰ ਇਹ ਬੜਾ ਫਖਰ ਮਹਿਸੂਸ ਹੁੰਦਾ ਹੈ ਸਿੰਘ ਜੀ ਨੇ ਮਿਸ਼ਨ ਬਲੂ ਸਟਾਰ 'ਚ ਜਿਹੜੇ ਮਾਰੇ ਗਏ ਸੀ ਉਹਨਾਂ ਨੇ ਵੀ ਇੱਥੇ ਵਿੱਦਿਆ ਹਾਸਲ ਕੀਤੀ ਔਰ ਸਿੱਖ ਦਾ ਸਭ ਤੋਂ ਪਹਿਲਾ ਆਗਾਜ਼ ਖਾਲਸਾ ਕਾਲਜ ਦਿੱਤਾ ਹੈ ਅਸੀਂ ਇਸ ਸੋਚ ਦੇ ਔਰ ਇਹਨਾਂ ਦੇ ਇੱਥੇ ਆਉਣ 'ਤੇ ਜੀ ਆਇਆਂ ਨੂੰ ਸਾਨੂੰ ਲੱਖ ਲੱਖ ਕੋਟਾਨ ਕੋਟ ਅਸੀਂ ਧੰਨਵਾਦ ਕਰਦੇ ਹਾਂ ਔਰ ਇਹਨਾਂ ਦੇ ਸਾਰਿਆਂ ਨੂੰ ਸ਼ੁਕਰਗੁਜ਼ਾਰ ਵੀ ਹਾਂ ਮੈਨੂੰ ਖੁਸ਼ੀ ਹੈ ਕਿ ਸਾਹਿਬ ਨਿਰਮਲ ਸਿੰਘ ਜੀ ਕਈ ਵਾਰ ਜ਼ਿਕਰ ਕਰਦੇ ਹੁੰਦੇ ਆ ਕਿ ਉਹਨਾਂ ਦੇ ਪਿਤਾ ਜੀ ਔਰ ਇਹ ਆਪ ਖੁਦ ਹੁਣ ਬਹੁਤ ਲੰਬੇ ਸਮੇਂ ਤੋਂ ਦਮਦਮੀ ਟਕਸਾਲ ਦੇ ਨਾਲ ਜਦੋਂ ਉੱਥੋਂ ਦੀ ਕੰਸਟਰਕਸ਼ਨ ਹੋਈ ਗੁਰਦੁਆਰਾ ਸਾਹਿਬ ਦੀ ਉਦੋਂ ਤੋਂ ਇਹਨਾਂ ਦੇ ਪਿਤਾ ਜੀ ਔਰ ਖੁਦ ਆਪ ਜੁੜੇ ਰਹੇ ਨੇ ਹੁਣ ਵੀ ਮੇਰੇ ਨਾਲ ਗੱਲ ਕਰ ਰਹੇ ਸੀ ਮੈਨੂੰ ਇਸ ਖੁਸ਼ੀ ਹੁੰਦੀ ਹੈ ਕਿ ਸਾਡੇ ਆਪਣੇ ਸਾਥੀ ਇੱਕ ਜਿਹੜੇ ਨੇ ਉਹਨਾਂ ਦੇ ਬੜੇ ਲੰਬਾ ਅਰਸਾ ਕੋਈ ਬੰਦਾ ਕਿਸੇ ਇੰਸਟੀਟਿਊਸ਼ਨ ਨਾਲ ਜੁੜਿਆ ਹੋਵੇ ਕਿਸੇ ਸਮਾਜਿਕ ਕਾਰਜ ਵਿੱਚ ਜੁੜਿਆ ਹੋਵੇ ਅਤੇ ਉਹਨੂੰ
ਉਸ ਕਾਰਿਆ ਕਰਨ ਦਾ ਮਾਣ ਮਹਿਸੂਸ ਹੁੰਦਾ, ਉਹਨੂੰ ਸ਼ਾਂਤੀ ਮਿਲਦੀ ਹੈ, ਉਹਦੇ ਆਤਮਾ ਨੂੰ ਵੀ, ਉਹਦੇ ਕੀਤੇ ਕੰਮਾਂ ਨੂੰ ਵੀ ਲੋਕ ਯਾਦ ਕਰਦੇ ਆ। ਉਹ ਮੇਰੀ ਇਹ ਹੱਥ ਜੋੜ ਕੇ ਸਿਮਰ ਇੱਕ ਬੇਨਤੀ ਹੈ ਕਿ ਮੈਂ ਇੱਕ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦਾ। ਮਹਾਂਪੁਰਖ ਬੈਠੇ ਆ, ਜੇ ਸੁਝਾਅ ਚੰਗਾ ਲੱਗੇ ਤੇ ਮੰਨ ਲੈਣਾ, ਜੇ ਕਿਤੇ ਸੁਝਾਅ ਨਾ ਚੰਗਾ ਲੱਗੇ ਤੇ ਦਾਸ ਨੂੰ ਜਿਹੜੀ ਉਹ ਮਾਫ਼ੀ ਦੇ ਦੇਣਾ ਕਿ ਮੈਂ ਇੱਕ ਛੋਟੇ ਜਿਹੇ ਬੰਦੇ ਨੇ ਕੋਈ ਗਲਤ ਸੁਝਾਅ ਦੇ ਬੈਠਾ ਸੀ। ਮੇਰੀ ਇਹ ਬੇਨਤੀ ਹੈ ਕਿ ਤੁਸੀਂ ਦਮਦਮੀ ਟਕਸਾਲ ਦੇ ਵਿੱਚੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਜ਼ਿਆਦਾ ਹੈੱਡ ਗ੍ਰੰਥੀ ਔਰ ਗ੍ਰੰਥੀ ਪੈਦਾ ਕੀਤੇ ਨੇ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਸੇਵਾਵਾਂ ਅੱਜ ਤੱਕ ਕੌਮ ਨੂੰ ਨਿਭਾਉਂਦੀਆਂ ਆਇਆ, ਔਰ ਤਾਂ ਹੀ ਕੌਮ ਅੱਜ ਦੁਨੀਆਂ ਦੇ ਵਿੱਚ ਸਿਰ ਚੁੱਕ ਕੇ ਤੁਰਦੀ ਹੈ। ਅਤੇ ਜਿੱਥੇ ਬਾਕੀ ਧਰਮਾਂ ਦੀ ਗੱਲਾਂ ਨੇ, ਅੱਜ ਬਾਕੀ ਧਰਮ ਦੇ ਲੋਕ ਵੀ ਕਹਿੰਦੇ ਆ ਕਿ ਜੋ ਸਿੱਖ ਧਰਮ ਦੇ ਵਿੱਚ ਚੈਰਿਟੀ ਹੈ, ਜੋ ਸਿੱਖ ਧਰਮ ਸੇਵਾ ਭਾਵਨਾ ਹੈ, ਉਹ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਹੈ। ਮੇਰੀ ਇੱਕ ਸਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਬਾਹਰ, ਅੱਜ ਸਾਡਾ ਕੋਈ ਵੀ ਐਸਾ ਪਰਿਵਾਰ ਨਹੀਂ ਹੈ ਜਿਹਦਾ ਕੋਈ ਨਾ ਕੋਈ ਬੱਚਾ ਬਾਹਰ ਵਿਦੇਸ਼ ਵਿੱਚ ਨਾ ਗਿਆ ਹੋਵੇ, ਜਾਂ ਅੱਜ ਸਾਰੇ ਪਰਿਵਾਰਾਂ ਦੇ ਸਾਡੀ ਕੌਮ ਮੋਹਰੀ ਰਹੀ ਹੈ। ਅੱਜ ਦੂਜੀਆਂ ਕੌਮਾਂ ਨੂੰ ਫਕਰ ਨਾਲ ਕਹਿੰਦੀਆਂ ਨੇ ਕਿ ਤੁਹਾਨੂੰ ਕਿਤੇ ਸਿੱਖ ਦੁਨੀਆਂ ਦੇ ਮੰਗਤਾ ਨਹੀਂ ਮਿਲੂਗਾ, ਸਿੱਖ ਆਪਣਾ ਕਿਰਤ ਕਰਕੇ ਖਾਂਦੇ ਆ, ਸਿੱਖ ਆਪਣੇ ਧਰਮ 'ਚ ਵਿਸ਼ਵਾਸ ਕਰਦੇ ਆ, ਵੰਡ ਕੇ ਛਕਦੇ ਆ। ਇਹ ਪੂਰੀ ਦੁਨੀਆਂ ਜੇ ਸਿੱਕੇ ਨੂੰ, ਸਾਡੇ ਨੂੰ ਗੁਰੂਆਂ ਦੇ ਜਿਹੜਾ ਚਲਾਇਆ ਉਹਨੂੰ ਮੰਨਦੀ ਹੈ। ਉੱਥੇ ਅੱਜ ਲੋੜ ਹੈ ਕਿ ਸਾਨੂੰ ਪੜ੍ਹੇ ਲਿਖੇ ਜਿਹੜੇ ਗ੍ਰੰਥੀ ਨੇ ਉਹ ਪੈਦਾ ਕਰਨ ਦੀ ਲੋੜ ਹੈ, ਕਿਉਂਕਿ ਅੱਜ ਬੱਚਿਆਂ ਦੇ ਮਨਾਂ 'ਚ, ਬੱਚੇ ਬਹੁਤ ਪੜ੍ਹ ਲੈ ਗਏ ਨੇ, ਬੱਚਿਆਂ ਦੇ ਮਨਾਂ 'ਚ ਕਈ ਵਾਰ ਬਹੁਤ ਸਵਾਲ ਪੈਦਾ ਹੁੰਦੇ ਨੇ, ਇੱਥੋਂ ਦੇ ਬੱਚਿਆਂ ਵਿੱਚ ਵੀ ਔਰ ਬਾਹਰ ਦੇ ਬੱਚਿਆਂ ਵਿੱਚ ਵੀ। ਜਦੋਂ ਅਸੀਂ ਗੁਰੂ ਸਾਹਿਬ ਦਾ ਵਾਕ ਲੈਂਦੇ ਹਾਂ ਤੇ ਕਈ ਵਾਰ ਬੱਚਿਆਂ ਨੂੰ ਉਸ ਵਾਕ ਦੀ ਸਮਝ ਨਹੀਂ ਆਉਂਦੀ, ਔਰ ਜਿਸ ਤਰ੍ਹਾਂ ਦੇ ਵਾਕ ਦਾ ਅੱਜ ਲੋਕ ਆਪਣੇ ਘਰਾਂ 'ਚ CD ਕੈਸਟਾਂ ਔਰ TV 'ਤੇ ਸੁਣਦੇ, ਜੋ ਸੰਤ ਸਿੰਘ ਮਸਕੀਨ ਹੋਰੀ ਜੋ ਵਾਕਾਂ ਦਾ ਅਨੁਵਾਦ ਕਰਕੇ ਗਏ ਨੇ, ਜਿਸ ਤਰੀਕੇ ਨਾਲ ਅੱਜ ਵੀ ਲੋਕ ਆਪੋ ਆਪਣੇ ਘਰਾਂ 'ਚ, ਆਪੋ ਆਪਣੇ ਕਾਰਾਂ ਦੇ ਵਿੱਚ, ਕੈਸਟਾਂ ਦੇ ਵਿੱਚ ਲੋਕ ਉਹਨਾਂ ਨੂੰ ਸੁਣਦੇ ਆ ਔਰ ਸਤਿਕਾਰ ਵਜੋਂ ਸਿਰ ਨਵਾਉਂਦੇ ਆ ਕਿ ਇੰਨੇ ਮਹਾਨ ਸਾਡੇ ਪੰਥ ਦੇ ਵਿੱਚ ਸ਼੍ਰੋਮਣੀ ਹੋਏ ਨੇ, ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦੇ ਵਾਕ ਦੀ ਇੰਨੀ ਵਿੱਦਿਆ ਦੇ ਨਾਲ, ਇਹਦੇ ਪ੍ਰਸਾਰ ਦੇ ਨਾਲ ਦੀ ਵਿਆਖਿਆ ਕੀਤੀ ਹੈ। ਮੇਰਾ ਕਹਿਣ ਦਾ ਇੱਕ ਭਾਵ ਇਹ ਹੈ ਕਿ ਮੈਂ ਗੋਗੋਵਾਲੀ ਸਾਹਿਬ ਨੂੰ ਪੁੱਛਿਆ ਸੀ ਕਿ ਆਪਾਂ ਹੁਣ ਜਿਹੜੇ ਗ੍ਰੰਥੀ ਨੇ, ਉਹਨਾਂ ਦੀ ਵਿੱਦਿਆ ਕੀ ਹੈ। ਕਹਿੰਦੇ ਕਿ ਜਿਹੜੇ ਸੰਖਿਆ ਦਿੰਦੇ ਨੇ ਉਹ ਕਈ ਵਾਰ ਤਸਵੀਰ ਨਾ ਵੀ ਪੜ੍ਹੇ ਹੋਣ ਤੇ ਤਾਂ ਵੀ ਟਕਸਾਲ 'ਚੋਂ ਬਹੁਤ ਵਿਦਵਾਨ ਬਣ ਕੇ ਨਿਕਲਦੇ ਆ, ਸਾਨੂੰ ਬੜੀ ਖੁਸ਼ੀ ਹੈ। ਲੇਕਿਨ ਮੇਰੀ ਇਹ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤਾਂ ਅਜੇ ਨਹੀਂ ਆਏ, ਮੈਂਬਰ ਸਾਹਿਬਾਨ ਬੈਠੇ ਨੇ, ਇੱਕ ਜ਼ਰੂਰ ਇਸ ਤਰ੍ਹਾਂ ਦੇ ਸਰਟੀਫਿਕੇਟ ਬਣਾਏ ਜਾਣ ਕਿ ਜੇ ਕੋਈ 12ਵੀਂ ਤੱਕ ਪੜ੍ਹਿਆ ਤਾਂ ਉਹਦਾ ਇੱਕ ਸਰਟੀਫਿਕੇਟ ਦਿੱਤਾ ਜਾਵੇ ਕਿ ਉਹ ਗ੍ਰੰਥੀ ਬਣਨ ਦੇ ਕਾਬਲ ਹੋ ਗਿਆ। ਜੇ ਕੋਈ 12 ਪਾਸ ਕਰਕੇ ਕੋਈ ਬਣਿਆ ਤਾਂ ਉਹਦਾ ਇੱਕ ਸਰਟੀਫਿਕੇਟ ਵੱਖਰਾ ਦਿੱਤਾ ਜਾਵੇ, ਅਤੇ ਜੇ ਕੋਈ BA ਕਰਕੇ ਕਿਸੇ ਨੇ ਕੀਤੀ ਹੈ ਤਾਂ ਉਹਦਾ ਵੱਖਰਾ ਸਰਟੀਫਿਕੇਟ ਦਿੱਤਾ ਜਾਵੇ, ਤਾਂ ਕਿ ਉਹ ਇੰਗਲਿਸ਼ ਵਿੱਚ ਵੀ ਕਿਸੇ ਨਾਲ ਕੋਈ ਗੱਲ ਕਰ ਸਕੇ ਅਤੇ ਉਹਦਾ ਉਹ ਅਨੁਵਾਦ ਦੱਸ ਸਕੇ ਕਿ ਗੁਰੂ ਸਾਹਿਬ ਦੇ ਕਹੇ ਹੋਏ ਗੱਲਾਂ ਦਾ ਕਿੰਨਾ ਵੱਡਾ ਇੱਕ ਅਰਥ ਹੈ, ਉਹਦਾ ਕੀ ਮਨੋਰਥ ਹੈ। ਔਰ ਇੱਕ ਸਾਡੇ ਕੋਲ ਵਿੱਦਿਆ ਹੈ ਸਿੰਘ ਸਾਹਿਬ ਜੀ, MA ਰਿਜ ਸਟੱਡੀ ਜਿਹਨੂੰ ਧਾਰਮਿਕ ਸਟੱਡੀ ਕਹਿੰਦੇ ਹੈ, ਉਹ ਯੂਨੀਵਰਸਿਟੀ ਵੀ ਕਰਾਉਂਦੀ ਹੈ। ਅਸੀਂ ਵੀ ਪਿੱਛੇ ਜਿਹੇ ਕੋਰਸ ਖੋਲਿਆ ਸੀ ਔਰ ਮੇਰਾ ਮਨ 'ਚ ਚਾਹ ਹੈ ਕਿ ਉਹ ਕੋਰਸ ਹਮੇਸ਼ਾ MA ਰਿਜ ਸਟੱਡੀ ਚੱਲਦਾ ਰਹੇ। ਲੇਕਿਨ ਉਹਦੇ 'ਚ ਐਡਮਿਸ਼ਨ ਵਾਸਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਉਹਦੀ ਜਿਹੜੀ ਅੱਗੇ ਫਰਦਰ ਸਟੱਡੀ ਹੈ, ਉਹਦੀ ਜਿਹੜੀ ਸਿੱਖਿਆ ਹਾਲਾ, MA ਰਿਲੀਜ ਸਟੱਡੀ 'ਚ PhD ਵੀ ਹੈਗੀ ਹੈ। ਲੇਕਿਨ ਅਗਰ MA ਰਿਲੀਜ ਸਟੱਡੀ ਨੂੰ ਉਹਦਾ ਇੱਕ ਗ੍ਰੰਥੀ ਤਿਆਰ ਕੀਤਾ ਜਾਵੇ, ਉਹ ਉਸ ਵਿੱਦਿਆ ਨੂੰ ਪੜ੍ਹੇਗਾ, ਤੇ ਉਹਦਾ ਉਸ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ, ਤਾਂ ਕਿ ਜਿਹੜੇ ਵੀ ਲੋਕ ਉਹਨੂੰ ਅਪਲਾਈ ਕਰਨਾ ਚਾਹੁੰਦੇ ਐਜ਼ ਗ੍ਰੰਥੀ, ਉਹਨੂੰ ਦੇਸ਼ ਵਿਦੇਸ਼ 'ਚ ਬਹੁਤ ਵੱਡੀ ਨੌਕਰੀ ਮਿਲ ਸਕਦੀ ਹੈ, ਔਰ ਬੜੀ ਜ਼ਿਆਦਾ ਉਹਦੀ ਤਨਖਾਹ ਵੀ ਉਹਦੀ ਉਸ ਸਕੇਲ ਦੇ ਬਰਾਬਰ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਜੇ ਕਿਤੇ ਤੁਸੀਂ ਕਰੋ ਵਿਦਵਾਨ ਪੈਦਾ, ਅਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ
ਉਹਨਾਂ ਨੂੰ ਉਹ ਜਿਹੜਾ ਮੁੱਖ ਵਾਕ ਜਦੋਂ ਲੈਂਦੇ ਆ ਤੇ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹਦਾ ਅਰਥ ਪੂਰਾ ਦੱਸ ਸਕਣ, ਔਰ ਬੱਚੇ ਜਿਹੜੇ ਨਵੀਂ ਪੀੜ੍ਹੀ ਆ ਉਹ ਸਾਡੇ ਨਾਲ ਧਰਮ 'ਚ ਓਨੀ ਪ੍ਰਪੱਕ ਹੁੰਦੀ ਹੈ, ਓਨੀ ਨਾਲ ਜੁੜਦੀ ਹੈ। ਕ੍ਰਿਸਚੀਅਨਿਟੀ ਦੇ ਵਿੱਚ ਜਦੋਂ ਅਸੀਂ ਮਸੂਰੀ ਨੂੰ ਜਾਈਏ ਰਸਤੇ 'ਚ ਇੱਕ ਆਉਂਦਾ ਛੋਟਾ ਜਿਹਾ ਸਟੇਸ਼ਨ ਰਾਜਪੁਰਾ, ਉਹਦੇ 'ਚ ਉਹਨਾਂ ਦਾ ਚਰਚ ਹੈ, ਇੱਕ ਬੜੀ ਵੱਡੀ ਉਹਨਾਂ ਦੀ ਵੀ ਟਕਸਾਲ ਹੈ। ਉਹਨਾਂ ਕ੍ਰਿਸਚੀਅਨਿਟੀ ਦੇ ਵਿੱਚ ਉਹਦਾ ਜਿਹੜਾ ਉੱਥੇ ਪਾਦਰੀ ਪੈਦਾ ਕਰਦੇ ਹੈ ਉਹਦੀ ਸਿੱਖਿਆ ਘੱਟ ਤੋਂ ਘੱਟ ਐਮ ਏ ਰਿਲੀਜ਼ ਸਟੱਡੀ ਹੈ, ਐਮ ਏ ਜਿਹਨੇ ਕੀਤੀ ਹੋਵੇ ਉਹਨਾਂ ਦੀ ਕ੍ਰਿਸਚੀਅਨਿਟੀ ਦੇ ਵਿੱਚ, ਅਤੇ ਉਹਦੀ ਉਸ ਤੋਂ ਬਾਅਦ ਉਹਨੂੰ ਐਡਮਿਸ਼ਨ ਉੱਥੇ ਮਿਲਦੀ ਹੈ। ਸੋ ਮੇਰੀ ਇਹ ਬੇਨਤੀ ਹੈ ਕਿ ਬਹੁਤ ਲੰਬਾ ਸਮਾਂ ਜਮਨਵੀ ਟਕਸਾਲ ਨੇ ਵੀ ਸੇਵਾ ਕੀਤੀ ਇਸ ਕਾਰਜ ਦੇ ਵਿੱਚ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤੀ, ਅੱਜ ਵੀ ਕਰ ਰਹੇ ਹਾਂ ਤੁਹਾਡੇ ਕਰਕੇ, ਸੇਵਾ ਕਰਕੇ ਇੰਨੇ ਵੱਡੇ ਅੱਜ ਸਾਡਾ ਜਿਹੜਾ ਸਿੱਖ ਕੌਮ ਹੈ ਉਹਦਾ ਸਿਰ ਉੱਚਾ ਹੁੰਦਾ ਪੂਰੀ ਦੁਨੀਆ ਵਿੱਚ। ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਜੇ ਅਸੀਂ ਅੱਜ ਤੋਂ ਇਹ ਕਾਰਜ ਆਰੰਭ ਆ ਗਏ ਤਾਂ ਉਹਨੂੰ ਤਿਆਰ ਕਰਨ ਲੱਗਿਆਂ 7-8 ਸਾਲ ਨਵੀਂ ਪੀੜ੍ਹੀ ਨਿਕਲਦੇ ਲੱਗ ਜਾਵੇ, ਉਹਨੇ ਚਿਰ ਨੂੰ ਸਮਾਂ ਉਮਰ ਹੋਰ ਬੱਚਿਆਂ ਦੀ ਅੱਗੇ ਵੱਧਦੀ ਜਾਣੀ ਹੈ। ਜੇ ਤੁਹਾਨੂੰ ਮੇਰੀ ਇਹ ਬੇਨਤੀ ਪ੍ਰਮਾਣ ਹੋਵੇ, ਸਾਨੂੰ ਜੋ ਇਹਦੇ ਵਾਸਤੇ ਯੋਗਦਾਨ ਕਰਨੀ, ਅਗਰ ਖਾਲਸਾ ਕਾਲਜ ਲੋੜ ਹੋਵੇ ਅਸੀਂ ਸਭ ਤੋਂ ਪਹਿਲਾਂ ਤਤਪਰ ਹਾਂ, ਅਸੀਂ ਜੋ ਸਾਡੇ ਜੁੰਮੇ ਲਾਓਗੇ ਅਸੀਂ ਉਹ ਕਰਨ ਨੂੰ ਤਿਆਰ ਹੈ। ਔਰ ਮੇਰੀ ਇਹ ਬੇਨਤੀ ਹੈ ਕਿ ਜੇ ਆਪਾਂ ਇਸ ਤਰ੍ਹਾਂ ਦੀ ਗੱਲ ਸੋਚ ਕਰੀਏ ਤਾਂ ਤੁਹਾਡੀ ਬੜੀ ਮਿਹਰਬਾਨੀ, ਜੇ ਮੇਰੀ ਗੱਲ ਨਾ ਚੰਗੀ ਲੱਗੇ ਤਾਂ ਮੈਨੂੰ ਮਾਫ਼ੀ ਦੇਣਾ। ਤੁਹਾਡੇ ਸਾਰਿਆਂ ਦਾ ਖਾਲਸਾ ਕਾਲਜ ਦੇ ਵਿਹੜੇ ਵਿੱਚ ਆਉਣ 'ਤੇ ਮੇਰੇ ਵੱਲੋਂ, ਮੇਰੀ ਮੈਨੇਜਿੰਗ ਕਮੇਟੀ ਵੱਲੋਂ, ਮੇਰੇ ਪ੍ਰਿੰਸੀਪਲ ਸਾਹਿਬਾਨ ਵੱਲੋਂ, ਸਟਾਫ ਵੱਲੋਂ ਔਰ ਸਾਰੇ ਛੋਟੇ ਬੱਚਿਆਂ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸ਼ੀਨਾ ਸਾਹਿਬ ਹੋਰਾਂ ਨੇ ਆਪਣੇ ਕੀਮਤੀ ਬਚਨਾਂ ਦੀ ਆਪ ਸਭ ਨਾਲ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਸੈਮੀਨਾਰ ਦੀ ਸ਼ੁਰੂਆਤ, ਸਾਡੇ ਜਿਹੜੇ ਮੁੱਖ ਬੁਲਾਰੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਮੰਚ 'ਤੇ ਆਉਣ। ਡਾਕਟਰ ਹਰਭਜਨ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਪ੍ਰੋਫੈਸਰ ਸੁਖਦਿਆਲ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਹਾਂਜੀ ਡਾਕਟਰ ਜਸਵੰਤ ਸਿੰਘ ਜੀ ਬੁਗਰਾ, ਔਰ ਸਾਡੇ ਮੁੱਖ ਮਹਿਮਾਨ ਅੱਜ ਦੇ ਸੈਮੀਨਾਰ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਵੀ ਸਭਾਇਮਾਨ ਹੋਣਗੇ ਮੰਚ 'ਤੇ। ਬਾਬਾ ਜੀ ਹੋਰਾਂ ਵੱਲੋਂ ਹੁਕਮ ਸੀ ਕਿ ਉਹ ਸੰਗਤ ਵਿੱਚ ਸਭਾਇਮਾਨ ਹੋਣਗੇ। ਸਾਡੇ ਮਹਿਮਾਨ ਪ੍ਰਧਾਨ ਸਾਹਿਬ ਵਾਲੇ, ਉਹਨਾਂ ਨੇ ਕੁਝ ਲੇਟ ਆਉਣਾ, ਔਰ ਡਾਕਟਰ ਮਹਿਲ ਸਿੰਘ ਜੀ ਹੋਰੀ ਉਹ ਵੀ ਮੰਚ 'ਤੇ ਸਾਥ ਸਭਾਇਮਾਨ ਹੋਣ। ਸਰ 5 ਮਿੰਟ, 5 ਕੁ ਮਿੰਟ ਹੀ ਲੈਣੇ। ਹਾਂਜੀ ਹਾਂਜੀ, ਅਸੀਂ ਜੋ ਤਰਤੀਬ ਬਣਾਈ ਹੈ ਕਿ ਉਦਘਾਟਨੀ ਜਿਹੜੇ ਬਚਨ ਨੇ ਉਹ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ 5-7 ਮਿੰਟ ਵਾਸਤੇ ਸਾਂਝ ਪਾਉਣਗੇ, ਫਿਰ ਸ਼ੀਨਾ ਸਾਹਿਬ ਹੋਣਾ ਦਾ ਮਾਨ ਸਨਮਾਨ ਸਾਡੀ ਟਕਸਾਲ ਵੱਲੋਂ ਆ, ਕਿਉਂਕਿ ਉਹਨਾਂ ਦੇ ਸਾਡੇ ਬਾਕੀ ਅਦਾਰਿਆਂ 'ਚ ਕੋਈ ਫੰਕਸ਼ਨ ਚੱਲ ਰਹੇ ਨੇ, ਉਹਨਾਂ ਦੇ ਰਜੇਵੇਂ ਸੀ। ਉਸ ਤੋਂ ਬਾਅਦ ਫਿਰ ਜਿਹੜਾ ਪੇਪਰ ਸ਼ੁਰੂਆਤ ਹੋਏਗੀ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਨੂੰ ਕਿ ਉਦਘਾਟਨੀ ਸ਼ਬਦ ਕਰਕੇ ਸਾਨੂੰ ਸ਼ੁਰੂਆਤ ਦੀ ਆਗਿਆ ਵੀ ਦੇਣ, ਅਸੀਸ ਵੀ ਦੇਣ, ਜਿਸ ਉੱਚ ਸਥਾਨ ਤੋਂ ਸਿੰਘ ਸਾਹਿਬ ਜੀ ਸਾਡੇ ਪਾਸ ਆਏ ਨੇ, ਸਾਡਾ ਕਾਲਜ, ਸਾਡੀਆਂ ਸੰਸਥਾਵਾਂ ਉਹਨਾਂ ਦੀਆਂ ਧੰਨਵਾਦੀ ਨੇ। ਸਿੰਘ ਸਾਹਿਬ ਜੀ
ਧਰਮ ਸਨਮਾਨਯੋਗ ਗੁਰੂ ਖਾਲਸਾ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੀਏ। ਸਾਰੇ ਮਾਈ ਭਾਈ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਸੈਮੀਨਾਰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲ ਅਰਧ ਸ਼ਤਾਬਦੀ ਪੂਰੀ ਹੋਣ ਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਕੇ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਮਹਾਂਪੁਰਖਾਂ ਵੱਲੋਂ ਰੱਖਿਆ ਗਿਆ ਹੈ ਸੰਗਤ ਜੀ, ਸਰਦਾਰ ਸ਼ੀਨਾ ਸਾਹਿਬ ਜੀ, ਬਹੁਤ ਵਧੀਆ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਕੇ ਗਏ ਨੇ। ਭਾਵੇਂ ਦਮਦਮੀ ਟਕਸਾਲ ਦੇ ਵਿੱਚ ਪੁਰਾਤਨ ਸਮੇਂ ਜਿਹੜੇ ਵਿਦਿਆਰਥੀ ਅਨਪੜ੍ਹ ਹੁੰਦੇ ਸਨ ਉਹਨਾਂ ਨੂੰ ਵੀ 35 ਅੱਖਰੀ ਤੋਂ ਲੈ ਕਰਕੇ ਮਹਾਨ ਗੁਰਮਤ ਦੇ ਗ੍ਰੰਥਾਂ ਦੀ ਵਿੱਦਿਆ ਪੜ੍ਹਾਈ ਜਾਂਦੀ ਸੀ। ਹੁਣ ਸਮੇਂ ਦੀ ਤਬਦੀਲੀ ਕਰਕੇ ਮਹਾਂਪੁਰਖਾਂ ਵੱਲੋਂ ਵਿਦਿਆਰਥੀਆਂ ਨੂੰ ਨਾਲ BA MA ਕਰਵਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, 10ਵੇਂ ਗ੍ਰੰਥ ਦੀ ਸੰਥਿਆ, ਇਸੇ ਤਰ੍ਹਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਗ੍ਰੰਥ ਪੜ੍ਹਾਏ ਜਾਂਦੇ ਨੇ। ਬਹੁਤ ਵਧੀਆ ਵਿਦਵਤਾ ਭਰਪੂਰ ਵਿਦਿਆਰਥੀ ਦਮਦਮੀ ਟਕਸਾਲ ਵਿੱਚੋਂ ਸੰਗਤ ਜੀ ਵਿੱਦਿਆ ਪ੍ਰਾਪਤ ਕਰਕੇ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕਰਦੇ ਨੇ। ਔਰ ਅੱਜ ਦੇ ਇਸ ਸੈਮੀਨਾਰ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਭਜਨ ਸਿੰਘ ਜੀ, ਡਾਕਟਰ ਸੁਖਦਿਆਲ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਸਮੁੱਚੇ ਅਹੁਦੇਦਾਰ, ਹੋਰ ਬੇਅੰਤ ਸ਼ਖਸੀਅਤਾਂ, ਮਹਾਂਪੁਰਖ ਡਾਕਟਰ ਅਮਰਜੀਤ ਸਿੰਘ ਜੀ,
ਸਾਰੇ ਪਹੁੰਚੇ ਹੋਏ ਨੇ। ਦਾਸ ਸਾਰਿਆਂ ਦਾ ਹਿੱਤਾਂ ਦਿਲੋਂ ਧੰਨਵਾਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਅਸੀਂ ਦੁਨਿਆਵੀ ਵਿੱਦਿਆ ਪ੍ਰਾਪਤ ਕਰਨੀ ਹੈ, ਉੱਥੇ ਨਾਲ ਨਾਲ ਗੁਰਮਤਿ ਦੀ ਵਿੱਦਿਆ ਹਰੇਕ ਘਰ ਵਿੱਚ ਪਹੁੰਚਣੀ ਲਾਜ਼ਮੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲਾ ਜੋ ਪ੍ਰੋਗਰਾਮ ਹੈ ਉਹ ਡਾਕਟਰ ਇੰਦਰਜੀਤ ਸਿੰਘ ਜੀ ਗੋਬਾਣੀ, ਉਹ ਆਪ ਜੀਆਂ ਦੇ ਨਾਲ ਸਾਂਝਾ ਕਰਨਗੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਮਹਾਂਪੁਰਖਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ। ਮਹਾਂਪੁਰਖਾਂ ਨੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਉਹ ਕਾਰਜ ਥੋੜੇ ਸਮੇਂ ਦੇ ਵਿੱਚ ਕੀਤੇ ਨੇ। ਸੰਗਤ ਜੀ ਜਿਹੜੇ ਬਹੁਤਾ ਸਮਾਂ ਲੱਗ ਕੇ ਵੀ ਨਹੀਂ ਸੀ ਕੀਤੇ ਜਾ ਸਕਦੇ, ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ, ਸਤਿਗੁਰੂ ਮਹਾਂਪੁਰਖਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਦੇ ਵਿੱਚ ਕਰਵਾਉਂਦੇ ਰਹਿਣਾ। ਸਰਦਾਰ ਅਮਰਬੀਰ ਸਿੰਘ ਜੀ ਢੋਟ, ਹੋਰ ਬੇਅੰਤ ਸ਼ਖਸੀਅਤਾਂ ਪਹੁੰਚੀਆਂ ਨੇ, ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਜੀ। ਅਗਲਾ ਪ੍ਰੋਗਰਾਮ ਆਪਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਹੋਰਾਂ ਨੇ ਬਹੁਤ ਹੀ ਅਸੀਸ ਭਰੇ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਹੈ। ਅੱਜ ਦਾ ਇਹ ਮਨੋਰਥ ਦੱਸਿਆ ਕਿਉਂਕਿ ਦਮਦਮੀ ਟਕਸਾਲ ਨੇ ਬੇਅੰਤ ਸਿੰਘ ਸਾਹਿਬਾਨ ਗਿਆਨੀ ਟੀਕਾਕਾਰ ਵਿਆਖਿਆਕਾਰ ਵਿਦਵਾਨ ਪੈਦਾ ਕੀਤੇ ਨੇ। ਭਵਿੱਖ ਵਿੱਚ ਵੀ ਬਾਬਾ ਜੀ ਹੋਰਾਂ ਦਾ ਇੱਕ ਬਹੁਤ ਵੱਡਾ ਉਹ ਏਜੰਡਾ ਹੈ ਕਿ ਸਾਡਾ ਹਰ ਖੇਤਰ ਵਿੱਚ ਜਿਹੜਾ ਧਾਰਮਿਕ ਰੂਹਾਨੀ ਰੰਗ ਵਾਲਾ ਸਾਡਾ ਸ਼ਖਸ ਜਿਹੜਾ ਉਹ ਜਿੱਥੇ ਵੀ ਜਾਵੇ ਉਹਦੀ ਇੱਕ ਹੋਂਦ ਹੋਵੇ। ਔਰ ਇਸੇ ਲਈ ਖਾਲਸਾ ਕਾਲਜ ਨੂੰ ਸਭ ਤੋਂ ਪਹਿਲਾਂ ਚੁਣਿਆ ਤਾਂ ਕਿ ਇਹ 125 ਸਾਲ ਪੁਰਾਣੀ ਉਹ ਵਿਦਿਅਕ ਸੰਸਥਾ, ਸਿਰਫ ਖਾਲਸਾ ਕਾਲਜ ਕਹਿਣ ਨਾਲ ਹੀ ਦੁਨੀਆ ਭਰ 'ਚ ਪਤਾ ਹੁੰਦਾ ਵੀ ਅੰਮ੍ਰਿਤਸਰ ਵਾਲਾ ਖਾਲਸਾ ਕਾਲਜ। ਔਰ ਖਾਲਸਾ ਕਾਲਜ ਸੁਸਾਇਟੀ ਦੇ ਪ੍ਰਬੰਧਕ ਜਨਾਂ ਦਾ ਸਮੂਹ ਸੰਪਰਦਾਵਾਂ ਟਕਸਾਲਾਂ ਸਾਧੂ ਸਾਹਿਬਾਨ ਸਿੰਘ ਸਾਹਿਬਾਨ ਨਾਲ ਹੋਂਦ ਕਾਲ ਤੋਂ ਬਹੁਤ ਵੱਡਾ ਸਨੇਹ ਔਰ ਪਿਆਰ ਰਿਹਾ, ਅੱਜ ਤੱਕ ਬਰਕਰਾਰ ਹੈ ਔਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਬਰਕਰਾਰ ਰਹਿਣਾ ਕਿਉਂਕਿ ਸਾਡੇ ਪ੍ਰਬੰਧਕ ਜਨ ਉਸ ਵਿਸ਼ਾਲ ਹਿਰਦੇ ਵਾਲੇ ਹੈ ਕਿ ਇਹ ਗੁਰੂ ਪੰਥ ਦਾ ਸਮੁੱਚਾ ਪਰਿਵਾਰ ਹੈ ਔਰ ਇਸ ਪਰਿਵਾਰ ਦਾ ਮਾਣ ਸਤਿਕਾਰ ਜਿਹੜਾ ਉਹ ਸਦੀਵ ਕਾਲ ਉੱਚਾ ਰਹਿਣਾ ਚਾਹੀਦਾ। ਇਸ ਲਈ ਸਾਡੇ ਬਹੁਤ ਸਾਰੇ ਵਿਦਿਆਰਥੀ ਵੀ ਬੈਠੇ ਨੇ ਕਾਲਜ ਦੇ, ਬਹੁਤ ਸਾਰੇ ਪ੍ਰਚਾਰਕ ਸ਼੍ਰੇਣੀ ਦੇ ਵਿਦਿਆਰਥੀ ਆਏ ਨੇ, ਸੰਪਰਦਾਵਾਂ ਟਕਸਾਲਾਂ ਦੇ ਵਿਦਿਆਰਥੀ ਵੀ ਆਏ ਨੇ। ਔਰ ਇਹ ਇੱਕ ਸੂਖਸ਼ਮ ਜਿਹਾ ਸੰਦੇਸ਼ ਹੈ ਕਿ ਆਪਾਂ ਗੁਰੂ ਦਾ ਪਰਿਵਾਰ ਸਾਰੇ ਇੱਕ ਹੈ ਔਰ ਏਕੇ ਵਿੱਚ ਹੀ ਸ਼ਕਤੀ ਹੈ ਔਰ ਉਹ ਸ਼ਕਤੀ ਦਾ ਆਗਾਜ਼ ਜਿਹੜਾ ਅੱਜ ਆਪਾਂ ਇਸ ਰੂਪ ਵਿੱਚ ਕੀਤਾ ਕਿ ਆਪਾਂ ਇੱਕ ਵਿਚਾਰ ਗੋਸ਼ਟੀ ਵੀ ਹੈ ਸਾਡੀ ਜਿਹਦੇ ਵਿੱਚੋਂ ਅਸੀਂ ਇੱਕ ਦੂਸਰੇ ਬਾਰੇ ਬਹੁਤ ਚੰਗਾ ਜਾਣ ਸਕੀਏ। ਹੁਣ ਮੈਂ ਸਾਡੇ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਔਰ ਸਿੰਘ ਸਾਹਿਬ ਜੀ ਸ਼ੀਨਾ ਸਾਹਿਬ ਹੋਣਾ ਨੂੰ ਸਨਮਾਨ ਦੇਣਗੇ ਕਿਉਂਕਿ ਸ਼ੀਨਾ ਸਾਹਿਬ ਹੋਣਾ ਦੇ ਰੁਝੇਵੇਂ ਸਾਡੇ ਬਾਕੀ ਅਦਾਰਿਆਂ 'ਚ ਕੋਈ ਫੰਕਸ਼ਨ ਚੱਲ ਰਹੇ ਸਨ, ਇਸ ਕਰਕੇ ਉਹਨਾਂ ਨੂੰ ਜਾਣਾ ਪਏਗਾ। ਉਹ ਸਾਰੀਆਂ ਸੰਸਥਾਵਾਂ ਦੇ ਪ੍ਰਬੰਧਕ ਨੇ ਅਤੇ ਮੈਂ ਬੇਨਤੀ ਕਰਾਂਗਾ ਸ਼ੀਨਾ ਸਾਹਿਬ ਜੀ ਹੋਰਾਂ ਨੂੰ ਕਿ ਉਹ ਮੰਚ 'ਤੇ ਆਉਣਗੇ। ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ, ਸ਼ੀਨਾ ਸਾਹਿਬ ਹੋਣਾ ਦਾ ਮਾਨ ਸਨਮਾਨ ਇੱਕ ਟਕਸਾਲ ਦੀ ਤਰਫੋਂ ਉਹ ਜਦ ਦੇਣਗੇ। ਹਾਂਜੀ ਹਾਂਜੀ।
ਮੈਂ ਡਾਕਟਰ ਮਹਿਲ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ, ਉਹ ਵੀ ਸਾਥ ਹੋਣਗੇ। ਰਟੌਲ ਸਾਹਿਬ ਤੁਸੀਂ ਸਾਡੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਹੋਰਾਂ ਨੇ ਵੀ ਸਾਥ ਕਿਸੇ ਸਮਾਗਮ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਮੰਚ ਤੇ ਆਉਣਗੇ ਔਰ ਉਹਨਾਂ ਦਾ ਸਨਮਾਨ ਸ੍ਰੀ ਸਾਹਿਬ ਜੀ ਬਾਬਾ ਜੀ ਔਰ ਸਾਡਾ ਸਮੁੱਚਾ ਪਰਿਵਾਰ ਜਿਹੜਾ ਕਰੇਗਾ। ਸਰਦਾਰ ਨਿਰਮਲ ਸਿੰਘ ਜੀ ਹੋਰਾਂ ਦਾ ਦਮਦਮੀ ਟਕਸਾਲ ਨਾਲ ਉਹਨਾਂ ਦੇ ਪਿਤਾ ਜੀ ਦੇ ਸਮੇਂ ਤੋਂ ਬਹੁਤ ਵੱਡਾ ਸਨੇਹ ਔਰ ਪਿਆਰ ਹੈ। ਸਾਡੀ ਖਾਲਸਾ ਕਾਲਜ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੀ ਕਥੂਨਗਰ ਸਾਹਿਬ ਉਹਨਾਂ ਨੂੰ ਸਰੂਪ ਬਾਬਾ ਜੀ ਹੋਰਾਂ ਨੂੰ ਭੇਟ ਆਏ। ਸਾਡਾ ਸਨਮਾਨ ਹੈ ਸੰਸਥਾ ਜੀ ਤੱਕ। ਸਰਦਾਰ ਸੁਰਿੰਦਰ ਸਿੰਘ ਜੀ ਰੁਮਾਲਿਆਂ ਵਾਲੇ ਸੈਕਟਰੀ, ਸਰਦਾਰ ਹਰਿੰਦਰ ਸਿੰਘ ਜੀ ਫਰੀਡਮ ਜੋ ਸਾਡੇ ਸਤਿਕਾਰਯੋਗ ਮੈਂਬਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਰੂਪ ਆਓ ਸਾਡੇ ਅੱਜ ਦੇ ਸਮਾਗਮ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਆਪਣੇ ਪਰਿਵਾਰਕ ਸਨੇਹ ਵਿੱਚੋਂ ਕੁਝ ਸ਼ਬਦ ਕਹਿਣਾ ਚਾਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸੰਖੇਪ ਸ਼ਬਦਾਂ ਦੀ ਸਾਂਝ ਆਪ ਜੀ ਨਾਲ ਪਾਉਣਗੇ, ਫਿਰ ਅਸੀਂ ਵਿਧੀਵਤ ਢੰਗ ਨਾਲ ਆਪਣੇ ਸੈਮੀਨਾਰ ਦੀ ਸ਼ੁਰੂਆਤ ਕਰਦੇ ਹਾਂ। ਪਰਮ ਸਤਿਕਾਰਯੋਗ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਗਿਆਨੀ ਹਰਨਾਮ ਸਿੰਘ ਜੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਤੋਂ ਆਏ ਮਹਾਂਪੁਰਸ਼, ਮੰਚ 'ਤੇ ਬੈਠੇ ਸਾਰੇ ਵਿਦਵਾਨ ਅਤੇ ਦਰਸ਼ਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ
ਮੈਂ ਇਸ ਟਕਸਾਲ ਨਾਲ 1967-68 ਤੋਂ ਜਦੋਂ ਮਹਾਂਪੁਰਸ਼ ਸੰਤ ਗੁਰਭਜਨ ਸਿੰਘ ਜੀ ਅੰਮ੍ਰਿਤਸਰ ਆਇਆ ਕਰਦੇ ਸਨ, ਮੈਂ ਅਤੇ ਮੇਰੇ ਪਿਤਾ ਜੀ ਹਮੇਸ਼ਾ ਮਾਣਾ ਸਿੰਘ ਦੀ ਧਰਮਸ਼ਾਲਾ ਠਹਿਰਿਆ ਕਰਦੇ ਸਨ, ਉੱਥੇ ਉਹਨਾਂ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਅੱਜ ਦੇ ਦਿਨ 4 ਸਤੰਬਰ ਨੂੰ ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਜਥਾ ਲੈ ਕੇ ਹੇਮਕੁੰਡ ਸਾਹਿਬ ਸ਼ਾਮ ਨੂੰ 4 ਵਜੇ ਗਏ ਸਨ। ਮੇਰੇ ਪਿਤਾ ਜੀ ਵੀ ਉਹਨਾਂ ਦੇ ਨਾਲ, ਗਿਆਨੀ ਦਲੀਪ ਸਿੰਘ ਜੀ ਅਤੇ ਹੋਰ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਹੇਮਕੁੰਡ ਸਾਹਿਬ ਦਰਸ਼ਨ ਕਰਨ ਉਹਨਾਂ ਦੇ ਨਾਲ ਗਏ ਸਨ। ਰਸਤੇ ਜਾਂਦਿਆਂ 8 ਤਰੀਕ ਨੂੰ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ। ਸਾਰਾ ਉਹਨਾਂ ਦਾ ਕਿਰਿਆਕਰਮ ਮਹਾਂਪੁਰਸ਼ਾਂ ਨੇ ਕੀਤਾ। 16 ਤਰੀਕ ਨੂੰ ਮੈਨੂੰ ਪਤਾ ਚੱਲਿਆ ਵੀ ਇਸ ਤਰ੍ਹਾਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਆ। 5 ਸਤੰਬਰ ਨੂੰ ਸੰਤ ਮਹਾਂਪੁਰਸ਼ ਗਿਆਨੀ ਕਰਤਾਰ ਸਿੰਘ ਜੀ ਮੇਰੇ ਕੋਲ ਘਰ ਆਏ। ਮੈਂ ਥੋੜ੍ਹਾ ਜਿਹਾ ਗਿਲਾ ਮਹਿਸੂਸ ਕੀਤਾ, ਕਹਿੰਦੇ ਤੂੰ ਕੀ ਕਰਨਾ, ਮੈਂ ਉਹਨਾਂ ਦੇ ਨਿਮਿੱਤ 5 ਅਖੰਡ ਪਾਠ ਕਰਾ ਕੇ ਆਇਆ, ਤੂੰ ਤੇ 1 ਹੀ ਅਖੰਡ ਪਾਠ ਕਰਾਇਆ, ਤੇਰੇ ਬਾਪ ਅੰਮ੍ਰਿਤਧਾਰੀ ਸਨ, ਗੁਰੂ ਸਾਹਿਬ ਦੀ ਬਖਸ਼ਿਸ਼ ਸੀ, ਉਸੇ ਢੰਗ ਨਾਲ ਉਹਨਾਂ ਦੀ ਮਰਿਆਦਾ ਦੇ ਮੁਤਾਬਕ ਸੰਸਕਾਰ ਕੀਤਾ। ਮੈਂ ਨਮਸਕਾਰ ਕੀਤੀ, ਮੱਥਾ ਟੇਕਿਆ, ਕਹਿੰਦੇ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ, ਤੇਰੇ ਜੰਮੇ ਕੋਈ ਕੰਮ ਲਾਉਣਾ। ਮੈਂ ਕਿਹਾ ਜੀ ਮੈਂ ਹਾਜ਼ਰ ਹਾਂ, ਜੋ ਮੈਨੂੰ ਡੰਨ ਲਾਓ। ਕਹਿੰਦੇ ਨਹੀਂ ਡੰਨ ਨਹੀਂ ਲਾਉਣਾ, ਤੇਰੇ ਕੋਲ ਸੇਵਾ ਲੈਣੀ ਆ। ਮੈਨੂੰ ਅਗਲੇ ਦਿਨ ਮਹਿਤੇ ਲੈ ਗਏ, ਮਹਿਤੇ ਜਿੱਥੇ ਮਹਾਂਪੁਰਸ਼ ਸੰਤ ਗੁਰਭਜਨ ਸਿੰਘ ਜੀ ਚੜ੍ਹਾਈ ਕਰ ਗਏ ਸਨ, ਉਹ ਕਮਰਾ ਦਿਖਾਇਆ। ਕਹਿੰਦੇ ਇਸ ਕਮਰੇ ਨੂੰ ਇੰਟੈਕਟ ਕਰਕੇ ਥੱਲੇ ਅਸੀਂ ਭੋਰਾ ਬਣਾਉਣਾ ਹੈ। ਮਹਾਂਪੁਰਸ਼ਾਂ ਦੀ ਉਮਰ 84 ਸਾਲ ਸੀ, 84 ਫੁੱਟ ਲੰਬਾ ਹਾਲ ਬਣਾਉਣਾ ਹੈ, 34 ਫੁੱਟ ਚੌੜਾ ਬਣਾਉਣਾ ਹੈ, ਉਹਦੇ ਵਿੱਚ ਇਸ ਤਰ੍ਹਾਂ ਬਰਾਂਡੇ ਬਣਾਉਣੇ ਹਨ, ਜਿਹੜੇ ਬਰਾਂਡੇ ਬਣਾਉਣੇ ਹੋਣ ਉਹ 12 ਫੁੱਟ ਤੱਕ ਚੌੜਾਈ ਹੋਣੀ ਚਾਹੀਦੀ ਆ। ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ, ਨਕਸ਼ਾ ਤੂੰ ਬਣਾਉਣਾ, ਕਾਰੀਗਰ ਤੂੰ ਲਿਆਉਣੇ ਆ, ਮਟੀਰੀਅਲ ਤੂੰ ਮੁਹੱਈਆ ਕਰਾਉਣਾ, ਦੇਖਭਾਲ ਤੇਰੀ ਜ਼ਿੰਮੇਵਾਰੀ ਆ, ਪੈਸਾ ਸਾਰਾ ਮੇਰੇ ਲਿਆ ਕੇ ਜ਼ਿੰਮੇਵਾਰੀ ਆ, ਲਿਆ ਕੇ ਲਾਉਣਾ, ਇੱਟਾਂ ਦਾ ਅਤੇ ਰੇਤ ਦਾ ਇੰਤਜ਼ਾਮ ਮੇਰਾ ਹੋਵੇਗਾ, ਬਾਕੀ ਸਾਰਾ ਜੋ ਮਟੀਰੀਅਲ ਲਿਆਉਣਾ
ਉਹ ਸਾਰੇ ਦਾ ਅਰੇਂਜਮੈਂਟ ਤੇਰਾ ਹੋਏਗਾ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਨੀਹਾਂ ਪੁੱਟੀਆਂ ਗਈਆਂ, 6 ਫੁੱਟ ਚੌੜੀਆਂ ਤੇ 6 ਫੁੱਟ ਉੱਚੀਆਂ। ਜਦੋਂ ਨੀਂਹ ਭਰਨ ਲੱਗੇ ਤੇ ਮੈਂ ਕਿਹਾ ਬਾਬਾ ਜੀ 6 ਫੁੱਟ ਥੱਲੇ ਨੀਂਹ ਰੱਖਣੀ ਹੈ, 6-6 ਇੰਚ ਦੇ ਖਸਕੇ ਦੇ ਕੇ ਤੇ ਉਹਦੇ ਮੁਤਾਬਕ ਜਿਸ ਤਰ੍ਹਾਂ ਆਮ ਸਾਰੀ ਅਸੀਂ ਕਰਦੇ ਹਾਂ 2.5 ਫੁੱਟ ਤੇ ਜਾ ਕੇ DPC ਪਾਵਾਂਗੇ। ਸਾਰੀ ਸੰਗਤ ਅੜ ਗਈ। ਉਹ ਗੁਰਦੁਆਰਾ ਸਾਹਿਬ ਦਾ ਜਿਹੜੀਆਂ ਨੀਹਾਂ ਭਰੀਆਂ ਨੇ ਉਹ 6 ਫੁੱਟ ਚੌੜੀਆਂ 6 ਫੁੱਟ ਹਾਈਟ ਨਾਲ ਤੇ 6 ਫੁੱਟ ਤੇ ਜਾ ਕੇ DPC ਪਾਇਆ ਗਿਆ। ਉਹਨਾਂ ਦਾ ਇੱਕੋ ਹੀ ਵਿਚਾਰ ਸੀ ਕਿ ਬੜੀ ਵੱਡੀ ਸਟਰੈਂਥ ਨਾਲ ਬਣਨਾ, ਜੋ ਮਰਜ਼ੀ ਹੋਵੇ ਕਰਨਾ। ਸੋ ਗੁਰੂ ਸਾਹਿਬ ਦੀ ਮਿਹਰ ਕੀਤੀ, ਬਖਸ਼ਿਸ਼ ਕੀਤੀ। ਮੈਂ ਰੂਟੀਨ ਨਾਲ ਕਾਰੀਗਰ ਅੰਮ੍ਰਿਤਸਰੋਂ ਭੇਜਦਾ ਸੀ, ਮੈਂ ਹਫ਼ਤੇ 2 ਦਿਨ ਰੋਜ਼ ਜਾਇਆ ਕਰਦਾ ਸੀ। ਮੈਨੂੰ ਯਾਦ ਆ ਮਹਾਂਪੁਰਸ਼ ਇਸ ਕਾਲਜ ਦੇ ਸਟੂਡੈਂਟ ਰਹੇ ਨੇ, 1970 ਵਿੱਚ ਉਹਨਾਂ ਦਾ ਵਿਚਾਰ ਆਇਆ ਕਿ ਮੈਂ ਇੱਥੇ ਇੱਕ ਫੰਕਸ਼ਨ ਕਰਨਾ ਚਾਹੁੰਦਾ ਹਾਂ। ਸੋ ਉਸ ਵੇਲੇ ਦੇ ਪ੍ਰਧਾਨ ਸਾਹਿਬ ਗੁਰਮੁਖ ਸਿੰਘ ਚਾਵਲਾ ਜੀ ਨੂੰ ਕਹਿ ਕੇ ਮੈਂ ਇੱਥੇ ਅਰੇਂਜ ਕਰਾਇਆ, ਪ੍ਰਿੰਸੀਪਲ ਸਾਹਿਬ ਨੂੰ ਕਹਿ ਕੇ ਇੱਥੇ ਅਰੇਂਜ ਕਰਾਇਆ। ਸੋ ਮਹਾਂਪੁਰਸ਼ਾਂ ਨੇ ਅੱਜ ਤੋਂ 50 ਸਾਲ ਪਹਿਲਾਂ ਇੱਥੇ ਇੱਕ ਜੋ ਅੱਜ ਇੱਥੇ ਫੰਕਸ਼ਨ ਹੋਇਆ, ਇਸ ਤਰ੍ਹਾਂ ਇੱਕ ਵਾਰ ਸੰਤ ਕਰਤਾਰ ਸਿੰਘ ਜੀ ਅਤੇ ਗਿਆਨੀ ਦਲੀਪ ਸਿੰਘ ਜੀ ਪਹਿਲਾਂ ਕਰਕੇ ਜਾ ਚੁੱਕੇ ਹਨ। ਜਿਵੇਂ ਛੀਨਾ ਸਾਹਿਬ ਨੇ ਦੱਸਿਆ, ਭਾਈ ਅਮਰੀਕ ਸਿੰਘ ਜੀ ਇੱਥੋਂ ਦੇ ਸਟੂਡੈਂਟ ਸਨ, ਇੱਥੇ ਸਟੂਡੈਂਟ ਯੂਨੀਅਨ ਦੇ ਉਹ ਪ੍ਰੈਜੀਡੈਂਟ ਸਨ। ਮਹਾਂਪੁਰਸ਼ਾਂ ਦੇ ਜਾਣ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਦਾ ਵਿਚਾਰ ਸੀ ਕਿ ਮੈਂ PhD ਗੁਰੂ ਗ੍ਰੰਥ ਸਾਹਿਬ ਜੀ 'ਤੇ ਕਰਾਂ। ਸੋ ਉਹ ਨਹੀਂ ਹੋ ਸਕੀ, ਫਿਰ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜੀਡੈਂਟ ਬਣ ਗਏ, ਪਹਿਲਾਂ ਇੱਥੇ ਯੂਨੀਅਨ ਦੇ ਪ੍ਰੈਜੀਡੈਂਟ ਰਹੇ ਨੇ। ਸੋ ਮਹਾਂਪੁਰਸ਼ਾਂ ਨੇ ਹਰ 1 ਮਹੀਨੇ ਬਾਅਦ ਜਦੋਂ ਵੀ ਬਾਹਰ ਜਾਇਆ ਕਰਦੇ ਸਨ ਅਤੇ ਗੁਰਦੁਆਰਾ ਸਾਹਿਬ ਦੀ ਦੇਖਭਾਲ ਵਾਸਤੇ ਪਹਿਲਾਂ ਮੈਨੂੰ ਟੈਲੀਫੋਨ ਕਰਕੇ ਪੁੱਛਣਾ, ਉਦੋਂ ਦੂਜੇ ਮੋਬਾਈਲ ਨਹੀਂ ਸਨ ਹੁੰਦੇ, ਟੈਲੀਫੋਨ ਹੁੰਦੇ ਸਨ, ਟੈਲੀਫੋਨ ਕਰਕੇ ਪੁੱਛਣਾ ਅੱਜ ਕਿੰਨਾ ਕੰਮ ਹੋ ਗਿਆ, ਇਹ ਕਿੰਨਾ ਹੋ ਗਿਆ, ਕੀ ਹੋ ਗਿਆ, ਅਤੇ ਜਿੰਨੇ ਪੈਸੇ ਬਣਨੇ ਉਹਦੇ ਮੁਤਾਬਕ ਉਹਨਾਂ ਨੇ ਸਾਰਾ ਖਰਚਾ ਕਰਨਾ। ਸੋ ਕੁਝ ਚਿਰਾਂ ਬਾਅਦ ਭਾਈ ਤਾਰਾ ਸਿੰਘ ਜੀ ਆ ਗਏ, ਉਹਨਾਂ ਨੇ ਇਹਦੀ ਦੇਖ ਦੇਖ ਆਪ ਸ਼ੁਰੂ ਕਰਤੀ ਅਤੇ ਗੁਰੂ ਦੀ ਬਖਸ਼ਿਸ਼ ਨਾਲ ਇਹ 1.5 ਸਾਲ ਦੇ ਵਿੱਚ ਸਾਰੀ ਕੰਸਟਰਕਸ਼ਨ ਕੰਪਲੀਟ ਹੋ ਗਈ। ਇੰਨੇ ਕੁ ਸ਼ਬਦਾਂ ਨਾਲ ਕਹਿੰਦਾ ਮਾਫ਼ੀ ਮੰਗਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਿਰਮਲ ਸਿੰਘ ਜੀ ਹੋਰਾਂ ਨੇ ਆਪਣੇ ਪਰਿਵਾਰਕ ਸੁਨੇਹ ਵਿੱਚੋਂ ਵਿਚਾਰਾਂ ਦੀ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਵਿੱਚ ਬਹੁਤ ਸਾਰੀਆਂ ਸਤਿਕਾਰ ਸ਼ਖਸੀਅਤਾਂ, ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਬੜੇ ਵਿਦਵਾਨ ਬੁਲਾਰੇ ਵੀ ਨੇ, ਸੰਤਾਂ ਦਾ ਪਰਿਵਾਰ ਹੈ, ਸਤਿਕਾਰਤ ਪਰਿਵਾਰ ਹੈ, ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ, ਹੋਰ ਵੀ ਬਹੁਤ ਸਾਰੀਆਂ
ਬਾਬਾ ਜੀ ਮੱਤੇਵਾਲ ਤੋਂ ਆਏ ਨੇ, ਇਹਨਾਂ ਦਾ ਬਹੁਤ ਪੁਰਾਣੀ ਸਾਂਝ ਹੈ ਸੰਸਥਾਵਾਂ ਦੇ ਨਾਲ। ਮੈਂਬਰ ਸਾਹਿਬਾਨ ਹਾਜ਼ਰ ਹੋਏ ਨੇ, ਹਾਰਦਿਕ ਜੀ ਆਇਆਂ ਨੂੰ। ਬਸ ਮੈਂ ਇੱਕ ਬੇਨਤੀ ਕਰਕੇ ਭਾਈ ਜੀਵਾ ਸਿੰਘ ਜੀ ਹੋਰਾਂ ਨੂੰ ਸਟੇਜ ਸੌਂਪਦਾ। ਇਹ ਸੈਮੀਨਾਰ ਲਈ ਭਾਈ ਅਜੈਬ ਸਿੰਘ ਜੀ ਵਿਆਸੀ ਜੀ ਹੋਰਾਂ ਨੇ ਬਹੁਤ ਵੱਡਾ ਸਹਿਯੋਗ ਹੈ, ਭਗਵੰਤ ਸਿੰਘ ਜੀ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਜੀ ਦਾ ਬਹੁਤ ਵੱਡਾ ਸਹਿਯੋਗ ਹੈ, ਭਾਈ ਅਮਰਪ੍ਰੀਤ ਸਿੰਘ ਢੋਟ ਸਾਹਿਬ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਪ੍ਰੋਫੈਸਰ ਸੁਚਾਂਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਖੱਬੇ ਰਾਜਪੂਤਾਂ, ਭਾਈ ਅਵਤਾਰ ਸਿੰਘ ਜੀ ਬੁੱਢਰ, ਭਾਈ ਹਰਸ਼ਦੀਪ ਸਿੰਘ ਜੀ ਔਰ ਹੋਰ ਬਹੁਤ ਸਾਰੀਆਂ ਸਤਿਕਾਰ ਸ਼ਖਸੀਅਤਾਂ। ਪੰਜਾਬੀਆਂ ਦਾ ਇੱਕ ਸੁਭਾਅ ਹੈ, ਜਦੋਂ ਬੱਸ 'ਚ ਬਹਿ ਜਾਣਾ ਪੁੱਛਦੇ ਜ਼ਰੂਰ ਆ ਵੀ ਬੱਸ ਸਟੈਂਡ ਕਿੰਨੇ ਵਜੇ ਪਹੁੰਚਣੀ, ਭਾਵੇਂ ਉਹ 6 ਘੰਟੇ ਦਾ ਸਫ਼ਰ ਹੋਵੇ, ਭਾਵੇਂ ਕੋਈ ਹੋਵੇ, ਉਹਨਾਂ ਨੂੰ ਪਤਾ ਹੁੰਦਾ, ਬੱਸ ਵਾਲਿਆਂ ਦਾ ਪਤਾ ਨਹੀਂ ਹੁੰਦਾ ਕਿੱਥੇ ਰੋਕ ਕੇ ਕਿੰਨਾ ਸਮਾਂ ਲਾ ਦੇਣਗੇ। ਮੈਂ ਸੱਚਮੁੱਚ ਬੇਨਤੀ ਕਰ ਰਿਹਾ, ਆਪਾਂ 2 ਘੰਟੇ ਵਿੱਚ ਸਮਾਪਤੀ ਕਰਨੀ ਆ, 2 ਘੰਟੇ ਲਈ ਸਾਰਿਆਂ ਨੇ ਸਹਿਯੋਗ ਦੇਣਾ। 12 ਵੱਜ ਗਏ ਆ, 2 ਵਜੇ ਸਮਾਪਤੀ ਹੋ ਜਾਏਗੀ। ਸਾਡੇ ਪਹਿਲੇ 2 ਬੁਲਾਰੇ 20 ਤੋਂ 25 ਮਿੰਟ ਲਾਉਣਗੇ, ਦੂਸਰੇ ਦੋਨੇ ਬੁਲਾਰੇ 15-15 ਮਿੰਟ ਲਾਉਣਗੇ। ਬਾਬਾ ਜੀ ਹੋਰੀ ਧੰਨਵਾਦ ਕਰਨਗੇ, ਕੋਈ ਸ਼ਖਸੀਅਤਾਂ ਦਾ ਮਾਣ ਸਨਮਾਨ ਹੈ। ਸਿਰਫ 2 ਘੰਟੇ ਦਾ ਆਪ ਸਭ ਦਾ ਪਿਆਰ ਭਰਿਆ ਸਹਿਯੋਗ ਚਾਹੀਦਾ, ਕਿਉਂਕਿ ਮੈਂ ਸਮਝਦਾ ਕਿ ਸਮੇਂ ਦੇ ਅਨੁਸਾਰ, ਰੁੱਤ ਦੇ ਅਨੁਸਾਰ ਅਸੀਂ ਜੇ 10-15 ਮਿੰਟ ਲੇਟ ਵੀ ਹੋਏ ਹਾਂ ਤੇ ਲੇਟ ਵੀ ਬੱਸ ਵਾਲਿਆਂ ਨੂੰ ਕੱਢਣੀ ਆਉਂਦੀ ਹੁੰਦੀ ਹੈ, ਬਾਈਪਾਸ ਕਰਕੇ ਵੀ ਗੱਡੀਆਂ ਲੈ ਜਾਂਦੇ ਨੇ। ਤਾਂ ਮੇਰੇ ਕਹਿਣ ਤੋਂ ਮੁਰਾਦ ਹੈ ਕਿ ਜਿੰਨੇ ਵਿਦਿਆਰਥੀ ਵੀ ਬੈਠੇ ਨੇ, ਆਪਾਂ 2 ਵਜੇ ਤੱਕ ਸਮਾਪਤੀ ਕਰਨੀ, ਪ੍ਰਸ਼ਾਦਾ ਬਾਅਦ ਵਿੱਚ ਆਪਾਂ ਸਾਰਿਆਂ ਨੇ ਪਰਿਵਾਰ ਰੂਪ ਵਿੱਚ ਇਕੱਠਿਆਂ ਛਕਣਾ ਲੰਗਰ ਪ੍ਰਸ਼ਾਦਾ। ਇਸ ਲਈ ਹੁਣ ਅਸੀਂ ਤੁਹਾਡੇ ਪਿਆਰ ਤੇ ਸਹਿਯੋਗ ਦੇ ਨਾਲ ਜਿਹੜੀ ਹੈ ਸ਼ੁਰੂਆਤ ਕਰ ਰਹੇ ਹਾਂ। ਭਾਈ ਜੀਵਾ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਬਹੁਤ ਅੱਛੇ ਬੁਲਾਰੇ ਨੇ, ਬਾਬਾ ਬੰਤਾ ਸਿੰਘ ਜੀ, ਭਾਈ ਜੀਵਾ ਸਿੰਘ ਜੀ ਔਰ ਇਸੇ ਤਰ੍ਹਾਂ ਹੋਰ ਸਿੱਖਸੀਤਾਂ ਨੇ, ਭਾਈ ਜੀਵਾ ਸਿੰਘ ਜੀ ਉਹਨਾਂ ਦਾ ਇੱਕ ਆਪਣਾ ਭਾਸ਼ਾ ਦਾ ਵਜੂਦ ਹੈ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਹੁਣ ਉਹ ਸਾਡੇ ਬੁਲਾਰਿਆਂ ਨੂੰ ਜੋ ਵੀ ਉਹਨਾਂ ਦੀ ਤਰਤੀਬ ਦਿੱਤੀ ਉਹਦੇ ਅਨੁਸਾਰ ਆਪ ਜੀ ਨਾਲ ਸਾਡੇ ਸਤਿਕਾਰਤ ਬੁਲਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਜੀਵਾ ਸਿੰਘ ਜੀ ਹੁਣ ਸਟੇਜ ਤੇ ਆਉਣ ਜੀ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸਨੇਮਰ ਫਤਿਹ ਦਾਸ ਅਰਜ਼ ਕਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਤਿ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਇੰਦਰਜੀਤ ਸਿੰਘ ਜੀ ਗੋਗਵਾਣੀ ਸਾਹਿਬ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮਹਾਂਪੁਰਖਾਂ ਦੇ ਨਿਰਦੇਸ਼ ਅਨੁਸਾਰ ਸੈਮੀਨਾਰ ਦੀ ਆਰੰਭਤਾ ਹੋ ਚੁੱਕੀ ਹੈ। ਇਹ ਮਹਾਨ 5 ਅੰਤਰਰਾਸ਼ਟਰੀ ਸੈਮੀਨਾਰ ਕੀਤੇ ਜਾਣੇ ਨੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਦੀ ਸਥਾਪਨਾ ਦੇ 50 ਸਾਲੇ ਵਰੇ ਗਣਤੇ। ਸੁਦਾਸ ਬਹੁਤਾ ਸਮਾਂ ਨਾ ਲੈਂਦਾ ਹੋਇਆ ਜਿੱਥੇ ਸਾਡੇ ਮਹਾਨ ਵਿਦਵਾਨ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਉੱਥੇ ਨਾਲ ਨਾਲ ਸਾਡੇ ਮਹਾਂਪੁਰਖ ਸੰਤ ਮਹਾਂਪੁਰਖ ਜਿਹੜੇ ਉਚੇਚੇ ਤੌਰ ਤੇ ਇਸ ਸੈਮੀਨਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਨੇ, ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ, ਉਹਨਾਂ ਦਾ ਵੀ ਕੁਝ ਜ਼ਿਕਰ ਕਰਨ ਦਾ ਯਤਨ ਕਰਾਂ। ਸ਼੍ਰੀਮਾਨ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲੇ ਮੁੱਖ ਬੁਲਾਰੇ ਸੰਤ ਸਮਾਜ,
ਸੰਤ ਬਾਬਾ ਪਾਲ ਸਿੰਘ ਜੀ ਪਟਿਆਲਾ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮਲਕਪੁਰ ਔਰ ਦਮਦਮੇ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤਿੰਨਾਂ ਦੇ ਛੋਟੇ ਸਪੁੱਤਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਉਹ ਵੀ ਹੁਣੇ ਹੁਣੇ ਸੰਗਤ ਵਿੱਚ ਪਹੁੰਚੇ ਨੇ ਮਹਾਂਪੁਰਖਾਂ ਵੱਲੋਂ ਜੀ ਆਇਆਂ ਨੂੰ, ਜਥੇਦਾਰ ਬਾਬਾ ਅਜੀਤ ਸਿੰਘ ਜੀ ਤਰਨਾ ਦਲ, ਸੰਤ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ, ਐਡਵੋਕੇਟ ਸਰਦਾਰ ਲੋਕਦੀਪ ਸਿੰਘ ਜੀ ਘੁੰਮਣ, ਸੰਤ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ, ਸੰਤ ਬਾਬਾ ਮੇਜਰ ਸਿੰਘ ਜੀ ਬਾਲੇ, ਸਰਦਾਰ ਸੁਰਜੀਤ ਸਿੰਘ ਜੀ ਬੁੱਢੇਵਿੰਡ ਮੈਂਬਰ ਐਸ ਜੀ ਪੀ ਸੀ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਮੈਂਬਰ ਐਸ ਜੀ ਪੀ ਸੀ, ਸਾਡੇ ਅਤਿ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਜਿਨ੍ਹਾਂ ਦਾ ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਦਾ ਡਾਕਟਰ ਸਾਹਿਬ ਨੇ ਜ਼ਿਕਰ ਵੀ ਕੀਤਾ, ਉਹਨਾਂ ਦੇ ਨਾਲ ਬੜਾ ਵੱਡਾ ਸਹਿਯੋਗ ਹੈ ਇਹਨਾਂ ਸੈਮੀਨਾਰਾਂ ਦੀ ਸੇਵਾ ਦੇ ਵਿੱਚ, ਕਮੇਟੀ ਦੇ ਵਿੱਚ ਮੈਂਬਰ ਨੇ, ਔਰ ਨਾਲ ਸਰਦਾਰ ਅਮਰਵੀਰ ਸਿੰਘ ਜੀ ਢੋਡ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਉਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ। ਇਸੇ ਤਰ੍ਹਾਂ ਸਾਡੇ ਅਤਿ ਸਤਿਕਾਰਯੋਗ ਅਮਰ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖਾਂ ਦੇ ਸੰਗੀ ਸਾਥੀ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ, ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ, ਸਰਦਾਰ ਦਲਬੀਰ ਸਿੰਘ ਜੀ ਸਾਬਕਾ MLA ਸਾਹਿਬ, ਸਰਦਾਰ ਬਿਕਰਮਜੀਤ ਸਿੰਘ ਜੀ ਕੋਟਲਾ ਮੈਂਬਰ SGPC। ਹੁਣ ਦਾਸ ਬੇਨਤੀ ਕਰੇ ਸਾਡੇ ਅੱਜ ਦੇ ਮੁੱਖ ਬੁਲਾਰੇ ਅਤੇ ਉਹਨਾਂ ਦੇ ਵਿਸ਼ਿਆਂ ਦੀ ਕੁਝ ਜਾਣਕਾਰੀ ਦੇ ਦੇ, ਤਾਂ ਕਿ ਉਹ ਆਪਣੇ ਵਿਚਾਰਾਂ ਦੁਆਰ ਸੰਗਤ ਦੇ ਨਾਲ ਸਾਂਝ ਪਾਉਣ। ਸਾਡੇ ਅਤਿ ਸਤਿਕਾਰਯੋਗ ਅੱਜ ਦੇ ਮੁੱਖ ਬੁਲਾਰੇ ਨੇ ਡਾਕਟਰ ਹਰਭਜਨ ਸਿੰਘ ਜੀ, ਉਹਨਾਂ ਦਾ ਵਿਸ਼ਾ ਹੈ ਟਕਸਾਲ ਸੰਕਲਪ ਅਤੇ ਦਮਦਮੀ ਟਕਸਾਲ। ਇਸੇ ਤਰ੍ਹਾਂ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਬੜੇ ਵੱਡੇ ਵਿਦਵਾਨ ਨੇ, ਉਹਨਾਂ ਦਾ ਵਿਸ਼ਾ ਹੈ ਦਮਦਮੀ ਟਕਸਾਲ ਦੀ ਸਥਾਪਨਾ ਔਰ ਵਿਕਾਸ ਦਾ ਇਤਿਹਾਸ। ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਸਾਹਿਬ, ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ, ਉਹਨਾਂ ਦਾ ਵਿਸ਼ਾ ਹੈ ਦਮਦਮੀ ਟਕਸਾਲ ਦਾ ਸਿੱਖ ਸਮਾਜ ਉੱਪਰ ਪ੍ਰਭਾਵ। ਡਾਕਟਰ ਜਸਵੰਤ ਸਿੰਘ ਜੀ ਬੁੱਗਰਾ, ਉਹਨਾਂ ਦਾ ਵਿਸ਼ਾ ਹੈ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਅਤੇ ਯੋਗਦਾਨ। ਸਾਡੇ ਅਤਿ ਸਤਿਕਾਰਯੋਗ ਪ੍ਰਿੰਸੀਪਲ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਡਾਕਟਰ ਮਹਿਲ ਸਿੰਘ ਜੀ, ਉਹਨਾਂ ਵੀ ਸੰਗਤ ਦੇ ਦਰਸ਼ਨ ਕਰਨੇ ਨੇ। ਇਸੇ ਤਰ੍ਹਾਂ ਬਾਬਾ ਜੀ ਨੇ ਵੀ ਧੰਨਵਾਦ ਕਰਨਾ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਸੋ ਹੁਣ ਮਹਾਂਪੁਰਖਾਂ ਦੀ ਆਗਿਆ ਦੇ ਨਾਲ ਦਾਸ ਬੇਨਤੀ ਕਰੇ ਸਤਿਕਾਰਯੋਗ ਡਾਕਟਰ ਹਰਭਜਨ ਸਿੰਘ ਜੀ, ਸਾਡੇ ਅੱਜ ਪਹਿਲੇ ਬੁਲਾਰੇ ਨੇ, ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਬਾਹਰ ਹੈ ਉਹ ਅੰਦਰ ਆਣ ਕੇ ਬੈਠਣ ਦੀ ਕਿਰਪਾਲਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ, ਪਰਮ ਵਿਵੇਕੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ, ਪੰਥ ਦੀ ਨਿਸ਼ਠਾਵਾਨ ਗੁਰਮੁਖ ਸ਼ਖਸੀਅਤ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ,
ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਡੋਡੇ ਜੀ, ਸਰਦਾਰ ਅਮਰਜੀਤ ਸਿੰਘ ਚਾਵਲਾ, ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਜੀ, ਡਾਕਟਰ ਜਸਵੰਤ ਸਿੰਘ ਬੁਗਰਾ, ਔਰ ਇਸ ਸਮਾਗਮ ਵਿੱਚ ਭਾਗ ਲੈ ਰਹੇ ਸਿੱਖ ਪੰਥ ਦੇ ਪ੍ਰਤਿਸ਼ਠਿਤ ਜਨੋਂ, ਇਸ ਜਿਹੜਾ ਖਾਲਸਾ ਕਾਲਜ ਇੱਥੋਂ ਦੇ ਪ੍ਰਬੰਧਕ ਸਾਹਿਬਾਨ ਅਤੇ ਇਸ ਸਮਾਗਮ ਵਿੱਚ ਭਾਗ ਲੈ ਰਹੇ ਬਹੁਤ ਵਿਵੇਕੀ ਸ਼ਰੋਤਾ ਜਨੋਂ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਗਿਆ ਹੋਈ ਹੈ ਕਿ ਮੈਂ ਟਕਸਾਲ ਦਾ ਜਿਹੜਾ ਸੰਕਲਪ ਹੈ, ਟਕਸਾਲ ਕੀ ਚੀਜ਼ ਹੈ, ਕਿ ਇਹ ਇੱਕ ਸੰਪਰਦਾਇ ਹੈ, ਕਿ ਇੱਕ ਜਥਾ ਹੈ, ਜਾਂ ਇਹ ਕੋਈ ਵਿਲੱਖਣ ਚੀਜ਼ ਹੈ, ਇਸ ਸੰਬੰਧੀ ਆਪਣੇ ਵਿਚਾਰ ਆਪ ਜੀ ਦੇ ਸਨਮੁੱਖ ਰੱਖਾਂ। ਮੇਰਾ ਨਿਵੇਦਨ ਹੈ, ਜਿਹੜਾ ਸਿੱਖ ਧਰਮ ਸ਼ਾਸਤਰ ਹੈ, ਇਹਦੇ ਵਿੱਚ ਸੰਸਾਰ ਪਰਮੇਸ਼ਰ ਦੀ ਬਹੁਤ ਹੀ ਸੁੰਦਰ ਕ੍ਰਿਤੀ ਹੈ, ਬਹੁਤ ਸੁੰਦਰ ਰਚਨਾ ਹੈ, ਪਰਿਪੂਰਨ ਨਹੀਂ ਹੈ ਤੇ ਬਹੁਤ ਸੁੰਦਰ ਹੈ। ਸਤ, ਸੁਹਾਣ, ਸਦਾ, ਮਨ, ਚਾਓ, ਇਹ ਤਿੰਨ ਨਿਸ਼ਾਨੀਆਂ ਹਨ ਜੋ ਕੁਝ ਰੱਬ ਨੇ ਬਣਾਇਆ ਹੈ। ਸਤ ਸਵਰੂਪ ਹੈ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਖਾ। ਇਹਦੀ ਬਿਊਟੀ ਜਿਹੜੀ ਹੈ ਉਹਦਾ ਕੋਈ ਅੰਤ ਨਹੀਂ, ਬਹੁਤ ਸੁੰਦਰ ਬਣਾਇਆ ਹੈ। ਔਰ ਇੱਥੇ ਖੁਸ਼ੀ ਤੇ ਖੇੜਾ ਚਾਰੋਂ ਤਰਫ, ਇਹ ਗੱਲ ਵੱਖਰੀ ਹੈ ਕਿ ਮਨਮੁਖਤਾ ਵਿੱਚ ਉਹ ਨਜ਼ਰ ਨਾ ਆਵੇ। ਉਹਦਾ ਅਭਾਵ ਨਹੀਂ ਹੁੰਦਾ, ਚਾਹੇ ਮਨਮੁਖ ਹੋ ਜਾਈਏ, ਪਰੰਤੂ ਨਜ਼ਰ ਨਹੀਂ ਆਉਂਦਾ, ਦ੍ਰਿਸ਼ਟੀ 'ਚ ਕੁਝ ਹੋਰ ਨਜ਼ਰ ਆਉਣ ਲੱਗ ਜਾਂਦਾ। ਔਰ ਇਸ ਸੁੰਦਰ ਰਚਨਾ ਦੇ ਵਿੱਚ ਜਿਹੜੇ ਜੀਵ ਪਰਮੇਸ਼ਰ ਨੇ ਪੈਦਾ ਕੀਤੇ, ਉਹਨਾਂ ਵਿੱਚੋਂ ਸਰਵੋਤਮ ਮਨੁੱਖ ਹੈ। ਪਰ ਮਨੁੱਖ ਨਾਲ ਹੀ ਸਭ ਤੋਂ ਵੱਡੀ ਸਮੱਸਿਆ ਹੈ, ਜਨਮ ਜਨਮ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਜਿਹੜਾ ਸਿਆਹ ਕਾਲਾ ਮਨੁੱਖ ਹੈ, ਬਾਹਰੋਂ ਚੈਸੇ ਜੈਸਾ ਉਹ ਕਾਲੇ ਰੰਗ ਦਾ ਦਿਸੇ, ਗੋਰੇ ਰੰਗ ਦਾ ਦਿਸੇ, ਸੋਹਣੇ ਵਸਤਰ ਪਾਏ ਹੋਣ, ਮਾੜੇ ਵਸਤਰ ਪਾਏ ਹੋਣ, ਇੱਕ ਚੀਜ਼ ਸਾਫ਼ ਹੈ ਕਿ ਸਾਡੇ ਬਹੁਤਿਆਂ ਵਿੱਚ ਜੋ ਬਾਹਰੋਂ ਦਿਸਦਾ ਹੈ, ਮਨੁੱਖ ਰੱਬ ਨੇ ਐਸਾ ਨਹੀਂ ਸੀ ਬਣਾਇਆ, ਇਹਦੇ ਪਿੱਛੇ ਮਨੁੱਖਤਾ ਵਿੱਚ ਛਿਪ ਗਿਆ ਹੈ, ਅਸਲ ਮਨੁੱਖ ਪਿੱਛੇ ਚਲਾ ਗਿਆ, ਉਹ ਨਜ਼ਰ ਨਹੀਂ ਆ ਰਿਹਾ। ਜਿਹੜਾ ਬਾਹਰ ਦੌੜਿਆ ਫਿਰਦਾ, ਐਸਾ ਰੱਬ ਨੇ ਬਣਾਇਆ ਨਹੀਂ ਸੀ, ਰੱਬ ਨੇ ਸੁੰਦਰ ਬਣਾਇਆ ਸੀ, ਇਹਨੂੰ ਸੋਹਣਾ ਬਣਾਇਆ ਸੀ। ਜੇ ਵੈਸਾ ਹੀ ਹੁੰਦਾ ਜੈਸਾ ਪਰਮੇਸ਼ੁਰ ਨੇ ਬਣਾਇਆ, ਤੇ ਫਿਰ ਤੇ ਸੰਸਾਰ ਦੇ ਵਿੱਚ ਕੋਈ ਇੱਥੇ ਬੁਰਾ ਕਰਮ, ਕੋਈ ਮਾੜਾ ਕਰਮ, ਕੋਈ ਪਾਪ ਦੀ ਕੋਈ ਸੰਕਲਪ ਹੀ ਨਹੀਂ ਸੀ ਹੋਣਾ। ਰੱਬ ਨੇ ਬਹੁਤ ਸੋਹਣਾ ਬਣਾਇਆ,
ਸੋਹਣਾ ਰਿਹਾ ਨਹੀਂ। ਇਸ ਨੂੰ ਸੁੰਦਰ ਕਰਨ ਵਾਸਤੇ ਕੋਈ ਧਰਮ ਆਇਆ, ਧਰਮ ਨਹੀਂ ਧਾਰਮਿਕ ਪੰਥ ਆਏ। ਧਰਮ ਤਾਂ ਕੇਵਲ ਇੱਕ ਹੀ ਹੈ, ਗੁਰੂ ਨਾਨਕ ਸਾਹਿਬ ਦੀ ਇਹ ਵੱਡੀ ਸੰਸਾਰ ਨੂੰ ਦੇਣ ਹੈ ਧਰਮ ਦੇ ਮਾਮਲੇ 'ਚ। ਹੋਰ ਮਹਾਂਪੁਰਖਾਂ ਨੇ ਕਿਹਾ ਕਿ ਉਹ ਆਪਣਾ ਧਰਮ ਚਲਾ ਰਹੇ ਨੇ, ਗੁਰੂ ਨਾਨਕ ਦੇਵ ਜੀ ਨੇ ਕਿਹਾ ਧਰਮ ਤਾਂ ਇੱਕ ਹੀ ਹੈ, ਉਸ ਧਰਮ ਦੀ ਸੇਵਾ ਵਾਸਤੇ ਪੰਥ ਚਲਾ ਰਿਹਾ, ਧਰਮ ਨਹੀਂ ਚਲਾ ਰਿਹਾ, ਨਵਾਂ ਧਰਮ ਨਹੀਂ ਚਲਾ ਰਿਹਾ ਮੈਂ। ਜਿਹੜਾ ਧਰਮ ਚੱਲਿਆ ਆ ਰਿਹਾ, ਜਿਹੜਾ ਤਨੂ ਸੀ ਜਦੋਂ ਮਨੁੱਖ ਨਹੀਂ ਸੀ, ਤੇ ਜਦੋਂ ਇਹ ਪੁੱਜ ਨਹੀਂ ਰਹੇਗਾ ਧਰਮ ਤਾਂ ਨਹੀਂ ਰਹੇਗਾ, ਉਸ ਦੀ ਧਰਮ ਦੀ ਸੇਵਾ ਵਾਸਤੇ ਪੰਥ ਨਵਾਂ ਚਲਾਇਆ। ਇਸ ਕਰਕੇ ਖਾਲਸਾ ਪੰਥ ਸੀ, ਸਿੱਖ ਪੰਥ ਸੀ, ਆ ਸਿੱਖ ਧਰਮ ਆਦਿਕ ਟਰਮਾਂ ਜਿਹੜੀਆਂ ਨੇ ਇਹ ਤੇ ਆ ਨਵੇਂ ਵਿਦਵਾਨਾਂ ਦਿੱਤੀਆਂ ਨੇ ਜਿਹੜੇ ਸਿੰਘ ਸਭਾ ਦੀ ਸੋਚ ਤੋਂ ਪ੍ਰੇਰਕ ਨੇ। ਸਾਡੀ ਸ਼ਬਦਾਵਲੀ ਤੇ ਪੰਥ ਦੀ ਸੀ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਨੇ ਪੰਥ ਦਾ ਸੰਕਲਪ ਦਿੱਤਾ, ਜਿਹੜੇ ਮਹਾਂਪੁਰਸ਼ਾਂ ਧਰਮ ਦਾ ਵੀ ਦਿੱਤਾ। ਉਹਨੇ ਕਿਹਾ, ਕਿਸੇ ਨੇ ਕਿਹਾ ਪੂਜਾ ਪਾਠ ਨਾਲ ਬੰਦਾ ਚੰਗਾ ਬਣ ਸਕਦਾ ਹੈ। ਵੇਦ ਦਾ ਅੰਤਿਮ ਫਲ ਕੀ ਹੈ? ਯੱਗ ਕਰਮ ਕਾਂਡ। ਵੇਦ ਦਾ ਨਿਸ਼ਾਨਾ ਕੀ ਹੈ? ਯੱਗ ਦੇਣ ਕਰਵਾਉਣਾ। ਸਾਰਾ ਸ਼ਾਸਤਰ ਜਿਹੜਾ ਹੈ ਉਹ ਯੱਗ ਕਰਨ ਵਾਸਤੇ ਹੈ। ਜੇ ਵੇਦ ਮੰਤਰ ਸ਼ੁੱਧ ਉਚਾਰਨ ਕਰਨਾ ਤਾਂ ਯੱਗ ਦੀ ਸਫਲਤਾ ਵਾਸਤੇ। ਜੇਕਰ ਜੋਤਿਸ਼ ਹੈ ਵੇਦਾਂਗ ਦਾ ਅੰਗ ਤਾਂ ਯੱਗ ਦਾ ਸਮਾਂ ਢੂੰਡਣ ਵਾਸਤੇ। ਤੋ ਸਾਰਾ ਕੁਛ ਕੇਂਦਰਿਤ ਹੈ ਯੱਗ ਉੱਤੇ। ਕਿਸੇ ਹੋਰ ਨੇ ਕਿਹਾ ਕਿ ਸ਼ਰੀਅਤ ਵਿੱਚ ਰਹਿ ਕੇ ਬੰਦਾ ਚੰਗਾ ਹੋ ਸਕਦਾ। ਪੜ੍ਹਦੇ ਹਾਂ ਨਾ ਮੁਸਲਮਾਨੋ ਸਿਰਫ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ, ਬੰਦੇ ਸੇਧ ਪੰਵੇ ਵਿੱਚ ਬੰਦੀ, ਜਿਹੜਾ ਸ਼ਰੀਅਤ ਚ ਆਏਗਾ ਉਹ ਰੱਬ ਦੇ ਦਰਸ਼ਨ ਕਰ ਲਏਗਾ, ਅੱਲਾਹ ਦੇ ਦਰਬਾਰ ਚ ਪਹੁੰਚ ਜਾਏਗਾ। ਕਿਸੇ ਨੇ ਕਿਹਾ ਮਾਨਵਤਾ ਨਾਲ ਪ੍ਰੇਮ ਹੋਵੇ। ਕਿਸੇ ਨੇ ਕਿਹਾ, ਮਹਾਤਮਾ ਬੁੱਧ ਜੀ ਨੇ ਕਿਹਾ, ਬੌਧਿਕ ਗਿਆਨ ਹੋਵੇ ਬੰਦਾ ਚੰਗਾ ਹੋ ਸਕਦਾ। ਗੁਰੂ ਜੀ ਨੇ ਇੱਕ ਨਵਾਂ ਸੰਕਲਪ ਦੇ ਦਿੱਤਾ। ਉਹਨਾਂ ਨੇ ਕਿਹਾ ਇਸ ਇਹਨਾਂ ਸਾਧਨਾਂ ਨਾਲ ਬੰਦਾ ਚੰਗਾ ਹੋਇਆ ਨਹੀਂ। ਸਹਿ ਸਿਆਣਪਾਂ ਵੀ ਆ ਗਏ, ਸਹਿ ਸਿਆਣਪਾਂ ਲੱਖ ਹੋਈ, ਬੌਧਿਕ ਗਿਆਨ ਨਾਲ ਵੀ ਨਹੀਂ ਚੰਗਾ ਬੰਦਾ ਹੋਇਆ, ਕਰਮ ਕਾਂਡ ਨਾਲ ਚੰਗਾ ਨਹੀਂ ਹੋਇਆ। ਲੱਖਾਂ ਤੀਰਥ ਇਸ਼ਨਾਨ ਕਰ ਲਏ, ਮੌਨ ਵਰਤ ਰੱਖ ਲਏ, ਕੋਈ ਕਰਮ ਬੰਦੇ ਨੂੰ ਚੰਗਾ ਬਣਾ ਹੀ ਨਹੀਂ ਸਕਿਆ, ਸਚਿਆਰ ਨਹੀਂ ਬਣਾ ਸਕਿਆ ਬੰਦਾ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਬੰਦੇ ਨੂੰ ਸਚਿਆਰ ਬਣਾਉਣ ਵਾਸਤੇ ਬੰਦੇ ਨੂੰ ਘੜਨਾ ਪਵੇਗਾ। ਇਸ ਕਰਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਸਿੱਕਾ ਕਾਹਦਾ ਸੀ? ਮਨੁੱਖ ਨੂੰ ਘੜਨਾ ਪਵੇਗਾ, ਇਹਦੇ ਚੋਂ ਖੋਟ ਕੱਢਣਾ ਪਵੇਗਾ। ਇਸ ਵਿੱਚੋਂ ਖੋਟ ਕੱਢ ਕੇ ਇੱਕ ਖਰਾ ਸਿੱਕਾ ਪੈਦਾ ਕਰਨਾ, ਇਹ ਟਕਸਾਲ ਦਾ ਕੰਮ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਜੀ ਦੀ ਮਹਿਮਾ ਕਰਦਿਆਂ ਸੋਈਆਂ 'ਚ ਆਇਆ ਹੈ। ਕੱਚੋਂ ਕੰਚਨ ਪਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਮੁਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹਾ ਹੋਇਓ ਲਾਲ, ਨਜ਼ਰ ਸਤਿਗੁਰ ਜਲ ਧਾਰੈ, ਵਾਹਨ ਮਾਣ ਕੋ ਕਰੇ ਗਿਆਨ ਗੁਰ ਕਹਿਓ ਵਿਚਾਰ, ਕਾਠੋਂ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਿਆ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ੂ ਪ੍ਰੇਤ ਸੁਰ ਨਰ ਪਾਇਆ। ਕਹਿੰਦੇ ਇਹ ਕੱਛ ਹੈ ਤਾਂ ਕੰਚਨ ਬਣਾਉਣਾ, ਇਹ ਬਿਖੇ ਨੂੰ ਅੰਮ੍ਰਿਤ ਕਰਨਾ, ਇਹ ਲੋਹਾ ਹੈ
ਇਸਨੂੰ ਲਾਲ ਬਣਾਉਣਾ ਹੈ। ਦੇਖੋ ਕਿੱਡੇ ਵੱਡੇ ਸੰਕਲਪ ਦਿੱਤੇ ਨੇ, ਇਹ ਨਹੀਂ ਕਿਹਾ ਸਿੱਖ ਬਣਾਉਣਾ ਜਾਂ ਮੈਂ ਮੁਸਲਮਾਨ ਬਣਾਉਣਾ ਜਾਂ ਮੈਂ ਹਿੰਦੂ ਬਣਾਉਣਾ, ਕੁਛ ਨਹੀਂ ਕਿਹਾ। ਕਹਿੰਦੇ ਨਹੀਂ, ਇਹ ਲੋਹਾ ਹੈ ਇਸਨੂੰ ਲਾਲ ਕਰਨਾ, ਇਹ ਪੱਥਰ ਹੈ ਇਸਨੂੰ ਮਾਨਕ ਕਰਨਾ, ਇਹ ਕਾਠ ਹੈ ਇਸਨੂੰ ਸ਼੍ਰੀਖੰਡ ਕਰਨਾ, ਇਹ ਪਸ਼ੂ ਪ੍ਰੇਤ ਹੈ ਇਸਨੂੰ ਦੇਵਤਾ ਬਣਾਉਣਾ। ਜਿਨ ਮਾਨਸ ਦੇ ਦੇਵਤੇ ਕੀ ਹੈ ਉਹ ਸੰਕਲਪ, ਇਸਨੂੰ ਦੇਵ ਸਰੂਪ ਕਿਵੇਂ ਬਣਾਇਆ ਜਾਵੇ, ਇਸ ਵਾਸਤੇ ਮਹਾਰਾਜ ਜੀ ਨੇ ਇੱਕ ਨਵੀਂ ਟਰਮ ਜਿਹੜੀ ਹੈ ਉਹ ਦਿੱਤੀ, ਉਹ ਸੀ ਟਕਸਾਲ। ਟਕਸਾਲ ਇਹ ਚੀਜ਼ ਹੈ, ਟਕਸਾਲ ਨੇ ਮਨੁੱਖ ਕਰਨਾ ਹੈ, ਵਿਦਿਆ ਨਹੀਂ ਦੇਣੀ ਕਰਨੀ। ਵਿਦਿਆ ਤੇ ਮਨੁੱਖ ਕੋਲ ਹੋਣੀ ਚਾਹੀਦੀ ਹੈ, ਕਿਉਂਕਿ ਰੱਬ ਨੇ ਬੁੱਧੀ ਸਭ ਤੋਂ ਜ਼ਿਆਦਾ ਦਿੱਤੀ, ਤੇ ਬੁੱਧੀਮਾਨ ਹੋਣਾ ਚਾਹੀਦਾ, ਵਿਵੇਕੀ ਹੋਏਗਾ ਚੰਗੇ ਕੰਮ ਕਰੇਗਾ। ਵਿਦਿਆ ਇੱਕ ਪ੍ਰਯੋਜਨ ਹੈ ਟਕਸਾਲ ਦਾ, ਟਕਸਾਲ ਦਾ ਕੇਵਲ ਪ੍ਰਯੋਜਨ ਕਿਸੇ ਵਿਦਿਆਲੇ ਵਾਂਗ ਵਿਦਿਆਰਥੀਆਂ ਨੂੰ ਵਿਦਿਆ ਦੇਣਾ ਨਹੀਂ ਹੈ, ਬਲਕਿ ਵਿਦਿਆਰਥੀ ਨੂੰ ਧਰਮ ਸਾਧਨਾ ਦੇ ਵਿੱਚ ਖਾਸ ਰੂਪ, ਧਰਮ ਸਾਧਨਾ ਰਾਹੀਂ ਖਾਸ ਰੂਪ ਵਿੱਚ ਪਰਿਵਰਤਿਤ ਕਰਨਾ, ਇਹ ਟਕਸਾਲ ਦਾ ਕੰਮ ਹੈ। ਇਸ ਕਰਕੇ ਟਕਸਾਲ ਪੰਥ ਦੀ ਇੱਕ ਸੇਵਾ ਨਹੀਂ ਕਰਦੀ, ਜੇ ਇੱਕ ਸੇਵਾ ਕਰਦੇ ਹੁੰਦੇ ਕਿਹੜੇ ਪਾਠ ਕਰੋ ਜਾਂ ਨਾ ਕਰੋ, ਬਸ ਇਸ ਵੇਲੇ ਇਸ ਐਨੀ ਟਾਈਮ 'ਤੇ ਕਲਾਸ ਆ ਜਾਓ, ਬਾਣੀ ਸਿਖਾ ਦਿਆਂਗੇ, ਕੀਰਤਨ ਸਿਖਾ ਦਿਆਂਗੇ, ਇਹ ਤੁਹਾਡੀ ਇਹਦੇ 'ਚ ਲੈਕਚਰ ਤੁਹਾਨੂੰ ਕਥਾ ਸਿਖਾਵਾਂਗੇ, ਇਤਨਾ ਹੀ ਪ੍ਰਯੋਜਨ ਹੁੰਦਾ। ਪਰ ਇੱਥੇ ਤੇ ਵਿਦਿਆਰਥੀ ਨੂੰ ਕਿਹਾ ਜਾਂਦਾ ਪਿਛਲੇ ਸਾਰੇ ਜੇ ਜੰਜਾਲ ਨੇ ਛੱਡ ਕੇ ਆ, ਇੱਥੇ ਰਹਿ ਕੇ ਪਾਠ ਕਰਨਾ, ਇੱਥੇ ਰਹਿ ਕੇ ਨਿਤਨੇਮ ਕਰਨਾ, ਸੇਵਾ ਕਰਨੀ, ਇਹ ਪਹਿਲਾਂ ਸਿੱਖ, ਕਥਾ ਫਿਰ ਸਿੱਖੀ। ਪਹਿਲਾਂ ਪਾਠ ਕਰਨਾ ਸਿੱਖ ਲੈ, ਪਹਿਲਾਂ ਵਿਵਹਾਰ ਕਰਨਾ ਸਿੱਖ ਲੈ। ਤੇਰਾ ਵਿਵਹਾਰ ਸਮਾਜ 'ਚ ਕਿਹੋ ਜਿਹਾ ਹੋਣਾ ਚਾਹੀਦਾ, ਖਾਲਸੇ ਨਾਲ ਸਿੱਖ ਨਾਲ ਵਿਵਹਾਰ ਕਿਵੇਂ ਹੋਣਾ ਚਾਹੀਦਾ। ਸੰਤ ਮਹਾਂਪੁਰਸ਼ ਆਪਣੇ ਤੋਂ ਵੱਡਾ, ਉਹਦਾ ਅਨੰਦ ਸਤਿਕਾਰ ਕਿਵੇਂ ਕਰਨਾ, ਪਹਿਲਾਂ ਇਹ ਸਾਰੀਆਂ ਗੱਲਾਂ ਸਿੱਖ, ਫਿਰ ਗਿਆਨ ਦੀ ਗੱਲ ਕਰਨੀ। ਜੇ ਇਹ ਨਹੀਂ ਤਾਂ ਗਿਆਨ ਦਾ ਕੀ ਕਰਨਾ, ਗਿਆਨੀ ਤਾਂ ਬਹੁਤ ਨੇ। ਕਿੰਨੇ ਕਿੰਨੇ ਵੱਡੇ ਸਵਾਲ ਜਿਹੜੇ ਨੇ ਉਹ ਅਸੀਂ ਉਪਨਿਸ਼ਦਾਂ ਵਿੱਚ ਪੜ੍ਹਦੇ ਹਾਂ, ਅਤੇ ਕਿੰਨੇ ਕਿੰਨੇ ਵਿਵੇਕੀ ਲੋਕਾਂ ਦੇ ਉਹਦੇ 'ਚ ਜਵਾਬ ਪਏ ਹੋਏ ਨੇ, ਪਰੰਤੂ ਉਹਨਾਂ ਨਾਲ ਕੋਈ ਮਾਨਵਤਾ ਦੀ ਕਲਿਆਣ ਨਹੀਂ ਹੁੰਦੀ। ਗੁਰੂ ਜੀ ਨੇ ਕਿਹਾ ਕਿ ਗਿਆਨ ਨਾਲ ਤਾਂ ਬੰਦਾ ਚੰਗਾ ਨਹੀਂ ਨਾ ਹੋ ਜਾਏਗਾ, ਕੱਲੇਗਾ ਗਿਆਨ ਨਾਲ। ਬੰਦਾ ਚੰਗਾ ਹੋਵੇਗਾ ਜਦੋਂ ਹੁਕਮੀ ਬੰਦਾ ਬਣ ਜਾਏਗਾ, ਹੁਕਮੇ ਰਜਾਈ ਚੱਲਣਾ ਪਹਿਲੀ ਗੱਲ। ਸਭਿਅਕ ਵਿਵਹਾਰ, ਅਨੁਸ਼ਾਸਿਤ ਵਿਵਹਾਰ ਤੋਂ ਮਨੁੱਖ ਨੂੰ ਅਨੁਸ਼ਾਸਿਤ ਕਰਨਾ, ਉਸ ਅੰਦਰੋਂ ਖੋਟ ਕਰਨਾ, ਉਹਨੂੰ ਖਾਲਿਸ ਕਰਨਾ, ਉਹਨੂੰ ਧਰਮ ਸਾਧਕ ਬਣਾਉਣਾ, ਅਤੇ ਫਿਰ ਉਸਨੂੰ ਪੰਥ ਦੀ ਸੇਵਾ ਵਾਸਤੇ ਗਿਆਨੀ ਬਣਾ ਦੇਣਾ, ਜਿਵੇਂ ਸਿੰਘ ਸਾਹਿਬ ਜੀ ਨੇ। ਇਹ ਕਿੰਨਾ ਪਵਿੱਤਰ ਜੀਵਨ ਜਿਉਂਦੇ ਨੇ, ਟਕਸਾਲ 'ਚ ਰਹਿ ਕੇ ਆਏ ਨੇ। ਇਹਨਾਂ ਦਾ ਹਰ ਵਿਵਹਾਰ, ਹਰ ਕਰਮ ਨਿਰਮਲ ਹੈ। ਕਿਉਂ? ਕਿਉਂਕਿ ਇਹ ਟਕਸਾਲ ਵਿੱਚ ਘਰੇ ਹੋਏ ਨੇ। ਕਿਸੇ ਪ੍ਰੋਫੈਸਰ ਦਾ ਵਿਵਹਾਰ ਇਹੋ ਜਿਹਾ ਥੋੜ੍ਹਾ ਹੁੰਦਾ, ਵਿਦਿਆ ਤੁਹਾਡੇ ਕੋਲ ਬਹੁਤ ਹੈ, ਉਹਦਾ PhD ਵੀ ਕੀਤੀ ਹੋਈ ਹੈ। ਸਿੰਘ ਸਾਹਿਬ ਤਾਂ ਆਪਣੇ ਨਾਮ ਨਾਲ ਡਾਕਟਰ ਨਹੀਂ ਲਿਖਦੇ, ਪ੍ਰੋਫੈਸਰ ਨਹੀਂ ਲਿਖਦੇ, ਸ਼ਾਇਦ ਪ੍ਰੋਫੈਸਰਾਂ ਦੀ ਵੀ ਵਿਦਿਆ ਨਾ ਪ੍ਰਾਪਤ ਕੀਤੀ ਹੋਵੇ, ਪਰੰਤੂ ਜੋ ਇਹਨਾਂ ਨੇ ਕੀਤਾ ਹੈ ਪ੍ਰਾਪਤ, ਉਹ ਕਿਸੇ ਯੂਨੀਵਰਸਿਟੀ, ਕਿਸੇ ਵਿਦਿਆਲੇ ਵਿੱਚੋਂ ਨਹੀਂ ਮਿਲ ਸਕਦਾ। ਜਿਸ ਵਿਦਿਆਲੇ ਵਿੱਚ ਇਹ ਰਹੇ ਨੇ, ਉਹ
ਦੇਖਦਾ ਸੀ ਘੜੀਏ ਸੁਰਤ ਮਤ ਮਨ ਬੁੱਤ ਤਿੱਥੇ ਘੜੀਏ ਸੁਰਾ ਸਿੱਧਾਂ ਕੀ ਸੁਖ। ਗਿਆਨ ਵੀ ਉੱਚਾ ਹੈ, ਜੀਵਨ ਉਸ ਤੋਂ ਵੀ ਉੱਚਾ ਹੈ, ਤਾਂ ਕਿ ਅਹੰਕਾਰ ਗਿਆਨ ਦਾ ਅਹੰਕਾਰ ਕਦੇ ਜੀਵਨ ਨਮਸ਼ ਕਰ ਦੇਵੇ। ਜੀਵਨ ਪਹਿਲਾਂ ਲਵੇਗਾ, ਗਿਆਨ ਤਾਂ ਹੁੰਦਾ ਰਹੇਗਾ, ਘੱਟ ਹੋਵੇ ਤਾਂ ਵੀ ਚੱਲੇਗਾ, ਪਰੰਤੂ ਜੇ ਜੀਵਨ ਖਰਾਬ ਹੋ ਗਿਆ ਤਾਂ ਸਾਰੀ ਮਨੁੱਖਤਾ ਖਰਾਬ ਹੋ ਜਾਏਗੀ ਹੌਲੇ ਹੌਲੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਟਕਸਾਲ ਨੂੰ ਐਡੀ ਵੱਡੀ ਸੇਵਾ ਦਿੱਤੀ ਹੈ। ਟਕਸਾਲ ਦੀ ਸਥਾਪਨਾ ਕਿਸੇ ਨੇ ਕੀਤੀ ਹੈ? ਟਕਸਾਲ ਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਵਿਦਿਆ ਦੇ ਦਾਤੇ ਨੇ, ਗਿਆਨ ਦੇ ਮੂਲ ਨੇ। ਇੱਕ ਵਾਰੀ ਕਿਸੇ ਸੈਮੀਨਾਰ ਵਿੱਚ ਪ੍ਰੋਫੈਸਰ ਸੁਰੂਪਾ ਸਿੰਘ ਜੀ ਸਨ, ਉੱਥੇ ਬੀਬੀ ਲੱਗੀ ਇੱਕ ਭਾਸ਼ਣ ਦੇਣ। ਗੁਰੂ ਜੀ ਉੱਥੇ ਗਏ, ਸਿੱਖਿਆ ਗੁਰੂ ਜੀ ਉੱਥੇ ਗਏ, ਸਿੱਖਿਆ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨਾਂ ਕੋਲ ਗਏ, ਸਿੱਖਿਆ ਬੁੱਧਾਂ ਕੋਲ ਗਏ। ਮੈਂ ਕਿਹਾ ਤੈਨੂੰ ਸਮਝ ਨਹੀਂ ਆਈ ਕਿ ਗੁਰੂ ਨਾਨਕ ਦੇਵ ਸਿਖਾਉਣ ਆਏ ਸੀ ਕਿ ਸਿੱਖਣ ਵਾਸਤੇ ਆਏ ਸੀ? ਸਾਡੇ ਵਿਦਵਾਨ ਸਿੱਧ ਗੋਸ਼ਟੀ ਇੱਕ ਸੰਵਾਦ ਹੈ, ਸੰਵਾਦ ਤਾਂ ਦੋ ਬਰਾਬਰ ਦੇ ਵਿਅਕਤੀਆਂ ਚ ਹੁੰਦਾ ਹੈ। ਇਹ ਤਾਂ ਉਪਦੇਸ਼ ਹੈ ਸਿੱਧਾਂ ਨੂੰ, ਜਿਹੜੀ ਗੋਸ਼ਟੀ ਕੀਤੀ ਹੈ, ਤੁਹਾਡਾ ਰਸਤਾ ਠੀਕ ਨਹੀਂ ਹੈ, ਗੱਲਾਂ ਬਾਤਾਂ ਕਰਨ ਥੋੜ੍ਹਾ ਗਏ ਸੀ, ਕੁਝ ਮੈਨੂੰ ਸਿਖਾ ਦੇ, ਕੁਝ ਮੈਂ ਤੇਰੀ ਤੋਂ ਸਿੱਖ ਲਵਾਂ। ਗੁਰੂ ਨਾਨਕ ਦੇਵ ਜਗਤ ਦੇ ਗੁਰੂ ਹਨ, ਸਿਖਾਉਣ ਵਾਸਤੇ ਜਗਤ ਨੂੰ ਗਏ ਨੇ। ਇਸ ਕਰਕੇ ਇਹ ਗੋਸ਼ਟੀ, ਇਹ ਦੋ ਵਿਅਕਤੀਆਂ ਵਿਚਲਾ ਸੰਵਾਦ ਨਹੀਂ ਹੈ, ਇਹ ਗੁਰੂ ਦਾ ਉਪਦੇਸ਼ ਹੈ। ਦੋ ਭਾਗਨ ਸਿੱਧ ਗੋਸ਼ ਦੇ ਧਿਆਨ ਨਾਲ ਦੇਖਣਾ, ਪਹਿਲੀਆਂ ਪੌੜੀਆਂ ਚ ਵਿਚਾਰ ਕਰਕੇ ਫਿਰ ਆਪਣਾ ਮਨ ਦ੍ਰਿੜ ਕਰਵਾਉਂਦੇ ਨੇ ਕਿ ਨਾਮ ਤੋਂ ਬਿਨਾਂ ਬੰਦਾ ਕੁਝ ਨਹੀਂ ਹੈ, ਗੁਰੂ ਤੋਂ ਬਿਨਾਂ ਬੰਦਾ ਕੁਝ ਨਹੀਂ ਹੈ। ਦੂਜਾ ਭਾਗ ਸ਼ੁਰੂ ਹੁੰਦਾ ਹੈ ਕਵਨ ਮੂਲ ਕਵਨ ਮਤ ਵੇਲਾ, ਇੱਥੋਂ ਦੂਜਾ ਭਾਗ ਸ਼ੁਰੂ ਹੋ ਗਿਆ। ਇਹ ਨਾਥਾਂ ਵਾਲੀ ਗੋਸ਼ਟੀ ਸ਼ੁਰੂ ਹੋ ਗਈ, ਪਹਿਲਾਂ ਸਿੱਧਾਂ ਵਾਲੀ ਹੈ, ਇਹ ਨਾਥਾਂ ਵਾਲੀ ਗੋਸ਼ਟੀ ਸ਼ੁਰੂ ਹੋ ਗਈ, ਕਿਉਂਕਿ ਇਹ ਸਵਾਲ ਗੋਰਖ ਬਾਣੀ ਦਾ ਹੈ, ਕਵਨ ਮੂਲ ਕਵਨ ਮਤ ਵੇਲਾ। ਤੋ ਇੱਥੋਂ ਸ਼ੁਰੂ ਹੋਈ, ਫਿਰ ਸਵਾਲ ਪੂਰੇ ਹੋ ਗਏ, ਉੱਤਰ ਪੂਰੇ ਹੋ ਗਏ, ਫਿਰ ਆਪਣਾ ਮਤ ਦ੍ਰਿੜਾਇਆ ਕਿ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਬੰਦਾ ਕੁਛ ਨਹੀਂ ਹੈ, ਮਨੁੱਖ ਕੁਝ ਨਹੀਂ ਹੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਹੈ। ਤੋ ਟਕਸਾਲ ਵਿਦਿਆ ਦੇ ਦਾਤੇ, ਜਿਹੜੇ ਮੈਂ ਬੇਨਤੀ ਕਰ ਦੇਵਾਂ, ਅਸੀਂ ਤੇ ਸਿਰਫ ਗੁਰੂ ਗੋਬਿੰਦ ਸਿੰਘ ਕਲਮ ਚਲਾਉਣ ਵਾਲੇ ਨਹੀਂ ਹੈ। ਤੁਸੀਂ ਵੇਖ ਲਓ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਉਹ ਲੱਗਦਾ ਹੈ ਕਿ ਮੈਟਲ ਦੀ ਨਿੱਬ ਨਾਲ ਹਨ, ਉਹ ਨਿੱਬ ਦੇ ਇਸ਼ਾਰ ਕਰਨ ਵਾਲੇ ਹਨ, ਉਹ ਕਲਮ ਦੇ ਇਸ਼ਾਰ ਕਰਨ ਵਾਲੇ ਨੇ। ਤੀਰ ਦੀ ਮੁਖੀ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਇੱਕ ਪ੍ਰਕਾਰ ਦੀ ਲਿਖਣ ਵਾਲੀ ਨਿੱਬ ਸੀ, ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਦਾ ਆਵਿਸ਼ਕਾਰ ਕੀਤਾ ਸੀ। ਇੱਡੇ ਵੱਡੇ ਵਿਦਿਆ ਦੇ ਦਾਤੇ ਮਹਾਰਾਜ ਜੀ, ਉਹਨਾਂ ਨੇ ਇਹ ਟਕਸਾਲ ਚਲਾਈ ਹੈ, ਜਿਸ ਨੇ ਇੱਕ ਸਾਬਤ ਇਨਸਾਨ, ਇਹ ਦੋ ਫਾੜ ਹੋ ਗਿਆ ਬਾਣੀ ਪੜ੍ਹਦੇ ਆ ਨਾ, ਜੇ ਇੱਕ ਹੋ ਤਾਂ ਉੱਕੂ ਹੈ। ਹੁਣ ਤੇ ਕੀ ਹੋਇਆ, ਇਹ ਦਾਲ ਦਾ ਦਾਣਾ ਹੋ ਗਿਆ, ਟੁੱਟ ਗਿਆ। ਇਸ ਨੂੰ ਘੜ ਕੇ ਸਾਬਤ ਕਰਨਾ, ਇਹ ਟਕਸਾਲ ਦਾ ਕਰਮ ਹੈ। ਟਕਸਾਲ ਸੰਪਰਦਾਇ ਕਿਉਂ ਨਹੀਂ? ਕਿਉਂਕਿ ਸੰਪਰਦਾਇ ਸੇਵਾ ਪੰਥ ਹੈ। ਜਿਵੇਂ ਕਿਸੇ ਨੇ ਸੇਵਾ ਲੈ ਲਈ, ਸੇਵਾ ਪੰਥ ਹੋ ਗਿਆ। ਕਿਸੇ ਨੇ ਲੈ ਲਿਆ ਸੰਸਕ੍ਰਿਤ ਦੇ ਗਿਆਨ ਤੇ ਗੁਰਮਤ ਦੇ ਗਿਆਨ ਦੀ ਤੁਲਨਾ ਕਰਕੇ ਗੁਰਮਤ ਦੀ ਉੱਚਤਾ ਸਥਾਪਿਤ ਕਰਨੀ, ਉਹ ਨਿਰਮਲ ਭੇਖ ਹੋ ਗਿਆ। ਇੱਕ ਪ੍ਰਯੋਜਨ ਹੈ ਸਿਰਫ ਵਿਦਿਆ ਦਾ, ਗਿਆਨ ਦਾ। ਤੇ ਕਿਸੇ ਨੇ ਇਹ ਸੋਚ ਲਿਆ ਕਿ ਘਰੋਂ ਦੂਰ ਉਦਾਸੀ ਲੈ ਕੇ ਬਾਣੀ ਦਾ ਪ੍ਰਚਾਰ ਕਰਨਾ, ਉਦਾਸੀ ਹੋ ਗਿਆ। ਇੱਕ ਇੱਕ ਸੇਵਾ ਜਿਹੜਾ ਕੋਈ ਕਰਦਾ ਹੈ ਔਰ ਆਪਣੇ ਢੰਗ ਨਾਲ ਕਰਦਾ ਹੈ, ਉਹ ਕੀ ਹੁੰਦਾ? ਉਹ ਸੰਪਰਦਾਇ ਹੁੰਦੀ ਹੈ।
ਜਿਹੜੀ ਸੇਵਾ ਟਕਸਾਲ ਕਰ ਰਹੀ ਹੈ, ਪਹਿਲੀ ਗੱਲ ਤਾਂ ਸਮਝ ਲਈਏ, ਟਕਸਾਲ ਕਿਸੇ ਸਰਕਾਰ ਦੀ ਜਿੱਥੇ ਸਿੱਕਾ ਬਣਦਾ ਟਕਸਾਲ ਤੋਂ ਹੀ ਹੈ, ਜਿੱਥੇ ਸਿੱਕਾ ਬਣਦਾ ਉਹ ਟਕਸਾਲ ਕੇਵਲ ਇੱਕ ਸਰਕਾਰ ਦੀ ਇੱਕੋ ਹੀ ਹੁੰਦੀ ਹੈ, ਦੋ ਚਾਰ ਛੇ ਦਸ ਟਕਸਾਲਾਂ ਕਦੇ ਨਹੀਂ ਹੋ ਸਕਦੀਆਂ। ਇਸ ਕਰਕੇ ਟਕਸਾਲ ਸਿੱਖੀ ਦੀ ਇਹ ਇੱਕੋ ਹੀ ਹੈ ਜਿਹੜੀ ਗੁਰੂ ਦੀ ਮੋਹਰ ਲਾ ਕੇ ਬੰਦਾ ਸਿੱਕਾ ਹੈ, ਗੁਰੂ ਦੀ ਮੋਹਰ ਲਾ ਕੇ ਪੰਥ ਦੀ ਸੇਵਾ ਵਾਸਤੇ, ਮਨੁੱਖਤਾ ਦੀ ਸੇਵਾ ਵਾਸਤੇ ਬੰਦਾ ਭੇਜਿਆ ਜਾਂਦਾ ਕਿ ਇਹ ਗੁਰੂ ਦੀ ਮੋਹਰ ਲੱਗੀ ਹੋਈ ਹੈ, ਗਲਤ ਕੰਮ ਨਹੀਂ ਕਰੇਗਾ। ਇਹਦੇ ਕੋਲ ਗਿਆਨ ਤਾਂ ਬਹੁਤ ਹੈ, ਪਰੰਤੂ ਉਸ ਤੋਂ ਜ਼ਿਆਦਾ ਇਹਦੇ ਕੋਲ ਮਾਨਵਤਾ ਦੀ ਸੇਵਾ ਹੈ, ਇਤਨੀ ਸੇਵਾ ਹੈ ਇਹਦੇ ਕੋਲ ਮਾਨਵਤਾ ਦੀ ਕਿ ਜੇ ਸਿਰ ਤਲੀ ਤੇ ਧਰ ਕੇ ਲੜਨਾ ਪਵੇ ਤਾਂ ਇਹ ਲੜੇਗਾ ਔਰ ਲੜਦਾ ਰਹੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਬਹੁਤ ਵੱਡੀ ਬਖਸ਼ਿਸ਼ ਹੈ। ਇੱਕ ਗੱਲ ਦਸਵੇਂ ਪਾਤਸ਼ਾਹ ਨੇ ਜਦੋਂ ਵਿਦਿਆਰਥੀਆਂ ਨੂੰ ਵਿਦਿਆ ਦੇਣੀ ਆਰੰਭ ਕੀਤੀ, ਟਕਸਾਲ ਦਾ ਆਰੰਭ ਕੀਤਾ, ਤਾਂ ਮਹਾਂਪੁਰਖਾਂ ਨੇ, ਇਹ ਤਾਂ ਜਾਣਦੇ ਨੇ, ਮੈਂ ਆਪ ਜੀ ਬਹੁਤ ਜਾਣਦੇ ਨੇ, ਮੈਂ ਆਪ ਜੀ ਨੂੰ ਕੀ ਦੱਸਾਂਗਾ, 48 ਨਿਯਮ ਦੱਸੇ। ਇਹਦੇ ਵਿੱਚੋਂ ਪੰਜਵਾਂ ਨਿਯਮ ਜੋ ਪ੍ਰਕਾਸ਼ਿਤ ਹੈ ਸ਼੍ਰੀ ਦਮਦਮੀ ਟਕਸਾਲ ਵੱਲੋਂ, ਉਹ ਕੀ ਹੈ? ਖਾਲਸਾ ਪੰਥ ਦੀ ਜਥੇਬੰਦੀ ਵਿੱਚ ਆਪਣੇ ਆਪ ਨੂੰ ਸਦਾ ਜਾਣੇ, ਵੱਖਰੀ ਪਹਿਚਾਣ ਨਹੀਂ ਬਣਾਉਣੀ। ਟਕਸਾਲ ਦੀ ਪਹਿਚਾਣ, ਟਕਸਾਲ, ਟਕਸਾਲ ਦਾ ਜਾਮਾ, ਟਕਸਾਲ ਦਾ ਵਿਵਹਾਰ ਇੱਕ ਚੀਜ਼ ਵੀ ਪੰਥ ਨਾਲੋਂ ਵਿਲੱਖਣ ਨਹੀਂ ਹੈ, ਕਿਉਂਕਿ ਆਪਣਾ ਆਪਾ ਥੋੜ੍ਹਾ ਜਿਣਾਉਣਾ। ਬੰਦੇ ਉਹ ਪੈਦਾ ਕਰਨੇ ਨੇ ਜਿਹੜੇ ਆਪਣਾ ਆਪਾ ਕਦੇ ਜਿਣਾਉਣਗੇ ਨਾ। ਜੋ ਟ੍ਰੈਡੀਸ਼ਨਲ ਡਰੈਸ, ਜੋ ਖਾਣਾ ਪੀਣਾ ਪਹਿਨਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਾਈਨਲ ਕਰ ਗਏ, ਅੰਤਿਮ ਕਰ ਗਏ, ਟਕਸਾਲ ਕੋਲ ਉਹ ਹੀ ਹੈ। ਟਕਸਾਲ ਦੇ ਕੋਲ ਉਹ ਹੀ ਜੰਮ ਹੈ, ਉਹ ਹੀ ਵਿਵਹਾਰ ਹੈ, ਉਹ ਹੀ ਗੁਣ ਹੈ। ਤੋ ਕਿਆ ਖਾਲਸਾ ਪੰਥ ਦੀ ਜਥੇਬੰਦੀ ਵਿੱਚ ਆਪਣੇ ਆਪ ਨੂੰ ਸਦਾ ਜਾਣੇ, ਪੰਥ ਤੋਂ ਉਲਟੇ ਉਲਟ ਕਦੇ ਨਾ ਹੋਵੇ, ਪੰਥ ਦੀ ਨਿੰਦਾ ਨਾ ਕਰੇ। ਫਿਰ ਅੱਗੇ ਕਿਹਾ ਸ਼ਸਤਰਧਾਰੀ ਸੂਰਬੀ ਦੀ ਰਾਖੀ ਵਾਸਤੇ ਸੀਸ ਕੁਰਬਾਨ ਕਰ ਦੇਵੇ, ਐਸਾ ਸ਼ਸਤਰਧਾਰੀ ਸੂਰਬੀਰ ਵੀ ਨਾਲ ਨਾਲ ਹੋਵੇ, ਕਾਇਲ ਨਾ ਬਣੇ। ਇਹ ਉਪਦੇਸ਼ ਪੰਜਵਾਂ ਉਪਦੇਸ਼ ਹੈ। ਇੱਕ ਹੋਰ, ਗੁਰਸਿੱਖੀ ਸਭ ਤੋਂ ਉੱਚੀ ਜਾਣੇ। ਕਦੇ ਕਦੇ ਅਸੀਂ ਬਾਹਰੀ ਪ੍ਰਭਾਵਾਂ ਵਿੱਚ ਗੁਰਸਿੱਖੀ ਨੂੰ ਛੋਟਾ ਕਰ ਦਿੰਦੇ ਹਾਂ। ਮੈਂ ਪੜ੍ਹ ਰਿਹਾ ਸੀ ਕਿ ਟਕਸਾਲ ਹਰ ਪੁੱਤਰ ਦੇ ਉੱਤੇ ਸਿੱਖੀ ਦੇ ਵਿਚਾਰ ਨੂੰ ਉੱਚਾ ਕਿਵੇਂ ਰੱਖਦੀ ਹੈ, ਹਰ ਤਰੀਕੇ ਨਾਲ ਸਿੱਖੀ ਨੂੰ ਛੋਟਾ ਨਹੀਂ ਕਿਤੇ ਹੋਣ ਦਿੰਦਾ। ਇਹ ਨਹੀਂ ਕਿ ਗੁਰੂਆਂ ਨੂੰ ਹੋਰ ਬਿਨਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਨਾਲ ਮਿਲਾ ਦਿੱਤਾ ਹੋਵੇ, ਉਹਨਾਂ ਦਾ ਸਤਿਕਾਰ ਕੀਤਾ, ਪਰੰਤੂ ਕਿਹਾ ਹੈ ਕਿ ਗੁਰੂ ਪਦ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਕੋਲ ਹੈ, ਕਿਸੇ ਕੋਲ ਨਹੀਂ। ਇਹ ਯਾਦ ਰੱਖਣਾ, ਗੁਰੂ ਪਦ ਕਿਸੇ ਹੋਰ ਕੋਲ ਨਹੀਂ ਹੈ। ਕਿਆ ਦੇਵਤੇ ਜਿਹੜੇ ਅਵਤਾਰ ਨੇ, ਇਹਦੇ ਦੇਵਤਿਆਂ ਦੇ ਅਵਤਾਰ ਨੇ, ਰੱਬ ਦੇ ਅਵਤਾਰ ਥੋੜ੍ਹਾ ਨੇ। ਦੇਵਤਾ ਗੁਰੂ ਨਹੀਂ ਹੋ ਸਕਦਾ, ਅਵਤਾਰ ਗੁਰੂ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਅਵਤਾਰ ਬਣ ਕੇ ਸੰਸਾਰ 'ਚ ਆਇਆ ਹੈ, ਉਹ ਤਾਂ ਦੇਵਤਾ ਹੈ। ਪਰੰਤੂ ਗੁਰੂ ਨਾਨਕ ਦੇਵ ਜੀ ਕੀ ਨੇ? ਸੰਤ ਰਵਿਦਾਸ ਜੀ ਕਹਿ ਦਿਆਂਗੇ, ਨਹੀਂ, ਜੋ ਟਰਮ ਗੁਰੂ ਜੀ ਨੇ ਦਿੱਤੀ ਹੈ, ਟਕਸਾਲ ਨੇ ਉਹ ਰੱਖੀ ਹੈ,
ਇਹ ਭਗਤ ਹਨ ਔਰ ਇਹਨਾਂ ਨੂੰ ਭਗਤ ਜਾਣਨਾ, ਇਹਨਾਂ ਨੂੰ ਗੁਰੂ ਕਰਕੇ ਨਹੀਂ ਜਾਣਨਾ, ਬਾਣੀ ਦਾ ਸਤਿਕਾਰ ਕਰਨਾ। ਫਿਰ ਇੱਕ ਗੱਲ ਕਹੀ, ਵੇਦ ਦੇ ਹੁੰਦਿਆਂ ਗੁਰਬਾਣੀ ਦੀ ਕੀ ਲੋੜ ਸੀ? ਜਦੋਂ ਵੇਦ ਹੈ ਗੁਰਬਾਣੀ ਦੀ ਕੀ ਲੋੜ ਹੈ? ਇੱਕ ਵਿਚਾਰ ਉਸ ਤੋਂ ਪਹਿਲਾਂ, ਟਕਸਾਲ ਦੇ ਅਨੁਸਾਰ ਗੁਰਬਾਣੀ ਤੇ ਸਿੱਖ ਵਿਚਾਰਧਾਰਾ ਵੇਦ ਦੀ ਵਿਰੋਧੀ ਨਹੀਂ ਹੈ, ਇਹ ਧਿਆਨ ਦੇਣਾ। ਵੇਦ ਦੀ ਵਿਰੋਧੀ ਨਹੀਂ ਹੈ ਟਕਸਾਲ ਦੀ ਜਿਹੜੀ ਗੁਰਮਤ ਮਰਿਆਦਾ ਹੈ, ਪਰ ਨਾਲ ਕਿਹਾ ਹੈ ਵੇਦ ਦੀ ਅਨੁਸਾਰੀ ਵੀ ਨਹੀਂ ਹੈ, ਨਾ ਵੇਦ ਦੀ ਨਿੰਦੇ ਨਾ ਵੇਦ ਦੀ ਮੰਨੇ। ਇਹਦੀ ਆਪਣੀ ਇੱਕ ਵਿਲੱਖਣ ਪਹਿਚਾਣ ਹੈ, ਕਿਸੇ ਤੋਂ ਕੁਛ ਨਹੀਂ ਲਿਆ। ਗੁਰਬਾਣੀ ਦਾ ਵਿਚਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਸੁਤੰਤਰ ਰੂਪ ਵਿੱਚ ਆਇਆ। ਇਹ ਵਿਚਾਰ ਜਿਹੜਾ ਹੈ ਇਤਨਾ ਉੱਚਾ ਟਕਸਾਲ ਨੇ ਸਾਨੂੰ ਦਿੱਤਾ ਹੈ। ਇਸੇ ਤਰ੍ਹਾਂ ਇਹ ਕਿਹਾ ਕਿ ਜਿਹੜਾ ਵੇਦ ਹੈ, ਵੇਦ ਦੇ ਹੁੰਦਿਆਂ ਬਾਣੀ ਦੀ ਕੀ ਲੋੜ? ਕਹਿੰਦੇ ਵੇਦ ਵਿੱਚ ਬੜੇ ਗੁਣ ਨੇ, ਵੇਦ 'ਚ ਬੜਾ ਗਿਆਨ ਹੈ, ਇੱਕ ਚੀਜ਼ ਨਹੀਂ ਭਾਵ ਭਗਤੀ ਨਹੀਂ ਹੈ, ਕਰਮਕਾਂਡ ਹੈ, ਗਿਆਨ ਹੈ, ਸਾਰਾ ਕੁਛ ਹੈ। ਜਿਹੜੀ ਚੀਜ਼ ਨਹੀਂ ਹੈ ਉਹ ਭਾਵ ਭਗਤੀ ਨਹੀਂ ਹੈ। ਇਸ ਕਰਕੇ ਗੁਰਬਾਣੀ ਦੀ ਲੋੜ ਸੀ ਵੇਦ ਦੇ ਹੁੰਦਿਆਂ ਨੂੰ।
ਤੇਰੇ ਮਨ ਵਿੱਚ ਸਲਾਖੜਾਓ ਹੈ, ਸਾਰਾ ਕੁਝ ਰੱਬ ਨੂੰ ਸੰਬੋਧਿਤ। ਕਿੱਥੇ ਇਸ ਪੰਕਤੀ ਵਿੱਚ ਰੱਬ ਨੂੰ ਸੰਬੋਧਨ ਕੀਤਾ ਗਿਆ ਹੈ? ਉਸ ਨੂੰ ਤੇ ਸੰਬੋਧਨ ਹੀ ਕੀਤਾ ਗਿਆ। ਇਹ ਤਾਂ ਇਹ ਦੱਸਿਆ ਗਿਆ, ਇਹ ਸਟੇਟਮੈਂਟ ਹੈ ਕਿ ਪਰਮਾਤਮਾ ਐਸਾ ਹੈ, ਉਸ ਨੂੰ ਨਹੀਂ ਕਿਹਾ ਤੂੰ ਸੋਹਣਾ ਹੈ। ਟਕਸਾਲ ਨੇ ਅਰਥ ਜਿਹੜੇ ਬਣਾਏ ਉਹਦੇ ਵਿੱਚ ਕਿਹਾ ਉਹ ਸੱਚ ਸਰੂਪ ਹੈ, ਤੂੰ ਤੂੰ ਸਦਾ ਥਿਰ ਨਹੀਂ ਹੈ, ਉਹ ਸੱਚ ਸਰੂਪ ਹੈ, ਉਹ ਸ਼ੋਭਨੀਕ ਚੇਤਵਨ ਸਰੂਪ ਹੈ, ਤੇ ਤੀਜਾ ਸਦਾ ਆਨੰਦ ਸਰੂਪ ਹੈ। ਸਤ ਚਿੱਤ ਆਨੰਦ, ਸੱਚੀ ਦਾ ਆਨੰਦ ਜਿਹੜਾ ਪੜ੍ਹਦੇ ਹਾਂ ਚਾਪ ਸਾਹਿਬ ਵਿੱਚ, ਇਹ ਦੱਸਿਆ ਕਿ ਇਹ ਸੱਚ ਦਾ ਆਨੰਦ ਹੈ। ਐਵੇਂ ਹੀ ਊਟ ਪਟਾਂਗ ਅਰਥ ਨਾ ਬਣਾਈ ਜਾਓ। ਤੋ ਜੋ ਜੋ ਕੰਟਰੀਬਿਊਸ਼ਨ ਟਕਸਾਲ ਦੀ ਹੈ, ਇਹ ਤਾਂ ਮੈਂ ਸਮਝਦਾ ਕਿ ਜਿਵੇਂ ਪਵਨ ਗੁਰੂ ਪਾਣੀ ਪਿਤਾ ਹੈ। ਹੁਣ ਇਹ ਸਮੱਸਿਆ ਆ ਗਈ ਸਿੱਖੀ ਵਿੱਚ, ਗੁਰੂ ਨੂੰ ਪਵਨ ਨੂੰ ਗੁਰੂ ਕਿਵੇਂ ਮੰਨਿਆ ਜਾਏ? ਗੁਰੂ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ, ਪਾਣੀ ਨੂੰ ਕਿਵੇਂ ਗੁਰੂ ਮੰਨਿਆ ਜਾਏ? ਇਹ ਸਮੱਸਿਆ ਆ ਗਈ। ਹੁਣ ਟਕਸਾਲ ਨੇ ਦੇਖੋ ਕੀ ਵਾਤਾਵਰਨ ਸਿਰਜਿਆ ਹੈ। ਸਿੱਧਾਂ ਨੂੰ ਜਿਹੜਾ ਜਵਾਬ ਦਿੱਤਾ ਉਹ ਉਹਨਾਂ ਦੀ ਭਾਸ਼ਾ 'ਚ, ਕਿਉਂਕਿ ਟਕਸਾਲ ਦਾ ਇਹ ਵਿਚਾਰ ਹੈ ਜਦੋਂ ਚਾਰ ਅਰਥ ਕੀਤੇ ਜਾਂਦੇ ਨੇ ਤੇ ਉਹ ਕਹਿੰਦੇ ਜੈਸਾ ਅਭਿਗਿਆਨ ਅਭਿਲਾਸ਼ੀ ਹੈ ਵੈਸਾ ਅਰਥ ਉਹਦੇ ਵਾਸਤੇ ਉਚਿਤ ਹੈ। ਸਿੱਧਾਂ ਨੂੰ ਉੱਤਰ ਦਿੱਤਾ ਕਿ ਪਵਨ ਜਿਹੜੀ ਹੈ, ਪਵਨ ਗੁਰੂ ਹੈ, ਪਾਣੀ ਪਿਤਾ ਹੈ, ਜਿਵੇਂ ਦਾ ਉਹਨਾਂ ਦਾ ਈਡੀਅਮ ਸੀ। ਦੂਜਾ ਅਰਥ ਜਦੋਂ ਬਣਾਇਆ ਤੇ ਕਿਹਾ ਗੁਰੂ ਅੰਗਦ ਦੇਵ ਜੀ ਨੇ ਜਦੋਂ ਸਿੱਖਾਂ ਨੂੰ ਉਪਦੇਸ਼ ਕੀਤਾ ਉਦੋਂ ਕੀ ਅਰਥ ਕੀਤੇ ਉਹਨਾਂ ਨੇ? ਕਹਿੰਦੇ ਉਦੋਂ ਅਰਥ ਇਹ ਕੀਤੇ ਕਿ ਪੌਣ ਤੇ ਪੌਣ ਗੁਰੂ ਨਹੀਂ ਹੈ, ਪਾਣੀ ਜਿਹੜਾ ਹੈ ਪਵਨ ਗੁਰੂ, ਪਾਣੀ ਪਾਣੀ ਗੁਰੂ ਨਹੀਂ ਹੈ। ਤੋ ਕਿਹਾ ਕਿ ਸਤਿਗੁਰੂ ਨੂੰ ਪਵਨ ਦੀ ਨਿਆਈ ਹਨ, ਧਿਆਨ ਦੇਣਾ, ਸਤਿਗੁਰੂ ਜੀ ਪਾਣੀ ਦੀ ਨਿਆਈ ਹਨ ਤੇ ਸਤਿਗੁਰੂ ਮਾਤਾ ਦੀ ਨਿਆਈ ਹਨ। ਇਹ ਦੂਜਾ ਅਰਥ ਕਰ ਦਿੱਤਾ। ਅੱਗੇ ਤੀਜੇ ਚੌਥੇ ਪੰਜਵੇਂ ਅਰਥ ਵੀ ਜਿਹੜੇ ਨੇ ਉਹ ਉਪਲਬਧ ਹੋ ਜਾਂਦੇ ਨੇ, ਉਹਦੇ ਲਈ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਤਨਾ ਵਿਚਾਰ ਕਰਾਂ। ਸੋ ਜਿਸ ਤਰੀਕੇ ਨਾਲ ਜੋ ਸਿਸਟਮ ਵਿਦਿਆ ਦਾ ਟਕਸਾਲ ਨੇ ਪ੍ਰਵਾਹਿਤ ਕੀਤਾ ਹੈ, ਉਹ ਮੈਂ ਸਮਝਦਾ ਕਿ ਸਾਡੀ ਜਿਹੜੀ ਮਾਡਰਨ ਵਿਦਿਆ ਹੈ ਉਹਦਾ ਆਧਾਰ ਹੈ। ਇੱਕ ਵਾਰੀ ਯੂਨੀਵਰਸਿਟੀ 'ਚ ਕਿਸੇ ਨੇ ਸਿੱਖ ਅਧਿਐਨ ਅਤੇ ਟਕਸਾਲ ਦਾ ਸੰਬੰਧ ਕੋਈ ਥੀਸਿਸ ਕਿਸੇ ਦਾ ਸੀ, ਤਾਂ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਕਹਿਣ ਲੱਗਾ ਜਦੋਂ ਟਕਸਾਲ ਸੀ, ਟਕਸਾਲ ਜਦੋਂ ਬਣੀ ਉਦੋਂ ਸਿੱਖ ਅਧਿਐਨ ਸੀ। ਮੈਂ ਕਿਹਾ ਵਾਹ ਭਾਈ, ਸਿੱਖ ਅਧਿਐਨ ਕੀ ਹੁੰਦਾ? ਕਹਿੰਦੇ ਸਿੱਖ ਅਧਿਐਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ, ਭਾਈ ਵੀ ਗੁਰਦਾਸ ਜੀ ਦੀ ਸਟੱਡੀ, ਦਸਮ ਗ੍ਰੰਥ ਦੀ ਸਟੱਡੀ। ਤੋ ਮੈਂ ਕਿਹਾ ਯੂਨੀਵਰਸਿਟੀਆਂ ਕਿੱਥੇ ਕਰਵਾਉਂਦੀਆਂ ਨੇ? ਉਹ ਹੀ ਕਰਵਾਉਂਦੇ ਨੇ, ਸਿੱਖ ਅਧਿਐਨ ਤੇ ਹੈ ਹੀ ਉਹਨਾਂ ਕੋਲ। ਫਿਰ ਕਿਸੇ ਕਿੰਤੂ ਨਹੀਂ ਕੀਤਾ, ਫਿਰ ਟੋਪਿਕ ਪਾਸ ਹੋ ਗਿਆ। ਮੈਂ ਕਿਹਾ ਸਿੱਖ ਅਧਿਐਨ ਤੇ ਹੈ ਹੀ ਉਹਦੇ ਉਹਨਾਂ ਕੋਲ, ਹੈ ਸਾਡੇ ਕੋਲ ਕਿੱਥੇ ਹੈ? ਸੋ ਇਹ ਸਿੱਖ ਅਧਿਐਨ ਦੀ ਪਰੰਪਰਾ ਸਥਾਪਿਤ ਕਰਨਾ ਇਹ ਟਕਸਾਲ ਦੀ ਬਹੁਤ ਵੱਡੀ ਦੇਣ ਹੈ, ਔਰ ਸਿੱਖ ਕਰੈਕਟਰ ਜਿਹੜਾ ਹੈ ਉਸਨੂੰ ਬਿਲਡ ਕਰਨਾ, ਔਰ ਖਾਲਸਾ ਕੈਸਾ ਹੋਵੇ ਵੈਸਾ ਪੈਦਾ ਕਰਨਾ, ਔਰ ਉਹਨੂੰ ਫਿਰ ਮਾਨਵਤਾ ਦੀ, ਮਨੁੱਖਤਾ ਦੀ, ਪੰਥ ਦੀ ਸੇਵਾ ਵਿੱਚ ਲਾਉਣਾ, ਅਤੇ ਫਿਰ ਪੰਥ ਦੀ ਸੇਵਾ ਵਿੱਚ ਇਸ ਤਰੀਕੇ ਨਾਲ ਲੱਗ ਜਾਣਾ ਕਿ ਜੇ ਲੋੜ ਪਵੇ ਤਾਂ ਫਿਰ ਬਾਬਾ ਦੀਪ ਸਿੰਘ ਜੀ ਵਾਂਗ, ਬਾਬਾ ਗੁਰਬਖਸ਼ ਸਿੰਘ ਜੀ ਵਾਂਗ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਵਾਂਗ ਸ਼ਹਾਦਤਾਂ ਦੇ ਦੇਣੀਆਂ। ਇਹ ਸਾਰਾ ਕੁਝ ਉਸ ਟਕਸਾਲੀ ਜੀਵਨ ਵਿੱਚੋਂ ਮਿਲਦਾ ਹੈ ਜਿਸ ਟਕਸਾਲ ਦਾ ਇੱਕ ਉਦੇਸ਼ ਹੈ ਮਨੁੱਖ ਨੂੰ ਦੇਵਤਾ ਬਣਾਉਣਾ ਹੈ। ਕੇਵਲ ਇਹ ਪੜ੍ਹਨਾ ਨਹੀਂ ਹੈ ਜੇ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾ, ਉਸਨੂੰ ਪ੍ਰੈਕਟੀਕਲੀ ਕਰਕੇ ਵਿਖਾਉਣਾ ਹੈ, ਇਹ ਟਕਸਾਲ ਦਾ ਕਾਰਜ ਹੈ। ਮੇਰਾ ਸਮਾਂ ਸਮਾਪਤ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ। ਮਹਾਂਪੁਰਖਾਂ ਦਾ ਆਦੇਸ਼ ਸੀ ਕਿ ਸ਼੍ਰੀ ਦਮਦਮੀ ਟਕਸਾਲ ਦਾ ਜਿਹੜਾ ਹੈੱਡ ਆਫਿਸ ਹੈ
ਉਹਦੇ ਅਰਧ ਸ਼ਤਾਬਦੀ ਜਿਹੜੀ ਹੈ ਉਹ ਆ ਰਹੀ ਹੈ। ਤੋ ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਸੈਮੀਨਾਰ ਕਰਨੇ ਨੇ। ਮੈਂ ਕਿਹਾ ਜੋ ਆਗਿਆ ਹੋਵੇਗੀ ਆਪ ਜੀ ਦਾ ਹੁਕਮ ਸਿਰ ਮੱਥੇ ਮੰਨਾਂਗੇ, ਤੋ ਮਹਾਰਾਜ ਕਿਰਪਾ ਕਰਨਗੇ। ਅੱਜ ਬਹੁਤ ਅੱਛਾ ਸ਼ੁਭ ਆਰੰਭ ਹੋਇਆ ਔਰ ਇਹ ਪੰਜੇ ਸੈਮੀਨਾਰ ਬਹੁਤ ਸਫਲ ਹੋਣਗੇ ਔਰ ਅਸੀਂ ਸੰਦੇਸ਼ ਇੱਥੋਂ ਲੈ ਕੇ ਜਾਵਾਂਗੇ ਕਿ ਟਕਸਾਲ ਕੀ ਚੀਜ਼ ਹੈ, ਟਕਸਾਲ ਦਾ ਯੋਗਦਾਨ ਕੀ ਹੈ, ਤਾਂ ਕਿ ਪੰਥ ਜਾਗਰੂਕ ਹੋਏ। ਇਹ ਤਾਂ ਕੋਈ ਪ੍ਰਚਾਰ ਥੋੜ੍ਹਾ ਦਮ ਤੁਸੀਂ ਟਕਸਾਲ ਦਾ ਨਹੀਂ, ਇਹ ਸਿੱਖੀ ਦਾ ਪ੍ਰਚਾਰ ਹੈ, ਇਹ ਪੰਥ ਹੈ। ਮੈਂ ਫਿਰ ਬੇਨਤੀ ਕਰਾਂਗਾ ਟਕਸਾਲ ਸੰਪਰਦਾਇ ਨੂੰ, ਟਕਸਾਲ ਤਾਂ ਪੰਥ ਹੈ। ਤੋ ਪੰਥ ਦਾ ਵਿਸਤਾਰ ਕਰਨਾ, ਪੰਥ ਦੀ ਛਤਰ ਛਾਇਆ 'ਚ ਲੋਕਾਂ ਨੂੰ ਲਿਆਉਣਾ ਇਹ ਸਾਡਾ ਉਦੇਸ਼ ਹੈ। ਇਸ ਕਰਕੇ ਜਗ੍ਹਾ ਜਗ੍ਹਾ ਜਾ ਕੇ ਅਸੀਂ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਕਿ ਭਾਈ ਇਹਨਾਂ ਸੈਮੀਨਾਰਾਂ ਨੂੰ ਅਟੈਂਡ ਕਰੋ ਔਰ ਫਿਰ ਜਦੋਂ ਮਹਿਤਾ ਚੌਕ ਵਿਖੇ ਪੰਜਾਹ ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇ, ਉਸ ਵੇਲੇ ਸਾਰੀ ਸੰਗਤ ਹੁੰਮ ਹੁਮਾ ਕੇ ਆਵੇ। ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਦਮਦਮੀ ਟਕਸਾਲ ਦਾ, ਸ਼੍ਰੀਮਾਨ ਮਹਾਂਪੁਰਖਾਂ ਦਾ, ਸ਼੍ਰੀਮਾਨ ਸੰਤ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਜਿਹੜੇ ਆਪ ਇਤਨੇ ਪ੍ਰਬੁੱਧ ਨੇ, ਆਪ ਸਭ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਿ ਸਤਿਕਾਰਯੋਗ ਡਾਕਟਰ ਹਰਭਜਨ। ਉਹਨਾਂ ਨੇ ਰੱਖੇ ਨੇ, ਉਹਨਾਂ ਦੀ ਹਰ ਗੱਲ ਹੀ ਸੂਤਰ ਰੂਪ ਸੀ ਤੇ ਉਹਨਾਂ ਸੂਤਰਾਂ ਦਾ ਕੋਈ ਵੀ ਵਿਦਵਾਨ ਜਿੰਨਾ ਮਰਜ਼ੀ ਵਿਸ਼ਾ ਬਣਾ ਕੇ ਵਿਸਥਾਰ ਕਰ ਸਕਦਾ ਹੈ। ਹੁਣ ਦੇਖੋ ਉਹਨਾਂ ਦੇ ਕਿੱਡੇ ਕਮਾਲ ਦੀ ਗੱਲ ਕਿ ਗਿਆਨ ਤੇ ਵੱਧ ਘੱਟ ਹੋ ਸਕਦਾ ਹੈ ਪਰ ਮੁਕਤ ਸਿਰਫ ਤੇ ਸਿਰਫ ਜੀਵਨ ਕਰਦਾ ਹੈ, ਸੇਵਾ ਕਰਦੀ। ਗਿਆਨ ਕਿਸੇ 'ਚ ਹੋ ਸਕਦਾ, ਕਿਸੇ 'ਚ ਵੱਧ ਹੋਵੇ, ਕਿਸੇ 'ਚ ਘੱਟ ਹੋਵੇ। ਸੋ ਮਹਾਂਪੁਰਖਾਂ ਵੱਲੋਂ ਸ਼੍ਰੀਮਾਨ ਡਾਕਟਰ ਹਰਭਜਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਬੇਨਤੀ ਕਰੇ, ਸਾਡੇ ਅਗਲੇ ਬੁਲਾਰੇ ਨੇ ਅਤਿ ਸਤਿਕਾਰਯੋਗ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਉਹਨਾਂ ਦੇ ਬੋਲਣ ਤੋਂ ਪਹਿਲਾਂ ਦਾਸ ਸੰਗਤ ਨੂੰ ਬੇਨਤੀ ਕਰੇ ਕਿ ਇਹ ਮਹਾਨ ਸੈਮੀਨਾਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਔਰ ਦਮਦਮੀ ਟਕਸਾਲ ਦੇ ਛੇਵੇਂ ਮੁਖੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਮਹਾਂਪੁਰਖ ਗਿਆਨੀ ਸੰਤ ਸਿੰਘ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਡਾਕਟਰ ਸਾਹਿਬ ਦੇ ਵਿਚਾਰਾਂ ਮੁਤਾਬਕ ਪ੍ਰੈਕਟੀਕਲ ਜੀਵਨ ਜਿਉ ਕੇ ਸੰਗਤ ਦਾ ਮਾਰਗਦਰਸ਼ਨ ਕੀਤਾ ਹੈ। ਆਓ ਸ਼੍ਰਵਣ ਕਰੀਏ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਦਮਦਮੀ ਟਕਸਾਲ ਦੀ ਸਥਾਪਨਾ ਅਤੇ ਵਿਕਾਸ ਦਾ ਇਤਿਹਾਸ। ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,
ਪਰਮ ਸਤਿਕਾਰਯੋਗ ਦੰਦਮੀ ਟਕਸਾਲ ਦੇ ਵਰਤਮਾਨ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦੇ ਨਾਲ ਬੈਠੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਬਾਬਾ ਪ੍ਰਦੀਪ ਸਿੰਘ ਜੀ ਬਦਨੀ ਕਲਾਂ ਵਾਲੇ, ਹੋਰ ਮੇਰੇ ਬਹੁਤ ਸਿਆਣੇ ਸੱਜਣ ਇੱਥੇ ਬੈਠੇ ਨੇ, ਮੇਰੇ ਆਪਣੇ ਸਾਥੀ ਪ੍ਰੋਫੈਸਰ ਹਰਭਜਨ ਸਿੰਘ ਵਿਰਕ ਜੀ ਬੋਲ ਕੇ ਗਏ ਨੇ, ਬਹੁਤ ਹੀ ਸੁਗੜ ਅਤੇ ਸਿਆਣੇ ਵਿਦਵਾਨ ਜਗਜੀਤ ਸਿੰਘ ਗੋਗਵਾਣੀ ਜੀ ਸਾਡੇ 'ਚ ਮੌਜੂਦ ਨੇ, ਅਤੇ ਮੇਰੇ ਜਸਵੰਤ ਸਿੰਘ ਸਾਥੀ, ਹੋਰ ਸੰਗਤ, ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਦੰਦਮੀ ਟਕਸਾਲ ਬਾਰੇ ਬੋਲਣ ਲੱਗਿਆ। ਦੰਦਮੀ ਟਕਸਾਲ ਦੇ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਮੇਰਾ ਆਪਣਾ ਮਾਣ ਹੈ। ਅਸਲੀ ਵਿਸ਼ੇ ਵੱਲ ਆਉਣ ਤੋਂ ਪਹਿਲਾਂ ਦੋ ਸ਼ਬਦ ਦੰਦਮੀ ਟਕਸਾਲ ਬਾਰੇ, ਦੋ ਸ਼ਬਦ ਇਸ ਖਾਲਸਾ ਕਾਲਜ ਬਾਰੇ, ਦੋ ਸ਼ਬਦ ਬਰੀਫ ਸਰਦਾਰ ਸੁੰਦਰ ਸਿੰਘ ਮਜੀਠੀਆ ਬਾਰੇ ਮੈਂ ਦੱਸਣਾ ਚਾਹੁੰਦਾ, ਕਿਉਂਕਿ ਕੋਈ ਕੋਈ ਸਮਾਂ ਹੁੰਦਾ ਹੈ ਜਿੱਥੇ ਇਹ ਸ਼ਬਦ ਦੱਸੇ ਜਾ ਸਕਦੇ ਨੇ ਅਤੇ ਆਮ ਨਹੀਂ ਮੌਕੇ ਹੁੰਦੇ। ਦੰਦਮੀ ਟਕਸਾਲ, ਜਿਹਨੇ ਹਮੇਸ਼ਾ ਹੀ ਆਪਣੇ ਸਮੇਂ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਹੈ, ਹਮੇਸ਼ਾ ਹੀ। ਇਮੈਜਿਨ ਕਰੋ, ਬਾਬਾ ਦੀਪ ਸਿੰਘ ਨੇ ਆਪਣੇ ਸਮੇਂ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਸੀ ਔਰ ਉਹਨੂੰ ਪੁਗਾਇਆ ਸੀ ਆਪਣੇ ਨਿਯਮਾਂ ਅਨੁਸਾਰ, ਰਹਿਤ ਮਰਿਆਦਾ ਅਨੁਸਾਰ। ਇਹ ਨਵਾਂ ਮੋੜ ਦਿੱਤਾ ਹੋਇਆ ਸਾਰੀ 18ਵੀਂ ਸਦੀ ਦੇ ਵਿੱਚ ਦੇ ਦੌਰਾਨ ਚੱਲਦਾ ਰਿਹਾ। ਸ਼ਹਾਦਤਾਂ ਦੀ ਜਿਹੜੀ ਸ਼ੁਰੂਆਤ ਬਾਬਾ ਦੀਪ ਸਿੰਘ ਨੇ ਸ਼ੁਰੂ ਕਰ ਦਿੱਤੀ, ਔਰ 18ਵੀਂ ਸਦੀ ਦੇ ਇਤਿਹਾਸ ਦਾ ਜਿਹੜਾ ਨਿਚੋੜ ਹੈ, ਸਿੱਟਾ ਹੈ, ਖਾਲਸਾ ਰਾਜ ਦੀ ਸਥਾਪਨਾ। ਕਿਆ ਬਾਤ ਹੈ! ਅਗਲੀ ਸਟੇਜ, 20ਵੀਂ ਸਦੀ ਦੇ ਵਿੱਚ ਸਿੱਖ ਇਹ ਭੁੱਲ ਹੀ ਗਏ ਸਨ ਕਿ ਅਰਦਾਸ ਕਰਕੇ ਯੁੱਧ ਨੂੰ ਕਿਵੇਂ ਤੁਰੀਦਾ ਹੈ, ਅਤੇ ਅਰਦਾਸ ਕਰਕੇ ਜਾਂ ਜਿੱਤ ਕੇ ਆਉਣਾ ਜਾਂ ਸ਼ਹੀਦ ਹੋ ਜਾਣਾ ਹੈ। ਇਹ ਗੱਲਾਂ ਸਿਰਫ ਇਤਿਹਾਸ ਦੇ ਵਿੱਚ ਹੀ ਰਹਿ ਗਈਆਂ ਸੀ, ਲੇਕਿਨ 20ਵੀਂ ਸਦੀ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਕੁਝ ਕਰਕੇ ਵਿਖਾ ਦਿੱਤਾ ਕਿ ਜੇ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਹੇਠ 30 ਸਿੰਘ 30,000 ਦਾ ਮੁਕਾਬਲਾ ਕਰ ਸਕਦੇ ਨੇ, ਸ਼ਾਇਦ ਕੋਈ ਅੱਜ ਦੇ ਯੁੱਗ ਵਿੱਚ ਮੰਨੇ ਜਾਂ ਨਾ ਮੰਨੇ, ਲੇਕਿਨ 20ਵੀਂ ਸਦੀ ਦੇ ਵਿੱਚ ਵੀ ਤੁਹਾਨੂੰ ਇਹ ਕੁਝ ਕਰਕੇ ਦਿਖਾ ਦਿੰਦੇ ਆ। 40 ਜਾਂ 50 ਸਿੰਘ ਹੋਣਗੇ ਸੰਤਾਂ ਨਾਲ, ਜਿਨ੍ਹਾਂ ਨੇ ਮਤਲਬ ਤੁਸੀਂ ਉਹਦਾ ਕੋਈ ਔੜਕ ਹੀ ਨਹੀਂ ਫੌਜ ਦਾ, ਫੌਜ ਦਾ ਕੋਈ ਅੰਤ ਨਹੀਂ ਹੁੰਦਾ। ਕਹਿਣ ਨੂੰ ਕੋਈ 20-25 ਬਟਾਲੀਅਨਾਂ ਮੂਹਰੇ ਲੱਗੀਆਂ ਹੁੰਦੀਆਂ ਨੇ, ਉਹਨਾਂ ਦੇ ਪਿੱਛੇ ਫੌਜ ਹੀ ਫੌਜ ਖੜੀ ਹੁੰਦੀ ਹੈ, ਟੈਂਕੀ ਟੈਂਕ ਖੜੇ ਹੁੰਦੇ, ਕੋਈ ਅੰਦਾਜ਼ਾ ਨਹੀਂ ਹੁੰਦਾ, ਗਿਣਤੀ ਜਿੰਨੀ ਮਰਜ਼ੀ ਕਰ ਲਓ। ਸੰਤ ਜਰਨੈਲ ਸਿੰਘ ਜੀ ਨੇ 20ਵੀਂ ਸਦੀ ਦੇ ਵਿੱਚ ਇਹ ਦਿਖਾ ਦਿੱਤਾ ਕਿ ਖਾਲਸਾ ਜੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਅਰਦਾਸ ਕਰਕੇ ਜੰਗ ਜਾਰੀ ਕਰਦਾ ਹੈ ਤਾਂ ਉਹਨੂੰ ਨਿਭਾ ਵੀ ਸਕਦਾ। 1980 ਤੋਂ ਪਿੱਛੋਂ ਜਿੰਨਾ ਪੰਜਾਬ ਦਾ ਇਤਿਹਾਸ ਲਿਖਿਆ ਜਾ ਰਿਹਾ ਜਾਂ ਲਿਖਿਆ ਜਾਊਗਾ,
ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਾਂ ਦਮਦਮੀ ਟਕਸਾਲ ਉਸ ਲਿਖੇ ਹੋਏ ਇਤਿਹਾਸ ਦਾ ਕੇਂਦਰੀ ਬਿੰਦੂ ਹੋਏਗੀ। ਅੱਜ ਅਸੀਂ ਉਸੇ ਦਮਦਮੀ ਟਕਸਾਲ ਬਾਰੇ ਗੱਲ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਇਹ ਦਮਦਮੀ ਟਕਸਾਲ ਦੀ ਇੰਪੋਰਟੈਂਸ ਹੈ। ਕੁਝ ਖਾਲਸਾ ਕਾਲਜ ਬਾਰੇ ਲਿਖਿਆ ਹੋਇਆ ਆਪਣੇ ਬੋਰਡ ਤੇ, ਸੰਤ ਕਰਤਾਰ ਸਿੰਘ ਜੀ ਵੀ ਇੱਥੇ ਵਿੱਦਿਆ ਹਾਸਲ ਕਰਦੇ ਰਹੇ ਤੇ ਭਾਈ ਅਮਰੀਕ ਸਿੰਘ ਜੀ ਵੀ, ਦੋਨਾਂ ਦੇ ਕਿੰਨਾ ਮਾਣ ਹੈ ਪੰਥ ਨੂੰ। ਜਿਸ ਸੰਸਥਾ ਦੇ ਵਿੱਚੋਂ ਕੋਈ ਪੜ੍ਹ ਕੇ ਜਾਂਦਾ ਹੁੰਦਾ, ਵਿੱਦਿਆ ਪ੍ਰਾਪਤ ਕਰਕੇ ਜਾਂਦਾ, ਸਾਰੀ ਉਮਰ ਉਹ ਸੰਸਥਾ ਉਹਦੇ ਨਾਲ ਜੁੜੀ ਰਹਿੰਦੀ ਹੈ। ਜਦੋਂ ਕੋਈ ਕੰਮ ਕੋਈ ਜਿਹਾ ਜਿਹਾ ਕੋਈ ਵਿਅਕਤੀ ਜਿਹਾ ਜਿਹਾ ਕੰਮ ਕਰੇਗਾ, ਆਪਾਂ ਉਹਦੇ ਬਾਰੇ ਜਾਣਨ ਲੱਗੇ ਹਾਂ, ਇਹ ਸੋਚਦੇ ਹਾਂ ਕਿ ਇਹ ਕਿੱਥੇ ਪੜ੍ਹਿਆ ਹੋਇਆ, ਕਿੱਥੋਂ ਪੜ੍ਹ ਕੇ ਆਏ ਨੇ। ਇਸ ਸੰਸਥਾ ਨੂੰ ਵੀ ਮਾਣ ਹੈ, ਇਹ ਖਾਲਸਾ ਕਾਲਜ ਨੂੰ, ਇੱਥੇ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਵੀ ਮਾਣ ਹੈ, ਔਰ ਸਾਨੂੰ ਵੀ ਮਾਣ ਹੈ ਜਿਹੜੇ ਪੰਜਾਬ ਦੇ ਵਿੱਚ ਬੈਠੇ ਹਾਂ, ਕਿ ਇਹ ਇੱਕੋ ਇੱਕ ਖਾਲਸਾਈ ਸ਼ਾਨ ਨੂੰ ਚਮਕਾਉਣ ਵਾਲੀ ਇਹ ਸੰਸਥਾ ਹੈ, ਜਿਹਦੀਆਂ ਇਮਾਰਤਾਂ ਦਾ ਜਿਹੜਾ ਇੰਪੈਕਟ ਹੈ ਉਹ ਵੀ ਖਾਲਸਾਈ ਹੈ, ਔਰ ਜਿਹੜਾ ਇਹਦੇ ਵਿੱਚੋਂ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਕੇ ਜਾਂਦਾ ਉਹਦੇ ਮਨ ਵਿੱਚ ਵੀ ਖਾਲਸਾਈ ਇੰਪੈਕਟ ਰਹਿੰਦਾ। ਔਰ ਇਹੀ ਅਸੀਂ ਚਾਹੁੰਦੇ ਹਾਂ ਕਿ ਖਾਲਸਾ ਕਾਲਜ ਦਾ ਸਮੁੱਚਾ ਵਾਤਾਵਰਣ ਇਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਕਿ ਇੱਥੇ ਪੜ੍ਹਨ ਵਾਲੇ ਵਿਦਿਆਰਥੀ ਨੂੰ ਪਤਾ ਹੋਵੇ ਕਿ ਸਿੱਖ ਇਤਿਹਾਸ ਹੈ ਕੀ, ਹੋਣਾ ਕਿਹੋ ਜਿਹਾ ਚਾਹੀਦਾ। ਇਹ ਸਮੁੱਚੀ ਕੌਮ ਦੀ ਇੱਕ ਕੇਂਦਰੀ ਵਿਦਿਅਕ ਸੰਸਥਾ ਹੈ ਜਿਹਦੇ ਉੱਤੇ ਸਮੁੱਚੀ ਕੌਮ ਦੀਆਂ ਨਿਗਾਹਾਂ ਨੇ। ਸੋ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇਸ ਮਾਣਯੋਗ ਸੰਸਥਾ ਦੇ ਵਿੱਚ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਹਾਂ। ਦੋ ਸ਼ਬਦ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਬਾਰੇ। ਇੱਥੇ ਸ਼੍ਰੋਮਣੀ ਕਮੇਟੀ ਦੇ ਵੀ ਕਈ ਮੈਂਬਰ ਸਹਿਬਾਨ ਬੈਠੇ ਨੇ। ਮੇਰੇ ਖਿਆਲ 'ਚ ਇਹ ਤੁਹਾਡੇ ਸਾਹਮਣੇ ਅਸੀਂ ਜਿਹੜੀ ਗੱਲ ਮੈਂ ਰੱਖਣ ਜਾ ਰਿਹਾ ਨਾ ਉਹ ਕਿਸੇ ਨੇ ਦੱਸੀ ਨਹੀਂ ਹੋਣੀ, ਅਤੇ ਜਦੋਂ ਮੈਂ ਦੱਸਾਂਗਾ ਤੁਹਾਨੂੰ ਸ਼ਾਇਦ ਸਮਝ ਆ ਜੇ, ਤੁਸੀਂ ਪੜ੍ਹੀ ਹੋਵੇ ਕਿ ਇਹ ਗਿਆਨੀ ਪ੍ਰਤਾਪ ਸਿੰਘ ਨੇ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਲਿਖਿਆ ਆਪਣੀਆਂ ਕਿਤਾਬਾਂ ਜੋ ਅਕਾਲੀ ਲਹਿਰ ਬਾਰੇ ਲਿਖੀਆਂ। ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਧਿਆਨ ਦੇਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਵਾਰ ਬਣੀ ਹੈ। ਦੋ ਵਾਰ, ਪਹਿਲੀ ਵਾਰ ਕਦੋਂ ਬਣੀ ਭਾਈ ਜਸਵੀਰ ਸਿੰਘ ਜੀ? 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ। ਭਾਈ ਰਾਮ ਸਿੰਘ ਜੀ ਧਿਆਨ ਨਾਲ ਸੁਣੋ, ਪਹਿਲੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਐਲਾਨ ਕੀਤੀ 175 ਮੈਂਬਰਾਂ ਦੀ 15 ਨਵੰਬਰ 1920 ਨੂੰ। ਉਹਨਾਂ ਦੀ ਚੋਣ ਨਹੀਂ ਸੀ ਹੋਈ, ਇਲੈਕਸ਼ਨਾਂ ਨਹੀਂ ਸੀ, ਪਰਚੀ ਨਾਲ ਨਹੀਂ ਸੀ, ਸਾਹਮਣੇ ਖੜ੍ਹ ਕੇ ਸੰਗਤ ਨੇ ਚੁਣੇ ਸੀ ਉਹ 36 ਮੈਂਬਰ ਜਿਹੜੀ ਸਰਕਾਰ ਨੇ ਦਿੱਤੇ ਸੀ ਉਹ, ਬਾਕੀ ਦੇ ਮੈਂਬਰ ਸਿੱਖ ਸੰਗਤਾਂ ਨੇ ਆਪਣੀ ਮਰਜ਼ੀ ਨਾਲ ਵਿਚਾਰ ਵਟਾਂਦਰਾ ਕਰਕੇ ਚੁਣੇ ਸੀ। ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸੰਗਤ ਜੁੜੀ ਹੋਈ ਸੀ 15 ਨਵੰਬਰ 1920 ਨੂੰ, ਉਹਦੇ ਵਿੱਚੋਂ ਆਵਾਜ਼ ਆਈ ਕਿ ਜਿਹੜੇ ਇਹ ਮੈਂਬਰ ਨੇ 175 ਅਤੇ ਜਿਹੜੇ 4 ਅਧਿਕਾਰੀ ਚੁਣੇ ਗਏ ਨੇ, ਸਰਦਾਰ ਸੁੰਦਰ ਸਿੰਘ ਮਜੀਠੀਆ ਉਹਦੇ ਪਹਿਲੇ ਪ੍ਰਧਾਨ ਸਨ, ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਨ,
ਇਹ ਤਾਂ ਪਤਾ ਹੈ ਨਾ ਤੁਹਾਨੂੰ ਸਾਰਿਆਂ ਨੂੰ। ਓਕੇ, ਸੰਗਤ ਚੋਂ ਆਵਾਜ਼ ਆਈ ਕਿ ਜੀ ਜਿਹੜੇ ਇਹ ਮੈਂਬਰ ਚੁਣੇ ਗਏ ਨੇ, ਸੰਗਤਾਂ ਨੇ ਚੁਣੇ ਨੇ, ਸਭ ਤੋਂ ਪਹਿਲਾਂ ਇੱਥੇ ਇਹਨਾਂ ਦੀ ਪਰਖ ਕੀਤੀ ਜਾਵੇ। ਹੈ ਨਾ, ਹੈਰਾਨ ਕਰਨ ਵਾਲੀ ਗੱਲ ਕਿੱਡੀ ਵੱਡੀ ਗੱਲ ਹੈ। ਸਿੱਖੀ ਦੀ ਪਰਖ ਕੀਤੀ ਜਾਵੇ ਕਿ ਇਹ ਪੂਰੇ ਸਾਬਤ ਸੂਰਤ ਨੇ, ਪੰਜ ਕਕਾਰੀ ਨੇ, ਪਰਖ ਕੀਤੀ ਜਾਵੇ। ਜਥੇਦਾਰ ਅਕਾਲ ਤਖਤ ਸਾਹਿਬ ਆਪਣੀ ਇੱਕ ਮੈਂਬਰੀ ਆਪਣੀ ਕਮੇਟੀ ਨਿਯਤ ਕਰਨ, ਉਹ ਪਰਖ ਕਰੇ। ਓਕੇ, ਉਸੇ ਟਾਈਮ ਹੀ ਉਸੇ ਦਿਨ ਹੀ ਉੱਪਰ ਲਿਜਾਇਆ ਗਿਆ ਸਾਰਿਆਂ ਨੂੰ। ਜਥੇਦਾਰ ਤੇਜਾ ਸਿੰਘ ਭੁੱਚਰ ਉਦੋਂ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾ ਤੀ ਕਿ ਜੀ ਸਾਰਿਆਂ ਦੀ ਤੁਸੀਂ ਇਹ ਪਰਖ ਪੜਤਾਲ ਕਰੋ, ਇੱਕ ਕਮਰੇ 'ਚ ਲਿਜਾ ਕੇ ਸਾਰਿਆਂ ਦੀ ਪਰਖ ਪੜਤਾਲ ਹੋ। ਸੰਗਤ ਦੀ ਆਵਾਜ਼ ਸੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਿਯਤ ਕੀਤੇ ਨੇ, ਜਿਹੜੇ ਅਧਿਕਾਰੀ ਨਿਯਤ ਕੀਤੇ ਨੇ, ਇਹਨਾਂ ਦੀ ਪਰਖ ਹੋਵੇ ਕਿ ਇਹ ਸਾਬਤ ਸੂਰਤ ਹਨ, ਪੰਜ ਕਕਾਰੀ ਹਨ। ਠੀਕ ਹੈ ਨਾ, ਕਿੱਡੀ ਵੱਡੀ ਇਹ ਮੰਗ ਹੈ ਸੰਗਤ ਦੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਮਨਜ਼ੂਰ ਕੀਤੀ ਅਤੇ ਉੱਪਰ ਕਮਰੇ 'ਚ ਲਿਜਾ ਕੇ ਸਭ ਦੀ ਪਰਖ ਹੋਈ। ਉੱਤੋਂ ਨੀਚੇ ਲੈ ਕੇ ਆ ਰਹੇ ਨੇ ਮੂਹਰੇ ਜਥੇਦਾਰ ਭੁੱਚਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਸਮੂਹ ਸੰਗਤਾਂ ਦੇ ਬਰਾਬਰ ਸਾਹਮਣੇ ਉਹ ਖੜਾ ਤੇ ਕਹਿਣ ਲੱਗੇ, ਸਾਧ ਸੰਗਤ ਜੀ, ਤੁਹਾਡੇ ਹੁਕਮ ਨਾਲ ਇਹਨਾਂ ਦੀ ਪਰਖ ਪੜਤਾਲ ਹੋ ਗਈ ਹੈ, ਇਹ ਸਾਰੇ ਹੀ ਸਾਬਤ ਸੂਰਤ ਨੇ, ਇਹ ਸਾਰੇ ਹੀ ਪੰਜ ਕਕਾਰੀ ਨੇ। ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਰ, ਥੋੜ੍ਹਾ ਜਿਹਾ ਤੁਹਾਨੂੰ ਵੈਸੇ ਤਾਂ ਇਹ ਗੱਲ ਆਪਣੇ ਆਪ ਹੀ ਅੰਡਰਸਟੂਡ ਹੈ। ਇਹ ਸਪਿਰਿਟ ਅੱਜ ਵੀ ਕਾਇਮ ਰੱਖਣ ਦੀ ਲੋੜ ਹੈ, ਅੱਜ ਵੀ ਕਾਇਮ ਰੱਖਣ ਦੀ ਲੋੜ। ਇਹ ਸਿਰਫ ਕਹਿਣ ਕਹਾਉਣ ਦੀ ਹੀ ਗੱਲ ਨਹੀਂ, ਮੈਂ ਤੁਹਾਨੂੰ ਤਾਂ ਦੱਸੀ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਦੋਂ ਸਾਡੇ ਮੈਂਬਰ ਸਹਿਬਾਨ ਦਾ ਅਤੇ ਅਧਿਕਾਰੀਆਂ ਦਾ ਕਿਹੋ ਜਿਹਾ ਸਿੱਖੀ ਕਿਰਦਾਰ ਸੀ। ਇਹ ਜਿਹੜਾ ਹਾਲ ਦਾ ਨਾਂ ਰੱਖਿਆ, ਨਾਮਕਰਨ ਕੀਤਾ ਗਿਆ, ਇਹ ਉਸ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਦੇ 'ਤੇ ਨਾਮਕਰਨ ਕੀਤਾ ਗਿਆ। ਆਓ ਆਪਾਂ ਆਪਣੇ ਵਿਸ਼ੇ ਵੱਲ ਚੱਲੀਏ। ਗੱਲਾਂ ਸੰਖੇਪ ਹੀ ਕਰਾਂਗਾ, ਲੇਕਿਨ ਗੱਲਾਂ ਨਵੀਆਂ ਕਰੂੰ। ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਸਿੱਖ ਇਤਿਹਾਸ ਬਣਾਉਣਾ ਤਾਂ ਜਾਣਦੇ ਨੇ ਪਰ ਲਿਖਦੇ ਨਹੀਂ। ਸਿੱਖਾਂ ਨੇ ਆਪਣਾ ਸਾਹਿਤ ਲਿਖਿਆ ਵੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਦੋਨੇ ਖੇਤਰ ਨਾਲ ਨਾਲ ਚੱਲਦੇ ਰੱਖੇ ਸੀ। ਮੈਂ ਸੰਖੇਪ ਦੇ ਵਿੱਚ ਹੀ ਉੱਥੇ ਹੀ ਆਵਾਂਗਾ ਆਪਣੇ ਦਮਦਮਾ ਸਾਹਿਬ ਵਾਲੀ ਟਕਸਾਲ 'ਤੇ। ਇੱਕ ਪਾਸੇ ਫੀਲਡ ਵਰਕ ਹੋ ਰਿਹਾ ਸੀ, ਇੱਕ ਪਾਸੇ ਲਿਖਣ ਦਾ ਵਰਕ ਵੀ ਹੋ ਰਿਹਾ ਸੀ, ਲਿਖਣ ਪੜ੍ਹਨ ਦਾ ਸਿੱਖ ਸਾਹਿਤ ਵੀ ਲਿਖਿਆ ਜਾ ਰਿਹਾ ਸੀ। ਜੋ ਯਾਤਰਾਵਾਂ ਸਨ, ਵਿਸ਼ਾਲ ਯਾਤਰਾਵਾਂ ਗੁਰੂ ਨਾਨਕ ਸਾਹਿਬ ਦੀਆਂ, ਜੋ ਸੰਗਤਾਂ ਦੀ ਸਥਾਪਨਾ ਸੀ, ਜੋ ਵੀ ਮਤਲਬ ਲੰਗਰ ਸਥਾਪਨਾ, ਹੋਰ ਜਿੰਨੀਆਂ ਸਥਾਪਨਾਵਾਂ ਕੀਤੀਆਂ, ਇਹ ਫੀਲਡ ਵਰਕ ਸੀ। ਤੇ ਉਹਨਾਂ ਨੇ ਸਾਹਿਤ ਨੂੰ ਲਿਖਣ ਦਾ ਕੰਮ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਟਕਸਾਲ ਨੂੰ ਨਿਯਤ ਕਰਕੇ ਕੀਤਾ ਔਰ ਉਸ ਕਰਤਾਰਪੁਰੀ ਟਕਸਾਲ ਦੇ ਵਿੱਚੋਂ ਵੀ ਸਿੱਖ ਸਾਹਿਤ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਲਿਖਿਆ ਜਾਣਾ ਸ਼ੁਰੂ ਹੋ ਗਿਆ ਸੀ। ਇਹ ਵੱਖਰੀ ਗੱਲ ਹੈ, ਉਹ ਸਾਨੂੰ ਉਪਲਬਧ ਨਹੀਂ ਹੋ ਰਿਹਾ।
ਪਰੰਪਰਾਵਾਂ ਮਿਲਦੀਆਂ ਨੇ ਕਿ ਉੱਥੇ ਕੰਮ ਸ਼ੁਰੂ ਕੀਤਾ ਗਿਆ ਸੀ। ਥੋੜ੍ਹੀ ਜਿਹੀ ਗੱਲ, ਕਿਉਂਕਿ ਸਾਨੂੰ ਸਾਡੀਆਂ ਲਿਖਤਾਂ ਦੇ ਵਿੱਚੋਂ ਗੱਲਾਂ ਪੂਰੀਆਂ ਨਹੀਂ ਮਿਲਦੀਆਂ, ਕੋਈ ਗੱਲ ਨਹੀਂ, ਸਾਡੀਆਂ ਲਿਖਤਾਂ ਹਰ ਇੱਕ ਬੰਦਾ ਪਰਪੱਕ ਨਹੀਂ ਹੁੰਦਾ ਕਿ ਉਹ ਸਾਰੇ ਪੱਖਾਂ ਨੂੰ ਸੋਚ ਕੇ ਆਪਣੀ ਲਿਖਤ ਲਿਖੇ। ਅਸਲੀ ਗੱਲ ਪਰੰਪਰਾਵਾਂ ਦੀ ਹੁੰਦੀ ਹੈ, ਮੌਖਿਕ ਗਵਾਹੀਆਂ ਦੀ। ਸਾਨੂੰ ਇਹੋ ਜਿਹੀਆਂ ਮੌਖਿਕ ਗਵਾਹੀਆਂ ਵੀ ਮਿਲਦੀਆਂ ਨੇ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਪਹਿਲਾਂ ਬਾਬਾ ਸ੍ਰੀ ਚੰਦ ਜੀ ਲਿਖਵਾਉਂਦੇ ਰਹੇ, ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਬਾਤਾਂ ਉਹ ਸੁਲਤਾਨਪੁਰ ਆਪਣੇ ਛੋਟੇ ਭਾਈ ਲਖਮੀ ਚੰਦ ਜੀ ਨੂੰ ਭੇਜ ਕੇ ਪੁੱਛਦੇ ਰਹੇ, ਉੱਥੋਂ ਆਪਣੀ ਭੂਆ ਜੀ ਤੋਂ ਪੁੱਛਦੇ ਰਹੇ, ਦੌਲਤ ਖਾਂ ਲੋਧੀ ਤੋਂ ਪੁੱਛਦੇ ਰਹੇ, ਹੋਰ ਜਿੰਨੇ ਗੁਰੂ ਨਾਨਕ ਸਾਹਿਬ ਦੇ ਸਾਥੀ ਰਹੇ ਸਨ ਪੁੱਛਦੇ ਰਹੇ, ਉਹ ਲਿਖਵਾਉਂਦੇ ਰਹੇ ਸਨ। ਲੇਕਿਨ ਇਹ ਸਾਨੂੰ ਲਿਖਤਾਂ ਉਪਲਬਧ ਨਹੀਂ ਹੋਈਆਂ। ਸਿਰਫ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡੀ ਪਰੰਪਰਾ ਲਿਖਣ ਦੀ ਵੀ ਅਤੇ ਫੀਲਡ ਵਰਕ ਕਰਨ ਦੀ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਈ ਸੀ। ਇਹ ਦੰਦਵੀਂ ਟਕਸਾਲ ਦੀ ਬੁਨਿਆਦ ਸੀ ਜਿਹੜੀ ਕਰਤਾਰਪੁਰ ਸਾਹਿਬ ਵਿਖੇ ਟਕਸਾਲ ਦੀ ਨੀਂਹ ਰੱਖੀ ਗਈ ਸੀ ਗੁਰੂ ਨਾਨਕ ਪਾਤਸ਼ਾਹ ਵੱਲੋਂ। ਇੱਕ ਗੱਲ ਮੈਂ ਵਿੱਚ ਵਿੱਚ ਦੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਕਿਉਂਕਿ ਸਾਡੀਆਂ ਲਿਖਤਾਂ ਦੇ ਵਿੱਚ ਤਾਂ ਉਹ ਡਿਟੇਲ 'ਚ ਗੱਲਾਂ ਨਹੀਂ ਆਉਂਦੀਆਂ, ਲੇਕਿਨ ਜਿਹੜੀ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ ਉਹਦੀ ਜਦੋਂ ਯਾਤਰਾ ਦਾ ਹਾਲ ਤੁਸੀਂ ਪੜ੍ਹੋਗੇ ਨਾ, ਹਿਊਨ ਸਾਂਗ ਸੁਣਿਆ ਨਾ, ਚੀਨੀ ਯਾਤਰੀ ਸੀ, 630 ਵਿੱਚ ਆਇਆ ਸੀ, 645 ਈਸਵੀ ਵਿੱਚ ਚਲਾ ਗਿਆ ਸੀ, 15 ਸਾਲ ਇੱਥੇ ਰਿਹਾ ਸੀ, ਚੀਨ 'ਚੋਂ ਆਇਆ ਸੀ ਯਾਤਰਾ ਕਰਨ, ਇੱਥੇ ਸਟੱਡੀ ਕਰਨ ਹਿੰਦੁਸਤਾਨ ਦੇ ਵਿੱਚ। ਉਹਨੂੰ ਰਸਤੇ ਵਿੱਚ ਇੰਨੀਆਂ ਔਖਿਆਈਆਂ ਆਈਆਂ ਹਿੰਦੁਸਤਾਨ ਤੱਕ ਪਹੁੰਚਣ ਲਈ, ਇਹ ਡਿਟੇਲ 'ਚ ਲਿਖਿਆ ਹੋਇਆ ਉਹਦਾ, ਕਿ ਉਹਨੂੰ ਕਈ ਥਾਵਾਂ ਤੋਂ ਘੋੜੇ ਬਦਲਾਉਣੇ ਪਏ। ਇੱਕ ਘੋੜਾ ਧੁਰ ਤੱਕ ਨਹੀਂ ਸੀ ਜਾ ਸਕਦਾ, ਇਤਨੀ ਔਖਾ ਪੰਧ ਸੀ ਉਹ। ਜਿਹੜੇ ਰਸਤੇ 'ਚ ਉਹਦੇ ਦੋਸਤ ਮਿੱਤਰ ਜਾਂ ਉਹਦੇ ਸ਼ੁਭ ਚਿੰਤਕ ਮਿਲਦੇ ਰਹੇ, ਉਹ ਕਹਿੰਦੇ ਰਹੇ ਜਿਹੜਾ ਤੇਰੇ ਕੋਲ ਘੋੜਾ ਇਹ ਕਮਜ਼ੋਰ ਹੈ, ਇਹ ਧੁਰ ਤੱਕ ਨਹੀਂ ਜਾਏਗਾ, ਇਹਨੂੰ ਬਦਲਾ ਲਏ। ਕਈ ਵਾਰ ਘੋੜੇ ਬਦਲਾਏ, ਕਈ ਵਾਰ ਰਸਤੇ 'ਚ ਉਹਨੂੰ ਡਾਕੂ ਮਿਲੇ, ਡਾਕੂਆਂ ਨੇ ਫੜਿਆ ਵੀ, ਉਹਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ, ਮਾਰਨ ਦੀ ਕੋਸ਼ਿਸ਼ ਵੀ ਕੀਤੀ, ਕਿਸੇ ਨਾ ਕਿਸੇ ਤਰੀਕੇ ਨਾਲ ਬਚਦਾ ਬਚਾਉਂਦਾ ਹਿੰਦੁਸਤਾਨ 'ਚ ਪਹੁੰਚ ਗਿਆ। 15 ਸਾਲ ਇੱਥੇ ਰਿਹਾ, 15 ਸਾਲ ਦੇ ਵਿੱਚ ਜਿਹੜੀਆਂ ਉਹਨੇ ਕਿਤਾਬਾਂ, ਖਰੜੇ, ਆਪਣੇ ਕੰਮ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਉਹਨੂੰ ਲੈ ਕੇ ਜਾਣ ਲਈ ਇੱਥੋਂ ਕਈ ਦਰਜਨ ਘੋੜਿਆਂ ਦੀ ਲੋੜ ਪਈ ਸੀ, ਕਈ ਦਰਜਨ ਘੋੜਿਆਂ ਦੀ। ਉਹ ਲਿਖਤਾਂ ਲੈ ਕੇ ਜਾ ਕੇ ਚਾਈਨਾ ਦੇ ਵਿੱਚ ਉਹਨੇ ਇੱਕ ਵਿਦਿਅਕ ਟਕਸਾਲ ਖੋਲ੍ਹੀ ਆਪਣੇ ਹੀ ਟ੍ਰੈਡੀਸ਼ਨ ਦੇ ਅਨੁਸਾਰ। ਉਸ ਵਿਦਿਅਕ ਟਕਸਾਲ ਦੇ ਵਿੱਚ ਹਿਊਨ ਸਾਂਗ ਨੇ ਹਿੰਦੁਸਤਾਨੀ ਲਿਖਤਾਂ ਅਤੇ ਖਰੜਿਆਂ ਦਾ ਅਨੁਵਾਦ ਵੀ ਕਰਾਇਆ, ਉਹਨਾਂ ਦਾ ਅਧਿਐਨ ਵੀ ਕਰਵਾਇਆ। ਮੈਂ ਇਹ ਜਦੋਂ ਪੜ੍ਹਦਾ ਹੁੰਦਾ ਤੇ ਮੇਰੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਵਿਸ਼ਾਲ ਯਾਤਰਾਵਾਂ ਨੇ, ਹਿਊਨ ਸਾਂਗ ਦੀਆਂ ਯਾਤਰਾਵਾਂ ਤਾਂ ਇਕੱਲੇ ਹਿੰਦੁਸਤਾਨ ਦੀਆਂ ਸੀ 15 ਸਾਲ ਤੱਕ, ਗੁਰੂ ਨਾਨਕ ਪਾਤਸ਼ਾਹ ਤਾਂ ਸਮੁੱਚੀ ਦੁਨੀਆਂ ਦੇ ਵਿੱਚ ਘੁੰਮ ਚੁੱਕੇ ਸੀ। ਦੁਨੀਆਂ ਦਾ ਕੋਈ ਬਹੁਤ ਹੀ ਰੇਅਰ ਭਾਗ ਰਿਹਾ ਹੁਣੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਦੀ ਛੋਹ ਕੋਲੋਂ, ਅਦਰਵਾਈਜ਼ ਉਹਨਾਂ ਨੇ ਵੱਡੇ ਵੱਡੇ ਭਾਗ ਗੁਰੂ ਨਾਨਕ ਸਾਹਿਬ ਨੇ ਕਵਰ ਕਰ ਲਏ ਸੀ। ਪਹਿਲੀ ਯਾਤਰਾ ਤੋਂ ਵਾਪਸ ਆ ਕੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ। ਹੁਣ
ਇਹਦੇ ਵਿੱਚੋਂ ਇਹ ਸਾਰੀਆਂ ਗੱਲਾਂ ਆਪਣੇ ਆਪ ਸਾਹਮਣੇ ਆ ਸਕਦੀਆਂ ਨੇ ਜੇ ਅਸੀਂ ਥੋੜਾ ਜਿਹਾ ਵਿਵੇਕ ਤੋਂ ਕੰਮ ਲਈਏ। ਜ਼ਰੂਰੀ ਨਹੀਂ ਕਿ ਹਰ ਇੱਕ ਗੱਲ ਦੇ ਤੁਹਾਨੂੰ ਗਵਾਹੀਆਂ ਮਿਲਣ, ਹਰ ਇੱਕ ਗੱਲ ਦੇ ਤੁਹਾਨੂੰ ਸਬੂਤ ਮਿਲਣ। ਸਬੂਤ ਤਾਂ ਕਿਸੇ ਗੱਲ ਦਾ ਵੀ ਨਹੀਂ ਮਿਲਦਾ ਹੁੰਦਾ। ਮੈਂ ਇੱਥੇ ਖੜਾ ਤੁਹਾਡੇ ਸਾਹਮਣੇ, ਮੇਰੇ ਪਿਤਾ ਦਾ ਨਾਂ, ਮੇਰੇ ਦਾਦੇ ਦਾ ਨਾਂ, ਮੇਰੇ ਪੜਦਾਦੇ ਦਾ ਨਾਂ, ਤੁਹਾਨੂੰ ਕਿਤੋਂ ਸਬੂਤ ਦੇ ਅਨੁਸਾਰ ਨਹੀਂ ਮਿਲੇਗਾ। ਪੜਦਾਦੇ ਤੋਂ ਅੱਗੇ ਕਿਸੇ ਨੂੰ ਨਾਂ ਹੀ ਨਹੀਂ ਪਤਾ ਹੁੰਦਾ ਆਪਦਾ। ਜੇ ਤੁਸੀਂ, ਜੇ ਕੋਈ ਇਹ ਕਹੇ ਕਿ ਤੂੰ ਸਾਬਤ ਕਰ ਤੇਰਾ ਦਾਦਾ ਕੌਣ ਸੀ, ਦਾਦੇ ਦਾ ਦਾਦਾ ਅੱਗੇ ਕੌਣ ਸੀ, ਕੋਈ ਵੀ ਨਹੀਂ ਸਾਬਤ ਕਰ ਸਕੇਗਾ। ਲੇਕਿਨ ਇੱਕ 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 ਮਤਲਬ ਸਥੂਲ ਰੂਪ ਦੇ ਵਿੱਚ ਆਪਾਂ ਇੱਕ ਪੂਰੇ ਠੋਸ ਰੂਪ ਦੇ ਵਿੱਚ ਸਾਹਮਣੇ ਖੜੇ ਹਾਂ, ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ। ਸੰਸਥਾਵਾਂ ਜਦੋਂ ਆਪਣੇ ਲਿਖੇ ਹੋਏ ਸਾਹਿਤ ਨੂੰ ਜਾਰੀ ਕਰਦੀਆਂ ਨੇ ਸੰਗਤ ਸਾਹਮਣੇ, ਉਹ ਸਾਹਿਤ ਆਉਂਦਾ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਬੂਤ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜੋ ਕਰਤਾਰਪੁਰ ਸਾਹਿਬ ਵਿਖੇ ਟਕਸਾਲ ਕਾਇਮ ਕੀਤੀ ਸੀ, ਇਹ ਟਕਸਾਲ ਗੁਰੂ ਦਰ ਗੁਰੂ ਚੱਲਦੀ ਰਹੀ। ਗੁਰੂ ਅੰਗਦ ਦੇਵ ਜੀ ਦੇ ਸਮੇਂ ਇਸੇ ਟਕਸਾਲ ਦੇ ਵਿੱਚੋਂ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਆ ਗਈ, ਹੋਰ ਸਾਖੀਆਂ ਆ ਗਈਆਂ, ਹੋਰ ਸਾਹਿਤ ਆ ਗਿਆ, ਗੁਰਬਾਣੀ ਵੀ ਲਿਖੀ ਗਈ, ਗੁਰਬਾਣੀ ਦੇ ਉਤਾਰੇ ਵੀ ਹੋਏ, ਜਿੰਨੇ ਗੁਰਮੁਖੀ ਦੇ ਕਾਇਦੇ ਵੀ ਲਿਖੇ ਗਏ। ਕੀ ਤੁਸੀਂ ਸੋਚ ਸਕਦੇ ਹੋ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੀ ਪੰਜਾਬੀ ਅੱਜ ਪੜ੍ਹ ਰਹੇ ਹਾਂ ਇਹ ਪੜ੍ਹੀ ਜਾਂਦੀ ਸੀ? ਪੰਜਾਬੀ ਸਿਰਫ ਪੰਜਾਬ ਦੇ ਖੇਤੀਬਾੜੀ ਕਰਨ ਵਾਲੇ ਜਾਂ ਆਮ ਮਜ਼ਦੂਰਾਂ ਦੀ, ਜਿਹੜੇ ਅਨਪੜ੍ਹ ਲੋਕ ਸਨ ਉਹਨਾਂ ਦੀ ਸਿਰਫ ਬੋਲੀ ਜਾਣ ਵਾਲੀ ਬੋਲੀ ਸੀ? ਥੋੜ੍ਹਾ ਜਿਹਾ ਇਹਨੂੰ ਧਿਆਨ ਨਾਲ ਸੁਣੋ। ਕੋਈ ਇਹਦੀ ਲਿਪੀ ਨਹੀਂ ਸੀ, ਕੋਈ ਵਾਕ ਬਣਤਰ ਨਹੀਂ ਸੀ। ਗੁਰਬਾਣੀ ਨੂੰ ਲਿਖਣ ਲਈ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਬੋਲੀ ਨੂੰ ਅਪਣਾ ਲਿਆ, ਆਮ ਲੋਕਾਂ ਦੀ ਬੋਲੀ ਨੂੰ। ਉਹਨਾਂ ਦੇ ਸਾਹਮਣੇ ਫਾਰਸੀ ਬੋਲੀ ਵੀ ਸੀ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਜਾਣੀ ਜਾਂਦੀ ਸੀ, ਉਹਨਾਂ ਦੇ ਸਾਹਮਣੇ ਸੰਸਕ੍ਰਿਤ ਬੋਲੀ ਵੀ ਸੀ ਜੋ ਬਹੁਤ ਵੱਡੇ ਵੇਦਾਂ ਸ਼ਾਸਤਰਾਂ ਦੀ ਬੋਲੀ, ਲੇਕਿਨ ਗੁਰੂ ਨਾਨਕ ਸਾਹਿਬ ਨੇ ਨਹੀਂ ਅਪਣਾਇਆ ਉਹਨਾਂ ਨੂੰ। ਉਹਨਾਂ ਨੇ ਲੋਕਾਂ ਦੀ ਗੱਲ ਨੂੰ ਲੋਕਾਂ ਦੀ ਬੋਲੀ ਵਿੱਚ ਹੀ ਕਰਨਾ ਸੀ, ਔਰ ਬੋਲੀ ਕਿਹੜੀ ਚੁਣੀ ਜਿਹਦਾ ਕੋਈ ਵੀ ਵਜੂਦ ਨਹੀਂ ਸੀ ਸਿਵਾਏ ਮੂੰਹ ਜਵਾਨੀ ਬੋਲਣ ਤੋਂ। ਦੱਸੋ ਗੁਰੂ ਨਾਨਕ ਸਾਹਿਬ ਦੀ ਬਾਣੀ, ਸਾਰੇ ਗੁਰੂਆਂ ਦੀ ਬਾਣੀ ਉਸੇ ਪੰਜਾਬੀ ਬੋਲੀ ਦੀ ਇੱਕ ਲਿਪੀ ਨਿਰਧਾਰਿਤ ਕਰਕੇ ਲਿਖੀ ਗਈ ਨਾ? ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੋਈ ਬੋਲੀ ਤੁਹਾਨੂੰ ਕੋਈ ਕਿਤਾਬ ਮਿਲਦੀ ਹੈ ਗੁਰਮੁਖੀ ਲਿਪੀ ਵਿੱਚ ਲਿਖੀ ਹੋਈ ਅਤੇ ਪੰਜਾਬੀ ਬੋਲੀ ਵਿੱਚ ਲਿਖੀ ਹੋਈ? ਇਹ ਆਪਣੇ ਆਪ ਦੇ ਵਿੱਚ ਸਬੂਤ ਨਹੀਂ ਹੈਗਾ ਕਿ ਕੋਈ ਇਹ ਸਬੂਤ ਲੱਭਣ ਦੀ ਵੀ ਲੋੜ ਪਊਗੀ? ਦੱਸੋ, ਸਾਬਤ ਕਰੋ ਕਿ ਮਤਲਬ ਇਹ ਗੁਰੂਆਂ ਨੇ ਬਣਾਈ ਜਾਂ ਗੁਰੂਆਂ ਨੇ ਨਹੀਂ ਬਣਾਈ? ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਇਹ, ਜਿਹੜਾ ਸਿੱਟੇ ਦੇ ਰੂਪ ਵਿੱਚ ਸਾਡੇ ਸਾਹਮਣੇ ਸਾਡੀਆਂ ਪ੍ਰਾਪਤੀਆਂ ਦੇ ਰੂਪ ਵਿੱਚ ਕੋਈ ਚੀਜ਼ ਆਉਂਦੀ ਹੈ ਉਹ ਆਪਣੇ ਆਪ ਦੇ ਵਿੱਚ ਸਬੂਤ ਹੈ। ਸਬੂਤ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੋਈ। ਗੁਰੂ ਅਰਜਨ ਪਾਤਸ਼ਾਹ ਵੇਲੇ ਇਹ ਟਕਸਾਲ, ਵਿਦਿਅਕ ਟਕਸਾਲ ਇਤਨੀ ਸਿਖਰ ਤੇ ਪਹੁੰਚ ਗਈ ਸੀ, ਉਸ ਟਕਸਾਲ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੈਸਾ ਪਾਵਨ ਪਵਿੱਤਰ ਗ੍ਰੰਥ ਵਿਸ਼ਵ ਦੇ ਸਾਹਮਣੇ ਆ ਗਿਆ। ਕਿੱਡੀ ਵੱਡੀ ਅਚੀਵਮੈਂਟ ਹੈ! ਅਸੀਂ ਆਪਣੀਆਂ ਅਚੀਵਮੈਂਟ ਨੂੰ ਹਮੇਸ਼ਾ ਘਟਾ ਕੇ ਦੇਖਣ ਦੇ ਆਦੀ ਹਾਂ। ਜੀ, ਗੁਰੂ ਅਰਜਨ ਦੇਵ ਜੀ ਨੇ ਲਿਖਿਆ ਤਾਂ, ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ 1604 ਵਿੱਚ ਲਿਖੀ ਗਈ। ਅਸੀਂ ਇੰਨੇ ਕੁ ਸੈਂਟੈਂਸ ਬੋਲ ਕੇ ਬੰਦ ਕਰ ਦਿੰਦੇ ਹਾਂ ਆਪਣੀਆਂ ਗੱਲਾਂ।
ਤੁਸੀਂ ਜਿਹੜੇ ਭਗਤਾਂ ਦੀਆਂ ਬਾਣੀਆਂ ਇਕੱਠੀਆਂ ਹੋਈਆਂ ਨੇ, ਵੱਖ ਵੱਖ ਹੋਰ ਇੰਨੇ ਖਰੜੇ ਇਕੱਠੇ ਕੀਤੇ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਬਾਹਰੋਂ ਲਿਆਂਦੇ ਹੋਏ, ਬਾਕੀ ਗੁਰੂ ਸਾਹਿਬਾਨ ਸਮੇਂ ਵੀ ਲਿਖਤਾਂ ਇਕੱਠੀਆਂ ਹੁੰਦੀਆਂ ਰਹੀਆਂ, ਭਗਤ ਵੀ ਮਿਲਦੇ ਰਹੇ, ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਭਗਤ ਮਿਲਦੇ ਰਹੇ, ਉਹਨਾਂ ਲਿਖਤਾਂ ਦੀ ਪਰਖ ਪੜਤਾਲ ਵੀ ਕਰਨੀ ਸੀ, ਉਹਨਾਂ ਲਿਖਤਾਂ ਨੂੰ ਲਿਪੀ ਅੰਤਰ ਵੀ ਕਰਨਾ ਸੀ, ਨਵੀਂ ਲਿਪੀ ਦੇ ਵਿੱਚ ਵੀ ਦਰਜ ਕਰਨਾ ਸੀ, ਨਵੀਂ ਲਿਪੀ ਬਣਾਉਣੀ ਸੀ, ਨਵੀਂ ਲਿਪੀ ਦੇ ਵਿੱਚ ਫਿਰ ਲਿਪੀ ਅੰਤਰ ਕਰਨਾ ਸੀ। ਮੇਰੇ ਕਹਿਣ ਦਾ ਮਤਲਬ ਹੈ ਇਹ ਐਡੀਆਂ ਐਡੀਆਂ ਗੱਲਾਂ ਨੇ, ਅੱਜ ਕੱਲ੍ਹ ਦੀਆਂ ਯੂਨੀਵਰਸਿਟੀਆਂ ਵੀ ਨਹੀਂ ਕਰ ਸਕਦੀਆਂ ਇਹ। ਦੱਸੋ ਕਿਹੜੀ ਯੂਨੀਵਰਸਿਟੀ ਕਿਹੜੀ ਲਿਪੀ ਨਵੀਂ ਖੜੀ ਕਰ ਦੂਗੀ, ਹਾਲਾਂਕਿ ਇੰਨਾ ਇੰਨਾ ਸਟਾਫ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਟਾਫ ਹੁੰਦਾ, ਲੱਖਾਂ ਦੀ ਗਿਣਤੀ ਵਿੱਚ ਤਨਖਾਹਾਂ ਹੁੰਦੀਆਂ ਨੇ। ਗੁਰਬਾਣੀ ਲਿਖੀ ਜਾਣੀ, ਗੁਰਬਾਣੀ ਸੰਪਾਦਿਤ ਕੀਤੀ ਜਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਉਹ ਵੀ ਕੰਪੈਰੇਟਿਵ ਸਟੱਡੀ ਕਰਕੇ, ਕਿਹੜਾ ਸ਼ਬਦ ਕਿਹੜੇ ਭਗਤ ਦਾ ਰੱਖਣਾ, ਕਿਹੜਾ ਨਹੀਂ ਰੱਖਣਾ। ਦੱਸੋ ਇਹ ਇੱਕ ਦੇ ਦਿਲ ਦੀ ਗੱਲ ਤਾਂ ਹੈ ਨਹੀਂ, ਪਹਿਲਾਂ ਪੜ੍ਹਿਆ ਜਾਏਗਾ, ਸਮਝਿਆ ਜਾਏਗਾ ਸਾਡੀ ਥਿਊਰੀ ਮੁਤਾਬਕ ਹੈ ਜਾਂ ਨਹੀਂ ਹੈ। ਜਿਹੜਾ ਨਹੀਂ ਹੈ ਉਹਨੂੰ ਇੱਕ ਪਾਸੇ ਕਰ ਲਓ ਭਾਈ, ਜਿਹੜਾ ਸਾਡੀ ਥਿਊਰੀ ਦੇ ਮੁਤਾਬਕ ਚੱਲਦਾ ਉਹਨੂੰ ਸਿਲੈਕਟ ਕਰ ਲਓ। ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਹੈ, ਮੈਂ ਤਾਂ ਇਹ ਸਮਝਦਾ ਅੱਜ ਯੂਨੀਵਰਸਿਟੀ ਦਾ ਕੋਈ ਵੀ ਐਸਾ ਵਿਦਵਾਨ ਨਹੀਂ ਹੈ ਕੋਈ ਐਸੇ ਤਰੀਕੇ ਨਾਲ ਸੰਪਾਦਨਾ ਜਿਹੜਾ ਕਰ ਸਕੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਡੀ ਇਹ ਮੇਰੀ ਹੀ ਯੂਨੀਵਰਸਿਟੀ ਹੈ, ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਨੂੰ ਇੱਕ ਤਾਂ ਰੀਐਡਿਟ ਕਰਨਾ ਸ਼ੁਰੂ ਕੀਤਾ ਸੀ, ਇੱਕ ਉਹਦੀ ਟਰਾਂਸਲੇਸ਼ਨ ਕਰਨੀ ਸ਼ੁਰੂ ਕੀਤੀ ਹੋਈ ਸੀ, ਉਹ ਕੋਰਟ ਦਾ ਬੰਦ ਕੀਤਾ ਪਿਆ। ਇੰਨੇ ਦੋ ਡਿਪਾਰਟਮੈਂਟ, ਘੱਟੋ ਘੱਟ ਦੋ ਡਿਪਾਰਟਮੈਂਟ ਦਾ ਸਟਾਫ ਲੱਗਿਆ ਹੋਇਆ ਸੀ ਉਹ ਤੇ ਉਹਨੂੰ ਰੀਐਡਿਟ ਕਰਨ 'ਚ, ਵੀ ਇਹਨੂੰ ਦੁਬਾਰਾ ਛਾਪ ਦਿਓ, ਦੁਬਾਰਾ ਐਡਿਟ ਕਰਕੇ ਅਤੇ ਉਹਨੂੰ ਟਰਾਂਸਲੇਸ਼ਨ ਕਰਨ ਦੇ ਵਿੱਚ। ਮੇਰੇ ਕਹਿਣ ਦਾ ਮਤਲਬ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਕਦੇ ਵੀ ਵਧਾ ਚੜ੍ਹਾ ਕੇ ਨਹੀਂ ਦੇਖਦੇ। ਜੋ ਗੁਰੂ ਨਾਨਕ ਪਾਤਸ਼ਾਹ ਵੇਲੇ ਸਾਡਾ ਲਿਟਰੇਚਰ ਦਾ ਕੰਮ ਹੁੰਦਾ ਰਿਹਾ, ਜਿੰਨਾ ਉਹਦੇ ਬਾਰੇ ਤੁਸੀਂ ਅੰਦਾਜ਼ਾ ਲਗਾ ਲਓਗੇ ਉਹ ਓਨਾ ਹੀ ਥੋੜ੍ਹਾ ਹੋਏਗਾ। ਇਹੀ ਗੁਰੂ ਨਾਨਕ ਪਾਤਸ਼ਾਹ ਦੀ ਐਸਟੈਬਲਿਸ਼ ਕੀਤੀ ਹੋਈ ਕਰਤਾਰਪੁਰੀ ਟਕਸਾਲ ਡਿਵੈਲਪਮੈਂਟ ਕਰਦੀ ਕਰਦੀ ਅੱਗੇ ਵੱਧਦੀ ਵੱਧਦੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪਹੁੰਚ ਜਾਂਦੀ ਹੈ। ਗੁਰੂ ਦਸਮ ਪਾਤਸ਼ਾਹ ਵੱਲੋਂ 52 ਕਵੀ ਇਕੱਤਰ ਕਰਕੇ ਰੱਖਣਾ, ਕਵੀ ਦਰਬਾਰ ਲਗਾ ਕੇ ਰੱਖਣਾ, ਇਹ ਆਪਣੇ ਆਪ ਦੇ ਵਿੱਚ ਹੀ ਇਹ ਗੱਲ ਸਿੱਧ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਾਡੀ ਜਿਹੜੀ ਲਿਖਣ ਪੜ੍ਹਨ ਵਾਲੀ ਸੰਸਥਾ ਸੀ ਉਹ ਇਤਨੇ ਸਿਖਰ ਤੇ ਪਹੁੰਚ ਗਈ ਸੀ ਕਿ ਹਿੰਦੁਸਤਾਨ ਦਾ ਅਤੇ ਹਿੰਦੁਸਤਾਨ ਤੋਂ ਬਾਹਰਲਾ ਵੀ ਹਰ ਕਵੀ ਇੱਥੇ ਆਉਣਾ ਆਪਣਾ ਮਾਣ ਸਮਝਦਾ ਸੀ। ਇਤਨੇ ਸਿਖਰ ਤੇ ਪਹੁੰਚੀ ਹੋਈ ਸੀ ਸਾਡੀ ਵਿਦਿਅਕ ਸੰਸਥਾ ਟਕਸਾਲ, ਜਿਹੜੀ ਗੁਰੂ ਨਾਨਕ ਪਾਤਸ਼ਾਹ ਵੇਲੇ ਅਸਟੈਬਲਿਸ਼ ਹੋ ਗਈ ਸੀ ਔਰ ਡਿਵੈਲਪਮੈਂਟ ਕਰਦੀ ਕਰਦੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਗਈ ਸੀ। ਹਰ ਬੋਲੀ ਦਾ ਕਵੀ, ਹਿੰਦੁਸਤਾਨ ਦੇ ਹਰ ਭਾਗ ਦਾ ਕਵੀ, ਹਰ ਧਰਮ ਦਾ ਕਵੀ, ਈਵਨ ਹਿੰਦੁਸਤਾਨ ਤੋਂ ਵੀ ਬਾਹਰਲੇ ਮੁਲਕਾਂ ਦਾ ਕਵੀ, ਭਾਈ ਨੰਦ ਲਾਲ ਜੀ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਭਾਈ ਨੰਦ ਲਾਲ ਜੀ ਅਰਬ ਮੁਲਕਾਂ ਦੇ ਵਿੱਚ ਵੀ ਅਤੇ ਫਾਰਸ ਦੀ ਖਾੜੀ ਦੇ ਮੁਲਕਾਂ ਦੇ ਵਿੱਚ ਵੀ, ਔਰੰਗਜ਼ੇਬ ਦੀ ਬਾਦਸ਼ਾਹਤ ਦੇ ਵਿੱਚ ਵੀ ਅਰਬੀ ਫਾਰਸੀ ਦੇ ਧੁਰੰਤਰ ਕਵੀ ਮੰਨੇ ਹੋਏ ਸਨ।
ਉਸ ਕਵੀ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਸ਼ਾਂਤੀ ਨਸੀਬ ਨਹੀਂ ਹੋਈ। ਸ਼ਾਂਤੀ ਨਸੀਬ ਦਾ ਮਤਲਬ ਹੈ ਉਹ ਆਪਣੀ ਅੰਤਰ ਆਤਮਾ ਦੀ ਆਜ਼ਾਦੀ ਨਾਲ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਕੰਮ ਨਹੀਂ ਸੀ ਕਰ ਸਕਦਾ। ਉਸ ਕਵੀ ਨੂੰ ਜੇ ਸ਼ਾਂਤੀ ਮਿਲੀ ਹੈ, ਜੇ ਉਹਨੂੰ ਸੰਤੁਸ਼ਟੀ ਮਿਲੀ ਹੈ ਕਿ ਮੈਂ ਆਪਣੀ ਅੰਤਰ ਆਤਮਾ ਦੀ ਆਵਾਜ਼ ਨਾਲ ਕੰਮ ਕਰ ਸਕਦਾ, ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਉਹਨਾਂ ਦੀ ਸ਼ਰਨ ਵਿੱਚ ਆ ਕੇ, ਉਹਨਾਂ ਦੀ ਹਜ਼ੂਰੀ ਵਿੱਚ ਆ ਕੇ ਹੀ ਉਹਨਾਂ ਨੂੰ ਇਹ ਪ੍ਰਾਪਤ ਹੋਈ। ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਸਮਾਂ ਹੀ ਬਹੁਤ ਹੀ ਭਿਆਨਕਤਾ ਵਾਲਾ ਸੀ। ਇਸ ਭਿਆਨਕਤਾ ਨੂੰ ਦਾ ਕੋਈ ਸੀਮਾ ਨਹੀਂ ਸ਼ਬਦਾਂ ਦੇ ਵਿੱਚ। ਇਹ ਭਿਆਨਕਤਾ ਅਤੇ ਇਹ ਜਿਹੜੀ ਤਰਥੱਲੀ ਹੈ, ਇਹਨੂੰ ਸ਼ਬਦ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰਾ ਪਰਿਵਾਰ ਹੀ ਕੁਰਬਾਨ ਹੋ ਗਿਆ, ਆਨੰਦਪੁਰ ਸਾਹਿਬ ਸਾਰਾ ਕੁਰਬਾਨ ਹੋ ਗਿਆ, ਸਭ ਕੁਛ ਹੀ ਕੁਰਬਾਨ ਹੋ ਗਿਆ। ਇੰਨੀ ਭਿਆਨਕਤਾ ਦੇ ਪਿੱਛੋਂ, ਬਸ ਇੰਨੀ ਭਿਆਨਕਤਾ ਦੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਸਾਰੇ ਕੁਝ ਨੂੰ, ਸਮੁੱਚੀ ਐਸਟੈਬਲਿਸ਼ਮੈਂਟ ਨੂੰ ਰੀਔਰਗੇਨਾਈਜ਼ ਕੀਤਾ, ਕਿਉਂਕਿ ਖਿਲਰ ਪੁਦਰ ਗਈ ਸੀ ਸਭ ਕੁਛ। ਰੀਔਰਗੇਨਾਈਜ਼ ਕਰਨ ਸਮੇਂ ਦੇਖੋ ਕਿੱਡਾ ਵੱਡਾ ਕੰਮ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾ ਕੀਤੀ। ਕਿੱਡੀ ਵੱਡੀ ਅਚੀਵਮੈਂਟ ਹੈ, ਸਭ ਤੋਂ ਵੱਡੀ ਅਚੀਵਮੈਂਟ ਸੀ ਗੁਰੂ ਅਰਜਨ ਪਾਤਸ਼ਾਹ ਵੱਲੋਂ ਸੰਪਾਦ ਕਰਨਾ, ਇਹ ਉਸ ਤੋਂ ਵੀ ਵੱਡੀ ਅਚੀਵਮੈਂਟ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਮੁੜ ਸੰਪਾਦਨਾ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਉਂਕਿ ਜ਼ਰੂਰੀ ਸੀ, ਬਹੁਤ ਸਮਾਂ ਲੰਘ ਗਿਆ ਸੀ, ਕਾਫੀ ਗੱਲਾਂ ਦਰਜ ਕਰਨ ਵਾਲੀਆਂ ਵੀ ਰਹਿ ਗਈਆਂ ਸੀ, ਕਈ ਗੱਲਾਂ ਦੱਸਣ ਵਾਲੀਆਂ ਵੀ ਰਹਿ ਗਈਆਂ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਚਾੜ ਕੇ ਮਤਲਬ ਸਜੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾ ਕੀਤੀ। ਇਸ ਸਮੇਂ ਬਾਬਾ ਦੀਪ ਸਿੰਘ ਜੀ ਦਾ ਨਾਂ ਪਹਿਲੀ ਵਾਰ ਸਾਡੇ ਸਾਹਮਣੇ ਆਉਂਦਾ। ਪਹਿਲੀ ਵਾਰ ਮੈਂ ਕਈ ਵਾਰ ਸੋਚਦਾ ਹੁੰਦਾ, ਬਾਬਾ ਦੀਪ ਸਿੰਘ ਜੀ ਦੇ ਬਾਰੇ ਪਹਿਲਾਂ ਕਿਉਂ ਨਹੀਂ ਸੁਣਦੇ, ਦਮਦਮਾ ਸਾਹਿਬ ਪਹੁੰਚਣ ਤੋਂ ਪਹਿਲਾਂ ਕਿਉਂ ਨਹੀਂ ਸੁਣਿਆ ਜਾਂਦਾ ਕਿਤੇ ਨਾਂ, ਕਿਸੇ ਵੀ ਲਿਖਤ 'ਚ ਨਹੀਂ ਆਉਂਦਾ, ਪਹਿਲੀ ਵਾਰ ਨਾਂ ਇੱਥੇ ਹੀ ਸਾਹਮਣੇ ਆਉਂਦਾ। ਫਿਰ ਕਦੇ ਕਦੇ, ਕਿਉਂਕਿ ਮਨੁੱਖੀ ਮਨ ਹੈ, ਆਪਾਂ ਆਪਣਾ ਮਨ ਫਿਰ ਕਈ ਵਾਰ ਜਦੋਂ ਆਪਾਂ ਸੋਚਦੇ ਹਾਂ ਕਿਸੇ ਪ੍ਰੋਬਲਮ ਬਾਰੇ ਕਈ ਪਾਸੇ ਜਾਂਦਾ, ਇਹ ਵੀ ਚੇਤੇ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ ਦਾ ਨਾਂ ਵੀ ਪਹਿਲੀ ਵਾਰੀ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਪੰਜਾਬ ਦੇ ਸੰਘਰਸ਼ ਨੂੰ ਇੱਕ ਅਗਲੇ ਰੂਪ ਦੇ ਵਿੱਚ ਤੋਰ ਦਿੱਤਾ। ਇੱਕ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਜੋ ਪ੍ਰੋਫੈਸਰ ਹਰਵੰਸ਼ ਸਿੰਘ ਦਾ, ਮੈਂ ਸਾਰੀਆਂ ਕਿਤਾਬਾਂ ਦੇਖ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਬਾਰੇ ਮੈਂ ਦੇਖਾ ਕਿਤੇ ਕਿਸ ਤਰ੍ਹਾਂ ਦਾ ਰੈਫਰੈਂਸ ਆਉਂਦਾ। ਉਹਦੇ ਵਿੱਚ ਇੱਕ ਇੱਕੋ ਲੈਣ ਦਾ ਰੈਫਰੈਂਸ ਆਇਆ ਕਿ ਬਾਬਾ ਦੀਪ ਸਿੰਘ ਜੀ ਪਹਿਲਾਂ ਭਾਈ ਮਨੀ ਸਿੰਘ ਜੀ ਦੀ ਟਕਸਾਲ ਵਿੱਚ ਦੇ ਵਿਦਿਆਰਥੀ ਰਹੇ ਨੇ। ਫਿਰ ਬਾਬਾ ਦੀਪ ਸਿੰਘ ਜੀ ਦੀ ਤੁਸੀਂ ਜਿਹੜੀ ਡੇਟ ਮਿਲਦੀ ਹੈ ਜਨਮ ਦੀ, ਮੈਂ ਬੜੀਆਂ ਲਿਖਤਾਂ ਘੋਖਲੀਆਂ, ਇਹੀ ਡੇਟ ਮਿਲੀ ਹੈ 1682 ਇਸ ਤੋਂ ਇਲਾਵਾ ਕੋਈ ਹੋਰ ਡੇਟ ਨਹੀਂ ਮਿਲੀ। ਹੁਣ 1682 ਅਤੇ 1706 ਅੰਦਾਜ਼ਾ ਲਾ ਕੇ ਦੇਖੋ, ਕਿਉਂਕਿ 1706 ਵਿੱਚ ਗੁਰੂ ਦਸਮ ਪਾਤਸ਼ਾਹ ਦਮਦਮਾ ਸਾਹਿਬ ਆਉਂਦੇ ਨੇ, ਉਦੋਂ ਹੀ ਬਾਬਾ ਦੀਪ ਸਿੰਘ ਜੀ ਦਾ ਨਾਂ ਸਾਹਮਣੇ ਆਉਂਦਾ ਹੈ। ਸਾਰੀ 24 ਦੀ ਉਮਰ ਬਣਦੀ ਹੈ ਬਾਬਾ ਦੀਪ ਸਿੰਘ ਜੀ ਦੀ, 24 ਦੀ ਮੁੱਛ ਕੁੱਟ ਗੱਭਰੂ ਦੀ।
ਮੈਂ ਸਮਝਦਾ ਹਾਂ ਕਿ ਬਾਬਾ ਦੀਪ ਸਿੰਘ ਜੀ ਪਹਿਲਾਂ ਭਾਈ ਮਨੀ ਸਿੰਘ ਜੀ ਵੇ ਦੀ ਟਕਸਾਲ ਦੇ ਵਿੱਚ ਗੁਰਮਤ ਗਿਆਨ ਦਾ ਦੀ ਪੂਰੀ ਸਟੱਡੀ ਕਰਦੇ ਰਹੇ ਸੀ ਔਰ ਗੁਰਮਤ ਗਿਆਨ ਵਿੱਚ ਪੂਰਾ ਪਰਪੱਕ ਕਰਕੇ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਆਪਣੇ ਨਾਲ ਲੈ ਆਏ ਸੀ। ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸੰਪੂਰਨ ਕੀਤਾ ਦਸਮ ਪਾਤਸ਼ਾਹ ਨੇ ਇਹਦੇ ਉਤਾਰੇ ਕਰਨ ਵਾਸਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਗਾਈ ਗਈ। ਉਤਾਰਿਆਂ ਦੇ ਕੰਮ ਬਾਰੇ ਤੁਸੀਂ ਜਿੰਨਾ ਅੰਦਾਜ਼ਾ ਲਗਾ ਲਓਗੇ ਉਸ ਤੋਂ ਕਈ ਗੁਣਾ ਤੁਹਾਨੂੰ ਵਾਧਾ ਹੀ ਵਾਧਾ ਦਿਸੇਗਾ। ਇਹ ਸੌਖਾ ਕੰਮ ਨਹੀਂ, ਲੇਕਿਨ ਅਸੀਂ ਬਾਬਾ ਦੀਪ ਸਿੰਘ ਜੀ ਦੀ ਇਸ ਅਚੀਵਮੈਂਟ ਨੂੰ, ਇਸ ਖੇਤਰ ਦੀ ਘਾਲ ਕਮਾਈ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਬਿਆਨਿਆ, ਇਹਨੂੰ ਬਿਆਨ ਕਰਨ ਦੀ ਲੋੜ ਹੈ। ਇਕੱਲੇ ਬੀੜਾਂ ਦੇ ਉਤਾਰੇ ਹੀ ਨਹੀਂ ਕੀਤੇ ਗਏ ਸਨ, ਇੱਥੋਂ ਬਹੁਤ ਕੁਛ ਸਿੱਖਿਆ ਦਿੱਤੀ ਜਾਂਦੀ ਸੀ ਗੁਰਬਾਣੀ ਦੀ, ਅਰਥਾਂ ਦੀ, ਵਿਆਖਿਆ ਦੀ, ਜਿੰਨੀ ਵੀ ਆਪਾਂ ਕਹਿ ਲਈਏ ਸਾਰੀ ਇੱਥੋਂ ਹੀ ਸ਼ੁਰੂ ਹੋਈ ਹੈ। ਔਰ ਐਸੇ ਤਰੀਕੇ ਨਾਲ ਸ਼ੁਰੂ ਹੋਈ ਹੈ ਦਮਦਮੀ ਟਕਸਾਲ ਦੀ ਮੁੜ ਸ਼ੁਰੂਆਤ, ਇਹ ਰੀਓਰਗੇਨਾਈਜ਼ ਕਰਕੇ ਇਹਦੀ ਮੁੜ ਤੋਂ ਸਥਾਪਨਾ ਜਿਹੜੀ ਹੋਈ ਹੈ ਦਮਦਮੀ ਟਕਸਾਲ ਦੀ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ, ਇਹਦੀ ਐਸੀ ਸ਼ੁਰੂਆਤ ਹੋਈ। ਮੈਂ ਜਦੋਂ ਬੰਦਾ ਸਿੰਘ ਬਹਾਦਰ ਦੇ ਸਮੇਂ ਤੱਕ ਪਹੁੰਚ ਕੇ ਉਹਦੇ ਸਿੱਕਿਆਂ ਦੀ ਇਮਾਰਤ ਬਾਰੇ ਸੋਚਿਆ, ਸਿੱਕਿਆਂ ਜਿਹੜੇ ਜਿਹੜੀ ਇਮਾਰਤ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਕਿਆਂ ਦੇ ਉੱਤੇ ਦਰਜ ਕੀਤੀ ਹੈ ਨਾ, ਕਦੇ ਕਿਸੇ ਨੇ ਸੋਚਿਆ ਇਸ ਇਮਾਰਤ ਨੂੰ ਘੜਨ ਵਾਲੇ ਕਿੱਡੇ ਵੱਡੇ ਵਿਦਵਾਨ ਹੋਣਗੇ ਔਰ ਉਹ ਵਿਦਵਾਨ ਕਿੱਥੋਂ ਆਏ ਨੇ? ਸੁਣ ਕੇ ਦੇਖੋ, ਮੈਂ ਬਸ ਇਹ ਅਖੀਰਲੀ ਮੇਰੀ ਉਹ ਹੈ। ਸਿੱਕਾ ਜਦ ਬਰ ਹਰਦੋ ਆਲਮ ਤੇਗੇ ਨਾਨਕ ਵਾਹਿਬ ਅਸਤ। ਫਤਿਹ ਗੋਬਿੰਦ ਸਿੰਘ ਸ਼ਾਹ ਏ ਸ਼ਾਹਾਂ ਫਜਲੇ ਸੱਚਾ ਸਹਿਬ ਅਸਤ। ਜਰਾ ਇਹਦੇ ਅਰਥ ਕਰਕੇ ਦੇਖੋ ਕਿਵੇਂ ਕੁੱਜੇ ਵਿੱਚ ਸਮੁੰਦਰ ਸਮੋਇਆ ਪਿਆ। ਅਰਥ ਕੀ ਨੇ ਇਹਦੇ ਸੌਖੇ ਤੋਂ ਸੌਖੇ ਅਰਥ? ਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਹੋਈ ਤੇਗ ਦੀ ਫਤਿਹ ਨਾਲ ਦੀਨ ਅਤੇ ਦੁਨੀਆਂ ਦੇ ਦੋਹਾਂ ਜਹਾਨਾਂ ਵਿੱਚ ਖਾਲਸੇ ਦਾ ਇਹ ਸਿੱਕਾ ਜਾਰੀ ਕੀਤਾ ਗਿਆ। ਇੰਨੀ ਸੋਹਣੀ ਸ਼ਬਦਾਵਲੀ, ਇੰਨੀ ਪ੍ਰਭਾਵਸ਼ਾਲੀ ਸ਼ਬਦਾਵਲੀ ਕੌਣ ਕ੍ਰੀਏਟ ਕਰ ਸਕਦਾ ਹੈ, ਕੌਣ ਘੜ ਸਕਦਾ ਹੈ? ਮੈਂ ਕਹਿੰਦਾ ਇਹ ਉਹੀ ਦਮਦਮੀ ਟਕਸਾਲ ਸੀ ਜਿਹਦੇ ਵਿਦਵਾਨਾਂ ਨੇ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚ ਕੇ ਬੰਦਾ ਸਿੰਘ ਬਹਾਦਰ ਨੇ ਆਦੇਸ਼ ਦਿੱਤਾ ਕਿ ਐਸੀ ਸ਼ਬਦਾਵਲੀ ਘੜ ਕੇ ਲਿਆਓ ਜਿਹਦੇ ਨਾਲ ਗੁਰੂ ਸਾਹਿਬਾਨ ਦਾ ਨਾਮ ਰੋਸ਼ਨ ਹੋਵੇ ਅਤੇ ਗੁਰੂ ਸਾਹਿਬਾਨ ਦੇ ਨਾਮ 'ਤੇ ਆਪਾਂ ਸਿੱਕੇ ਜਾਰੀ ਕੀਤੇ ਜਾ ਸਕਣ। ਇਹ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਸਿੱਟੇ ਨੇ, ਇਹੋ ਜਿਹੇ ਸਿੱਟੇ ਕੱਢੇ ਨੇ ਸਾਡੀਆਂ ਵਿਦਿਅਕ ਸੰਸਥਾਵਾਂ ਦੇ, ਉਹਨਾਂ ਬਾਰੇ ਅਸੀਂ ਸੋਚਿਆ ਨਹੀਂ ਅਜੇ ਤੱਕ। ਸੋ ਸਾਡੀ ਖੋਜ ਦਾ ਇੱਕ ਵਿਸ਼ਾ ਇਹ ਵੀ ਹੈ ਕਿ
ਜਿਹੜੇ ਬੰਦਾ ਸਿੰਘ ਬਹਾਦਰ ਦੇ ਸਿੱਕਿਆਂ ਦੀ ਇਬਾਰਤ ਕਰਨ ਵਾਲੇ ਉਹਨਾਂ ਵਿਦਵਾਨਾਂ ਦਾ ਨਾਂ ਤਾਂ ਲੱਭ ਲਓ ਜਿਨ੍ਹਾਂ ਵਿਦਵਾਨਾਂ ਨੇ ਇਕੱਠੇ ਹੋ ਕੇ ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਮਿਹਨਤ ਨਾਲ, ਕਿੰਨੇ ਕੁ ਹਫ਼ਤਿਆਂ ਦੀ ਮਿਹਨਤ ਨਾਲ ਇਹ ਸ਼ਬਦਾਵਲੀਆਂ ਤਿਆਰ ਕੀਤੀਆਂ ਸਨ। ਅਖੀਰ 'ਤੇ ਮੈਂ ਸਿਰਫ ਦੋ ਗੱਲਾਂ ਕਰਕੇ ਤੁਹਾਨੂੰ ਸਮਾਪਤੀ ਕਰਾਂਗਾ। ਅੱਜ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ। 1706 ਵਿੱਚ ਜਦੋਂ ਦਮਦਮੀ ਟਕਸਾਲ ਦੀ ਸ਼ੁਰੂਆਤ ਹੁੰਦੀ ਹੈ, ਮੁੜ ਤੋਂ ਸ਼ੁਰੂਆਤ ਹੁੰਦੀ ਹੈ, ਉਹ ਗੁਰੂ ਨਾਨਕ ਦੇਵ ਜੀ ਦਾ 237ਵਾਂ ਪ੍ਰਕਾਸ਼ ਪੁਰਬ ਸੀ। 237ਵੇਂ ਪ੍ਰਕਾਸ਼ ਪੁਰਬ 'ਤੇ ਗੁਰੂ ਦਸਮ ਪਾਤਸ਼ਾਹ ਨੇ ਐਸੀ ਸ਼ਰਧਾਂਜਲੀ ਭੇਟ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਕਿ ਉੱਥੇ ਦਮਦਮੀ ਟਕਸਾਲ ਐਸਟੈਬਲਿਸ਼ ਕਰ ਦਿੱਤੀ ਹੈ 237ਵੇਂ ਪ੍ਰਕਾਸ਼ ਪੁਰਬ 'ਤੇ। ਬੰਦਾ ਸਿੰਘ ਬਹਾਦਰ ਨੇ ਜਦੋਂ 1710 ਵਿੱਚ ਖਾਲਸੇ ਦਾ ਰਾਜ ਸਥਾਪਿਤ ਕੀਤਾ ਸੀ, ਗੁਰੂ ਨਾਨਕ ਪਾਤਸ਼ਾਹ ਦਾ 241ਵਾਂ ਪ੍ਰਕਾਸ਼ ਪੁਰਬ ਸੀ। 241ਵਾਂ ਬੰਦਾ ਸਿੰਘ ਬਹਾਦਰ ਨੇ 241ਵੇਂ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਕ ਦੇਵ ਜੀ ਨੂੰ ਖਾਲਸੇ ਦਾ ਰਾਜ ਕਾਇਮ ਕਰਕੇ ਸ਼ਰਧਾਂਜਲੀ ਅਰਪਣ ਕੀਤੀ ਸੀ। ਹੇ ਗੁਰੂ ਨਾਨਕ ਪਾਤਸ਼ਾਹ, ਤੇਰੀ ਮਿਹਰਬਾਨੀ ਨਾਲ ਇਹ ਪੰਥ ਚੱਲਿਆ ਸੀ ਔਰ ਇਹ ਪੰਥ ਅੱਜ ਤੇਰੇ 241ਵੇਂ ਪ੍ਰਕਾਸ਼ ਪੁਰਬ 'ਤੇ ਆਪਣੀ ਇੰਡੀਪੈਂਡੈਂਸ ਐਲਾਨ ਕਰਦਾ ਹੈ। ਸੋਚਿਆ ਕਦੇ ਅੱਜ ਅਸੀਂ 550ਵਾਂ ਗੁਰਪੁਰਬ ਮਨਾ ਰਹੇ ਹਾਂ, ਪਹਿਲੇ ਗੁਰਪੁਰਬਾਂ ਬਾਰੇ ਵੀ ਸੋਚ ਲਓ। 296 ਗੁਰਪੁਰਬ 'ਤੇ, ਪ੍ਰਕਾਸ਼ ਪੁਰਬ 'ਤੇ ਖਾਲਸੇ ਨੇ ਲਾਹੌਰ ਵਿੱਚ 1765 ਵਿੱਚ ਖਾਲਸੇ ਰਾਜ ਦੀ ਸਥਾਪਤੀ ਕਰਕੇ ਐਲਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ 296 ਗੁਰਪੁਰਬ 'ਤੇ। ਹਾਂ, ਕਿੱਡੀਆਂ ਕਿੱਡੀਆਂ ਸ਼ਰਧਾਂਜਲੀਆਂ ਸੀਗੀਆਂ ਨਾ ਇਹ, ਕਿੱਡੀਆਂ ਕਿੱਡੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਪੰਥ ਨੇ ਆਪਣੇ ਗੁਰੂ ਨੂੰ ਦਿੱਤੀਆਂ ਨੇ। ਗੁਰੂ ਨੇ ਵੀ ਪੰਥ ਨੂੰ ਸਭ ਕੁਛ ਬਖਸ਼ਿਆ ਔਰ ਪੰਥ ਵੀ ਗੁਰੂ ਨੂੰ ਹਰ ਕੁਛ ਅਰਪਣ ਕਰਦਾ ਰਿਹਾ ਸੀ। ਖਾਲਸਾ ਸਥਾਪਤੀ ਦੇ ਮੌਕੇ 'ਤੇ ਆਪਣੇ ਗੁਰੂਆਂ ਦੀ ਦਾ ਸ਼ੁਕਰ ਕੀਤਾ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਸ਼ੁਕਰ ਕੀਤਾ ਜਾਂਦਾ ਸੀ। 380ਵੇਂ ਪ੍ਰਕਾਸ਼ ਪੁਰਬ 'ਤੇ 1849 ਵਿੱਚ ਸਭ ਕੁਛ ਖਤਮ ਹੋ ਗਿਆ ਸੀ, ਸਭ ਕੁਝ ਖਤਮ ਹੋ ਗਿਆ, ਹਥਿਆਰ ਸੁੱਟ ਦਿੱਤੇ ਸੀ, ਸਭ ਕੁਛ। ਉਸ ਸਭ ਕੁਝ ਖਤਮ ਹੋਏ ਨੂੰ ਅੱਜ 170 ਸਾਲ ਹੋਏ ਨੇ। ਕਦੇ ਪੰਥ ਨੇ ਇਕੱਠਿਆਂ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕੁਛ ਕਿਹਾ ਹੈ ਕਿ ਤੈਨੂੰ ਅਸੀਂ ਕੀ ਦੇ ਰਹੇ ਹਾਂ, ਤੇਰੇ ਚਰਨਾਂ ਵਿੱਚ ਅਸੀਂ ਕੀ ਚੜਾ ਰਹੇ ਹਾਂ?
ਅਕਸਰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਇਸ਼ਨਾਨ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਇਸ਼ਨਾਨ, ਹੋਰ ਵਿਛੜ ਚੁੱਕੇ ਗੁਰਧਾਮਾਂ ਦੇ ਦਰਸ਼ਨ, ਇਹੀ ਅਸੀਂ ਮੰਗਦੇ ਆ ਰਹੇ ਹਾਂ। ਮੰਗਦੇ ਹੀ ਆ ਰਹੇ ਹਾਂ, ਕੁਛ ਕਰਕੇ ਵੀ ਦਿਖਾਓ। ਆਹ ਕਰਕੇ ਦਿਖਾ ਦਿੱਤਾ ਗੁਰੂ ਨਾਨਕ ਪਾਤਸ਼ਾਹ, ਗੁਰੂ ਦਸਮ ਪਾਤਸ਼ਾਹ, ਤੂੰ ਪੰਥ ਨੂੰ ਆਪਣਾ ਥਾਪੜਾ ਬਖਸ਼ਦਾ ਰਹੇ। 170 ਸਾਲ ਹੋ ਗਏ। 1947 ਵਿੱਚ 478ਵਾਂ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ 1947 ਵਿੱਚ। ਜਿਹੜੀ ਮਾੜੀ ਮੋਟੀ ਸੰਭਾਵਨਾ ਸੀ ਪੰਜਾਬ ਨੂੰ ਮੁੜ ਕੇ ਖੜਾ ਕਰਨ ਦੀ, ਉਹ ਵੀ ਖਤਮ। ਜਿਹੜੀ ਮਾੜੀ ਮੋਟੀ ਸੰਭਾਵਨਾ ਸੀ, ਪੰਜਾਬ ਨੂੰ ਦੋ ਫਾੜ ਕਰ ਦਿੱਤਾ, ਓਕੇ ਮਰੀ ਖਪੀ ਜਾਓ ਆਪੋ ਆਪਣੀ ਥਾਂ 'ਤੇ। ਉਹ ਜਿਸ ਕੌਮ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਆਪਣੇ ਸਮੇਂ ਦੇ ਵਿੱਚ, ਮੈਂ ਟਾਈਮ ਵੱਧ ਲੈ ਰਿਹਾ ਜੀ, ਮੈਨੂੰ ਮਾਫ਼ ਕਰਨਾ, ਬਸ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਆਪਣੇ ਸਮੇਂ ਦਾ ਸਭ ਤੋਂ ਜਾਗਰਿਤ ਮਨੁੱਖ ਸੀ, ਸਭ ਤੋਂ ਜਾਗਰਿਤ। ਤਾਂ ਹੀ ਉਹਨੇ ਹਿੰਦੁਸਤਾਨ ਦੀ ਕਰੋੜਾਂ ਦੀ ਆਬਾਦੀ ਨੂੰ ਇੱਕ ਮੁੱਠੀ ਪਰ ਸਿੱਖਾਂ ਨੇ ਆਪਣੇ ਪਿੱਛੇ ਲਾ ਕੇ ਉਹ ਕੰਮ ਕਰ ਦਿਖਾਏ ਜਿਹੜੇ ਇਤਿਹਾਸ ਵਿੱਚ ਕਦੇ ਹੋਏ ਨਹੀਂ। ਜਿਹੜੇ ਇਤਿਹਾਸ ਵਿੱਚ ਕਦੇ ਹੋਏ ਹੀ ਨਹੀਂ। ਅੱਜ 550ਵਾਂ ਪ੍ਰਕਾਸ਼ ਪੁਰਬ ਚੱਲ ਰਿਹਾ ਹੈ। ਕੋਈ ਨਾ ਕੋਈ ਤਾਂ ਅਚੀਵਮੈਂਟ ਗੁਰੂ ਨਾਨਕ ਪਾਤਸ਼ਾਹ ਨੂੰ ਦਿਖਾਉਣੀ ਚਾਹੀਦੀ ਹੈ। ਵਾਹਿਗੁਰੂ ਬਖਸ਼ਿਸ਼ ਕਰੇ, ਦੰਦਵੀ ਟਕਸਾਲ ਨੇ ਹੰਬਲਾ ਮਾਰਿਆ ਹੈ ਸਿੱਖੀ ਦੇ ਪ੍ਰਚਾਰ ਦਾ, ਗੁਰਬਾਣੀ ਦੇ ਪ੍ਰਚਾਰ ਦਾ, ਇਹ ਵੀ ਹੰਬਲਾ ਹੈ ਇੱਕ। ਇਸ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਕ ਦੇ ਪ੍ਰਚਾਰ ਦਾ ਸਾਨੂੰ ਪੂਰੀ ਹਨੇਰੀ ਲਿਆ ਦੇਣੀ ਚਾਹੀਦੀ ਹੈ। ਜਿਹੜੀਆਂ ਪ੍ਰਾਪਤੀਆਂ ਨਹੀਂ ਕਰ ਸਕੇ ਉਹਨਾਂ ਪ੍ਰਾਪਤੀਆਂ ਬਾਰੇ ਸਿੱਖਾਂ ਨੂੰ ਘੱਟੋ ਘੱਟ ਜਾਗਰੂਕ ਤਾਂ ਕਰਾ ਦੇਣਾ ਚਾਹੀਦਾ ਹੈ। ਸੋ ਮੈਨੂੰ ਤੁਸੀਂ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵੀ ਮਾਣ ਮਹਿਸੂਸ ਕਰਦਾ ਕਿ ਇਸ ਸੰਸਥਾ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਮੈਂ ਆਪਣੇ ਵਿਚਾਰ ਰੱਖ ਸਕਿਆ। ਘਰੋਂ ਜਿਹੜਾ ਜਦੋਂ ਆਪਾਂ ਲੇਖ ਲਿਖਦੇ ਹਾਂ, ਲੇਖਾਂ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਲਿਖਿਆ ਜਾਂਦਾ, ਜਦੋਂ ਆਪਾਂ ਆਹਮਣੇ ਸਾਹਮਣੇ ਖੜ ਕੇ ਗੱਲਾਂ ਕਰਦੇ ਹਾਂ ਉਹ ਗੱਲਾਂ ਕਰਨ ਦਾ ਜਿਹੜਾ ਰੰਗ ਢੰਗ ਹੁੰਦਾ ਉਹ ਥੋੜ੍ਹਾ ਜਿਹਾ ਹੋਰ ਲੋਟ ਹੁੰਦਾ। ਸੋ ਮੌਕੇ ਦੇ ਅਨੁਸਾਰ ਜੋ ਮੈਨੂੰ ਗੱਲਾਂ ਠੀਕ ਲੱਗੀਆਂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਜਿਨ੍ਹਾਂ ਬਹੁਤ ਹੀ ਬਹੁਮੁੱਲੇ ਵਿਚਾਰਾਂ ਦੁਆਰਾ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਵਾਕਿਆ ਹੀ ਸਤਿਗੁਰੂ ਜੀ ਦੀ ਬਾਣੀ ਦੇ ਬੜੇ ਪਵਿੱਤਰ ਬਚਨ ਨੇ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੇ। ਸਾਡਾ ਸਿੱਖ ਸਾਹਿਤ, ਸਾਡੀ ਬਾਣੀ ਬੜੇ ਕਮਾਲ ਦੇ ਸ਼ਬਦ ਸਾਨੂੰ ਦੱਸਦੀ ਹੈ ਕਿ ਬਹੀਏ ਪੜ੍ਹਿਆਂ ਪਾਸ। ਸੋ ਬੜਾ ਕੁਝ ਸਾਨੂੰ ਸਿੱਖਣ ਨੂੰ, ਸਮਝਣ ਨੂੰ ਆਪਣੇ ਵਿਦਵਾਨਾਂ ਪਾਸੋਂ ਮਿਲਦਾ ਹੈ। ਸੋ ਮਹਾਂਪੁਰਖਾਂ ਵੱਲੋਂ ਇਹ ਮਹਾਨ ਸੈਮੀਨਾਰ, ਜਿੱਥੇ ਕਿ ਸਮੁੱਚਾ ਪੰਥ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ 550 ਸਾਲਾ ਗੁਰਪੁਰਬ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਿਹਾ ਹੈ, ਉੱਥੇ ਨਾਲ
ਜਿਹੜੇ ਭਾਵਪੂਰਤ ਵਿਚਾਰ ਕਿ ਸਾਨੂੰ ਸਤਿਗੁਰੂ ਜੀ ਦੇ ਮਹਾਨ ਗੁਰਪੁਰਬ 'ਤੇ ਕੁਝ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਬਹੁਤ ਹੀ ਬਾਕਮਾਲ ਵਿਚਾਰ ਪੇਸ਼ ਕੀਤੇ ਨੇ। ਸੋ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਮ ਜੀਓ, ਦਾਸ ਬਹੁਤਾ ਸਮਾਂ ਨਾ ਲਵੇ। ਇਹ ਮਹਾਨ ਸੈਮੀਨਾਰ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੀ 50 ਸਾਲਾ ਸਥਾਪਨਾ ਦੀ ਵਰ੍ਹੇਗੰਢ ਨੂੰ ਸਮਰਪਿਤ ਹੈ, ਜੋ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ ਸੀ। ਭਾਵੇਂ ਕਿ ਸਮੇਂ ਸਮੇਂ ਅਨੁਸਾਰ ਇਹ ਕੇਂਦਰ ਬਦਲਦੇ ਵੀ ਰਹੇ ਨੇ, ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਫਿਰ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦੀ ਪਾਉਣ ਵਾਸਤੇ ਆਏ। ਸੋ ਸਮੇਂ ਅਨੁਸਾਰ ਇਹ ਸਥਾਨ, ਇਹ ਕੇਂਦਰੀ ਸਥਾਨ ਬਦਲਦੇ ਰਹੇ, ਪਰ ਅੱਜ ਦਾ ਜੋ ਸੈਮੀਨਾਰ ਹੈ ਔਰ ਜੋ ਅਸੀਂ ਮਨਾਉਣ ਜਾ ਰਹੇ ਹਾਂ 23, 24, 25 ਅਕਤੂਬਰ ਨੂੰ, ਉਹ ਦਮਦਮੀ ਟਕਸਾਲ ਦੇ ਜਿਹੜਾ ਮੌਜੂਦਾ ਕੇਂਦਰੀ ਸਥਾਨ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਉਹਦੇ ਸੰਬੰਧ ਦੇ ਵਿੱਚ ਇਹ ਮਹਾਨ ਸੈਮੀਨਾਰ ਹੋਣ ਜਾ ਰਹੇ ਨੇ, ਜਿਨ੍ਹਾਂ ਵਿੱਚੋਂ ਇਹ ਪਹਿਲਾ ਸੈਮੀਨਾਰ ਸੀ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾੜ, ਇਹੋ ਜਿਹਾ ਆਨੰਦ ਆਪਾਂ ਬਾਕੀ 4 ਸੈਮੀਨਾਰਾਂ ਵਿੱਚ ਵੀ ਮਾਣਨਾ ਹੈ। ਦਾਸ ਬੇਨਤੀ ਕਰੇ, ਇੱਥੇ ਪਹੁੰਚੇ ਨੇ ਸਾਡੇ ਅਤਿ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਪ੍ਰਦੀਪ ਸਿੰਘ ਜੀ, ਬੋਰੇ ਵਾਲੇ ਮਹਾਂਪੁਰਖ, ਬਦਨੀ ਕਲਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਬੜਾ ਪ੍ਰੇਮ ਹੈ, ਬੜਾ ਸਹਿਯੋਗ ਹੈ ਮਹਾਂਪੁਰਖਾਂ ਨੂੰ। ਇਸੇ ਤਰ੍ਹਾਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦੇ ਭਤੀਜੇ, ਸਾਡੇ ਸ਼ਹੀਦ ਪਰਿਵਾਰ, ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਇਸੇ ਤਰ੍ਹਾਂ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੰਗਤ ਦਾ ਨਿੱਘ ਮਾਨਣ ਵਾਲੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ, ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਹਨ। ਇਸੇ ਤਰ੍ਹਾਂ ਸਰਦਾਰ ਮਗਵਿੰਦਰ ਸਿੰਘ ਜੀ, ਖਾਪੜ ਖੇੜੀ ਮੈਂਬਰ SGPC, ਔਰ ਸਾਡੇ ਅਤਿ ਸਤਿਕਾਰਯੋਗ ਮਹਾਨ ਵਿਦਵਾਨ ਡਾਕਟਰ ਅਮਰਜੀਤ ਸਿੰਘ ਜੀ, ਜਿਹੜੇ ਕਿ ਸੈਮੀਨਾਰ ਦੀ ਆਰੰਭਤਾ ਤੋਂ ਹੀ ਹਾਜ਼ਰੀ ਭਰ ਰਹੇ ਨੇ। ਡਾਇਰੈਕਟਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਉਹ ਵੀ ਸੰਗਤ ਵਿੱਚ ਬੜੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਨੇ। ਸਰਦਾਰ ਕੁਲਦੀਪ ਸਿੰਘ ਜੀ ਖੇੜਾ, ਮੈਂਬਰ SGPC, ਸ਼੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਾਲੇ, ਸ਼੍ਰੀ ਮਾਨ ਬਾਬਾ ਮਨਮੋਹਨ ਸਿੰਘ ਜੀ, ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਔਰ ਉਚੇਚੇ ਤੌਰ 'ਤੇ ਸਤਿਕਾਰਯੋਗ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਜੀ, ਸ਼ਹੀਦ ਸਿੱਖ ਮਸ਼ੀਨਰੀ ਕਾਲਜ, ਉਹ ਵੀ ਬੜੇ ਪ੍ਰੇਮ ਨਾਲ ਹਾਜ਼ਰ ਹੋਏ ਨੇ। ਪ੍ਰਿੰਸੀਪਲ ਘਨਸ਼ਾਮ ਸਿੰਘ ਜੀ ਮਹਿਤੇ ਤੋਂ, ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ। ਸੋ ਦਾਸ ਹੁਣ ਬੇਨਤੀ ਕਰੇ ਪੰਥ ਦੇ ਮਹਾਨ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਸਾਹਿਬ, ਉਹ ਸੰਗਤ ਦੇ ਦਰਸ਼ਨ ਕਰਨਗੇ, ਜਿਨ੍ਹਾਂ ਦਾ ਵਿਸ਼ਾ ਹੈ ਦਮਦਮੀ ਟਕਸਾਲ ਦਾ ਸਿੱਖ ਸਮਾਜ ਅਤੇ ਪ੍ਰਭਾਵ। ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਨਾਲ ਵਿਚਾਰਾਂ ਦੁਆਰਾ ਸਾਂਝ ਪਾਉਣ। ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ। ਪਰਮ ਸਤਿਕਾਰਯੋਗ ਮੰਚ 'ਤੇ ਸਵਾਇਮਾਨ ਸਿੰਘ ਸਾਹਿਬ ਜੀ, ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ, ਵਿਦਵਾਨ ਸੱਜਣ, ਮੇਰੇ ਸਾਹਮਣੇ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਭਾਈ ਰੋਡੇ ਸਾਹਿਬ, SGPC ਦੇ ਸਮੂਹ ਮੈਂਬਰ ਸਾਹਿਬਾਨ,
ਸੰਤ ਮਹਾਤਮਾ, ਵਿਦਵਾਨ ਸੱਜਣ, ਵਿਦਿਆਰਥੀ ਔਰ ਸਮੂਹ ਗੁਰੂ ਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਡਾਕਟਰ ਹਰਭਜਨ ਸਿੰਘ ਜੀ ਔਰ ਪ੍ਰੋਫੈਸਰ ਸੁਖਦਿਆਲ ਸਿੰਘ ਜੀ ਹੋਰਾਂ ਨੇ ਬਹੁਤ ਹੀ ਕੀਮਤੀ ਬਚਨਾਂ ਦੀ ਆਪ ਜੀ ਨਾਲ ਸਾਂਝ ਪਾਈ ਹੈ। ਮੇਰਾ ਵਿਸ਼ਾ ਹੈ ਦਮਦਮੇ ਟਕਸਾਲ ਦਾ ਸਿੱਖ ਸਮਾਜ 'ਤੇ ਪ੍ਰਭਾਵ, ਕਿਉਂਕਿ ਕੋਈ ਵੀ ਸਮਾਗਮ ਹੁੰਦਾ, ਸਾਡੇ ਸਮਕਾਲੀ ਸੋਚ ਹੁੰਦੀ ਹੈ ਕਿ ਆਪਣੀ ਹੋਂਦ ਕਾਲ ਤੋਂ ਲੈ ਕੇ ਅੱਜ ਤੱਕ ਸਾਡੇ ਇਹਨਾਂ ਬਾਬਿਆਂ ਦਾ, ਯੋਧਿਆਂ ਦਾ, ਗਿਆਨੀਆਂ ਦਾ, ਧਿਆਨੀਆਂ ਦਾ ਸਾਡੀ ਸਮਾਜ ਨੇ ਕਿਵੇਂ ਪ੍ਰਭਾਵ ਕਬੂਲਿਆ ਅਤੇ ਕਿਉਂ ਪ੍ਰਭਾਵ ਕਬੂਲਿਆ। ਜਿਸ ਟਕਸਾਲ ਦੀ ਹੋਂਦ ਨੂੰ ਥਾਪੜਾ ਦੇਣ ਵਾਲੇ ਕਲਗੀਧਰ ਪਾਤਸ਼ਾਹ ਹੋਣ, ਜਿਨ੍ਹਾਂ ਦੇ ਬਚਨ ਨੇ ਧੀਰਜ ਧਾਮ ਬਣਾਏ, ਇਹ ਹੈ ਤਨ ਬੁੱਧ ਸੋ ਦੀਪਕ ਜਿਉਂ ਜਿਆਰੈ। ਮੇਰਾ ਖਾਲਸਾ ਇਸ ਤਨ ਨੂੰ ਧੀਰਜ ਦਾ ਘਰ ਬਣਾਵੇ, ਇਹਦਾ ਬੁੱਧ ਰੂਪੀ ਦੀਪਕ ਸਦਾ ਪ੍ਰਕਾਸ਼ਮਈ ਰਹੇ ਔਰ ਜਿਨ੍ਹਾਂ ਦੀ ਸੰਗਤ ਬਾਬਾ ਦੀਪ ਸਿੰਘ ਜੀ ਨੇ ਮਾਣੀ ਔਰ ਸਤਿਗੁਰਾਂ ਦੇ ਕਰ ਕਮਲਾਂ ਤੋਂ ਅੰਮ੍ਰਿਤਪਾਨ ਕੀਤਾ, ਸਾਡੀਆਂ ਦੋ ਗੁਰੂ ਪੰਥ ਦੀਆਂ ਉਹ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਉੱਚਾ ਮਾਣ ਦਿੰਦੇ ਹਾਂ। ਵੈਸੇ ਤਾਂ ਹੋਰ ਵੀ ਬਹੁਤ ਨੇ, ਪਰ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰ ਕਮਲਾਂ ਤੋਂ ਅੰਮ੍ਰਿਤਪਾਨ ਕੀਤਾ, ਸਤਿਗੁਰਾਂ ਦੀ ਸੰਗਤ ਮਾਣੀ ਔਰ ਅੰਤਲੇ ਸਮੇਂ ਵੀ ਜੋ ਦਮਦਮਾ ਸਾਹਿਬ ਦਾ ਸੀ ਇਤਿਹਾਸ ਸਾਰੇ ਜਾਣਦੇ ਹਾਂ, ਸਤਿਗੁਰਾਂ ਦੀ ਹਜ਼ੂਰੀ 'ਚ ਬਹੁਤ ਲੰਬਾ ਸਮਾਂ ਉਹ ਬਿਤਾਇਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੁਨਰ ਸੰਪਾਦਨਾ ਹੋਈ। ਉਮਰ ਕਰਕੇ ਬਾਬਾ ਦੀਪ ਸਿੰਘ ਜੀ ਵੱਡੇ ਸਨ, ਭਾਈ ਮਨੀ ਸਿੰਘ ਜੀ ਸ਼ਹਾਦਤ ਬਹੁਤ ਸਮੇਂ ਬਾਅਦ ਹੁੰਦੀ ਹੈ ਔਰ ਬਾਬਾ ਦੀਪ ਸਿੰਘ ਜੀ, ਮੈਂ ਇੱਕ ਗੱਲ ਕਰਦਾ ਹੁੰਦਾ ਵੀ ਜਿਹੜਾ ਸਾਡਾ ਭਾਰਤੀ ਸੱਭਿਆਚਾਰ ਹੈ ਇਹਦੇ ਵਿੱਚ ਕੁਝ ਗੱਲਾਂ ਨੇ ਕਿ ਵੱਡੀਆਂ ਸੰਪਰਦਾਵਾਂ ਨੂੰ ਜਾਂ ਵੱਡੀਆਂ ਸ਼ਖਸੀਅਤਾਂ ਨੂੰ ਦਰਿਆ ਨਾਲ ਤੁਲਨਾ ਕਿਉਂ ਦਿੱਤੀ ਜਾਂਦੀ ਹੈ। ਕਿਸੇ ਉਸਤਾਦ ਨੇ ਸਵਾਲ ਪਾਇਆ ਸੀ ਕਿ ਸਮੁੰਦਰ ਨਾਲ ਜਾਂ ਦਰਿਆ ਨਾਲ ਤੁਲਨਾ ਕਿਉਂ ਦਿੱਤੀ ਜਾਂਦੀ ਹੈ, ਕਹਿੰਦਾ ਜੀ ਪਤਾ ਨਹੀਂ। ਉਸਤਾਦ ਕਹਿੰਦਾ ਦੇਖੋ, ਦੁਨੀਆ 'ਤੇ ਛੱਪੜ ਖੋਦੇ ਜਾਂਦੇ ਨੇ, ਖੂਹ ਬਣਾਏ ਜਾਂਦੇ ਨੇ, ਨਹਿਰਾਂ ਟੋਭਾਂ ਢਾਬਾਂ ਪਿੰਡਾਂ ਵਾਲੇ ਰਲ ਕੇ ਬਣਾਉਂਦੇ ਨੇ, ਕਦੀ ਕਿਸੇ ਨੇ ਕਿਹਾ ਸੀ ਦਰਿਆ ਬਣਾਉਣ ਲੱਗੇ ਹਾਂ। ਦਰਿਆ ਆਪਣੇ ਵੇਗ ਨਾਲ ਆਪਣੀ ਹੋਂਦ ਆਪ ਬਣਾਉਂਦਾ, ਦਰਿਆ ਦੇ ਵੇਗ ਦੇ ਅੱਗੇ ਪਹਾੜ ਵੀ ਆਉਂਦੇ ਨੇ, ਪਰਬਤ ਆਉਂਦੇ ਨੇ, ਰੁੱਖੀਆਂ ਜ਼ਮੀਨਾਂ ਆਉਂਦੀਆਂ, ਕਲਰੀਆਂ ਧਰਤੀਆਂ ਆਉਂਦੀਆਂ, ਟੋਏ ਟਿੱਬੇ ਆਉਂਦੇ ਨੇ। ਦਰਿਆ ਆਪਣੀ ਇੱਕ ਹੋਂਦ ਸਥਾਪਿਤ ਕਰਦਾ, ਗਰਮੀ ਔਕੜ ਲੱਗਦੀ ਔਰ ਲੱਗਦੀ ਹੈ, ਟੋਭੇ ਖੂਹ ਢਾਬਾਂ ਨਹਿਰਾਂ ਸੁੱਕ ਜਾਂਦੀਆਂ ਨੇ, ਦਰਿਆ ਕਦੀ ਸੁੱਕਦਾ ਨਹੀਂ। ਦਰਿਆ ਵਿੱਚ ਸਹਿਜਤਾ ਹੁੰਦੀ ਆ, ਸ਼ੀਤਲਤਾ ਹੁੰਦੀ ਹੈ, ਪਵਿੱਤਰਤਾ ਹੁੰਦੀ ਹੈ। ਇਸ ਲਈ ਇਸ ਧਰਤੀ ਨੇ ਦਰਿਆਵਾਂ ਨੂੰ ਪੂਜਿਆ ਅਤੇ ਜਿਨ੍ਹਾਂ ਸੰਸਥਾਵਾਂ ਨੇ ਦਰਿਆ ਵਾਕਣ ਵਹਿਣ ਬਣਾ ਕੇ ਆਪਣੀ ਹੋਂਦ ਬਣਾਈ, ਉਹਨਾਂ ਦਾ ਪ੍ਰਭਾਵ ਵੀ ਇਸ ਸਮਾਜ ਨੇ ਸਦੀਵ ਕਾਲ ਕਬੂਲਿਆ। ਇਹਨਾਂ ਦਰਿਆਵਾਂ ਦੇ ਵਹਿਣ ਅੱਗੇ ਮੁਗਲ ਸਲਤਨਤ ਵੀ ਆਈ, ਸ਼ਹਾਦਤਾਂ ਹੋਈਆਂ। ਇਹਨਾਂ ਦਰਿਆਵਾਂ ਦੇ ਵਹਿਣ ਅੱਗੇ ਨਾਸਤਿਕਤਾ ਵੀ ਆਈ, ਇਹਨਾਂ ਨੇ ਆਸਤਿਕਤਾ ਦਾ ਪ੍ਰਚਾਰ ਕੀਤਾ। ਇਹਨਾਂ ਦਰਿਆਵਾਂ ਦੇ ਅੱਗੇ ਤਰਕਸ਼ੀਲਤਾ ਅਤੇ ਸ਼ੰਕਾਵਾਦੀ ਸੋਚਾਂ ਆਈਆਂ, ਇਹਨਾਂ ਨੇ ਵਿਵੇਕਸ਼ੀਲ ਬਣ ਕੇ ਉੱਤਰ ਦਿੱਤਾ। ਇਹਨਾਂ ਦਰਿਆਵਾਂ ਦੇ ਅੱਗੇ ਕਈ ਭਾਸ਼ਾਈ ਗਿਆਨੀ ਭੁਲੇਖਾ ਖਾ ਗਏ,
ਇਹਨਾਂ ਸੰਸਥਾਵਾਂ ਨੇ ਆਪਣੀ ਸ਼ੈਲੀ, ਆਪਣੀ ਹੋਂਦ, ਆਪਣੀ ਮਰਿਆਦਾ, ਆਪਣੀਆਂ ਪਰੰਪਰਾਵਾਂ, ਆਪਣੇ ਨਿਆਰੇ ਵਜੂਦ ਨੂੰ ਸਦੀਵ ਕਾਲ ਕਾਇਮ ਰੱਖਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਸਤਿਕਾਰਯੋਗ, ਸਾਡਾ ਪਰਿਵਾਰਕ ਸੁਨੇਹਾ ਮੇਰੇ ਸਹੁਰਾ ਪਰਿਵਾਰ ਦਾ, ਉਹ ਜਦੋਂ ਪੰਥ ਦੀ ਵਿਆਖਿਆ ਕਰਦੇ ਸਨ, ਕਹਿੰਦੇ ਸਨ ਨਿਰਮਲ ਪੰਥ, ਤੀਸਰ ਪੰਥ, ਗੁਰਮੁਖ ਪੰਥ, ਵੀਰ ਪੰਥ, ਯੋਧਾ ਪੰਥ, ਨਿਆਰਾ ਪੰਥ, ਖਾਲਸਾ ਪੰਥ। ਤੁਸੀਂ ਯੋਧਿਆਂ ਦੀ ਵਿਆਖਿਆ ਕਰੋਗੇ ਵੀਰ ਪੰਥ, ਯੋਧੇ ਪੰਥ ਦੀ, ਤੁਸੀਂ ਗੁਰਮੁਖ ਦੀ ਵਿਆਖਿਆ ਕਰੋਗੇ ਗੁਰਮੁਖ ਦੇ ਰੂਪ ਵਿੱਚ, ਤੁਸੀਂ ਨਿਆਰੇਪਣ ਦੀ ਵਿਆਖਿਆ ਕਰੋਗੇ ਸਭ ਮਤਾਂ ਤੋਂ ਨਿਆਰਾ ਆਪਣੀ ਹੋਂਦ ਰੱਖਦਾ, ਤੁਸੀਂ ਮਰਿਆਦਾ ਦੀ ਗੱਲ ਕਰੋਗੇ ਇਹਦੀ ਮਰਿਆਦਾ ਆਪਣੀ, ਇਹਦੀ ਭਾਸ਼ਾ ਆਪਣੀ, ਇਹਦਾ ਜਕਾਰਾ ਆਪਣਾ, ਇਹਦਾ ਨਾਰਾ ਆਪਣਾ, ਕਿਉਂਕਿ ਇਹ 10 ਗੁਰੂ ਸਾਹਿਬਾਨ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ 10ਵੀਂ ਜੋਤ ਤੱਕ ਸਤਿਗੁਰਾਂ ਕੌਤਕ ਵਰਤਾਏ, ਔਰ ਜੋ ਪਰੰਪਰਾ ਵਿੱਚ ਦਿੱਤਾ ਉਹ ਇਸ ਟਕਸਾਲ ਨੇ ਸਾਂਭ ਕੇ ਰੱਖਿਆ, ਇਸ ਜਥੇਬੰਦੀ ਨੇ ਸਾਂਭ ਕੇ ਰੱਖਿਆ। ਕਿਉਂਕਿ ਭਾਸ਼ਾ, ਬਹੁਤ ਸਾਰੇ ਵਿਦਿਆਰਥੀ ਬੈਠੇ ਆ, ਕਿਸੇ ਨੇ ਨਿਹੰਗ ਸਿੰਘ ਨੂੰ ਪੁੱਛਿਆ ਬਾਬਾ ਜੀ ਖੀਰ ਖਾਓਗੇ, ਉਹ ਕਹਿੰਦੇ ਖਾਂਦੀਆਂ ਤਾਂ ਡੈਣਾ ਹੁੰਦੀਆਂ, ਅਸੀਂ ਤਾਂ ਛਕਾਂਗੇ। ਹੁਣ ਖਾਣ ਵਿੱਚ ਤੇ ਛਕਣ ਵਿੱਚ ਬਹੁਤ ਵੱਡਾ ਅੰਤਰ ਹੈ। ਮੈਂ ਇਹਨੂੰ ਕਹਿੰਦਾ ਜਿਹੜੀ ਸਾਡੀ ਟਕਸਾਲੀ ਜਾਂ ਸਾਡੀਆਂ ਇਹ ਸੰਪਰਦਾਇ ਭਾਸ਼ਾਵਾਂ ਨੇ, ਜਿਹੜੀ ਸਾਡਿਆਂ ਬਾਬਿਆਂ ਨੇ ਆਸ਼ਾਵਾਦੀ ਚੜ੍ਹਦੀ ਕਲਾ ਵਾਲੇ ਬੋਲੇ ਸਿਰਜ ਕੇ ਦਿੱਤੇ, ਇਹ ਜਿਹੜਾ ਇਹਨਾਂ ਵਿੱਚ ਬਲ ਹੈ, ਜਿਹੜੀ ਸ਼ਕਤੀ ਹੈ, ਜਿਹੜਾ ਨਿਆਰਾਪਣ ਹੈ, ਜਿਹੜੀ ਚੜ੍ਹਦੀ ਕਲਾ ਹੈ, ਜਿਹੜਾ ਆਸ਼ਾਵਾਦ ਹੈ, ਜਿਹੜੀ ਵਿਵੇਕਸ਼ੀਲਤਾ ਹੈ, ਉਹਨੂੰ ਹਮੇਸ਼ਾ ਸੀਨਾ ਵਸੀਨਾ ਪਰੰਪਰਾਵਾਂ ਵਿੱਚੋਂ ਟਕਸਾਲੀ ਸਿੰਘ ਸਾਂਭ ਕੇ ਰੱਖਦੇ ਆ। ਕਿਉਂਕਿ ਸਮੇਂ ਦੇ ਨਾਲ ਗਿਆਨੀ ਸ਼ੇਰ ਸਿੰਘ ਕਹਿੰਦੇ ਹੁੰਦੇ ਪਿਆਰਿਓ ਤੁਸੀਂ ਤਾਂ ਕੋਟ ਪੈਂਟ ਵੀ ਪਾ ਲਏ, ਅਸੀਂ ਤਾਂ ਉਸੇ ਬਾਣੇ ਨੂੰ ਸਦੀਵ ਕਾਲ ਕਾਇਮ ਰੱਖਿਆ ਜੋ ਸਾਡੀ ਹੋਂਦ ਤੋਂ ਕਾਇਮ ਹੋ ਕੇ ਆਇਆ। ਇਸ ਲਈ ਘੱਟੋ ਘੱਟ ਸਾਨੂੰ ਇੰਨੀ ਦਾਦ ਤੇ ਜ਼ਰੂਰ ਦਿਆ ਕਰੋ। ਮੈਨੂੰ ਬੜੀ ਚੰਗੀ ਗੱਲ ਲੱਗਦੀ ਹੈ ਕਿ ਉਹ ਦਾਦ ਦੇਣਾ ਸਾਡਾ ਧਰਮ ਹੈ। ਉਹ ਇਸ ਲਈ ਧਰਮ ਹੈ ਕਿ ਕੋਈ ਵੀ ਧਰਮ ਆਪਣੀ ਹੋਂਦ ਨੂੰ, ਆਪਣੀ ਪਰੰਪਰਾ ਨੂੰ, ਆਪਣੀ ਮਰਿਆਦਾ ਨੂੰ ਜਦ ਤੱਕ ਸਾਂਭ ਕੇ ਰੱਖਦਾ ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੁੰਦਾ। ਖਤਰਾ ਉਦੋਂ ਹੁੰਦਾ ਜਦੋਂ ਉਹ ਕੁਝ ਲੋਕਾਂ ਦੀ ਮਾਨਸਿਕਤਾ ਖੰਡਿਤ ਹੋ ਜਾਵੇ ਤੇ ਸ਼ੰਕਾਵਾਦੀ ਹੋ ਜਾਵੇ। ਉਹਦੇ ਵਿੱਚ ਟਕਸਾਲੀ ਸਿੰਘ ਵਿਵੇਕਸ਼ੀਲ ਬਣ ਕੇ ਖੜੇ ਨੇ ਹਰ ਯੁੱਗ ਦੇ ਵਿੱਚ। ਖੈਰ, ਬਾਬਾ ਦੀਪ ਸਿੰਘ ਜੀ, ਆਪਾਂ ਬਹੁਤ ਸਾਰਾ ਇਤਿਹਾਸ ਜਾਣਦੇ ਹਾਂ, ਸਿੱਖ ਸਮਾਜ ਨੇ ਪ੍ਰਭਾਵ ਕਿਵੇਂ ਕਬੂਲਿਆ। ਸਮਾਜ ਹਮੇਸ਼ਾ ਜੀਵਨ ਜੁਗਤ ਦਾ ਪ੍ਰਭਾਵ ਕਬੂਲਦਾ। ਗੱਲਾਂ ਕਰਨ ਵਾਲਾ ਸਮਾਜ ਬਹੁਤ ਹੁੰਦਾ, ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਪਹਿਲੇ ਜਾਮੇ ਵਿੱਚ ਸਤਿਗੁਰਾਂ ਨੇ ਚੇਤਨਤਾ ਦਾ ਮੰਤਰ ਦਿੱਤਾ ਹਿੰਦੁਸਤਾਨੀ ਭਾਰਤੀ ਸੱਭਿਆਚਾਰ ਨੂੰ ਵੀ, ਰਾਜਨੀਤਿਕਾਂ ਨੂੰ ਵੀ, ਸਮਾਜਿਕ ਲੋਕਾਂ ਨੂੰ ਵੀ, ਹਰ ਖੇਤਰ ਵਿੱਚ ਜ਼ਿੰਦਗੀ ਜਿਉਣ ਵਾਲਿਆਂ ਨੂੰ ਵੀ। ਪਰ ਆਪਣੇ ਉਹਨਾਂ ਮਰਿਆਦਾਵਾਂ 'ਤੇ ਪਹਿਰਾ ਦਿੰਦਿਆਂ ਹਰ ਯੁੱਗ ਦੇ ਵਿੱਚ, ਕਿਉਂਕਿ 2006 ਵਿੱਚ ਟਕਸਾਲ ਨੇ ਆਪਣਾ 300 ਸਾਲਾ ਸਥਾਪਨਾ ਦਿਵਸ ਮਨਾਇਆ, ਉਸ ਹਿਸਾਬ ਦੇ ਨਾਲ 313 ਸਾਲ ਪਿੱਛੇ ਤੋਂ ਇਹ ਬੰਸਾਵਲੀ ਕਹਿ ਲਓ, ਇਹ ਸਾਡੀ ਪੀੜ੍ਹੀ ਕਹਿ ਲਓ, ਜਿਹਨੇ ਸੀਨਾ ਵਸੀਨਾ ਆਪਣੀ ਹੋਂਦ ਨੂੰ ਸਾਂਭਿਆ ਔਰ ਜੀਵਨ ਦੀ ਘਾੜਤ ਵਾਸਤੇ, ਕਿਉਂਕਿ ਕਈ ਵਾਰੀ ਮਨ ਦੀ ਘਾੜਤ ਹੁੰਦੀ, ਕਈ ਵਾਰੀ ਤਨ ਦੀ ਘਾੜਤ ਹੁੰਦੀ, ਪਰ ਜਦ ਦੋਨਾਂ ਦਾ ਸੁਮੇਲ ਹੋਏਗਾ, ਜਿਹੜੀ ਸਾਡੀ ਸੰਸਾਰੀ ਵਿੱਦਿਆ ਉਹ ਵੀ ਬਹੁਤ ਚੰਗੀ ਹੈ, ਪਰ ਸੰਸਾਰੀ ਵਿੱਦਿਆ ਵਿੱਚ ਸਭ ਤੋਂ ਜ਼ਿਆਦਾ ਟੈਨਸ਼ਨ, ਡਿਪਰੈਸ਼ਨ ਇਸ ਲਈ ਆ ਗਿਆ, ਚਿੰਤਾਵਾਂ ਇਸ ਲਈ ਆ ਗਈਆਂ ਕਿ ਸੰਸਾਰੀ ਵਿੱਦਿਆ ਨੇ ਰੂਹਾਨੀ ਵਿੱਦਿਆ ਨੂੰ ਪਾਸੇ ਕਰ ਲਿਆ। ਜਦੋਂ ਰੂਹਾਨੀ ਵਿੱਦਿਆ ਔਰ ਅਧਿਆਤਮਿਕ ਵਿੱਦਿਆ ਪਾਸੇ ਹੋ ਗਈ, ਅਸੀਂ ਕੇਵਲ ਡਿਗਰੀ ਧਾਰੀ ਹੋ ਕੇ ਰਹਿ ਗਏ,
ਜਿਹਨੂੰ ਸੰਤ ਜੀ ਕਹਿੰਦੇ ਹੁੰਦੇ ਸੀ ਇੱਕ ਇਲਮ ਆ ਤੇ ਇੱਕ ਅਕਲ ਹੈ। ਏ ਫਾਰ ਐਪਲ, ਊੜਾ ਊਠ ਇਲਮ ਹੈ। ਊਠ ਬਾਰੇ ਤੇ ਐਪਲ ਬਾਰੇ 2.5 ਸਾਲ ਦਾ ਬੱਚਾ ਕੁਝ ਵੀ ਨਹੀਂ ਜਾਣਦਾ, ਔਰ ਕਈ ਵਾਰੀ ਮੈਡਮ ਵੀ ਨਹੀਂ ਜਾਣਦੀ ਹੁੰਦੀ ਵੀ ਕਿਹੜੀ ਧਰਤੀ ਤੇ ਪੈਦਾ ਹੁੰਦਾ, ਇੱਥੇ ਕਣਕ ਝੋਨਾ ਹੋ ਜਾਂਦਾ, ਸੇਬ ਕਿਉਂ ਨਹੀਂ ਪੈਦਾ ਹੁੰਦੇ, ਹੋ ਸਕਦਾ ਇੰਚਾਰਜ ਨੂੰ ਵੀ ਦੱਸਣਾ ਨਾ ਆਵੇ। ਇਲਮ ਦੀ ਡਿਗਰੀ ਕਈ ਵਾਰੀ ਹੰਕਾਰ ਪੈਦਾ ਕਰ ਦਿੰਦੀ ਆ, ਹੋਣੀ ਚਾਹੀਦੀ ਹੈ, ਪਰ ਜੇ ਇਲਮ ਦੇ ਨਾਲ ਨਾਲ ਰੂਹਾਨੀ ਵਿੱਦਿਆ ਹੋਵੇ, ਅਧਿਆਤਮ ਵਿੱਦਿਆ ਹੋਵੇ, ਸਿਮਰਨ ਬੰਦਗੀ ਹੋਵੇ, ਜੋ ਸਾਡੀਆਂ ਇਹਨਾਂ ਮਹਾਨ ਟਕਸਾਲਾਂ ਨੇ ਸਾਂਭ ਕੇ ਰੱਖੀ ਔਰ ਅੱਗੇ ਸੀਨਾ ਬਸੀਨਾ ਸਮਾਜ ਦੇ ਵਿੱਚ ਪੈਦਾ ਕੀਤੀ, ਇਸ ਸਮਾਜ ਨੇ ਅੱਜ ਅਸੀਂ ਤਕਰੀਬਨ ਟੋਟਲ 199 ਦੇਸ਼ ਗਿਣੇ ਜਾਂਦੇ ਔਰ 160 ਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਪੈਰੋਕਾਰ ਅਸੀਂ ਵਸਦੇ ਹਾਂ, ਔਰ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਅਸੀਂ ਵਿਸ਼ਵ ਭਰ ਵਿੱਚ ਫੈਲੇ ਹੋਏ ਹਾਂ। ਗੁਰੂ ਦੇ ਬੋਲਬਾਲੇ, ਗੁਰੂ ਦੀ ਬਾਣੀ, ਗੁਰੂ ਦਾ ਬਾਣਾ, ਗੁਰੂ ਦਾ ਸਿਧਾਂਤ, ਗੁਰੂ ਦੀ ਮਰਿਆਦਾ, ਗੁਰੂ ਦੀਆਂ ਪਰੰਪਰਾਵਾਂ ਨੂੰ ਅਸੀਂ ਕਾਇਮ ਰੱਖਿਆ ਹੋਇਆ। ਟਕਸਾਲੀ ਸਿੰਘਾਂ ਦਾ ਵਿਸ਼ਵਾਸ ਹਰ ਯੁੱਗ ਦੇ ਵਿੱਚ ਇਸ ਲਈ ਪਰਪੱਕ ਰਿਹਾ ਕਿ ਇਹ ਵਿਦਿਆਰਥੀਆਂ ਦੇ ਉਹ ਘਾਰਤ ਦਾ, ਉਹ ਜੀਵਨ ਦਾ ਉਹ ਨਮੂਨਾ ਹੈ ਜਿੱਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦੇ ਸੌਣ ਤੱਕ ਇੱਕ ਜੀਵਨ ਦੀ ਮਰਿਆਦਾ ਸਥਾਪਿਤ ਕੀਤੀ। ਜੇ ਇਹਨਾਂ ਯੋਧਿਆਂ ਦੇ ਉੱਤੇ, ਬਾਬਿਆਂ ਦੇ ਉੱਤੇ, ਗਿਆਨੀਆਂ ਦੇ ਉੱਤੇ ਕੌਮ ਮਾਣ ਕਰਦੀ ਹੈ ਇਹਨਾਂ ਦੀ ਜੀਵਨ ਘਾੜਤ ਕਰਕੇ, ਔਰ ਇਹਨਾਂ ਦੀਆਂ ਜਿਹੜੀਆਂ ਬਾਬਾਣੀਆਂ ਕਹਾਣੀਆਂ ਸੀਨਾ ਬਸੀਨਾ ਆਈਆਂ ਕਿ ਸਾਡੇ ਪੂਰਵਜ਼ਾਂ ਦਾ ਇਹ ਜੀਵਨ ਸੀ, ਇਹ ਸੰਤ ਸਿਪਾਹੀ ਦਾ ਸੁਮੇਲ ਹੈ, ਇਹ ਰੂਹਾਨੀਅਤ ਦਾ ਮੰਡਲ ਹੈ, ਇਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਵੀ ਅਸੀਂ ਨਮਸਕਾਰ ਕਰਨ ਜਾਂਦੇ ਹਾਂ ਤੁਹਾਨੂੰ ਸੱਚਮੁੱਚ ਮਹਿਸੂਸ ਹੁੰਦਾ ਇੱਥੇ ਜਿਹੜਾ ਜਲੌ, ਇਹ ਬਾਣੀ ਦਾ ਪ੍ਰਤਾਪ, ਇਹ ਸ਼ਾਂਤੀ, ਇਹ ਸੀਤਲਤਾ ਉੱਥੇ ਵਰਤਦੀ ਹੈ ਔਰ ਹਰ ਯੁੱਗ ਵਿੱਚ ਵਰਤਦੀ ਰਹੀ ਹੈ। ਇਹਨਾਂ ਮੈਂ ਇਹਨੂੰ ਸੰਸਥਾ ਕਹਿ ਲਓ, ਟਕਸਾਲ ਕਹੋ, ਇਹਨਾਂ ਦਾ ਇੱਕ ਵਜੂਦ ਹੈ। ਇਹਦੇ ਵਿੱਚ ਸ਼ੁੱਧ ਪਾਠ, ਸ਼ੁੱਧ ਗਿਆਨ, ਔਰ ਖਾਸ ਕਰਕੇ ਕਈ ਵਾਰੀ ਬੰਦੇ ਕੋਲ ਭਾਸ਼ਾ ਵੀ ਹੁੰਦੀ ਹੈ, ਗਿਆਨ ਵੀ ਹੁੰਦਾ, ਜੀਵਨ ਨਹੀਂ ਹੁੰਦਾ, ਤਾਂ ਜੀਵਨ ਦੀ ਜਿਹੜੀ ਘਾੜਤ ਦਾ ਨਮੂਨਾ ਇਹਨਾਂ ਸਮਾਜ ਅੱਗੇ ਸਿਰਜ ਕੇ ਰੱਖਿਆ। ਔਰ ਇਸੇ ਲਈ ਮੈਂ ਕਹਿੰਦਾ ਹੁੰਦਾ, ਜਦੋਂ ਸਾਡੀ ਕੋਈ ਜਥੇਬੰਦੀ ਨਹੀਂ ਸੀ ਪੰਥ ਦੀ, ਸੰਤ ਬਾਬਾ ਸੁੰਦਰ ਸਿੰਘ ਜੀ ਦਾ ਜੀਵਨ ਪੜ੍ਹੀਏ ਤੇ 1882 ਦਾ ਉਹਨਾਂ ਦਾ ਜਨਮ ਹੈ, ਤੇ 1882 ਵਿੱਚ ਨਾ ਕੋਈ ਹੋਰ ਸਿੰਘ ਸਭਾ ਜੇ ਵੱਡੇ ਲੈਵਲ ਤੇ ਵਜੂਦ ਰੱਖਦੀ, ਨਾ ਚੀਫ ਖਾਲਸਾ ਦਮਾਨ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਕੋਈ ਮਿਸ਼ਨਰੀ ਕਾਲਜ, ਨਾ ਕੋਈ ਸਟੱਡੀ ਸਰਕਲ, ਨਾ ਕੋਈ ਪੰਥ ਦੀ ਨੁਮਾਇੰਦਾ ਜਥੇਬੰਦੀ ਸੀ। 1882 ਤੱਕ ਵੀ ਸਾਡਾ ਵਜੂਦ ਔਰ ਹਰਿਮੰਦਰ ਸਾਹਿਬ ਵਿਖੇ ਜਦੋਂ ਸਿੰਘ ਸਹਿਬਾਨ ਦੀ ਜ਼ਰੂਰਤ ਹੋਣੀ, ਸਾਡੀਆਂ ਸੰਸਥਾਵਾਂ ਟਕਸਾਲ ਕੋਲੋਂ ਸਿੰਘ ਸਹਿਬਾਨ ਦੀ ਮੰਗ ਕੀਤੀ ਜਾਂਦੀ ਸੀ ਕਿ ਵਿਦਵਾਨ ਸੱਜਣ, ਇਹਦਾ ਮਤਲਬ ਅੱਜ ਵੀ ਅਸੀਂ ਇੰਨੇ ਸਮਿਆਂ ਬਾਅਦ, ਸਾਡੇ ਮਿਸ਼ਨਰੀ ਅਦਾਰੇ ਬਹੁਤ ਚੰਗੇ ਨੇ, ਸ਼੍ਰੋਮਣੀ ਕਮੇਟੀ ਦੇ 12-13 ਕਾਲਜ ਨੇ, ਪਰ ਅਸੀਂ ਅਜੇ ਉਸ ਲੈਵਲ ਤੇ ਸਿੰਘ ਸਹਿਬਾਨ ਪੈਦਾ ਨਹੀਂ ਉਹਨਾਂ ਸੰਸਥਾਵਾਂ 'ਚ ਹੋ ਸਕਿਆ। ਕਾਰਨ ਇਹ ਕਿ ਜਿਹੜੀ ਜੀਵਨ ਦੀ ਘਾੜਤ ਹੈ ਉਹਦੇ ਲਈ ਇੱਕ ਮਾਹੌਲ ਚਾਹੀਦਾ, ਉਸ ਮਾਹੌਲ ਵਿੱਚੋਂ, ਨਹੀਂ ਤੇ ਸ਼ੰਕਾਵਾਦੀ ਤਾਂ ਸਾਰੀ ਦੁਨੀਆ ਹੀ ਹੈ, ਕਿਉਂਕਿ ਇਹ ਵਿਵੇਕੀਆਂ ਦਾ ਪੰਥ ਹੈ, ਤਰਕਵਾਦੀਆਂ ਦਾ ਪੰਥ ਨਹੀਂ। ਅਸੀਂ ਅਰਦਾਸ ਵਿੱਚ ਵਿਵੇਕ ਦਾਨ ਮੰਗਦੇ ਹਾਂ, ਤਰਕਦਾਨ ਨਹੀਂ ਮੰਗਦੇ। ਤਰਕਦਾਵਨ ਕੇਵਲ ਸ਼ੰਕੇ ਹੁੰਦੇ ਆ, ਇਹ ਵਿਵੇਕੀਆਂ ਦਾ ਪੰਥ ਹੈ। ਮੈਂ ਇੱਕ ਗੱਲ ਕਰਦਾ ਹੁੰਦਾ, ਇੱਕ ਵਾਰੀ
ਦੇਸੀ ਮੱਖੀ ਨੂੰ ਹੰਕਾਰ ਹੋ ਗਿਆ ਵੀ ਮੈਂ ਵੀ ਸ਼ਹਿਦ ਦੀ ਮੱਖੀ ਵਰਗੀ ਹਾਂ। ਉਹਨੂੰ ਕਹਿੰਦੀ ਭੈਣੇ ਹੈ ਤਾਂ ਆਪਾਂ ਇੱਕੋ ਜੀ ਹਾਂ, ਤੂੰ ਵੀ ਸਾਵੇ ਰੰਗ ਦੀ, ਮੇਰਾ ਵੀ ਸਾਵਾ ਰੰਗ, ਤੇਰੇ ਕੋਲੇ ਵੀ ਖੰਭ, ਮੇਰੇ ਕੋਲੇ ਵੀ ਖੰਭ, ਤੇਰੇ ਕੋਲੇ ਵੀ ਚਾਰ ਲੱਤਾਂ, ਮੇਰੇ ਕੋਲੇ ਵੀ ਲੱਤਾਂ, ਤੂੰ ਵੀ ਉੱਡ ਲੈਂਦੀ ਹਾਂ, ਮੈਂ ਵੀ ਉੱਡ ਲੈਂਦੀ ਹਾਂ, ਤੇ ਆਪਣੇ 'ਚ ਫਰਕ ਕੀ ਹੈ। ਸ਼ਹਿਦ ਦੀ ਮੱਖੀ ਹੱਸ ਕੇ ਕਹਿੰਦੀ ਇੱਕੋ ਫਰਕ ਹੈ, ਤੂੰ ਗੰਦ ਤੇ ਬਹਿੰਦੀ ਆ, ਮੈਂ ਫੁੱਲਾਂ ਤੇ ਬਹਿੰਦੀ ਹਾਂ। ਕੋਈ ਨਾ ਕੋਈ ਅੰਤਰਾ ਤੇ ਹੈ, ਉਹ ਜਿਹੜੀ ਢੂੰਡ ਹੈ, ਜਿਹੜੀ ਸ਼ਹਿਦ ਦੀ ਢੂੰਡ ਹੈ, ਉਹ ਸ਼ਹਿਦ ਦੀ ਮੱਖੀ ਦਾ ਤੇ ਦੇਸੀ ਮੱਖੀ ਦਾ ਅੰਤਰਾ ਰਹਿੰਦਾ ਹੀ ਹੁੰਦਾ। ਮੈਂ ਆਲੋਚਨਾ ਨਹੀਂ ਕਰ ਰਿਹਾ, ਮੈਂ ਜਨਰਲ ਗੱਲ ਕਰ ਰਿਹਾ ਕਿ ਟਕਸਾਲ ਦਾ ਪ੍ਰਭਾਵ ਗੁਰੂ ਪੰਥ ਨੇ ਸਦੀਵ ਕਬਾਲ ਕਬੂਲਿਆ। ਸੰਤ ਗੁਰਬਚਨ ਸਿੰਘ ਜੀ ਹੁਣਾਂ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਕਿਹਾ ਜਾਂਦਾ ਸੀ, ਕਿਉਂਕਿ ਯੂਨੀਵਰਸਿਟੀ 'ਚ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ। ਪਰ ਮੇਰੇ ਕਿਉਂਕਿ ਫਾਦਰ ਇਨ ਲਾ 14 ਸਾਲ ਸੰਤਾਂ ਦੀ ਸੰਗਤ 'ਚ ਰਹੇ, ਕਹਿੰਦੇ ਤੇ ਪਤਾ ਨਹੀਂ ਹੁੰਦਾ, ਪੈਦਲ ਚੱਲਣਾ, ਗੱਡੀਆਂ ਦਾ ਪ੍ਰਬੰਧ ਨਹੀਂ, ਸਪੀਕਰ ਮਾਈਕ ਕੋਈ ਨਹੀਂ। ਅੱਜ ਅਸੀਂ ਮਾਡਰਨ ਬੁਲਾਰਿਆਂ, 2 ਮਿੰਟ ਬੱਤੀ ਚੱਲੀ ਜਾਵੇ, ਮੇਰਾ ਵੀ ਗਲ ਬਹਿ ਜਾਣਾ, ਅਗਲੇ ਬੁਲਾਰਿਆਂ ਦਾ ਵੀ ਗਲ ਬਹਿ ਜਾਣਾ। ਘੰਟਿਆਂ ਬੱਧੀ ਸਵੇਰੇ ਵੀ ਕਥਾ ਕਰਨੀ, ਸ਼ਾਮੀ ਵੀ ਕਥਾ ਕਰਨੀ, ਲੋਕਾਂ ਵਿੱਚ ਵੀ ਵਿਚਰਨਾ, ਉਹ ਕਿਹੜੀ ਸ਼ਕਤੀ ਸੀ ਜਿਹੜੀ ਬਿਨਾਂ ਮਾਈਕ ਤੋਂ, ਬਿਨਾਂ ਸਪੀਕਰ ਤੋਂ ਵੱਡੇ ਵੱਡੇ ਹਾਲਾਂ ਦੇ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ? ਸੁੱਖ ਸਹੂਲਤਾਂ ਅੱਜ ਵਾਲੀਆਂ ਨਹੀਂ ਸਨ, ਬਿਨਾਂ ਸੁੱਖ ਸਹੂਲਤਾਂ ਦੇ ਕਿਹੜੀ ਸ਼ਕਤੀ ਸੀ ਜਿਹੜੀ ਪ੍ਰੇਰਿਤ ਕਰਦੀ ਹੈ ਕਿ ਤੁਸੀਂ ਧਰਮ ਦਾ ਪਰਚਮ ਬੁਲੰਦ ਰੱਖਣਾ? ਇਹ ਉਹ ਘਾਟ ਸੀ, ਇਹ ਉਹ ਬਾਬਿਆਂ ਦਾ ਇਤਿਹਾਸ ਸੀ, ਇਹ ਉਹ ਬੰਦਗੀ ਵਾਲੀਆਂ ਰੂਹਾਂ ਦੀ ਥਾਪੜਾ ਸੀ, ਇਹ ਉਹ ਰੂਹਾਨੀ ਮੰਡਲ ਦਾ ਪ੍ਰਭਾਵ ਸੀ ਕਿ ਜਿਹੜੇ ਸਭ ਮੁਸ਼ਕਲਾਂ ਨੂੰ ਦੂਰ ਕਰਕੇ ਸਮਝਦੇ ਸਨ ਕਿ ਗੁਰੂ ਪੰਥ ਦਾ ਪਰਚਮ ਸਦੀਵ ਬੁਲੰਦ ਰਹਿਣਾ ਚਾਹੀਦਾ ਤੇ ਸੰਸਾਰ ਵਿੱਚ ਵਿਚਰਿਆ ਐਵੇਂ ਜਾਂਦਾ। ਇਸ ਲਈ ਉਹਨਾਂ ਕੋਲੇ ਭਸ਼ਾਈ ਗਿਆਨ, ਉਹਨਾਂ ਦੀ ਵਿਆਖਿਆਕਾਰੀ ਬਹੁਤ ਸਾਰੇ ਟਕਸਾਲੀ ਸਿੰਘਾਂ ਸਾਰਿਆਂ ਨੇ ਸੁਣੀ ਆ। ਵੈਸੇ ਉਹ ਸਾਰਾ ਕੁਝ ਯੂਟਿਊਬ ਤੇ ਮਿਲ ਜਾਂਦਾ, ਪੈਨ ਡਰਾਈਵ 'ਚ ਵੀ ਮਿਲ ਜਾਂਦਾ। ਟੋਟਲ ਕਥਾ ਸੁਣਨੀ ਤੇ ਪੜ੍ਹਨੀ ਇਸ ਲਈ ਜ਼ਰੂਰੀ ਹੈ ਕਿ ਸਾਡੇ ਵਡੇਰਿਆਂ ਕੋਲ ਅਰਬੀ, ਫਾਰਸੀ, ਉਰਦੂ ਭਾਸ਼ਾ ਦਾ ਗਿਆਨ, ਸੰਸਕ੍ਰਿਤ ਦਾ ਗਿਆਨ, ਇਹਦੇ ਵਿੱਚੋਂ ਸਾਡੇ ਅਰਥ ਸਪਸ਼ਟ ਹੁੰਦੇ ਸਨ। ਪਰ ਜਦ ਇਸ ਧਰਤੀ ਦੇ ਉੱਤੇ ਜਦ ਕੌਮ ਨੂੰ ਦਬਾਉਣਾ ਚਾਹਿਆ ਤਾਂ ਟਕਸਾਲੀ ਸਿੰਘ ਹੀ, ਸੰਤ ਬਾਬਾ ਜਰਨੈਲ ਸਿੰਘ ਬਾਰੇ ਆਪ ਸਭ ਜਾਣਦੇ ਹੋ, ਇਹ ਇੱਕ ਵੰਗਾਰ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਜ਼ਫਰਨਾਮੇ 'ਚ ਕਹਿੰਦੇ ਨੇ ਨਾ ਕਿ ਗੁਰ ਸਨੇਹ 'ਚ ਕਾਰੇ ਕੁੰਦ ਚਿਹਲ ਨਰ ਕੇ ਦਹਿ ਲੱਖ ਬਾਰਾ ਇਦਬਾਰੋ ਵੇ ਖਬਰ। ਮੇਰੇ 40 ਸਿੰਘ ਸਨ, ਤੇਰੀ 10 ਲੱਖ ਫੌਜ ਸੀ, 40 ਸਿੰਘ। ਇੱਕ ਜਜ਼ਬਾ, ਇੱਕ ਆਪਣੀ ਧਰਮ ਨਾਲ, ਆਪਣੀ ਮਰਿਆਦਾ ਨਾਲ ਕਮਿਟਮੈਂਟ ਹੈ। ਇਹ ਪਤਾ ਕਿ ਬਹੁਤ ਲੰਬਾ ਚਿਰ ਯੁੱਧ ਨਹੀਂ ਹੋ ਸਕਦਾ, ਪਰ ਜਿੱਥੇ ਅਣਖ ਦਾ ਔਰ ਗੈਰਤ ਦਾ ਸਵਾਲ ਹੁੰਦਾ ਉੱਥੇ ਪਿੱਛੇ ਗਿਣਤੀ ਨਹੀਂ ਵੇਖੀ ਗਈ, ਪਰ ਰੱਜ ਕੇ ਟੱਕਰ ਦਿੱਤੀ। ਇਸੇ ਲਈ ਜਿਹੜਾ ਸਾਡਾ ਸਿੱਖ ਬੱਚਾ, ਚਾਹੇ 1984 ਚੋਂ ਬਾਅਦ ਵੀ ਉਹਦਾ ਜਨਮ ਹੋਇਆ, ਪਰ ਉਹ ਟੀ ਸ਼ਰਟ ਸੰਤ ਬਾਬਾ ਜਰਨੈਲ ਸਿੰਘ ਦੀ ਜਿੱਥੇ ਤਸਵੀਰ ਆ ਜਾਂ ਫੋਟੋ ਪਾਉਣੀ ਆਪਣਾ ਮਾਣ ਸਮਝਦਾ, ਜਦੋਂ ਕਿ ਉਹਨਾਂ ਦਰਸ਼ਨ ਵੀ ਨਹੀਂ ਕੀਤੇ, ਉਹਨਾਂ ਨੇ ਸੁਣਿਆ ਹੈ, ਪੜ੍ਹਿਆ ਹੈ, ਯੂਟਿਊਬ ਤੋਂ ਦੇਖਿਆ ਜ਼ਰੂਰ ਹੈ। ਇਹ ਸਧਾਰਨ ਵਰਤਾਰਾ ਨਹੀਂ ਹੈ, ਇਹ ਵਰਤਾਰਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰਹਿਮਤਾਂ ਔਰ ਬਾਬਾ ਦੀਪ ਸਿੰਘ ਜੀ ਦੀ ਉਹ ਘਾੜਤ ਕਿ ਉਹਨਾਂ ਸਮਿਆਂ ਵਿੱਚ ਇਹ ਜਿਹੜੀ ਮਾਲਵੇ ਦੀ ਧਰਤੀ, ਜਿਹੜੀ ਤਕਰੀਬਨ ਰੇਤਲਾ ਇਲਾਕਾ ਹੀ ਆ, ਮੈਂ ਵੀ ਮਾਲਵੇ ਦਾ ਹੀ ਹਾਂ, ਤਾਂ ਇਹ ਸਾਰੇ ਵਜੂਦ ਨੂੰ ਸਾਂਭਣਾ, ਮਰਿਆਦਾ ਨੂੰ ਸਾਂਭਣਾ, ਔਰ ਸਿੱਖ ਸਮਾਜ ਨੇ
ਸਦਾ ਇਸ ਪ੍ਰਭਾਵ ਨੂੰ ਜਿਹੜਾ ਉਹ ਇਸ ਲਈ ਕਬੂਲ ਕੀਤਾ ਕਿ ਜਿਹਦੀ ਹੋਂਦ ਵੱਡੀ ਹੋਵੇ, ਉਹ ਵਿਦਾਂਤ ਵਾਲੇ ਕਹਿੰਦੇ ਨਾ, ਬੈਠੀਏ ਸਾਥ ਵਡਨ ਕੇ ਹੋਤ ਵਡਨ ਸਿਓ ਮੇਲ, ਸਭੈ ਜਾਣਤ ਬੜਤ ਹੈ ਬਿਰਛ ਬਰਾਬਰ ਵੇਲ। ਵੇਲ ਓਨੀ ਹੀ ਉੱਚੀ ਹੁੰਦੀ ਆ ਜਿੰਨਾ ਰੁੱਖ ਉੱਚਾ ਹੁੰਦਾ, ਕਿਉਂਕਿ ਵੇਲ ਕੋਲੇ ਵਧਣ ਦੀ ਸ਼ਕਤੀ ਨਿੱਜੀ ਨਹੀਂ ਹੁੰਦੀ। ਜਿਹੜੀ ਵੇਲ ਜਿਹਦਾ ਰੁੱਖ ਉੱਚਾ ਹੋਵੇ, ਉਹ ਵੇਲ ਦਾ ਸਤਿਕਾਰ ਹੋਣਾ ਕੁਦਰਤੀ ਵਰਤਾਰਾ ਹੁੰਦਾ। ਇਸ ਲਈ ਜਿਨ੍ਹਾਂ ਦਾ ਇਤਿਹਾਸ ਉੱਚਾ, ਜਿਨ੍ਹਾਂ ਦਾ ਜੀਵਨ ਉੱਚਾ, ਜਿਨ੍ਹਾਂ ਕੋਲੇ ਸ਼ੁੱਧ ਬਾਣੀ ਦੀ ਪ੍ਰੋਨਾਂਸੀਏਸ਼ਨ ਹੈ, ਉਚਾਰਨ ਹੈ, ਵਿਆਖਿਆਕਾਰੀ ਹੈ, ਜਿਨ੍ਹਾਂ ਕੋਲੇ ਅੰਮ੍ਰਿਤ ਵੇਲਾ ਸਾਂਭਿਆ ਹੋਇਆ, ਜਿਨ੍ਹਾਂ ਕੋਲੇ ਜੀਵਨ ਦੀ ਘਾੜਤ ਹੈ, ਉਹਨਾਂ ਦਾ ਸਤਿਕਾਰ ਹਮੇਸ਼ਾ ਸਮਾਜ ਨੇ ਕਰਨਾ ਹੀ ਕਰਨਾ ਹੈ। ਇਸ ਕਰਕੇ ਜੇ ਅੱਜ ਦਾ ਇਹ ਸੈਮੀਨਾਰ ਖਾਲਸਾ ਕਾਲਜ ਤੋਂ ਸ਼ੁਰੂਆਤ ਕੀਤੀ ਹੈ, ਸਦੀਵ ਕਾਲ ਬਰਕਰਾਰ ਰਹੇ, ਇਹ ਸਾਡੀ ਅਰਦਾਸ ਹੈ। ਔਰ ਮੈਂ ਆਪਣੇ ਸ਼ਬਦਾਂ ਦੀ ਇੱਥੇ ਸਮਾਪਤੀ ਕਰਦਾ ਕਿ ਅਸੀਂ ਪੜ੍ਹਨਾ, ਸਮਝਣਾ ਔਰ ਸਾਂਝ, ਕਿਉਂਕਿ ਮੈਂ ਮੇਰੀ ਇੱਕੋ ਗੱਲ ਹੈ ਕਿ ਜਿਹੜਾ ਅੱਜ ਦਾ 21ਵੀਂ ਸਦੀ ਦਾ ਯੁੱਗ ਹੈ, ਇਹਦੇ ਵਿੱਚ ਸ਼ੰਕਾਵਾਦ ਕਈ ਵਾਰੀ ਜ਼ਿਆਦਾ ਹੁੰਦਾ, ਕੋਈ ਨਿਤਨੇਮ 'ਤੇ ਤਰਕ ਕਰਦਾ, ਕੋਈ ਅੰਮ੍ਰਿਤ ਸੰਚਾਰ 'ਤੇ ਕਰਦਾ, ਕੋਈ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਰਦਾ, ਕੋਈ ਸਰੋਵਰਾਂ 'ਤੇ ਕਰਦਾ, ਕੋਈ ਹਰਿਮੰਦਰ ਸਾਹਿਬ 'ਤੇ ਕਰਦਾ, ਕੋਈ ਸਾਡੇ ਸਮੁੱਚੇ ਪ੍ਰਬੰਧਨ 'ਤੇ ਕਰਦਾ। ਮੈਂ ਹਮੇਸ਼ਾ ਕਹਿੰਦਾ ਕਿ ਇਹ ਵਿਵੇਕਸ਼ੀਲਾਂ ਦਾ ਪੰਥ ਹੈ, ਸ਼ੰਕਾਵਾਦੀ ਕਿਸੇ ਪਾਰ ਨਹੀਂ ਲੱਗਦੇ ਹੁੰਦੇ। ਸ਼ੰਕਾ ਕੋਈ ਬਹੁਤ ਵੱਡੀ ਵਿਦਵਤਾ ਨਹੀਂ ਹੁੰਦੀ ਕਿ ਹਰ ਗੱਲ 'ਤੇ ਬੰਦਾ ਸ਼ੰਕਾ ਕਰਕੇ ਬਹਿ ਜਾਏ। ਜਦੋਂ ਅਸੀਂ ਵਿਵੇਕਸ਼ੀਲ ਔਰ ਵਿਵੇਕਵਾਦੀ ਬਣ ਕੇ ਜੀਵਾਂਗੇ ਤਾਂ ਮੇਰਾ ਖਿਆਲ ਇਹ ਸਾਰਾ ਸਾਡਾ ਪ੍ਰਭਾਵ ਹੈ, ਚਾਹੇ ਨਿਹੰਗ ਸਿੰਘ ਦਲ ਨੇ, ਬੁੱਢਾ ਦਲ, ਤਰਨਾ ਦਲ, ਸੰਪਰਦਾਵਾਂ, ਟਕਸਾਲਾਂ, ਬਾਬਾ ਬੀਰੀ ਚੰਦ ਦਲ, ਇਹ ਮਿਸ਼ਨਰੀ ਅਦਾਰੇ, ਇਹ ਸਟੱਡੀ ਸਰਕਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਇਹ ਗੁਰੂ ਦਾ ਵੱਡਾ ਪਰਿਵਾਰ ਹੈ। ਔਰ ਪੰਜਾਬੀਆਂ ਦਾ ਮੁਹਾਵਰਾ ਕੱਠ ਲੋਹੇ ਦੀ ਲੱਠ, ਅਸੀਂ ਲੋਹੇ ਦੀ ਲੱਠ ਉਦੋਂ ਤੱਕ ਬਣ ਕੇ ਰਹਿ ਸਕਦੇ ਜਦੋਂ ਸਾਡਾ ਕੱਠ ਹੈ। ਇਹ ਕੱਠ ਰਹਿਣ ਵਾਸਤੇ ਇੱਕਾ ਬਾਣੀ, ਇੱਕ ਬੋਲ, ਇੱਕੋ ਸ਼ਬਦ ਵਿਚਾਰ, ਜਦ ਅਸੀਂ ਇਸ 'ਤੇ ਪਹਿਰਾ ਦੇਵਾਂਗੇ, ਇੱਕ ਦੂਸਰੇ ਦਾ ਸਤਿਕਾਰ ਕਰਾਂਗੇ ਅਤੇ ਕਰਾਵਾਂਗੇ, ਇਹ ਸਾਡੀ ਸਦੀਵ ਕਾਲ ਸ਼ਕਤੀ ਬਰਕਰਾਰ ਰਹੇਗੀ। ਇਹਨਾਂ ਕੁਝ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਭਾਵਪੂਰਤ ਵਿਚਾਰਾਂ ਦੁਆਰਾ ਆਪ ਜੀ ਨੂੰ ਦਮਦਮੀ ਟਕਸਾਲ ਦਾ ਸਿੱਖ ਸਮਾਜ ਅਤੇ ਪ੍ਰਭਾਵ ਦੇ ਵਿਸ਼ੇ ਉੱਪਰ ਚਾਨਣਾ ਪਾਇਆ ਹੈ ਅੱਜ ਦੇ ਸੈਮੀਨਾਰ 'ਤੇ, ਜਿੱਥੇ ਉਹਨਾਂ ਨੇ ਨਾਲ ਸੰਗਤਾਂ ਦੇ ਨਾਲ ਗੁਰਮਤਿ ਵਿਚਾਰ ਦੁਆਰਾ ਸਾਂਝ ਪਾਉਣੀ ਸੀ, ਉੱਥੇ ਨਾਲ ਨਾਲ ਪ੍ਰਬੰਧ ਦੀ ਸੇਵਾ ਵੀ ਆਪ ਜੀ ਨਿਭਾ ਰਹੇ ਨੇ। ਸੋ ਡਾਕਟਰ ਸਾਹਿਬ ਦਾ ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਇਹਨਾਂ ਤੋਂ ਪਹਿਲਾਂ ਪ੍ਰੋਫੈਸਰ ਸੁਖਦਿਆਲ ਸਿੰਘ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਸੀ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਇਸੇ ਤਰ੍ਹਾਂ ਸਾਡੇ ਅਤਿ ਸਤਿਕਾਰਯੋਗ ਡਾਕਟਰ ਇੰਦਰਜੀਤ ਸਿੰਘ ਜੀ, ਜਿਨ੍ਹਾਂ ਦਾ ਕਿ ਦਮਦਮੀ ਟਕਸਾਲ ਦੇ ਨਾਲ ਪਰਿਵਾਰਕ ਸੰਬੰਧ ਵੀ ਹੈ, ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ, ਜੀਵਨ ਦੀ ਘਾੜਤ ਅਤੇ ਮਨ ਦੀ ਘਾੜਤ, ਇਲਮ ਅਤੇ ਅਮਲ,
ਇਹ ਆਮ ਅਖਾਣ ਹੈ ਕਿ ਜਿਹੜੀ ਸ਼ਕਲ ਹੈ ਇਹ ਅਕਲ ਦਾ ਭੇਦ ਨਹੀਂ ਦਿੰਦੀ। ਸੋ ਮਨ ਦੀ ਘਾੜ ਅਤੇ ਜੀਵਨ ਦੀ ਘਾੜ ਇਹ ਬਹੁਤ ਜ਼ਰੂਰੀ ਨੇ। ਮਹਾਂਪੁਰਖਾਂ ਨੇ ਉਪਰਾਲਾ ਵੀ ਕੀਤਾ ਹੈ, ਡਾਕਟਰ ਸਾਹਿਬ ਜਾਣਦੇ ਨੇ, ਭਾਵੇਂ ਕਿ ਸਰਦਾਰ ਰਜਿੰਦਰ ਸਿੰਘ ਜੀ, ਸਰਦਾਰ ਰਜਿੰਦਰ ਮੋਹਨ ਸਿੰਘ ਸ਼ੀਨਾ ਜੀ ਬੋਲ ਕੇ ਗਏ ਸੀ ਇੱਥੇ ਕਿ ਸਾਨੂੰ ਦੁਨਿਆਵੀ ਪੜ੍ਹਾਈ ਵੀ ਵਿਦਵਾਨਾਂ ਨੂੰ ਕਰਾਉਣੀ ਚਾਹੀਦੀ ਜਿਹੜੇ ਸੰਪਰਦਾਇਕ ਪਰੰਪਰਾਵਾਦੀ ਵਿਦਵਾਨ ਨੇ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਉਪਰਾਲਾ ਕੀਤਾ ਪਿਛਲੇ 7 ਸਾਲ ਤੋਂ ਕਿ ਜਿਹੜਾ ਵੀ ਬੱਚਾ ਪਲੱਸ ਟੂ ਪਾਸ ਹੈ, 10th ਪਾਸ ਹੈ, ਉਹਨੂੰ BA MA ਜਿੰਨਾ ਵੀ ਉਹ ਪੜ੍ਹ ਸਕੇ, MPhil PhD ਤੱਕ ਜਿੰਨੀ ਪੜ੍ਹਾਈ ਉਹ ਕਰ ਸਕਦਾ ਹੈ ਦਮਦਮੀ ਟਕਸਾਲ ਕਰਾਵੇਗੀ। ਅੱਜ ਸਾਡੇ ਪਾਸ ਕੋਈ 100 ਦੇ ਕਰੀਬ ਇੱਦਾਂ ਦਾ ਡਾਕਟਰ ਸਾਹਿਬ ਵਿਦਿਆਰਥੀ ਹੈ ਕਿ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਵਿਦਿਆ ਪੜ੍ਹਨ ਵਾਸਤੇ ਆ ਰਹੇ ਨੇ, ਕੁਝ MA ਕਰ ਚੁੱਕੇ ਨੇ, ਕੁਝ ਸੱਜਣ MPhil ਕਰ ਰਹੇ, ਆਪ ਜੀ ਜਾਣਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ ਬਹੁਤਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਜਸਵੰਤ ਸਿੰਘ ਜੀ ਬੁੱਗਰਾ, ਜਿਨ੍ਹਾਂ ਦਾ ਅੱਜ ਦਾ ਵਿਸ਼ਾ ਹੈ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਅਤੇ ਯੋਗਦਾਨ, ਉਹ ਇਸ ਵਿਸ਼ੇ 'ਤੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਉਪਰੰਤ ਸਾਡੇ ਅਤਿ ਸਤਿਕਾਰਯੋਗ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ, ਉਹਨਾਂ ਵੀ ਦਰਸ਼ਨ ਕਰਨੇ ਨੇ, ਔਰ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਮਹਾਂਪੁਰਖਾਂ ਨੇ ਵੀ 2 ਮਿੰਟ ਆਪ ਸੰਗਤ ਦੇ ਦਰਸ਼ਨ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਪ੍ਰਧਾਨਗੀ ਮੰਡਲ, ਬਾਬਾ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ, ਸਮੂਹ ਪੰਥ, ਸਭ ਤੋਂ ਪਹਿਲਾਂ ਫਤਿਹ ਅਰਜ ਹੈ, ਵਾਹਿਗੁਰੂ ਜੀ ਮੇਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਜੀਵਨ ਅਤੇ ਯੋਗਦਾਨ। ਬਾਬਾ ਦੀਪ ਸਿੰਘ ਜਿਵੇਂ ਸਾਡੀ ਪਰੰਪਰਾ ਜਿਹੜੀ ਮੰਨਦੀ ਹੈ, ਇੱਕ ਥੋੜ੍ਹੀ ਜਿਹੀ ਗੱਲ ਮੈਂ, ਕਿਉਂਕਿ ਖਾਲਸਾ ਕਾਲਜ ਆ, ਸਾਰੇ ਪੜ੍ਹੇ ਲਿਖੇ ਲੋਕ ਇੱਥੇ ਬਿਰਾਜਮਾਨ ਨੇ, ਮੇਰੀ ਇੱਕ ਧਾਰਨਾ ਉਹ ਪਰੰਪਰਾ ਨਾਲ ਹੀ ਜੁੜਦੀ ਹੈ ਵੀ ਜਦੋਂ ਅਸੀਂ ਅਧਿਐਨ ਕਰਦੇ ਹਾਂ ਨਾ, ਤਾਂ ਉਦੋਂ ਕਈ ਵਾਰੀ ਅਸੀਂ ਜਿਹੜੀਆਂ ਪਹੁੰਚ ਵਿਧੀਆਂ ਅਪਣਾਉਂਦੇ ਹਾਂ ਉਹਨਾਂ 'ਚ ਫਰਕ ਪਾ ਲੈਂਦੇ ਹਾਂ, ਅਤੇ ਜ਼ਿਆਦਾਤਰ ਤਰਕ ਕਰਨ ਦਾ ਲੋਕਾਂ ਦਾ ਜਾਂ ਕੰਟਰੋਵਰਸੀ ਦਾ ਸ਼ਾਇਦ ਕਾਰਨ ਵੀ ਉਹੀ ਬਣਦੀਆਂ। ਮੈਂ ਜਦੋਂ ਬਾਬਾ ਦੀਪ ਸਿੰਘ ਜੀ ਬਾਰੇ ਪੜ੍ਹਦਾ ਜਾਂ ਪੜ੍ਹਨ ਦਾ ਯਤਨ ਕਰਦਾ, ਤਾਂ ਸਭ ਤੋਂ ਪਹਿਲਾਂ ਮੈਂ ਇਹ ਮੰਨਦਾ ਕਿ ਬਾਬਾ ਦੀਪ ਸਿੰਘ ਦਾ ਜੀਵਨ ਇਹ ਸਿਰਫ ਇਤਿਹਾਸ ਨਹੀਂ ਹੈ, ਇਹ ਇਤਿਹਾਸ ਤੋਂ ਪਾਰ ਦੀਆਂ ਗੱਲਾਂ ਵੀ ਨੇ। ਮੇਰੇ ਮਨ 'ਚ ਇਹ ਆਉਂਦਾ ਵੀ ਬਾਬਾ ਦੀਪ ਸਿੰਘ ਜੀ ਸਿਰਫ ਇਤਿਹਾਸਕ ਵਿਅਕਤੀ ਨਹੀਂ ਹੈਗੇ, ਉਹ ਰਹੱਸਵਾਦੀ ਵੀ ਨੇ, ਉਹ ਅਨੁਭਵੀ ਵੀ ਨੇ, ਉਹ ਬ੍ਰਹਮ ਗਿਆਨੀ ਨੇ। ਤਾਂ ਜਦੋਂ ਉਹੋ ਜਿਹੀਆਂ ਸ਼ਖਸੀਅਤਾਂ ਬਾਰੇ ਪੜ੍ਹਨਾ ਲਿਖਣਾ ਜ਼ਰੂਰੀ ਨਹੀਂ ਹੈ ਵੀ ਸਾਡੀਆਂ ਜਿਹੜੀਆਂ ਵਿਧੀਆਂ ਪ੍ਰਚਲਿਤ ਨੇ ਅਕੈਡੈਮਿਕ ਖੇਤਰ ਵਿੱਚ ਉਹਦੇ ਨਾਲ ਨਿਆਂ ਕਰ ਸਕਣ, ਤਾਂ ਇਤਿਹਾਸਕ ਵਿਧੀ ਤਾਂ ਜਿਹੜੀ ਉਹ ਲੱਗੇਗੀ ਲੱਗੇਗੀ, ਕਿਉਂਕਿ ਅਸੀਂ ਹਿਸਟਰੀ ਪੜ੍ਹਨੀ ਹੈ। ਉਹਦੇ ਨਾਲ ਜਿਹੜੀ ਇੱਕ ਧਰਮ ਸ਼ਾਸਤਰੀ ਵਿਧੀ ਹੈ
ਜੇ ਅਸੀਂ ਇਹ ਮੰਨ ਕੇ ਚੱਲਾਂਗੇ ਵੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਜਿਹੜਾ ਜੀਵਨ ਹੈ ਜਾਂ ਜਿਹੜਾ ਇਤਿਹਾਸ ਪੜ੍ਹਨਾ ਉਹ ਸੈਕਰਡ ਹਿਸਟਰੀ ਹੈ, ਉਹ ਪਵਿੱਤਰ ਇਤਿਹਾਸ ਹੈ, ਉਹ ਸਿਰਫ ਫੈਕਟ 'ਤੇ ਨਿਰਭਰ ਨਹੀਂ ਕਰਦਾ। ਤੱਥ ਹੋਣਗੇ ਤਾਂ ਹੀ ਸਹੀ ਹੈ, ਇਹ ਗੱਲਾਂ ਉੱਥੇ ਨਹੀਂ ਲਾਗੂ ਹੁੰਦੀਆਂ। ਸੋ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਮਾਂ ਹੈ, ਇਸ਼ਾਰੇ ਮਾਤਰ ਉਹਨਾਂ ਬਾਰੇ ਗੱਲਾਂ ਪਹਿਲਾਂ ਵੀ ਹੋਈਆਂ ਨੇ। ਸਭ ਤੋਂ ਪਹਿਲਾਂ ਉਹ ਸਮਾਂ ਸਾਨੂੰ ਉਹ ਹਾਲਾਤ ਸਮਕਾਲੀ ਪ੍ਰਸਥਿਤੀਆਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜੀਵਨ ਕਾਲ ਹੈ, ਇਤਿਹਾਸਕ ਜੀਵਨ ਕਾਲ, ਉਹ 1682 ਤੋਂ ਲੈ ਕੇ 1775 ਤੱਕ ਦਾ। ਇਹ ਸਮਾਂ ਜਿਹੜਾ ਹੈ ਇਹ ਸਿੱਖਾਂ ਲਈ ਬੜਾ ਸੰਕਟਮਈ, ਸੰਘਰਸ਼ਮਈ, ਸ਼ਹਾਦਤਾਂ ਦਾ, ਜਦੋਂ ਸਿੱਖਾਂ ਦੇ ਘਰ ਨੇ ਜਿਹੜੇ ਉਹ ਜੰਗਲ ਹੈ, ਜਦੋਂ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਨੇ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਇਸ ਸਮੇਂ ਦੌਰਾਨ ਜਿਹੜੀਆਂ ਉਸ ਵੇਲੇ ਦੀਆਂ ਹਕੂਮਤਾਂ ਨੇ ਉਹਨਾਂ ਨੇ ਸਿੱਖਾਂ 'ਤੇ ਅਜਿਹੀਆਂ ਦਰਦਨਾਕ ਵਿਧੀਆਂ ਅਪਣਾਈਆਂ ਨੇ ਜਿਹੜੀਆਂ ਸਾਡੀ ਅਰਦਾਸ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ, ਖੋਪਰੀਆਂ ਲੁਹਾਈਆਂ। ਇਹ ਉਹ ਸਮਾਂ ਜਦੋਂ ਸਿੱਖਾਂ ਦਾ ਜਿਹੜਾ ਹੈਗਾ, ਜਿਹੜੇ ਹੁਕਮਰਾਨ ਨੇ ਬਾਬਾ ਦੀਪ ਸਿੰਘ ਜੀ ਦੇ, ਉਸ ਸਮੇਂ ਦੀ ਜਿਹੜਾ ਉਹਨਾਂ ਦਾ ਜੀਵਨ ਹੈ, ਉਸ ਵੇਲੇ ਦੀ ਮੈਂ ਗੱਲ ਕਰ ਰਿਹਾ। ਉਦੋਂ ਔਰੰਗਜ਼ੇਬ ਹੈ, ਫਰਕਸ਼ੀਅਰ ਹੈ, ਜ਼ਕਰੀਆ ਖਾਨ ਹੈ, ਅਹਿਮਦ ਸ਼ਾਹ ਅਬਦਾਲੀ ਆ, ਜਈਆ ਖਾਨ ਹੈ, ਮੀਰ ਮਨੂ ਹੈ, ਤੈਮੂਰ ਆ, ਇੰਨੇ ਹੁਕਮਰਾਨ ਹੋਏ। ਔਰ ਉਹਨਾਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਵੀ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਜਾਵੇ। ਇਹ ਉਹ ਸਮਾਂ ਸੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ, 10 ਰੁਪਏ ਸਿਰ ਦਾ ਮੁੱਲ ਹੁੰਦਾ ਸੀ, ਉਦੋਂ ਬਹੁਤ ਵੱਡੀ ਰਕਮ ਹੋਣੀ ਆ। ਇਹ ਉਹ ਸਮਾਂ ਸੀ ਜਿਹਦੇ ਬਾਰੇ ਕਿਹਾ ਜਾਂਦਾ ਸਾਡੀ ਪਰੰਪਰਾ 'ਚ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਇਹ ਉਹ ਸਮਾਂ ਜਦੋਂ ਸਾਡੇ ਜਿਹੜੇ ਕਵੀ ਨੇ ਉਹਨਾਂ ਨੂੰ ਲਿਖਣਾ ਪਿਆ, ਖਾਲਸਾ ਸੋਏ ਕਰੈ ਨਿੱਤ ਜੰਗ। ਤਾਂ ਇਹੋ ਜਿਹੇ ਸਮੇਂ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਨਾਲ ਬਹੁਤ ਲੰਬਾ ਸਮਾਂ ਗੁਜ਼ਾਰਿਆ, ਭਾਈ ਮਨੀ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ, ਛੋਟਾ ਘੱਲੂ ਘਾਰਾ ਹੁੰਦਾ, ਇਹ ਸਾਰਾ ਜਿਹੜਾ ਸਮਕਾਲ ਆ ਇਹ ਬਾਬਾ ਦੀਪ ਸਿੰਘ ਜੀ ਦਾ। ਤਾਂ ਉਸ ਸਮੇਂ ਵਿੱਚ ਜਦੋਂ ਰਹਿਣਾ ਵੀ ਮਹਾਲ ਹੋਵੇ, ਜਦੋਂ ਘਰ ਜਿਹੜੇ ਹੈ ਆਪਣੇ ਇਲਾਕੇ ਛੱਡ ਕੇ ਸਿੰਘ ਕਿਤੇ ਹੋਰ ਰਹਿਣ ਲੱਗ ਗਏ ਹੋਣ, ਤਾਂ ਉਹ ਉਹਨਾਂ ਵੱਡਿਆਂ ਦੀਆਂ ਵਡਿਆਈਆਂ ਕਰਨੀਆਂ। ਕੋਈ ਗੱਲਾਂ ਜੇ ਮੇਰੇ ਤੋਂ ਰਹਿ ਗਈਆਂ ਤਾਂ ਮੈਂ ਪਹਿਲਾਂ ਹੀ ਗੁਸਤਾਖੀ ਮੰਨਦਾ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਹੈ, ਮੈਂ ਇਹਨੂੰ ਜੀਵਨ ਹੈ, ਮੈਨੂੰ ਪਰਚੀ ਆ ਗਈ, ਪਹਿਲਾਂ ਹੀ 15 ਮਿੰਟਾਂ 'ਚ ਖਤਮ ਕਰ ਦਿਓ। ਮੈਂ ਇਹਨੂੰ 2 ਹਿੱਸਿਆਂ 'ਚ ਵੰਡ ਕੇ ਦੇਖਦਾ। ਪਹਿਲਾ ਜਿਹੜਾ ਜੀਵਨ ਦਾ ਉਹਨਾਂ ਦਾ ਪਾਰਟ ਹੈ, ਉਹ ਜਿਹੜਾ ਜਦੋਂ 1700 ਈਸਵੀ ਨੂੰ ਖਾਲਸਾ ਸਾਜਨ ਤੋਂ 1 ਸਾਲ ਬਾਅਦ ਉਹ ਅਨੰਦਪੁਰ ਸਾਹਿਬ ਜਾਂਦੇ ਆ, ਅਨੰਦਪੁਰ ਸਾਹਿਬ ਜਾ ਕੇ ਗੁਰੂ ਚਰਨਾਂ ਤੋਂ ਜਿਹੜਾ ਉਹਨਾਂ ਦਾ ਜੀਵਨ ਸ਼ੁਰੂ ਹੁੰਦਾ ਹੈ, ਉਹ ਤੋਂ ਲੈ ਕੇ 1706 ਤੱਕ ਜਦੋਂ ਗੁਰੂ ਸਾਹਿਬ ਦੱਖਣ ਨੂੰ ਜਾਂਦੇ ਆ, ਉਦੋਂ ਤੱਕ ਮੈਂ ਇੱਕ ਪਾਰਟ ਨੂੰ ਜਦੋਂ ਦੇਖਦਾ ਤਾਂ ਉਹ ਸਾਰਾ ਉਹ ਪਾਰਟ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਦੀ ਟ੍ਰੇਨਿੰਗ ਦਾ ਪਾਰਟ ਹੈ।
ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਆਨੰਦਪੁਰ 'ਚ ਉਸ ਵੇਲੇ ਅਜਿਹਾ ਆਨੰਦ ਸੀ ਜਿਹੜਾ ਹੋਰ ਕਿਤੇ ਨਹੀਂ ਸੀ। ਗੁਰੂ ਸਾਹਿਬ ਆਪ ਵਖਿਆਨ ਕਰਦੇ, ਅੰਮ੍ਰਿਤ ਛਕਾਉਂਦੇ, ਕਵੀ ਕਵਿਤਾਵਾਂ ਗਾਉਂਦੇ, ਸੰਥਿਆ ਹੁੰਦੀ, ਕੀਰਤਨ ਹੁੰਦਾ, ਭਾਈ ਮਨੀ ਸਿੰਘ ਵਰਗੇ ਜਿਹੜੇ ਆ ਉਹ ਲਿਖਣ ਅਭਿਆਸ ਕਰਾਉਂਦੇ, ਬਾਬਾ ਦੀਪ ਸਿੰਘ ਜੀ ਉਹਨਾਂ ਤੋਂ ਕਰਦੇ ਰਹੇ ਆ। ਤਾਂ ਨਵੇਂ ਸਾਜੇ ਹੋਏ ਖਾਲਸੇ ਕੋਈ ਬਾਣੀ ਗੰਠ ਕਰਦਾ ਫਿਰਦਾ, ਕੋਈ ਘੋੜਿਆਂ ਦੀ ਸੇਵਾ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ, ਤਾਂ ਇਹ ਸਾਰਾ ਮਾਹੌਲ ਜਿਹੜਾ ਆਨੰਦਮਈ ਇਹ ਬਾਬਾ ਦੀਪ ਸਿੰਘ ਜੀ ਨੇ ਮਾਣਿਆ। ਉਹ ਤੋਂ ਬਾਅਦ ਫਿਰ ਇੱਥੇ ਗੱਲ ਹੋਈ ਸੀ ਵੀ ਕਈ ਵਾਰੀ ਅਸੀਂ ਜ਼ਿਆਦਾਤਰ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ ਜਦੋਂ ਗੱਲ ਹੁੰਦੀ ਆ ਨਾ ਉਹ ਸ਼ਹਾਦਤ ਦੀ ਹੁੰਦੀ ਹੈ। ਓਵਰਆਲ ਜਿਹੜਾ ਭਾਈ ਵਿਸਾਖਾ ਸਿੰਘ ਜੀ ਨੇ, ਸੰਤ ਵਿਸਾਖਾ ਜੀ ਨੇ ਮਾਲਵਾ ਸਿੱਖ ਇਤਿਹਾਸ 'ਚ ਲਿਖਿਆ ਵੀ ਉਹ ਬਹੁਤ ਭਾਸ਼ਾਵਾਂ ਦੇ ਜਾਣੂ ਸੀ ਬਾਬਾ ਦੀਪ ਸਿੰਘ ਜੀ। ਉਹਨਾਂ ਨੇ ਅਰਬੀ ਭਾਸ਼ਾ 'ਚ ਵੀ ਕੋਈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਨੁਵਾਦ ਕੀਤਾ ਸੀ, ਇਹ ਮੈਨੂੰ ਰੈਫਰੈਂਸ ਮਿਲਿਆ। ਤਾਂ ਭਾਸ਼ਾਵਾਂ ਦਾ ਗਿਆਨ, ਕਿਉਂਕਿ ਗੁਰੂ ਸਾਹਿਬ ਸਭ ਕੋਲ ਰਹਿਣਾ, ਗੁਰੂ ਦੀ ਗੋਦ 'ਚ ਰਹਿਣਾ, ਗੁਰਮਤ ਗਿਆਨ ਲਿਆ, ਸ਼ਸਤਰਾਂ ਦਾ ਗਿਆਨ ਲਿਆ, ਘੋੜ ਸਵਾਰੀ, ਨੇਜੇਬਾਜ਼ੀ, ਉਹ ਕਿਹੜੀ ਵਿੱਦਿਆ ਜਿਹੜੀ ਉਹਨਾਂ ਨੇ ਪ੍ਰਾਪਤ ਨਹੀਂ ਕੀਤੀ। ਫਿਰ ਕੀ ਹੁੰਦਾ ਵੀ ਉੱਥੋਂ ਚੇਂਜਸ ਆਉਂਦੀ ਆ ਲਾਈਫ 'ਚ। ਸਿੰਘ ਸਾਹਿਬ ਦੇ ਨੇ ਖਾਲਸਾ ਜਿਹੜਾ ਲੱਕ ਮਿਲਦਾ ਉਹਨਾਂ ਨੂੰ, ਤਾਂ ਫਿਰ ਜਿਹੜਾ ਉਹ ਪਰਿਵਾਰ ਹੈ ਉਹਨਾਂ ਦਾ, ਉਹ ਪਰਿਵਾਰ ਉਹਨਾਂ ਨੂੰ ਸਾਰਾ ਪੰਥ ਆਪਣਾ ਪਰਿਵਾਰ ਲੱਗਣ ਲੱਗ ਜਾਂਦਾ। ਫਿਰ ਉੱਥੋਂ ਇੱਕ ਏਮ ਮਿਲਦਾ, ਜੀਵਨ ਨੂੰ ਨਵੇਂ ਅਰਥ ਮਿਲਦੇ ਆ, ਉਹਨਾਂ ਅਰਥਾਂ 'ਤੇ ਫਿਰ ਬਾਬਾ ਦੀਪ ਸਿੰਘ ਜੀ ਤੁਰਦੇ ਆ। ਇਹਦੂ ਬਾਅਦ ਜਿਹੜਾ ਹੈਗਾ ਉਹ ਮੈਂ ਸਾਰਾ ਸਕਿੱਪ ਕਰਦਾ, ਪਿੰਡ ਵੀ ਆਏ ਫਿਰ ਦੁਬਾਰੇ ਜਦੋਂ ਗੁਰੂ ਸਾਹਿਬ ਤਲਵੰਡੀ ਪਹੁੰਚਦੇ ਆ, ਤਾਂ ਭਾਈ ਮਨੀ ਸਿੰਘ ਹੋਰਾਂ ਨੂੰ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਜਦੋਂ ਉੱਥੇ, ਹੁਣ ਕਿੱਡੀ ਵੱਡੀ ਸੇਵਾ ਸੀ, ਕਈ ਵਾਰੀ ਨਾ ਉਪਨ ਉਪੋਂ ਦੀ ਲੰਘ ਜਾਂਦੇ ਹਾਂ ਵੀ 9 ਮਹੀਨੇ 9 ਦਿਨ 9 ਘੜੀਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ 'ਤੇ ਲੱਗੇ ਨੇ ਭਾਈ ਮਨੀ ਸਿੰਘ ਹੋਰੀ, ਅਤੇ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਡਿਊਟੀ ਹੈ ਉਹ ਜਿਹੜੀ ਸਹਾਇਕ ਸਮੱਗਰੀ ਪ੍ਰਦਾਨ ਕਰਨੀ ਹੈ, ਕਲਮਾਂ ਕਰਨੀਆਂ, ਸਿਆਹੀ ਬਣਾਉਣੀ ਹੈ, ਕਾਗਜ਼ ਹੈ ਹੋਰ, ਤਾਂ ਉਹ ਜਿਹੜਾ ਪ੍ਰੋਸੈਸ ਹੈ ਨਾ, ਉਦੋਂ ਤੰਬੂ ਲੱਗਿਆ ਹੁੰਦਾ ਸੀ ਉੱਥੇ, ਇਤਿਹਾਸਕਾਰ ਲਿਖਦੇ ਆ ਉੱਥੇ ਤੰਬੂ ਸੀ, ਰੇਤਲਾ ਇਲਾਕਾ, ਤਾਂ ਕਿੰਨੀਆਂ ਉੱਥੇ ਕਲਮਾਂ ਘੜੀਆਂ ਹੋਣੀਆਂ। ਮਾਲਵਾ ਦੇਸ ਰਟਣ ਦੀ ਸਾਖੀ ਪੋਥੀ 'ਚ ਲਿਖਿਆ ਵੀ ਕਈ ਹਜ਼ਾਰ ਕਲਮਾਂ ਗੁਰੂ ਸਾਹਿਬ ਨੇ ਜਿਹੜੀਆਂ ਹੈਗੀਆਂ ਉਹ ਲਿਖਣਸਰ ਸਰੋਵਰ ਵਿੱਚ ਪ੍ਰਵਾਹਿਤ ਕੀਤੀਆਂ। ਕਿੰਨੀਆਂ ਕਲਮਾਂ ਲਿਖੀਆਂ ਗਈਆਂ ਹੋਣੀਆਂ, ਕਿੰਨੀ ਸਿਆਹੀ ਬਣਾਈ ਗਈ ਹੋਣੀ ਹੈ, ਕਿੰਨੀ ਕਾਗਜ਼ ਦੀ ਸੰਭਾਲ ਹੋਣੀ ਹੈ, ਉਹਨੂੰ ਸੁਕਾਉਣਾ ਵੀ ਪੈਂਦਾ ਹੋਣਾ ਹੈ, ਫਿਰ ਉਹਨੂੰ ਜਿਹੜਾ ਰੋਜ਼ਾਨਾ ਸੰਭਾਲ ਕੇ ਵੀ ਰੱਖਣਾ ਹੈ, ਰੋਜ਼ਾਨਾ ਸੰਗਤ ਵੀ ਕਰਨੀ ਹੈ, ਨਿਤਨੇਮ ਵੀ ਕਰਨਾ ਹੈ, ਫਿਰ ਸਵੇਰੇ ਗੁਰੂ ਸਾਹਿਬ ਲਿਖਵਾਉਂਦੇ ਨੇ ਬਾਣੀ, ਸ਼ਾਮ ਨੂੰ ਕਥਾ ਕਰਦੇ ਆ, ਤਾਂ ਉਹ ਕਥਾ ਵੀ ਸੁਣਨੀ ਹੈ, ਲੰਗਰ ਦਾ ਵੀ ਪ੍ਰਬੰਧ ਕਰਨਾ ਹੈ, ਨਿਗਰਾਨੀ ਵੀ ਕਰਨੀ ਹੈ ਸਮਾਂ ਇਹੋ ਜਿਹਾ, ਤਾਂ ਇਹ ਸਾਰਾ ਕੁਛ ਦੇਖ ਕੇ ਬਾਬਾ ਦੀਪ, ਕਿਉਂਕਿ ਅਸੀਂ ਯੋਗਦਾਨ ਬਾਰੇ ਗੱਲ ਕਰ ਰਹੇ ਹਾਂ ਵੀ ਉਹਨਾਂ ਦਾ ਯੋਗਦਾਨ ਕੀ ਹੈ, ਅਸੀਂ ਲਿਖ ਕੇ ਨਿਕਲ ਜਾਂਦੇ ਹਾਂ ਵੀ ਜੰਗਾਂ 'ਚ ਭਾਗ ਲਿਆ। ਹੁਣ ਉਹ ਕਾਨੂੰ ਵਾਲਾ ਇੱਕ ਲਿਖਾਰੀ ਲਿਖਿਆ ਵੀ ਜਦੋਂ ਛੋਟੇ ਘੱਲੂਘਾਰੇ 'ਚ ਬਾਬਾ ਦੀਪ ਸਿੰਘ ਜੀ ਜਦੋਂ ਨਿਕਲ ਕੇ ਤੁਰੇ ਆ ਉੱਥੋਂ, ਉਹ ਕਹਿੰਦੇ ਵੀ ਅੱਗ ਲਾ ਤੀ ਜਦੋਂ ਤਾਂ ਥੱਲੇ ਧਰਤੀ ਤੱਤੀ ਹੈ, ਉੱਤੋਂ ਗਰਮੀ ਹੈ, ਅਤੇ ਫਿਰ ਪੈਰਾਂ 'ਚ ਜਿਹੜੇ ਆ ਜ਼ਖਮ ਹੋਏ ਹੈ ਉਹ ਚੱਕ ਕੇ ਸਿੰਘਾਂ ਨੂੰ ਜਾਂਦੇ ਆ, ਜਦੋਂ ਬਾਹਰ ਦਰਿਆ ਪਾਰ ਕਰਦੇ ਆ ਢਿੱਡੋਂ ਭੁੱਖੇ ਨੇ, ਜ਼ਖਮੀ ਨੇ, ਘਾਉ ਲੱਗੇ ਨੇ, ਜਦੋਂ ਦਰਿਆ ਨੂੰ ਪਾਰ ਕਰਦੇ ਆ ਤਾਂ ਛਾਲੇ ਪੈ ਜਾਂਦੇ ਆ, ਹੁਣ ਤੱਤੇ ਪੈਰ ਜਦੋਂ ਠੰਡੇ ਪਾਣੀ 'ਚ ਜਾਣਗੇ
ਫਿਰ ਜਿਹੜਾ ਉਹ ਕਿਵੇਂ ਨਾ ਕਿਵੇਂ ਜਿਹੜੇ ਉਹ ਪੈਂਡੇ ਤੈਅ ਕਰਕੇ ਮਾਲਵੇ ਪਹੁੰਚਦੇ ਆ ਤਲਵੰਡੀ ਸਾਬੋ। ਤਾਂ ਇਹ ਬਾਬਾ ਦੀਪ ਸਿੰਘ ਦਾ ਜਿਹੜਾ ਜੀਵਨ ਹੈ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੁੰਦੀ ਹੈ ਉਦੋਂ ਅਰਥ ਵੀ ਨਾਲ ਜਿਹੜੇ ਆ ਬਾਬਾ ਦੀਪ ਸਿੰਘ ਹੋਰੀ 48 ਸਿੰਘ ਜਿਹੜੇ ਆ ਪਰੰਪਰਾ 'ਚ ਮਿਲਦੇ ਆ ਗੁਰਮੁਖ ਪ੍ਰਕਾਸ਼ 'ਚ ਅਤੇ ਭਾਈ ਮਨੀ ਸਿੰਘ ਜੀ। ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ ਵੀ ਅੱਜ ਤੋਂ ਤੁਸੀਂ ਜਿਹੜੀ ਇਹ ਜ਼ਿੰਮੇਵਾਰੀ ਨਿਭਾਉਣੀ ਹੈ। ਤਾਂ ਇੱਥੇ ਇੱਕ ਬੜੀ ਕਮਾਲ ਦੀ ਗੱਲ ਜਿਹੜੀ ਮੈਂ ਜਦੋਂ ਵੀ ਪੜ੍ਹਦਾ ਨਾ, ਕਿਉਂਕਿ ਇਹਦੇ ਬਾਰੇ 3-4 ਜਿਹੜੇ ਆ ਸਰੋਤ ਮਿਲਦੇ ਆ। ਇੱਕ ਤੈਮਾਸਨਾਮਾ ਮਿਲਦਾ ਜਿਹੜਾ ਉਦੋਂ ਬਾਬਾ ਦੀਪ ਸਿੰਘ ਜੀ ਨਾਲ ਜਦੋਂ ਜੰਗ ਹੁੰਦਾ ਨਾ ਸ਼ਹਾਦਤ ਵੇਲੇ, ਉਦੋਂ ਜਿਹੜਾ ਸਿਪਾਹੀ ਨਾਲ ਸੀ ਉਹਦੀ ਲਿਖਤ ਮਿਲਦੀ ਆ, ਉਹਦੀ ਆਟੋਬਾਇਓਗ੍ਰਾਫੀ ਉਹਨੇ ਲਿਖੀ ਆ ਬਹਾਦਰੀ ਸਿੱਖਾਂ ਦੀ। ਪ੍ਰਾਚੀਨ ਪੰਥ ਪ੍ਰਕਾਸ਼ 'ਚ 4 ਸਾਖੀਆਂ ਮਿਲਦੀਆਂ 4-5। ਗਿਆਨੀ ਗਿਆਨ ਸਿੰਘ ਨੇ ਜਿਹੜਾ ਹੈਗਾ ਇਹਨਾਂ ਬਾਰੇ ਵਿਸਥਾਰ 'ਚ ਲਿਖਿਆ। ਇਹਤੋਂ ਬਾਅਦ ਇੱਕ ਯਤਨ ਹੋਇਆ ਗਿਆਨੀ ਠਾਕੁਰ ਸਿੰਘ ਜੀ, ਉਹਨਾਂ ਨੇ ਸ਼ਹੀਦ ਵਿਲਾਸ ਲਿਖਿਆ। ਇਹ ਮੋਟੇ ਜਿਹੇ ਕੰਮ ਹੈ। ਇਦੋਂ ਬਾਅਦ ਕੁਝ ਕਿਤਾਬਾਂ ਮਿਲਦੀਆਂ, ਦਰਜਨਾਂ ਕਵੀਆਂ ਨੇ, ਕਵੀਸ਼ਰਾਂ ਨੇ, ਢਾਡੀਆਂ ਨੇ ਜਿਹੜਾ ਬਾਬਾ ਦੀਪ ਸਿੰਘ ਜੀ ਬਾਰੇ ਲਿਖਿਆ ਵੀ ਮਿਲਦਾ, ਗਾਇਆ ਵੀ ਹੈ, ਪ੍ਰਚਾਰਿਆ ਵੀ ਹੈ। ਤਾਂ ਮੈਂ ਕਹਿਣਾ ਇਹ ਚਾਹੁੰਦਾ ਵੀ ਪਰੰਪਰਾ ਜਿਹੜੀ ਸਾਡੀ ਹੈ ਉਹ ਬੜੀ ਮਹਾਨ ਹੈ। ਬਾਬਾ ਦੀਪ ਸਿੰਘ ਜੀ ਨੇ ਹੁਣ ਅਰਥ ਸੁਣੇ, ਸਾਰਾ ਆਨੰਦਪੁਰ ਵਾਲਾ ਮਾਹੌਲ ਉਹਨਾਂ ਦੇ ਚੇਤੇ ਸੀ। ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦਪੁਰ ਦੀਆਂ ਜੰਗਾਂ 'ਚ ਭਾਗ ਲਿਆ, ਤਾਂ ਉਹ ਸਾਰੀ ਉਹਨਾਂ ਦੀ ਟ੍ਰੇਨਿੰਗ ਸੀ। ਹੁਣ ਉਹਨਾਂ ਨੂੰ ਜਦੋਂ ਜ਼ਿੰਮੇਵਾਰੀ ਸੌਂਪੀ ਤਾਂ ਨਵੇਂ ਸਿਰਿਓਂ ਉੱਥੇ ਸਾਰਾ ਕਾਰਜਭਾਰ, ਉਹ ਜਿਹੜਾ 24 ਸਾਲ ਦਾ ਨੌਜਵਾਨ ਪਹਿਲਾਂ ਜ਼ਿਕਰ ਹੋਇਆ ਹੈ, ਉਹ ਪਹਿਲਾਂ ਅਭਿਆਸ ਹੋਇਆ ਹੋਇਆ ਸੀ ਉੱਥੇ, ਉਹ ਅਭਿਆਸ, ਉਹ ਫਿਰ ਉਹੀ ਮਾਹੌਲ ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਵਾਲਾ ਜਿਹੜਾ ਹੈਗਾ ਉਹ ਤਲਵੰਡੀ ਸਾਬੋ ਬਣਾਇਆ। ਉੱਥੇ ਪਤਾ ਹੀ ਨਹੀਂ ਕਿੰਨੇ, ਸਾਨੂੰ 4 ਉਤਾਰੇ ਇਤਿਹਾਸ 'ਚ ਲਿਖੇ ਮਿਲਦੇ ਆ। ਇਦੋਂ ਬਾਅਦ ਇਹ ਕਾਰਜ ਬੰਦ ਨਹੀਂ ਹੋਇਆ। ਪਤਾ ਹੀ ਨਹੀਂ ਕਿੰਨੇ ਲਿਖਾਰੀ ਪੈਦਾ ਕੀਤੇ ਹੋਣਗੇ, ਕਿੰਨਿਆਂ ਨੂੰ ਸੰਥਿਆ ਦਿੱਤੀ ਹੋਊ। ਰੋਜ਼ਾਨਾ ਮਰਿਆਦਾ ਚੱਲਦੀ ਸੀ, ਕਥਾ ਕਰਦੇ ਸੀ, ਜੇ ਕਿਤੇ ਪੰਥਕ ਫੈਸਲੇ ਲਈ ਜਾਣਾ ਤਲਵੰਡੀ ਤੋਂ ਚੱਲਦੇ ਸੀ, ਫਿਰ ਤਲਵੰਡੀ ਵਾਪਸ ਆਉਂਦੇ ਸੀ। ਤਾਂ ਇਹ ਸਾਰੀ ਜਿਹੜੀ ਟਕਸਾਲ ਦੀ ਫਿਰ ਅਸੀਂ ਕਹਿ ਦਿੰਦੇ ਹਾਂ ਸੰਥਿਆ ਕਰਨੀ, ਮੈਂ ਵੀ ਕੀਤੀ ਹੈ, ਮੈਂ ਤਾਂ ਥੋੜ੍ਹਾ ਜਿਹਾ ਉਸ ਗੱਲ ਨੂੰ ਫੀਲ ਕਰਦਾ। ਅਸੀਂ ਕਹਿ ਕੇ ਨਿਕਲ ਜਾਂਦੇ ਹਾਂ ਸੰਥਿਆ ਕਰਾਉਂਦੇ ਸੀ। ਸੰਥਿਆ ਜਿਹੜੇ ਸਿੰਘ ਕਰਦੇ ਆ ਨਾ, ਅਸੀਂ ਸਵੇਰ ਦੇ ਦੇਖ ਰਹੇ ਹਾਂ ਜਦੋਂ ਦੇ ਬਾਬਾ ਜੀ ਆਏ ਨੇ, ਇੱਥੇ ਖੜ੍ਹੇ ਸੀ, ਹੁਣ ਬੈਠੇ ਆ ਇਹ। ਤਾਂ ਉਹਦੇ ਰੂਲ ਹੈ ਨਾ ਜਿਹੜੇ। ਅੱਛਾ, ਜਿਹੜਾ ਉਦੋਂ ਸਮਾਂ, ਅੱਜ ਕੱਲ੍ਹ ਵਿਦਿਆਰਥੀ ਪੜ੍ਹੇ ਲਿਖੇ ਮਿਲ ਜਾਂਦੇ ਆ ਜਿਨ੍ਹਾਂ ਨੂੰ ਗੁਰਮੁਖੀ ਦਾ ਗਿਆਨ ਹੈ ਪੰਜਾਬੀ ਦਾ, ਉਦੋਂ ਤਾਂ ਜਿਹੜਾ ਉਹ ਬੈਲ ਬੁੱਧ ਹੈ ਸਾਨੂੰ ਹਿਸਟਰੀ 'ਚ ਮਿਲਦਾ। ਤਾਂ ਉਦੋਂ ਬਾਬਾ ਦੀਪ ਸਿੰਘ ਜੀ ਉੱਥੇ ਲਿਖਣ ਸਾਰ, ਅੱਜ ਵੀ ਸਾਡੇ ਕੋਲ ਜਿਹੜੀਆਂ ਸਾਡੀਆਂ ਯਾਦਗਾਰਾਂ ਨੇ, ਪਰੰਪਰਾਵਾਂ ਜਿਹੜੀਆਂ ਸਾਨੂੰ ਦੱਸਦੀਆਂ, ਬਾਬਾ ਦੀਪ ਸਿੰਘ ਜੀ ਇੱਕ ਇੱਕ ਅੱਖਰ ਸਿਖਾਉਂਦੇ ਹੁਣੇ ਆ, ਮਹਾਰਨੀਆਂ ਸਿਖਾਈਆਂ ਜਾਂਦੀਆਂ ਸੀ ਟਕਸਾਲ 'ਚ। ਤਾਂ ਉਹ ਫਿਰ ਹੌਲੀ ਹੌਲੀ ਜਿਹੜੇ 2 ਅੱਖਰ ਕਿੱਥੋਂ ਸ਼ੁਰੂ ਕੀਤਾ ਜਾਂਦਾ, ਤਾਂ ਉਹ ਸਿਰਫ ਵਿਦਿਅਕ ਗਿਆਨ, ਅੱਜ ਅਸੀਂ ਪੰਜਾਬੀ ਵਾਲੇ ਵਿਦਵਾਨ ਕਹਿ ਦਿੰਦੇ ਹਾਂ ਵੀ ਮਾਲਵੇ 'ਚ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਦਾ ਪ੍ਰਚਾਰ ਕੀਤਾ, ਜੇ ਉਹ ਨਾ ਕਰਦੇ ਤਾਂ ਸ਼ਾਇਦ ਜਿਹੜਾ ਅੱਜ ਉੱਧਰ ਕਹਿੰਦੇ ਆ ਵੀ ਹੱਬ ਬਣਦਾ ਜਾ ਰਿਹਾ ਐਜੂਕੇਸ਼ਨ ਦਾ, ਇਹ ਉਹਨਾਂ ਦੀ ਵੀ ਕਿਰਪਾ। ਤਾਂ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜਾ ਹੈਗਾ ਉਹ ਜੰਗਾਂ 'ਚ, ਗਿਆਨੀ ਗਿਆਨ ਸਿੰਘ ਜੀ ਨੇ ਇਹ ਲਿਖਿਆ, ਬੰਦਾ ਸਿੰਘ ਬਹਾਦਰ ਨਾਲ ਜੰਗਾਂ ਲੜੀਆਂ। ਔਰ ਅਸੀਂ ਜਦੋਂ ਪੜ੍ਹਦੇ ਲਿਖਦੇ ਹਾਂ, ਅਸੀਂ ਸਾਡਾ ਜਿਹੜਾ ਪਹਿਲਾ ਖਾਲਸਾ ਰਾਜ ਸਥਾਪਿਤ ਹੋਇਆ ਬੰਦਾ ਸਿੰਘ ਬਹਾਦਰ ਨੇ ਕੀਤਾ, ਦੁਨੀਆਂ ਦਾ ਪਹਿਲਾ ਇਨਕਲਾਬ ਪਹਿਲਾ ਜ਼ਿਕਰ ਹੋਇਆ, ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਵੀ ਯੋਗਦਾਨ ਹੈ। ਔਰ ਮੈਂ ਉਹੀ ਫਿਰ ਗੱਲ ਦੁਹਰਾਵਾਂ ਵੀ ਜੰਗਾਂ 'ਚ ਭਾਗ ਲੈਣਾ ਸਿਰਫ ਇਹ ਨਹੀਂ ਵੀ ਅਗਲਾ ਜਿਹੜਾ ਅੱਗੇ ਵਾਲਾ ਉਹ ਫੁੱਲ ਲਈ ਖੜਾ, ਉੱਥੇ ਸ਼ਹੀਦੀ ਵੀ ਹੋ ਸਕਦੀ ਹੈ। ਤਾਂ ਇਦੋਂ ਵੱਡਾ ਯੋਗਦਾਨ ਕੀ ਹੋਵੇ, ਤਾਂ ਹੀ ਉਹਨਾਂ ਦੀ ਇਹ ਸ਼ਹੀਦੀ ਜਜ਼ਬੇ ਕਰਕੇ ਉਹਨਾਂ ਨੂੰ ਲਕਬ ਵੀ ਮਿਲਿਆ ਹੋਇਆ ਸੀ ਸ਼ਹੀਦ ਦਾ।
ਮਿਸਲ ਸ਼ਹੀਦਾਂ ਕਰਕੇ ਇਸੇ ਕਰਕੇ ਉਹਨਾਂ ਦੇ ਜੱਥੇ ਨੂੰ ਮਿਸਲ ਸ਼ਹੀਦਾਂ ਕਿਹਾ ਜਾਂਦਾ ਸੀ। ਤਾਂ ਬਹੁਤ ਕੁਛ ਹੈ ਲਿਖਿਆ ਹੋਇਆ ਮੇਰੇ ਕੋਲ। ਐਂਡ 'ਤੇ ਜਿਹੜਾ ਹੈਗਾ ਮੈਂ ਜਿਹੜੀ ਉਹਨਾਂ ਦੀ ਸ਼ਹਾਦਤ ਬਾਰੇ ਉਹ ਜੇਕਰ ਜਾਣ ਬੁੱਝ ਕੇ ਘੱਟ ਕਰ ਰਿਹਾ ਕਿਉਂਕਿ ਆਲਰੇਡੀ ਉਹ ਹੈਗਾ ਹੀ ਹੈ। ਉੱਥੇ ਜਿਹੜੀ ਮੈਂ ਪਹਿਲਾਂ ਵਿਧੀ ਦੀ ਗੱਲ ਕੀਤੀ ਹੈ, ਜੇ ਸਾਨੂੰ ਕਈ ਮੈਂ ਪੜ੍ਹਿਆ, ਕਈ ਸਾਡੇ ਇਤਿਹਾਸਕਾਰਾਂ ਨੇ ਵੀ ਲਿਖਿਆ ਵੀ ਟੱਕ ਲੱਗ ਗਿਆ ਉਹਨੂੰ ਹੱਥ ਲਾ ਲਿਆ। ਮੈਨੂੰ ਇਹ ਮੰਨਣ 'ਚ ਕੋਈ ਗਰੇਜ਼ ਨਹੀਂ ਵੀ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ 'ਤੇ ਧਰ ਲਿਆ, ਕਿਉਂਕਿ ਜੇ ਅਸੀਂ ਰੱਬ ਨੂੰ ਮੰਨਦੇ ਹਾਂ, ਜੇ ਅਸੀਂ ਮਿਸਟੀਸਿਜ਼ਮ ਨੂੰ ਮੰਨਦੇ ਹਾਂ, ਜੇ ਅਸੀਂ ਮੰਨਦੇ ਹਾਂ ਰੱਬ ਨਾਲ ਮਿਲਾਪ ਹੋ ਸਕਦਾ ਜਿਹੜਾ ਅਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ, ਤਾਂ ਇਹ ਬਾਬਾ ਇਹ ਕਿੰਨੀਆਂ ਕੁ ਚੀਜ਼ਾਂ ਨੇ, ਬੜੇ ਬੜੇ ਜਿਹੜੇ ਕਾਰਨਾਮੇ ਨੇ ਬਾਬਾ ਦੀਪ ਸਿੰਘ ਜੀ ਨੇ। ਮੈਂ ਉੱਥੇ ਹੀ ਫੇਰ ਲਿਆ ਕੇ ਗੁਰੂ ਚਰਨਾਂ ਤੋਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸ਼ੁਰੂ ਹੁੰਦਾ, ਅਤੇ ਗੁਰੂ ਚਰਨਾਂ ਵਿੱਚ ਹੀ ਜਿਹੜਾ ਉਹ ਫਤਿਹ ਪ੍ਰਾਪਤ ਹੁੰਦੀ ਹੈ ਜਦੋਂ ਸੀਸ ਭੇਟ ਕਰਦੇ ਨੇ। ਇੱਕ ਨੁਕਤੇ ਤੋਂ ਹੋਰ ਜੇ ਅਸੀਂ ਦੁਨੀਆਂ ਨੂੰ ਦੱਸਣਾ ਹੋਵੇ ਵੀ ਸਿੱਖੀ ਜਿਹੜੀ ਹੈ ਉਹ ਬਾਬਾ ਦੀਪ ਸਿੰਘ ਵਰਗੇ ਜਿਹੜੇ ਹੈ ਯੋਧੇ ਖਾਲਸੇ ਪੈਦਾ ਕਰਦੀ ਹੈ, ਖਾਲਸੇ ਦਾ ਉਹ ਕਿਹੜਾ ਗੁਣ ਹੈ ਜਿਹੜਾ ਬਾਬਾ ਦੀਪ ਸਿੰਘ ਵਿੱਚ ਹੈ ਨਹੀਂ। ਜਿੰਨੀਆਂ ਵੀ ਸਾਨੂੰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸਾਧਨ ਮਿਲਦੇ ਆ ਅਧਿਆਤਮਕ ਉੱਨਤੀ ਲਈ, ਬ੍ਰਹਮ ਗਿਆਨੀ ਬਣਨ ਲਈ, ਜੀਵਨ ਮੁਕਤ ਲਈ, ਉਹ ਸਾਰੇ ਗੁਣ ਬਾਬਾ ਦੀਪ ਸਿੰਘ ਜੀ ਨੇ, ਹੁਕਮ ਉਹਨਾਂ ਨੇ ਮੰਨਿਆ, ਸੰਗਤ ਉਹਨਾਂ ਨੇ ਕੀਤੀ ਹੈ, ਸਿਮਰਨ ਉਹਨਾਂ ਦਾ, ਜਪਜੀ ਸਾਹਿਬ ਦੇ ਬਹੁਤ ਪਾਠ ਕਰਦੇ ਸੀ, ਤਾਂ ਹੋਰ ਸਾਰਾ ਜਿਹੜਾ ਜਿੰਨੇ ਵੀ ਕਿਰਤੀ ਸੀ ਉਹ ਵੰਡ ਛਕਣ ਵਾਲੇ ਸੀ, ਨਿਮਰਤਾ ਸੀ, ਵੀਰਤਾ ਸੀ। ਸ੍ਰੀ ਸਰਬਲੋ ਗ੍ਰੰਥ ਵਿੱਚ ਦੋ ਤਰ੍ਹਾਂ ਦੀ ਮੁਕਤੀ ਦੱਸੀ ਹੈ, ਇੱਕ ਭਗਤੀ ਅਤੇ ਦੂਜਾ ਯੁੱਧ। ਤਾਂ ਬਾਬਾ ਦੀਪ ਸਿੰਘ ਜੀ 'ਚ ਦੋਨੇ ਸੀ। ਔਰ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਸਿੱਖ ਮੁਕਤੀ ਦਾ ਸਿਧਾਂਤ ਹੈ ਉਹ ਜੀਵਨ ਮੁਕਤੀ ਦਾ ਸਿਧਾਂਤ ਹੈ। ਤਾਂ ਸਿੱਖ ਕੀ ਮੰਗਦਾ? ਗੁਰਬਾਣੀ ਦੀ ਪੰਕਤੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਤਾਂ ਬਾਬਾ ਦੀਪ ਸਿੰਘ ਜੀ ਨੂੰ ਉਹ ਜਿਹੜੀ ਪ੍ਰੀਤ ਹੈ ਉਹ ਪ੍ਰੀਤ ਨਿਭਾਉਂਦੇ ਹੀ ਸਾਰੀ ਉਮਰ ਉਹਨਾਂ ਦੀ ਲੰਘੀ। ਉਹਨਾਂ ਨੂੰ ਨਵਾਬੀਆਂ ਜਦੋਂ ਦਿੰਦੇ ਸੀ ਉਦੋਂ ਵੀ ਉਹਨਾਂ ਨੇ ਕਿਹਾ ਵੀ ਉਹਨੂੰ ਦਿਓ ਜਿਹੜਾ ਸੇਵਾ ਕਰਦਾ। ਜਦੋਂ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਲਓ ਤੁਸੀਂ, ਉਹ ਕਹਿੰਦੇ ਨਹੀਂ ਸਾਨੂੰ ਆਲਰੇਡੀ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ। ਤਾਂ ਜਦੋਂ ਸਿਆਲਕੋਟ ਜਿੱਤਿਆ ਤਾਂ ਉਹਦੀ ਜਿਹੜੀ ਉਹ ਜਿਹੜਾ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਦਿੱਤਾ, ਤਾਂ ਉਹ ਜਿਹੜੇ ਸੇਵਾ ਮੁਖੀ ਭਾਵਨਾ ਸਿਰਫ ਜਿਹੜੀ ਹੈ ਪ੍ਰੀਤ ਨਿਭਾਉਣੀ ਹੈ, ਜਿਹੜਾ ਪ੍ਰੇਮ ਗੁਰੂ ਸਾਹਿਬ ਨੇ ਕਿਹਾ ਸੀ ਉਹ ਬਾਬਾ ਦੀਪ ਸਿੰਘ ਜੀ ਨੇ ਨਿਭਾਇਆ। ਇੰਨਾ ਕੁਝ ਕਹਿੰਦੇ ਕੁਝ, ਕਿਉਂਕਿ ਬਹੁਤ ਮੇਰੇ ਤੋਂ ਪ੍ਰਬੁੱਧ ਵਿਦਵਾਨ ਬੈਠੇ ਨੇ, ਭੁੱਲਾਂ ਹੋ ਜਾਂਦੀਆਂ, ਬੱਚੇ ਨੇ, ਬੱਚੇ ਹਾਂ, ਤਾਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਿ ਸਤਿਕਾਰਯੋਗ ਡਾਕਟਰ ਜਸਵੰਤ ਸਿੰਘ ਜੀ ਬੁੱਗਰਾ ਸਾਹਿਬ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਮੇਂ ਦੀ ਨਿਆਕਤ ਨੂੰ ਪਛਾਣਦਿਆਂ ਹੋਇਆਂ ਕੁਝ ਵਿੱਚ ਸਮੁੰਦਰ ਬੰਦ ਕੀਤਾ ਹੈ, ਉਹਨਾਂ ਦੇ ਇਸ ਪਵਿੱਤਰ ਵਿਸ਼ੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਅਤੇ ਯੋਗਦਾਨ, ਬੜੇ ਭਾਵਪੂਰਤ ਵਿਚਾਰ ਉਹਨਾਂ ਪੇਸ਼ ਕੀਤੇ ਨੇ ਕਿ ਉਹਨਾਂ ਨੇ ਇੱਕ ਸੰਪੂਰਨ ਜੀਵਨ ਜੀਵਿਆ ਹੈ ਔਰ ਆਉਣ ਵਾਲੇ ਸਿੱਖ ਪੰਥ ਦੇ ਅਨੁਯਾਈਆਂ ਨੂੰ ਬੜੀ ਵੱਡੀ ਸੇਧ ਦੇ ਕੇ ਗਏ ਨੇ। ਆਪਾਂ ਪੜ੍ਹਦੇ ਜ਼ਰੂਰ ਹਾਂ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਪਰ ਇਹਦਾ ਜੇ ਪ੍ਰੈਕਟੀਕਲ ਦੇਖਣਾ ਹੋਵੇ ਤਾਂ ਉਹ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਇਹਦਾ ਪ੍ਰੈਕਟੀਕਲ ਕਰਕੇ ਗਏ ਨੇ। ਸਕੂਲਾਂ ਵਿੱਚ, ਕਾਲਜਾਂ ਵਿੱਚ
ਦੋ ਤਰ੍ਹਾਂ ਦੀ ਪੜ੍ਹਾਈ ਕਰਾਉਂਦੇ ਹਾਂ, ਥਿਊਰੀ ਅਤੇ ਪ੍ਰੈਕਟੀਕਲ। ਲੈਬਾਂ ਬਣੀਆਂ ਹੁੰਦੀਆਂ ਜਿੱਥੇ ਆਪਾਂ ਨੂੰ ਪ੍ਰੈਕਟੀਕਲ ਸਿਖਾਏ ਜਾਂਦੇ ਨੇ, ਕਰਵਾਏ ਜਾਂਦੇ ਨੇ। ਗੁਰਬਾਣੀ ਦਾ ਪ੍ਰੈਕਟੀਕਲ ਗੁਰਮੁਖ ਆਪਣੇ ਸਰੀਰ 'ਤੇ ਕਰਦੇ ਨੇ। ਸੋ ਡਾਕਟਰ ਸਾਹਿਬ ਦਾ ਧੰਨਵਾਦ, ਜਿਨ੍ਹਾਂ ਦੇ ਪ੍ਰਥਾਏ, ਇਹਨਾਂ ਦੀ ਪੂਰੀ ਵਿਚਾਰਧਾਰਾ ਪ੍ਰਥਾਏ। ਕਬੀਰ ਸਾਹਿਬ ਦਾ ਬੜਾ ਸੋਹਣਾ ਸਲੋਕ ਹੈ, ਕਬੀਰ ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਮਹਾਂਪੁਰਖਾਂ ਵੱਲੋਂ ਇੱਕ ਵਾਰੀ ਫਿਰ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ, ਖਾਲਸਾ ਕਾਲਜ ਜਿੱਥੇ ਮਹਾਂਪੁਰਖ ਸ਼੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਪੜ੍ਹਨ ਵਾਸਤੇ ਕੁਝ ਸਮਾਂ ਆਏ, ਔਰ ਉਹਨਾਂ ਦੇ ਸਪੁੱਤਰ ਅਮਰ ਸ਼ਹੀਦ, ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਉਹ ਵੀ ਇਸ ਕਾਲਜ ਦੇ ਵਿੱਚ ਪੜ੍ਹਦੇ ਰਹੇ। ਔਰ ਮੈਂ ਦੇਖਦਿਆਂ ਦੇਖਦਿਆਂ ਮੇਰਾ ਧਿਆਨ ਉੱਤੇ ਛੱਤ ਵੱਲ ਨੂੰ ਗਿਆ, ਡਾਕਟਰ ਸਾਹਿਬ ਬੈਠੇ ਨੇ, ਵਿਦਵਾਨ ਬੈਠੇ ਨੇ, ਸਿੰਘ ਸਾਹਿਬ ਜੀ ਬੈਠੇ ਨੇ, ਪ੍ਰਧਾਨ ਜੀ ਬੈਠੇ ਨੇ, ਵਿਚਕਾਰ ਚਾਰ ਖੰਡੇ ਲਾਏ ਨੇ ਅਤੇ ਚੱਕਰ ਲੱਗੇ ਹੋਏ ਨੇ। ਵੈਸੇ ਹੀ ਮਨ ਦਾ ਖਿਆਲ ਜਿਹਾ ਆਇਆ ਵੀ ਸਾਡੇ ਵੱਡਿਆਂ ਨੇ ਸੋਚਿਆ ਵੀ ਇਹਨਾਂ ਦੀ ਜਿੱਧਰ ਵੀ ਨਿਗਾਹ ਪਵੇ ਇਹਨਾਂ ਅੰਦਰ ਸਿੱਖੀ ਪੈਦਾ ਹੋਵੇ, ਜਜ਼ਬਾ ਪੈਦਾ ਹੋਵੇ, ਸਿੱਖ ਧਰਮ ਪ੍ਰਤੀ ਪਿਆਰ ਸਤਿਕਾਰ ਪੈਦਾ ਹੋਵੇ। ਸੋ ਇਸ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਮਹਾਨ ਵਿਦਵਾਨ ਡਾਕਟਰ ਮਹਿਲ ਸਿੰਘ ਜੀ, ਜਿਨ੍ਹਾਂ ਦਾ ਇਹ ਬਹੁਤ ਵੱਡਾ ਯੋਗਦਾਨ ਹੈ ਇਸ ਸੈਮੀਨਾਰ ਦੇ ਵਿੱਚ, ਔਰ ਬੜੇ ਵੱਡੇ ਵਿਦਵਾਨ ਵੀ ਹਨ, ਬੜੀ ਵੱਡੀ ਅੱਜ ਸੇਵਾ ਨਿਭਾ ਰਹੇ ਨੇ, ਉਹਨਾਂ ਨੂੰ ਦਾਸ ਬੇਨਤੀ ਕਰੇ ਕਿ ਉਹ ਆਪਣੇ ਵਿਚਾਰਾਂ ਦੁਆਰਾ ਸਾਂਝ ਪਾਉਣ ਜੀ। ਡਾਕਟਰ ਮਹਿਲ ਸਿੰਘ ਜੀ, ਪ੍ਰਿੰਸੀਪਲ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ। ਅੱਜ ਦੇ ਧਾਰਮਿਕ ਸਮਾਗਮ ਦੇ ਰੂਹੇ ਰਵਾਂ ਭਾਈ ਹਰਨਾਮ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸੱਦੇ 'ਤੇ ਇੱਥੇ ਪਹੁੰਚੇ ਸਾਡੀ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਭਾਈ ਜਸਬੀਰ ਸਿੰਘ ਜੀ ਰੋਡੇ, ਭਾਈ ਮਨਜੀਤ ਸਿੰਘ ਜੀ, ਭਾਈ ਰਜਿੰਦਰ ਸਿੰਘ ਜੀ ਮਹਿਤਾ, ਭਾਈ ਅਮਰਜੀਤ ਸਿੰਘ ਜੀ ਚਾਵਲਾ ਅਤੇ ਸਟੇਜ 'ਤੇ ਬੈਠੇ ਬਹੁਤ ਹੀ ਗੂੜ ਗਿਆਨ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ, ਗਗਵਾਣੀ ਸਾਹਿਬ ਅਤੇ ਹੋਰ ਮੇਰੇ ਸਾਥੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਾਹਮਣੇ ਬੋਰਡ ਪੜ੍ਹ ਰਹੇ ਸੀ ਵੀ ਸੰਤ ਮਹਾਂਪੁਰਸ਼ ਗਿਆਨੀ ਕਰਤਾਰ ਸਿੰਘ ਵੀ ਖਾਲਸਾ ਕਾਲਜ ਦੇ ਵਿਦਿਆਰਥੀ ਰਹੇ, ਭਾਈ ਅਮਰੀਕ ਸਿੰਘ ਵੀ ਰਹੇ, ਖਾਲਸਾ ਕਾਲਜ ਦਾ 127 ਸਾਲਾ ਇਤਿਹਾਸ ਬਹੁਤ ਲੋਕ ਪੜ੍ਹ ਕੇ ਗਏ, ਪਰ ਕਈ ਵਿਦਿਆਰਥੀ ਐਸੇ ਪੜ੍ਹ ਕੇ ਜਾਂਦੇ ਆ ਉਹਨਾਂ ਨਾਲ ਸੰਸਥਾਵਾਂ ਦੀ ਖੁਸ਼ਬੂ ਵੱਡੀ ਹੋ ਜਾਂਦੀ ਆ। ਸੰਤ ਕਰਤਾਰ ਸਿੰਘ ਨਾਲ, ਭਾਈ ਅਮਰੀਕ ਸਿੰਘ ਵਰਗਿਆਂ ਨਾਲ ਖਾਲਸਾ ਕਾਲਜ ਦੇ ਆਪਦੇ ਪ੍ਰਭਾਵ ਪ੍ਰਚਾਰ ਦਾ ਹਾਲਾ ਬਹੁਤ ਵੱਡਾ ਹੋ ਜਾਂਦਾ। ਮੈਨੂੰ ਯਾਦ ਆ, ਮੈਂ 10 ਸਾਲ ਦਾ ਸੀ, ਸੰਤ ਕਰਤਾਰ ਸਿੰਘ ਹੋਣਾ ਗੁਰੂ ਨਾਨਕ ਦੇਵ ਜੀ ਦੇ 500 ਸਾਲਾ 23 ਮਾਰਚ ਕੱਢਿਆ ਸੀ ਪੱਟੀ ਤੱਕ, ਅਸੀਂ ਵੀ ਉਸ ਮਾਰਚ 'ਚ ਤੁਰ ਕੇ ਆਏ ਸੀ, ਫਿਰ ਗੱਡੀ 'ਤੇ ਚੜ੍ਹ ਕੇ ਵਾਪਸ ਕਰਿਆਲੇ ਆ ਗਏ।
ਜਿਹੜੀ 1969 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆ। ਸੰਤ ਕਰਤਾਰ ਸਿੰਘ ਨੇ ਐਸੀ ਜਾਗਰਤੀ ਪੈਦਾ ਕੀਤੀ ਸੀ, ਸਿੱਖ ਪੰਥ ਚ ਐਸੀ ਚੇਤਨਾ ਸੀ, ਅੱਜ ਅਸੀਂ ਨਾਂ ਨਹੀਂ ਲੈਂਦੇ। ਸਾਡੇ ਗੁਣੀ ਗਿਆਨੀ ਯੂਨੀਵਰਸਿਟੀਆਂ ਦੇ ਹੋਰ ਹੀ ਰਜੇਵੇ ਆ ਜਿਹਨੇ ਉਹ ਐਸੀ ਜਾਗਰਤੀ ਤੇ ਚੇਤਨਾ ਪੈਦਾ ਕੀਤੀ ਸੀ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕੋਈ ਵਿਸ਼ਵ ਵਿਦਿਆਲਾ ਹੋਣਾ ਚਾਹੀਦਾ ਹੈ, ਔਰ ਉਹ ਵਿਸ਼ਵ ਵਿਦਿਆਲਾ ਬਣਿਆ। ਖਡੂਰ ਸਾਹਿਬ ਕਾਲਜ, ਬਾਬਾ ਬੁੱਢਾ ਕਾਲਜ, ਸਰਿਆਲੀ ਕਾਲਜ, ਗੁਰੂ ਨਾਨਕ ਕਾਲਜ ਬਟਾਲਾ, ਗੁਰੂ ਨਾਨਕ ਕਾਲਜ ਬੰਗਾ, ਸੁਲਤਾਨਪੁਰ ਲੋਧੀ ਕਾਲਜ, ਇਹ ਸਭ ਕਾਲਜ 1969 ਚ 500 ਸਾਲਾ ਸ਼ਤਾਬਦੀ ਚ ਨਿਕਲੇ ਸੀ। ਇਹ ਉਸ ਦਮਦਮੀ ਟਕਸਾਲ ਦੇ ਮੁਖੀ ਤੇ ਸੇਵਾਦਾਰ ਦਾ ਸੰਗਤਾਂ ਵਿੱਚ ਪ੍ਰਚਾਰ ਤੇ ਪ੍ਰਭਾਵ ਤੇ ਜਾਗਰਤੀ ਸੀ ਜਿਹਦੇ ਨਾਲ ਅਸੀਂ ਇਸ ਗਿਆਨ ਤੱਕ ਪਹੁੰਚੇ। ਤੇ ਮੈਂ ਬਾਬਾ ਹਰਨਾਮ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਉਹਨਾਂ ਨੇ ਅੱਜ ਜਿੱਥੇ ਇਹ ਆਪਣੇ ਤੌਰ ਤੇ ਸਿੱਖੀ ਦੀ ਟਕਸਾਲ, ਸਿੱਖਾਂ ਦੀ ਟਕਸਾਲ ਵਜੇ ਜਾਣਾ ਜਾਂਦੇ ਮਹਿਤਾ ਚੌਂਕ 'ਚ ਸਿੱਖ ਬੱਚਿਆਂ ਨੂੰ ਇੱਕ ਸਿੱਖੀ ਦੀ ਐਜੂਕੇਸ਼ਨ ਦਿੰਦੇ ਨੇ, ਉੱਥੇ ਨਾਲ ਇਹਨਾਂ ਅੱਜ ਗਿਆਨ ਦੀ ਗੋਸ਼ਟ ਰਚਾਈ ਆ। ਇਹਦੀ ਬਹੁਤ ਵੱਡੀ ਲੋੜ ਆ ਸਾਡੀਆਂ ਸਿੱਖ ਸੰਪਰਦਾਵਾਂ ਨੂੰ, ਸਾਡੇ ਸਿੱਖ ਕੇਂਦਰਾਂ ਨੂੰ। ਅੱਜ ਦੁਨੀਆ ਭਰ ਦੇ ਵਿੱਚ ਅਸੀਂ ਆਪਣੇ ਸਿੱਖ ਸਿਧਾਂਤ, ਸਿੱਖ ਰੁਤਬੇ ਨੂੰ ਜਿਵੇਂ ਪ੍ਰਚਾਰ ਰਾਹੀਂ ਅੱਗੇ ਲਿਜਾ ਸਕਦੇ ਹਾਂ, ਬਹੁਤ ਸਾਰੇ ਸਾਧਨ ਨੇ। ਇਹ ਇਸ ਪੱਖ ਤੋਂ ਅੱਜ ਬਹੁਤ ਵੱਡੀ ਗੱਲ ਲੱਗਦੀ। ਅਸੀਂ ਕਈ ਵਾਰੀ ਕਾਲਜਾਂ 'ਚ ਬੈਠੇ ਮਤਲਬ ਇਹੋ ਜਿਹੇ ਕੰਮਾਂ ਤੋਂ ਖੁੱਝ ਜਾਂਦੇ ਹਾਂ। ਜਿਹੜਾ ਅੱਜ ਚੌਂਕ ਮਹਿਤਾ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰੇ ਨੇ ਜੋ ਕਮਾਇਆ, ਜੋ ਅੱਜ ਕੀਤਾ, ਇਹ ਮੈਂ ਇਹਨਾਂ ਨੂੰ ਬਹੁਤ ਵੱਡੀ ਵਧਾਈ ਦਿੰਦਾ। ਇਹਦੀ ਬਹੁਤ ਲੋੜ ਆ ਸਾਨੂੰ ਸਿੱਖੀ ਦੀ, ਮਾਨਵਤਾ ਦੀ, ਗੁਰੂ ਸਾਹਿਬ ਦੇ ਆਦੇਸ਼ਾਂ ਦੀ ਤੇ ਦਮਦਮੀ ਟਕਸਾਲ ਦੇ ਇਤਿਹਾਸ ਨੂੰ ਪ੍ਰਚਾਰਨ ਦੀ। ਮੈਂ ਦੂਸਰੇ ਸੰਸਾਰ ਯੁੱਧ ਦੀ ਇੱਕ ਉਦਾਹਰਣ ਆ ਵੀ ਜਦੋਂ ਹੀਰੋ ਸ਼ਾਮਾ ਤੇ ਨਾਗਾਸਾਕੀ ਤੇ ਬੰਬ ਸੁੱਟੇ ਗਏ, ਤਬਾਹੀ ਹੋ ਗਈ। ਆਈਨਸਟਾਈਨ ਬਹੁਤ ਵੱਡਾ ਸਾਇੰਸਦਾਨ ਸੀ, ਉਹਨੇ ਆਪਦੀ ਸਾਇੰਸ ਅਕੈਡਮੀ ਬੰਦ ਕਰ ਦਿੱਤੀ। ਉਹ ਕਹਿੰਦਾ ਸੀ ਇਹੋ ਜਿਹੇ ਸਾਇੰਸਦਾਨ ਪੈਦਾ ਕਰਨੇ ਜਿਹੜੇ ਮਨੁੱਖਤਾ ਦਾ ਘਾਣ ਕਰ ਦੇਣਗੇ। ਉਹ ਹਿੱਲ ਕੇ ਰਹਿ ਗਿਆ, ਉਹਨੇ ਆਪਦੀ ਅਕੈਡਮੀ ਬੰਦ ਕਰ ਦਿੱਤੀ। ਫਿਰ ਕੋਈ ਚੰਗੇ ਲੋਕਾਂ ਨਾਲ, ਕੋਈ ਵਜੂਦ ਵਾਲੇ ਲੋਕਾਂ ਨਾਲ, ਕੋਈ ਜੀਵਨ, ਸੱਚੇ ਸੁੱਚੇ ਜੀਵਨ ਵਾਲੇ ਲੋਕਾਂ ਨਾਲ ਵਿਚਾਰ ਹੋਈ। ਉਹਨੇ ਆਪਦੀ ਅਕਾਦਮੀ ਦਾ ਨਾਂ ਬਦਲ ਕੇ ਧਾਰਮਿਕ ਸਾਇੰਸ ਅਕੈਡਮੀ ਰੱਖ ਲਿਆ। ਉਹਨੇ ਕਿਹਾ ਧਰਮ ਦੇ ਬਿਨਾਂ, ਜੀਵਨ ਜਾਂਚ ਦੇ ਬਿਨਾਂ ਸਾਇੰਸਦਾਨ ਅੱਤਵਾਦੀ ਹੋ ਜਾਂਦਾ, ਉਹ ਮਨੁੱਖਤਾ ਦਾ ਵਿਨਾਸ਼ਕਾਰੀ ਹੋ ਜਾਂਦਾ। ਤੇ ਨਾਲ ਇਹ ਵੀ ਸੀ, ਵਿਵੇਕ ਬਿਨਾਂ, ਗਿਆਨ ਬਿਨਾਂ ਧਰਮੀ ਬੰਦਾ ਵੀ ਉਹ ਰੋਗ ਯੋਗਦਾਨ ਨਹੀਂ ਪਾ ਸਕਦਾ, ਉਹ ਇਨਬੈਲੈਂਸ ਹੋ ਜਾਂਦਾ। ਦੋਨਾਂ ਚੀਜ਼ਾਂ ਦੀ ਬਹੁਤ ਵੱਡੀ ਲੋੜ ਆ ਆਪਾਂ ਨੂੰ ਇੱਕ ਸੱਚੇ ਸੁੱਚੇ ਸਿੱਖ ਬਣਨ ਦੀ, ਆਪਦੇ ਸਿੱਖੀ ਸਿਧਾਂਤਾਂ ਨੂੰ, ਉਦਾਹਰਨਾਂ ਨੂੰ, ਆਦੀਆਂ ਨੂੰ ਪ੍ਰਚਾਰਨ ਦੀ। ਅਸੀਂ ਜਦੋਂ ਸੰਸਾਰ ਦਾ ਇਤਿਹਾਸ ਪੜ੍ਹਦੇ ਹਾਂ, ਬੜੀਆਂ ਵੱਡੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਪਰ ਜਦੋਂ ਕਿਤੇ ਅਸੀਂ ਆਪਣਾ ਆਪ ਸਿੱਖ ਇਤਿਹਾਸ ਫੁਰੋਲੀਏ, ਬਾਬਾ ਦੀਪ ਸਿੰਘ, ਬੰਦਾ ਬਹਾਦਰ ਨਾਲ ਵੀ ਉਹਨਾਂ ਦਾ ਸਾਥ ਰਿਹਾ। ਮੈਂ ਕਹਿੰਦਾ ਨਾ ਵਿਦਿਆਰਥੀਆਂ ਨੂੰ ਵੀ, ਇਸਤਰੀਆਂ ਨੂੰ, ਜੇ ਬੰਦਾ ਬਹਾਦਰ ਵਰਗਾ ਜੁਰਮਾਨਾ ਨਾ ਹੁੰਦਾ, ਜੇ ਬਾਬਾ ਦੀਪ ਸਿੰਘ ਨਾ ਹੁੰਦਾ, ਤੇ ਮਹਾਰਾਜਾ ਰਣਜੀਤ ਸਿੰਘ ਕਦੇ ਨਾ ਹੁੰਦਾ।
ਇਹ ਉਹਨਾਂ ਯੋਧਿਆਂ ਦੀ ਦੇਣ ਸੀ ਵੀ ਸਿੱਖ ਰਾਜ ਤੱਕ ਪਹੁੰਚੇ। ਤੁਸੀਂ ਜੈਨ ਧਰਮ ਬੁੱਧ ਧਰਮ ਦੇਖ ਲਓ, ਉਹ ਇੱਕ ਸੈਕਟ ਬਣ ਕੇ ਰਹਿ ਗਏ ਕਿਉਂਕਿ ਆਪਦੇ ਉਸ ਸਿਧਾਂਤ ਨੂੰ ਪ੍ਰਚਾਰਨ ਵਾਲੀ ਉਹਨਾਂ ਦੀ ਆਰਗੇਨਾਈਜੇਸ਼ਨ ਨਹੀਂ ਬਣ ਸਕੀ। ਸਿੱਖ ਗੁਰੂ ਸਾਹਿਬਾਨ ਦੀ ਦੇਣ ਹੀ ਇਹ ਆ ਵੀ ਉਹ ਸਿੱਖ ਸਿਧਾਂਤ ਨੂੰ ਪ੍ਰਚਾਰਨ ਅਤੇ ਉਹਦੀ ਰਾਖੀ ਲਈ ਉਹਨਾਂ ਨੇ ਆਰਗੇਨਾਈਜੇਸ਼ਨ ਖੜੀਆਂ ਕੀਤੀਆਂ, ਦਮਦਮੀ ਟਕਸਾਲ ਵਰਗੀਆਂ, ਜਿਨ੍ਹਾਂ ਨੇ ਆਪਣਾ ਜੀਵਨ ਦੇ ਕੇ ਤੇ ਉਹ ਸਿਧਾਂਤ ਦੀ ਰਾਖੀ ਕੀਤੀ। ਤੇ ਅੱਜ ਆਪਾਂ ਗੱਗੋਵਾਨੀ ਸਾਹਿਬ ਕਹਿੰਦੇ ਹੁੰਦੇ ਆ ਵੀ 170 ਦੇਸ਼ਾਂ 'ਚ ਸਿੱਖ ਵੱਸਦਾ ਹੈ, ਸਿੱਖ ਸੰਗਤ। ਇਹ ਉਸ ਆਰਗੇਨਾਈਜੇਸ਼ਨ ਇਹਨਾਂ ਟਕਸਾਲਾਂ ਦੀ ਦੇਣ ਆ ਵੀ ਅਸੀਂ ਇਹ ਸਿਧਾਂਤ ਦੀ ਰਾਖੀ ਵੀ ਕਰਨੀ। ਮੈਨੂੰ ਅੱਜ ਇਹ ਕਹਿਣ 'ਚ ਮੈਂ ਜਸਟ ਇੱਕ ਨਵੀਂ ਗੱਲ ਚੱਲਦੀ ਪਈ ਆ ਯੂਰਪ ਵਿੱਚ, ਅਮਰੀਕਾ 'ਚ, ਉਹਦੇ ਬੱਚੇ ਨੂੰ ਕੀ 2 ਦੂਣੀ 4 ਪੜ੍ਹਾ ਰਹੇ ਹੋ, 4 × 4 = 16 ਕੀ ਪੜ੍ਹਾ ਰਹੇ ਹੋ? ਕੰਪਿਊਟਰ ਕੱਢੋ, 4 × 4 = 16 ਆਪੇ ਆ ਜਾਏਗਾ, ਬੱਚੇ ਦਾ ਕਿਉਂ ਸਿਰ ਖਪਾਈ ਜਾਂਦੇ ਹੋ? ਆਹ ਚੀਜ਼ ਕਿਵੇਂ ਬਣਾਉਣੀ ਹੈ? ਯੂਟਿਊਬ ਖੋਲੋ, ਆਈ ਜਾ ਰਹੇ ਹੋ। ਭਾਵੇਂ ਬੀਇੰਗ ਅਕੈਡਮੀਸ਼ੀਅਨ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਪਰ ਮੈਂ ਜਿਹੜਾ ਪੱਖ ਉੱਠ ਰਿਹਾ ਤੁਹਾਡੇ ਸਾਹਮਣੇ ਰੱਖ ਰਿਹਾ, ਗੱਲ ਇਹ ਉੱਠ ਰਹੀ ਆ ਕਿ ਜੇ ਬੱਚਾ ਚੰਗਾ ਇਨਸਾਨ ਨਹੀਂ ਬਣ ਸਕਦਾ, ਉਹਦੀ ਐਜੂਕੇਸ਼ਨ ਦਾ ਕੋਈ ਮੁੱਲ ਨਹੀਂ ਹੈ। ਉਹ ਆਪਦੇ ਸਮਾਜ 'ਚ ਕੋਈ ਚੰਗੇ ਕਾਜ ਲਈ ਤਿਆਰ ਹੋ ਕੇ ਨਹੀਂ ਨਿਕਲ ਸਕਦਾ, ਅਤੇ ਉਸ ਐਜੂਕੇਸ਼ਨ ਦਾ ਕੋਈ ਮੁੱਲ ਨਹੀਂ ਹੈਗਾ। ਅੱਜ ਇਹ ਦੁਨੀਆ ਇਸ ਸੋਚ 'ਤੇ ਲੱਗੀ ਹੋਈ ਆ, ਉਹ ਜਿਹੜੇ ਵਿਕਸਿਤ ਦੇਸ਼ ਨੇ ਉਹ ਵੀ ਇਸ ਸੋਚ ਵੱਲ ਲੱਗੇ ਹੋਏ ਆ ਵੀ ਅਸੀਂ ਬੱਚੇ ਨੂੰ ਚੰਗਾ ਵਿਦਿਆਰਥੀ ਬਣਾਉਣ ਲਈ ਆਪਦੇ ਧਰਮ, ਆਪਦੇ ਇਤਿਹਾਸ, ਆਪਦੀਆਂ ਪਰੰਪਰਾਵਾਂ ਤੋਂ ਕਿਵੇਂ ਜਾਣੂ ਕਰਾਉਣਾ ਹੈ। ਇਹ ਸੁਚੇਤ ਵਿਦਿਆਰਥੀ, ਸੁਚੇਤ ਲੋਕ ਹੀ ਆਪਦੇ ਉਸ ਕੌਮ ਦੀ, ਆਪਦੀ ਪਹਿਚਾਣ ਦੀ ਰਾਖੀ ਕਰਦੇ ਨੇ। ਅੱਜ ਬਹੁਤ ਸਾਰਾ ਆਪਾਂ ਬਹੁਤੀ ਹੁਣ ਲੰਬੀ ਗੱਲ 'ਚ ਨਹੀਂ ਜਾਣਾ, ਆਪੋ ਆਪਣੀ ਪਹਿਚਾਣ ਦੇ ਮਸਲੇ ਖੜ੍ਹੇ ਹੋਏ ਆ, ਅਸੀਂ ਉਹ ਮਸਲੇ ਸੰਵਾਦ ਨਾਲ ਸੰਪੂਰਨ ਕਰਨੇ। ਸਿੱਖਾਂ 'ਚ ਥੋੜ੍ਹੀ ਜਿਹੀ ਇਸ ਗੱਲ ਤੋਂ ਵੀ ਅਸੀਂ ਕਈ ਵਾਰੀ ਛੋਟੀ ਛੋਟੀ ਗੱਲ ਤੋਂ ਵਿਵਾਦ, ਸਾਨੂੰ ਗੁਰਬਾਣੀ ਆ, ਖੋਜੀ ਉਪਜੇ ਵਾਧੀ ਵਿਦਸੇ। ਮਤਲਬ ਵਿਦਵਾਨਾਂ ਨੂੰ ਵੀ ਬੇਨਤੀ ਆ ਵੀ ਅਸੀਂ ਸੰਵਾਦ ਪੈਦਾ ਕਰਨਾ, ਵਿਵਾਦ ਨਹੀਂ ਪੈਦਾ ਕਰਨਾ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਗਿਆਨ ਗੋਸ਼ਟ ਦੀ ਧਾਰਾ ਆ, ਉਹਨੂੰ ਅੱਗੇ ਲੈ ਕੇ ਚੱਲਣਾ ਹੈ। ਸਾਡੀਆਂ ਮਿਸਾਲਾਂ ਲਾ ਮਿਸਾਲ ਨੇ। ਗੁਰੂ ਨਾਨਕ ਦੇਵ ਜੀ ਘਰੋਂ ਨਿਕਲਦੇ ਆ ਅਤੇ ਅਸੀਂ ਤਾਂ ਜਾਤਾਂ ਪਾਤਾਂ ਉੱਥੇ ਹੀ ਖਤਮ ਕਰਤੀਆਂ ਸੀ, ਉਹ ਮਰਦਾਨੇ ਡੂਮ ਜਾਤ ਦੇ ਮਰਾਸੀ ਨੂੰ ਲੈ ਕੇ ਨਿਕਲਦੇ ਆ, ਮੁਸਲਮਾਨ ਨੂੰ ਲੈ ਕੇ ਨਿਕਲਦੇ ਆ। ਅਤੇ ਉਹ ਸਭ ਤੋਂ ਪਹਿਲੀ ਉਦਾਸੀ 'ਚ ਜਦੋਂ ਘਰੋਂ ਨਿਕਲਦੇ ਆ ਤਾਂ ਭਾਈ ਲਾਲੋ ਦੇ ਘਰ ਠਹਿਰਦੇ ਆ, ਇੱਕ ਕਿਰਤੀ ਦੇ ਘਰ ਠਹਿਰਦੇ ਆ। ਇਹ ਸਿੱਖੀ, ਮੈਂ ਰੁੱਸਲ ਦਾ ਸਿਧਾਂਤ ਪੜ੍ਹ ਰਿਹਾ ਸੀ, ਉਹਨੇ ਗੁਰੂ ਨਾਨਕ ਦੇਵ ਜੀ ਨੂੰ ਕੋਟ ਕੀਤਾ। ਉਹਦਾ ਜੇ ਦੁਨੀਆਂ 'ਚ ਕਿਤੇ ਤੀਜੀ ਜੰਗ 'ਤੇ ਜੇ ਦੁਨੀਆਂ 'ਚ ਕੋਈ ਵਿਨਾਸ਼ ਹੋਇਆ ਤਾਂ ਉਹਦਾ ਕਾਰਨ ਇਹ ਹੋਏਗਾ ਵੀ ਅਸੀਂ ਗੁਰਮਤ ਦੇ ਫਲਸਫੇ ਨੂੰ ਜਾਣਿਆ ਨਹੀਂ ਅਤੇ ਪੜ੍ਹਿਆ ਨਹੀਂ। ਜੋ ਸਹਿਹੋਂਦ, ਜੋ ਦੂਜੇ ਨੂੰ ਜੀਓ ਔਰ ਜੀਣੇ ਦੋ ਦਾ ਸਿਧਾਂਤ ਸਿੱਖੀ ਵਿੱਚ ਆ, ਦੂਜੇ ਨੂੰ ਵੀ ਨਾਲ ਲੈ ਕੇ ਚੱਲਣ ਦਾ ਸੰਗਤੀ ਰੂਪ 'ਚੋਂ ਕਿਤੇ ਨੀਗਾ। ਅਤੇ ਜੇ ਇਸ ਦੁਨੀਆਂ ਨੂੰ ਮਤਲਬ ਕਿਸੇ ਵੱਡੀ ਤਬਾਹੀ ਤੋਂ, ਖਾਨਾ ਜੱਗੀ ਤੋਂ ਬਚਾਉਣਾ ਆ ਤਾਂ ਉਹ ਕੇਵਲ ਅਤੇ ਕੇਵਲ ਗੁਰਮਤਿ ਦਾ ਸਿਧਾਂਤ ਆ, ਉਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ। ਮੈਂ ਬਾਬਾ ਜੀ ਬਹੁਤ ਖਾਲਸਾ ਕਾਲਜ ਅੱਜ ਧੰਨ ਹੋ ਗਿਆ, ਵਡਭਾਗਾ, ਖੁਸ਼ਕਿਸਮਤ ਆ ਵੀ ਤੁਸੀਂ ਆ ਕੇ ਇੱਥੇ ਇਹ ਗਿਆਨ ਗੋਸ਼ਟ ਰਚਾਈ। ਜਿਹੜੀ ਕੋਈ ਕਮੀ ਰਹਿ ਗਈ ਹੋਈ ਉਹ ਸਿਰ ਮੱਥੇ ਸਾਰੀ ਸਾਡੀ, ਮਤਲਬ ਸਾਡੇ ਤੋਂ, ਅਸੀਂ ਕਿਸੇ ਵੀ ਅੱਗੇ
ਕਿਸੇ ਕਿਸਮ ਦੀ ਸੇਵਾ ਹੋਵੇ। ਇਹ ਕੌਮ ਦਾ ਕਾਲਜ ਆ। ਇਹ ਮੈਂ ਇਹ ਵੀ ਜਾਣਕਾਰੀ ਲਿਆਵਾਂ, ਜਦੋਂ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਨੇ ਮੈਕ ਦੀ ਸਹਾਇਤਾ ਦੀ ਪ੍ਰੋਬਲਮ ਖੜੀ ਆ ਗਈ ਅਤੇ ਰੁਪਏ ਨੂੰ ਇੱਕ ਆਨਾ ਟੈਕਸ ਲਾਇਆ ਗਿਆ ਖਾਲਸਾ ਕਾਲਜ ਦੀ, ਪੂਰੀ ਪੰਜਾਬ ਦੀ ਕਿਸਾਨੀ ਨੇ ਇੱਕ ਆਨਾ ਟੈਕਸ ਦਿੱਤਾ ਹੋਇਆ ਇਸ ਕਾਲਜ ਨੂੰ ਬਣਾਉਣ ਲਈ। ਇਹ ਕੌਮ ਦਾ ਕਾਲਜ ਆ, ਇਹਨੂੰ ਸਿੱਖ ਸੰਪਰਦਾਵਾਂ ਖੁੱਲ੍ਹੇ ਰੂਪ 'ਚ ਵਰਤਣ। ਇਹਦੀ ਜੋ ਸੇਵਾ ਅਸੀਂ ਸਮਝਾਂਗੇ ਵੀ ਇਹ ਤੁਸੀਂ ਹੋ ਇਹਦੇ, ਇਹ ਕੌਮ ਹੀ ਇਹਦੀ ਮਾਲਕ ਆ, ਇਹਦੀ ਕੌਮ ਹੀ ਸਰਬਰਾ ਆ। ਕਿਸੇ ਕਿਸਮ ਦਾ ਧਾਰਮਿਕ ਕੋਈ ਸਮਾਗਮ, ਕਿਸੇ ਤਰ੍ਹਾਂ ਦੀ ਕੋਈ ਡਿਊਟੀ ਹੋਵੇ, ਅਸੀਂ ਇੱਕ ਸੇਵਾਦਾਰ ਵਜੋਂ ਆਪਦਾ ਜੀਵਨ ਧੰਨ ਸਮਝਾਂਗੇ ਵੀ ਅਸੀਂ ਉਹ ਸੇਵਾ ਕਰ ਸਕੀਏ। ਇੱਕ ਵਾਰ ਫਿਰ ਇਹ ਬਾਬਾ ਹਰਨਾਮ ਸਿੰਘ ਜੀ ਖਾਲਸਾ ਔਰ ਉਹਨਾਂ ਦੀ ਟੀਮ ਜਿਹੜੀ ਅੱਜ ਇਸ ਏਡੇ ਵੱਡੇ ਅਦਾਰੇ ਦੇ ਵਿੱਚ ਇਹਨਾਂ ਨੇ ਸਮਾਗਮ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਮਹਾਂਪੁਰਖਾਂ ਵੱਲੋਂ ਧੰਨਵਾਦ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਪ੍ਰਬੰਧ ਕਰਕੇ ਇਸ ਸੈਮੀਨਾਰ ਨੂੰ ਸੰਪੂਰਨ ਕਰਵਾਇਆ ਹੈ। ਹੁਣ ਅਰਦਾਸ ਬਹੁਤਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰੇ ਸ਼੍ਰੀ ਮਾਨਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬੰਧਨੀ ਕਲਾ ਵਾਲੇ ਮਹਾਂਪੁਰਸ਼, ਉਹ ਸੰਗਤ ਦੇ ਦਰਸ਼ਨ ਕਰਨਗੇ। ਉਹਨਾਂ ਤੋਂ ਉਪਰੰਤ ਸਨਮਾਨ ਬਾਬਾ ਜੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹ ਸੰਗਤ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਉੱਪਰ ਬਿਰਾਜਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ, ਹੋਰ ਵਿਦਵਾਨ ਸੱਜਣ ਮਹਾਂਪੁਰਸ਼ ਜੋ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਟਕਸਾਲ ਦੇ ਵਿੱਚ, ਟਕਸਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਐਸੇ ਸੈਮੀਨਾਰ ਹੋਣੇ। ਸੈਮੀਨਾਰ ਦਾ ਮਤਲਬ ਹੁੰਦਾ ਕੀ ਅਸੀਂ ਖੱਟਿਆ ਅਤੇ ਕੀ ਗਵਾਇਆ, ਇਹਦੇ ਬਾਰੇ ਪੜਚੋਲ ਕਰਨੀ। ਅੱਜ ਸਮੇਂ ਦੇ ਹਿਸਾਬ ਇਹਨਾਂ ਦੀ ਬਹੁਤ ਲੋੜ ਹੈ। ਬਾਬਾ ਜੀ ਐਸੇ ਪ੍ਰੋਗਰਾਮ ਨਵੇਂ ਤੋਂ ਨਵੇਂ, ਕਿਉਂ ਬਾਬਾ ਜੀ ਦਾ ਨਿੱਜੀ ਜੀਵਨ ਮੈਂ ਬਹੁਤ ਨੇੜੇ ਹੋ ਕੇ ਵੇਖਦਾ ਹੈ, ਬਹੁਤ ਘੱਟ ਸੌਣਾ ਅਤੇ ਪੰਥ ਪ੍ਰਤੀ ਅਥਾਹ ਦਰਦ। ਅੱਜ ਸਾਡੇ ਸਿੱਖਾਂ ਦੇ ਵਿੱਚ ਦੋ ਕੈਟਾਗਰੀਆਂ ਪੈਦਾ ਹੋ ਗਈਆਂ। ਇੱਕ ਸ਼ਾਸਤਰਾਂ ਦਾ ਫਰਮਾਨ ਹੈ ਵੀ ਤਿੰਨ ਤਰ੍ਹਾਂ ਦਾ ਮਨੁੱਖ ਹਮੇਸ਼ਾ ਦੁਖੀ ਰਹਿੰਦਾ, ਉਹਨੂੰ ਕੋਈ ਸੁਖੀ ਨਹੀਂ ਕਰ ਸਕਦਾ। ਇੱਕ ਤੋਂ ਅਗਿਆਨੀ, ਇੱਕ ਸ਼ਰਧਾਹੀਨ, ਇੱਕ ਸ਼ੱਕ ਵਾਲਾ, ਸੰਸੇ ਵਾਲਾ। ਹੁਣ ਸਾਡੇ 'ਚ ਦੋ ਕੈਟਾਗਰੀਆਂ, ਪਹਿਲਾਂ ਨਹੀਂ ਸੀ। ਇਹ ਆਪਾਂ ਕਹਿੰਦੇ ਨਾ ਮੀਡੀਏ ਨਾਲ ਬਹੁਤ ਪ੍ਰਚਾਰ ਹੁੰਦਾ ਹੈ, ਨਹੀਂ ਸਾਡਾ ਇਹ ਭੁਲੇਖਾ ਹੈ। ਜਿੰਨਾ ਪ੍ਰਚਾਰ ਸਾਡੇ ਬਜ਼ੁਰਗ ਕਰਕੇ, ਮੈਨੂੰ ਅਮੈਰੀਕਾ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ, ਕਹਿੰਦਾ ਜੀ ਮੀਡੀਆ ਨਹੀਂ, ਆਪਾਂ ਇੰਨਾ ਕੰਮ ਨਹੀਂ ਕਰ ਰਹੇ ਜਿੰਨਾ ਮੀਡੀਏ 'ਤੇ ਹੋਣਾ ਚਾਹੀਦਾ ਸੀ। ਮੈਂ ਉਹਨੂੰ ਉੱਤਰ ਦਿੱਤਾ, ਗੁਰੂ ਨਾਨਕ ਸੱਚੇ ਪਾਤਸ਼ਾਹ ਵੇਲੇ ਕਿਹੜਾ ਮੀਡੀਆ ਸੀ, ਅੱਜ ਤੋਂ 550 ਸਾਲ ਪਹਿਲਾਂ।
ਹੋਰ ਛੱਡੋ ਟਕਸਾਲ ਦੀ ਚੱਲਦੀ ਫਿਰਦੀ ਯੂਨੀਵਰਸਿਟੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਬਾਰੇ ਵੇਲੇ ਕਿਹੜਾ ਮੀਡੀਆ ਸੀ। ਅੱਜ ਵੀ ਚਾਰ ਕੁ ਪੰਜ ਸੱਜਣ ਜਿਹੜੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰੀ ਆ ਜਿਉਂਦੇ ਆ, ਉਹਨਾਂ ਕੋਲੋਂ ਕਦੇ ਸੁਣ ਕੇ ਦੇਖੋ ਵੀ ਕੀ ਚੀਜ਼ ਸੀ। ਤੋਂ ਮੈਂ ਪਹਿਲਾਂ ਬੇਨਤੀ ਕਰੀ ਵੀ ਆਪਣੇ ਦੋ ਕੈਟਾਗਰੀਆਂ ਪੈਦਾ ਹੋ ਗਈਆਂ, ਇੱਕ ਅਗਿਆਨੀ ਇੱਕ ਗਿਆਨੀ, ਇੱਕ ਸ਼ਰਧਾਵਾਨ ਇੱਕ ਸ਼ਰਧਾਹੀਨ, ਇੱਕ ਸ਼ੱਕ ਵਾਲੇ ਇੱਕ ਵਿਸ਼ਵਾਸ ਵਾਲੇ। ਮਹਾਤਮਾ ਬੁੱਧ ਕੋਲੇ ਭਾਰਦਵਾਜ ਨਾਂ ਦਾ ਇੱਕ ਵਿਦਵਾਨ ਆਉਂਦਾ ਹੈ। ਮਹਾਤਮਾ ਬੁੱਧ ਨੂੰ ਸਵਾਲ ਕਰਦਾ ਵੀ ਮੈਂ ਬਹੁਤ ਅਸ਼ਾਂਤ ਹੈ, ਮੈਂ ਬਹੁਤ ਗ੍ਰੰਥ ਪੜ੍ਹੇ ਹੈ, ਮੈਂ ਬਹੁਤ ਦੇਸ਼ ਘੁੰਮੇ ਹੈ, ਪਰ ਮੈਨੂੰ ਸ਼ਾਂਤੀ ਨਹੀਂ। ਬੁੱਧ ਉਹਨੂੰ ਕਹਿਣ ਲੱਗੇ ਤੂੰ ਬਹੁਤ ਗ੍ਰੰਥ ਪੜ੍ਹੇ ਆ? ਕਹਿੰਦੇ ਹਾਂਜੀ। ਕਹਿੰਦੇ ਕਦੇ ਆਪਣੇ ਆਪ ਨੂੰ ਪੜ੍ਹਿਆ? ਉਹ ਚੁੱਪ। ਕਹਿੰਦੇ ਤੂੰ ਬਹੁਤ ਦੇਸ਼ ਘੁੰਮੇ ਹੈ, ਕਦੇ ਆਪਦੇ ਦੁਆਲੇ ਘੁੰਮਿਆ? ਹੁਣ ਟਕਸਾਲ ਕੀ ਚੀਜ਼ ਹੈ, ਡੇਰੇ ਕੀ ਚੀਜ਼ ਹੈ? ਜਿੱਥੇ ਸਵੇਰੇ ਉੱਠਣਾ, ਨਿਤਨੇਮ ਕਰਨਾ, ਆਪਣੇ ਕੱਪੜੇ ਆਪ ਸਾਫ ਕਰਨੇ, ਭਜਨ ਬੰਦਗੀ ਕਰਨਾ, ਫਿਰ ਡੇਰੇ ਦਾ ਕੰਮ ਕਾਰ ਕਰਨਾ, ਜਿੱਥੇ ਪ੍ਰੈਕਟੀਕਲ ਜੀਵਨ ਸਿਖਾਇਆ ਜਾਂਦਾ ਹੈ। ਹੁਣ ਇੱਕ ਅਸੀਂ ਸਕੂਲਾਂ ਕਾਲਜਾਂ ਦੀ ਵਿੱਦਿਆ ਲੈਂਦੇ ਹਾਂ, ਮਿਸ਼ਨਰੀ ਕਾਲਜ ਆ, ਹੋਰ ਆ, ਇਕੱਲਾ ਪੜ੍ਹਾਤਾ। ਉਹਨਾਂ ਵਿਦਿਆਰਥੀਆਂ ਨੂੰ ਕਦੋਂ ਪੁੱਛੋ ਕੀ ਕਰਦੇ, ਕਹਿਣਗੇ ਜੀ ਕਥਾ ਸਿੱਖਦੇ ਹੈ। ਕਥਾ ਸਿੱਖੀ ਨਹੀਂ ਜਾਂਦੀ, ਕਥਾ ਕਮਾਈ ਜਾਂਦੀ ਹੈ। ਅਸੀਂ ਬਾਣੀ ਦਾ ਪ੍ਰਚਾਰ ਕਰ ਰਹੇ ਹਾਂ ਪਰ ਬਾਣੀ ਨੂੰ ਕਮਾ ਨਹੀਂ ਰਹੇ। ਪ੍ਰਾਪਤ ਟਾਈਮ ਦੇ ਵਿੱਚ ਜਿਹੜੀ ਸਾਡੀ ਕਥਾ ਸ਼ੈਲੀ ਸੀ, ਸਿੰਘ ਸਾਹਿਬ ਬੈਠੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠੇ ਆ, ਜਿਨ੍ਹਾਂ ਨੇ ਅੰਮ੍ਰਿਤ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੇਲੇ ਛਕਿਆ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਸੰਗਤ ਮਾਣੀ। ਮੈਂ ਨਿੱਕੀ ਜਿਹੀ ਉਦਾਹਰਨ ਦੇਵਾਂ, ਬਹੁਤਾ ਟਾਈਮ ਨਹੀਂ ਲੈਂਦਾ। ਜਿਹੜੀ ਸਾਡੇ ਸਿੱਖਾਂ ਦੀ ਕਥਾ ਸ਼ੈਲੀ ਪ੍ਰਾਪਤਨ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਤਾਂ ਵੀ ਹਜ਼ੂਰੀ ਦੇ ਵਿੱਚ ਬੈਠ ਕੇ ਮੂਹਰੇ ਸਤਿਗੁਰੂ ਦਾ ਸਰੂਪ, ਜੇ ਇਤਿਹਾਸ ਦੀ ਕਥਾ ਕਰਨੀ ਤਾਂ ਉਹ ਵੀ ਮੂਹਰੇ ਗੁਰਪ੍ਰਤਾਪ ਸੂਰਜ ਗ੍ਰੰਥ ਜਾਂ ਜਿਹੜਾ ਗ੍ਰੰਥ ਦੀ ਕਥਾ ਕਰਨੀ ਉਹ ਹੋਣਾ। ਅੱਜ ਹੁਣ ਸਾਡੀ ਕਥਾ ਸ਼ੈਲੀ ਕੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਬੈਠ ਕੇ ਕਰਦੇ ਹਾਂ, ਉਹਦੇ ਪਿੱਛੇ ਸਾਡੀ ਕੀ ਮਨਸ਼ਾ ਉਹ ਰੱਬ ਜਾਣੇ। ਉਹ ਕਥਾ ਨਹੀਂ ਹੁੰਦੀ, ਉਹ ਲੈਕਚਰ ਹੁੰਦਾ ਹੈ। ਜਿਹੜਾ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਰਨਾ ਸ਼ਬਦ ਦੀ ਕਥਾ ਕਰਨੀ, ਸਾਨੂੰ ਸਭ ਤੋਂ ਵੱਡੀ ਲੋੜ ਇਹ ਦੁਬਾਰਾ ਚੀਜ਼ ਪੈਦਾ ਕਰਨ ਦੀ ਹੈ, ਜਿਹੜੀ ਕੇਵਲ ਤੇ ਕੇਵਲ ਟਕਸਾਲ 'ਚ ਰਹਿ ਗਈ ਜਾਂ ਕੋਈ ਜਿਹੜੇ ਪ੍ਰਾਪਤਨ ਡੇਰੇ ਹੈ ਉਹਨਾਂ ਦੇ ਵਿੱਚ ਰਹਿ ਗਈ ਹੈ, ਬਾਕੀ ਸਭ ਸਮਾਪਤ ਹੋ ਗਈ ਹੈ। ਹੁਣ ਜੇ ਕਿਸੇ ਨੂੰ ਪੁੱਛੋ ਵੀ ਸਾਨੂੰ ਪੜ੍ਹਾ ਦੇਗਾ, ਕਹਿੰਦਾ ਹਾਂਜੀ ਪੜ੍ਹਾ ਦੂੰਗਾ। ਮੈਨੂੰ ਗੱਲ ਯਾਦ ਆ ਗਈ, ਪੰਡਿਤ ਭਾਨ ਸਿੰਘ ਜੀ ਕੋਕਰੀ ਵਾਲੇ ਨਿਆਂ ਦੇ ਬਹੁਤ ਵੱਡੇ ਵਿਦਵਾਨ ਹੋਏ ਆ, ਬੜੇ ਬੜੇ ਮਹਾਂਪੁਰਸ਼ਾਂ ਨੇ ਉਹਨਾਂ ਕੋਲੋਂ ਸਿੱਖਿਆ ਲਈ ਹੈ। ਕੋਈ ਆਦਮੀ ਇਹਨਾਂ ਕੋਲ ਗਿਆ, ਕਹਿੰਦਾ ਜੀ ਮੈਨੂੰ ਗੁਰਪ੍ਰਤਾਪ ਸੂਰ ਦੇ ਗ੍ਰੰਥ ਪੜ੍ਹਾ ਦਿਓ। ਬਾਬਾ ਜੀ ਚੁੱਪ ਕਰ ਗਏ, ਕਹਿੰਦੇ ਗੁਰਮੁਖਾ ਇਉਂ ਕਰੀ ਤਿੰਨ ਮਹੀਨੇ ਨੂੰ ਆਈ। ਕਾਰਨ ਕੀ ਸੀ? ਬਾਬਾ ਜੀ ਗੁਰਪ੍ਰਤਾਪ ਸੂਰ ਦੇ ਗ੍ਰੰਥ ਆਪ ਨਹੀਂ ਸੀ ਪੜ੍ਹੇ, ਤਾਂ ਉਸ ਟਾਈਮ ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਡਾਕਟਰ ਚੰਨ ਸਿੰਘ ਸਭ ਤੋਂ ਵੱਡੇ ਵਿਦਵਾਨ ਸੀ ਗੁਰਪ੍ਰਤਾਪ ਸੂਰ ਦੇ ਗ੍ਰੰਥ ਦੇ। ਪੰਡਿਤ ਭਾਨ ਸਿੰਘ ਜੀ ਕੋਕਰੀ ਸਿੱਧੇ ਆ ਨਹੀਂ ਸਕਦੇ ਸੀ, ਆਪਣਾ ਭੇਸ ਬਦਲਿਆ,
ਭੇਸ ਬਦਲ ਕੇ ਡਾਕਟਰ ਚਰਨ ਸਿੰਘ ਕੋਲ ਇੱਥੇ ਅੰਮ੍ਰਿਤਸਰ ਆਏ ਤਾਂ ਉਹਨਾਂ ਕੋਲੋਂ ਹਰ ਰੋਜ਼ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਦੇ ਆ, ਨਾਲ ਸੇਵਾ ਕਰਦੇ ਪੰਡਿਤ ਭਾਣ ਸਿੰਘ ਜੀ ਕੋਕਰੀ। ਇੱਕ ਦਿਨ ਕੀ ਹੋਇਆ, ਬਹੁਤ ਵੱਡਾ ਭਾਰੀ ਪੰਡਿਤ ਵਿਦਵਾਨ ਕਾਂਛੀ ਦਾ ਡਾਕਟਰ ਚਰਨ ਸਿੰਘ ਜੀ ਨੂੰ ਮਿਲਣ ਆਇਆ। ਇੱਕ ਸਾਡੇ ਉਹ ਨਵੀਂ ਪ੍ਰਥਾ ਚੱਲ ਪਈ, ਹੋਰ ਜੇ ਅਸੀਂ ਕਿਸੇ ਆਣ ਮੱਤ ਦਾ ਵਿਦਵਾਨ ਬੈਠਾ ਨਾਲ ਵੇਖ ਲਈਏ ਨਾ, ਕਿਸੇ ਮਹਾਂਪੁਰਸ਼ਾਂ ਦੇ ਵੇਖ ਲਈਏ ਤਾਂ, ਜਾਂ ਕਿਸੇ ਹੋਰ ਆਪਣੇ ਸਿੱਖੀ ਸੰਸਥਾ 'ਚ ਵੇਖ ਲਈਏ। ਆ ਮੀਡੀਆ ਨੇ ਸਾਨੂੰ ਕੀ ਦਿੱਤਾ, ਨਾਲ ਹੀ ਲਿਖ ਕੇ ਪਾ ਦਿੰਦੇ ਆ ਆਰ ਐਸ ਐਸ ਵਾਲੇ, ਵਿਦਵਾਨ ਤੋਂ ਵਿਦਵਾਨ ਹੈ ਭਲਾ ਕਿਸੇ ਮੱਤ ਦਾ ਹੋਵੇ। ਆ ਸਾਨੂੰ ਮੀਡੀਆ ਨੇ ਦਿੱਤਾ, ਹੋਰ ਕੁਛ ਨਹੀਂ ਦਿੱਤਾ। ਤਾਂ ਜਦੋਂ ਉਹ ਪੰਡਿਤ ਡਾਕਟਰ ਚਰਨ ਸਿੰਘ ਜੀ ਨੂੰ ਮਿਲਣ ਆਇਆ, ਬਹੁਤ ਵਿਦਵਾਨ ਸੀ ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ, ਉਸ ਵਕਤ ਪਲੰਘੇ 'ਤੇ ਬੈਠੇ ਡਾਕਟਰ ਚਰਨ ਸਿੰਘ ਜੀ ਸੰਤਾਂ ਨੂੰ, ਸੰਤ ਭਾਣ ਸਿੰਘ ਜੀ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਾ ਰਹੇ ਸੀ। ਉਹ ਨੀਚੇ ਬੈਠੇ ਸੀ, ਜੋ ਨੀਵੇਂ ਬੈਠੇ ਸੀ, ਅਤੇ ਉਹ ਪੰਡਿਤ ਜਿਹੜਾ ਵਿਦਵਾਨ ਸੀ ਉਹਨੇ ਪੰਡਿਤ ਭਾਣ ਸਿੰਘ ਜੀ ਨੂੰ ਪਛਾਣ ਲਿਆ। ਉਹਨੇ ਲੰਮੇ ਪੈ ਕੇ ਦੰਡੌਤ ਕੀਤੀ, ਜੋ ਡਾਕਟਰ ਚਰਨ ਸਿੰਘ ਜੀ ਉੱਠ ਕੇ ਖੜੇ ਹੋ ਗਏ, ਕਹਿੰਦੇ ਅਰੇ ਪੰਡਿਤ ਜੀ ਜੇ ਤੁਮ ਕਿਆ ਕਰ ਰਹੇ ਹੋ। ਕਹਿੰਦੇ ਡਾਕਟਰ ਸਾਹਿਬ ਆਪ ਜਾਣਦੇ ਨਹੀਂ ਜੇ ਪੰਡਿਤ ਭਾਣ ਸਿੰਘ ਜੀ ਕੋਕਰੀ ਵਾਲੇ ਆ। ਉਹ ਹੱਥ ਬੰਨ ਕੇ ਡਾਕਟਰ ਚਰਨ ਸਿੰਘ ਜੀ ਖੜੇ ਹੋ ਗਏ, ਕਹਿੰਦੇ ਮੈਨੂੰ ਦੱਸਿਆ ਨਹੀਂ। ਕਹਿੰਦੇ ਜੀ ਫਿਰ ਮੈਨੂੰ ਵਿਦਿਆ ਨਹੀਂ ਸੀ ਮਿਲਣੀ। ਇਹ ਵਿਦਿਆ ਸਜਣੋਂ ਐਂ ਪ੍ਰਾਪਤ ਕੀਤੀ ਜਾਂਦੀ ਹੈ, ਟਕਸਾਲ ਦੇ ਵਿੱਚ ਇਕੱਲੀ ਪੜ੍ਹਾਈ ਨਹੀਂ ਪ੍ਰੈਕਟੀਕਲ ਜੀਵਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਸ਼ੁੱਧ ਸਰੂਪ ਸਾਨੂੰ ਅੱਜ ਪ੍ਰਾਪਤ ਹੈ, ਚਾਰ ਵੇਦ ਹੈ, ਛੇ ਸ਼ਾਸਤਰ ਆ, 27 ਸਿਮਰਤੀਆਂ, 18 ਪੁਰਾਣ ਆ, 150 ਉਪਨਿਸ਼ਦ ਹੈ, ਇਹ 205 ਗ੍ਰੰਥ ਵੱਡੇ ਆ ਸਨਾਤਨ ਮਤ ਦੇ ਪੁਰਾਣੇ, ਇਹਨਾਂ ਸਾਰਿਆਂ ਦੇ ਵਿੱਚ ਰਲਾ ਹੋ ਗਿਆ। ਵੇਦ ਦੀਆਂ ਬਹੁਤ ਸੁਰਤੀਆਂ ਆਪਸ ਵਿੱਚ ਵਿਰੋਧਾਭਾਸ ਹੈ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵੀ ਐਸਾ ਸ਼ਬਦ ਨਹੀਂ ਆਉਂਦਾ ਜਿਹੜਾ ਨਾਲ ਮਿਲਦਾ ਹੋਵੇ ਜਾਂ ਵਿਰੋਧਤਾ ਕਰਦਾ ਹੋਵੇ। ਜੇ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁੱਧ ਸਰੂਪ ਪ੍ਰਾਪਤ ਹੈ, ਇਹ ਟਕਸਾਲ ਦੀ ਦੇਣ ਹੈ। ਸੀਨੇ ਬਸੀਨੇ ਬਜ਼ੁਰਗਾਂ ਨੇ ਜੋ ਵੀ ਗਿਆਨ ਲਿਆ, ਗਾਂਹ ਦੀ ਗਾਂਹ ਦੇਈ ਗਏ। ਅਸਲ ਗਿਆਨ ਤਾਂ ਉਹੀ ਹੁੰਦਾ ਜਿਹੜਾ ਕਮਾਇਆ ਵਾ। ਆਪਣੇ ਇੱਕ ਕਹਾਵਤ ਹੈ, ਵਿੱਦਿਆ ਕੰਠ ਤੇ ਪੈਸਾ ਗੰਠ ਦੋਨੇ ਕੰਮ ਦਿੰਦੇ ਆ। ਵਿੱਦਿਆ ਕਿਹੜੀ ਹੈ, ਜਿਹੜੀ ਜਵਾਨੀ ਕੰਠ ਹੋ ਗਈ, ਜਿਹੜੇ ਅੱਜ ਦੇ ਪ੍ਰਚਾਰਕ ਆ, ਮਿਸ਼ਨਰੀ ਆ, ਹੋਰ ਹੈ, ਉਹਨਾਂ ਨੂੰ ਕਹਿ ਦਿਓ ਵੀ ਆਹ ਸ਼ਬਦ ਦੀ ਕਥਾ ਕਰੋ, ਕਦੇ ਨਹੀਂ ਕਰਨਗੇ। ਕਿਸੇ ਡੇਰੇ ਦਾ ਟਕਸਾਲ ਦਾ ਪੜ੍ਹਿਆ ਕੋਈ ਵਿਦਵਾਨ ਹੋਵੇ, ਉਹਨੂੰ ਜਿਹੜੇ ਮਰਜ਼ੀ ਸ਼ਬਦ ਦੀ ਕਥਾ ਦੇ ਦਿਓ, ਜਦੇ ਕਰ ਦੂਗਾ। ਇਹ ਵੱਡੀ ਗੱਲ ਵਾ, ਕਿਉਂਕਿ ਅਸੀਂ ਸਿਰਫ ਇੱਕ ਸ਼ਬਦ ਦੀ ਤਿਆਰੀ ਕਰਕੇ ਆਉਣੇ ਆ, ਉਹੀ ਬੋਲ ਸਕਦੇ ਹਾਂ। ਇਹੀ ਟਕਸਾਲ ਦਾ ਤੇ ਸਾਡੀਆਂ ਦੂਜੀਆਂ ਸੰਪਰਦਾਵਾਂ ਦਾ ਫਰਕ ਹੈ। ਬਹੁਤ ਲੋਕਾਂ ਨੂੰ ਹੁਣ ਡੇਰਿਆਂ ਨਾਲ ਡੇਰਾਵਾਦ ਡੇਰਾਵਾਦ, ਜੇ ਇਹ ਡੇਰੇ ਨਾ ਹੁੰਦੇ ਸੱਜਣੋ, ਅੱਜ ਆਪਣਾ ਆਹ ਸਰੂਪ ਤੇ ਆਪਣਾ ਵਜੂਦ ਨਾ ਹੁੰਦਾ। ਜਿੰਨੇ ਸਿੰਘ ਸੀ ਉਹ ਸਾਰੇ ਦੇ ਸਾਰੇ ਜੰਗਲਾਂ 'ਚ ਰਹਿੰਦੇ ਸੀ, ਲੜਾਈ 'ਚ ਦੇ ਵਿੱਚ ਰਹਿੰਦੇ ਸੀ, ਯੁੱਧਾਂ ਦੇ ਵਿੱਚ ਰਹਿੰਦੇ ਸੀ। ਇਹਨਾਂ ਡੇਰਿਆਂ ਨੇ ਸਾਡੀਆਂ ਮਤਾਵਾਂ ਨੂੰ ਸਾਂਭਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਡੇਰਿਆਂ ਨੇ ਸਾਂਭਿਆ। ਜਿਹੜੇ ਸਿੰਘ ਫੱਟੜ ਹੁੰਦੇ ਸੀ ਉਹਨਾਂ ਦੀ ਮੱਲਮ ਪੱਟੀ ਵੀ ਡੇਰਿਆਂ 'ਚੋਂ ਹੁੰਦੀ ਸੀ। ਹੁਣ ਤੀਕਰ ਸਾਡੇ ਪੜਦਾਦੇ ਦਾਦੇ ਡੇਰਿਆਂ ਤੋਂ ਪੜ੍ਹਦੇ ਸੀ। ਤਾਂ ਅੱਜ ਸਾਨੂੰ ਇਹ ਜਿਹੜੀ ਪ੍ਰਾਪਤਨਤਾ ਹੈ, ਇਹਨੂੰ ਪ੍ਰਗਟ ਕਰਨ ਦੀ ਲੋੜ ਹੈ। ਤਾਂ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ। ਬਾਬਾ ਜੀ ਇਕੱਲਾ ਉਹ
ਉੱਥੇ ਪੜ੍ਹਾਉਣ ਦਾ ਵੀ ਨਹੀਂ, ਨਾਲ ਦੀ ਨਾਲ ਕਾਰ ਸੇਵਾ ਦਾ। ਕਈ ਕਹਿ ਦਿੰਦੇ ਆ ਬਈ ਟਕਸਾਲ ਦਾ ਕੀ ਕੰਮ ਕਾਰ ਸੇਵਾ 'ਚ, ਕਈ ਸਵਾਲ ਆਉਂਦੇ ਆ, ਇਹ ਪ੍ਰਾਪਤਨ ਹੀ। ਅੱਛਾ ਉੱਥੇ ਛੇਵੇਂ ਮੁਖੀ ਲਿਖ ਕੇ ਲਾਇਆ ਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਿੱਤ ਗ੍ਰੰਥੀ ਰਹੇ ਭਾਈ ਸੰਤ ਸਿੰਘ ਜੀ ਤੋਂ ਪਹਿਲਾਂ ਤੋਂ ਹੀ ਇਹ ਮਰਿਆਦਾ ਬਾਬਾ ਦੀਪ ਸਿੰਘ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਬਾਬਾ ਠਾਕਰ ਸਿੰਘ ਜੀ ਨੇ ਉਸ ਟਾਈਮ, ਬਾਬਾ ਜੀ ਨੂੰ ਮੈਂ ਵੇਖਦਾ ਰਿਹਾ, ਬਾਬਾ ਜੀ ਅਮੈਰੀਕਾ ਤੋਂ ਆ ਕੇ ਨਾਲ ਸੇਵਾ ਕਰਾਉਂਦੇ ਰਹੇ ਆ। ਨਿੱਜੀ ਜੀਵਨ ਬਾਬਾ ਜੀ ਦਾ ਮੈਂ ਹੱਥ 'ਚ ਝੋਲਾ ਫੜਿਆ ਬੱਸਾਂ 'ਤੇ ਜਾ ਕੇ ਆਗਰਾ ਇਕੱਠੀ ਕਰਨੀ, ਇਹ ਸਾਰਾ ਕੁਛ ਕਰਨਾ, ਇਹ ਭਾਈ ਕਮਾਈ ਤੋਂ ਬਿਨਾਂ ਇਹ ਰਾਜਗੱਦੀਆਂ ਨਹੀਂ ਮਿਲਦੀਆਂ। ਤਾਂ ਕਹਿਣ ਦਾ ਭਾਵ ਟਕਸਾਲ ਦਾ ਇੱਕ ਡਾਕਟਰ ਮਹਿਲ ਸਿੰਘ ਜੀ ਪ੍ਰਿੰਸੀਪਲ ਆਪਣੇ ਖਾਲਸਾ ਕਾਲਜ ਦੇ ਗੱਲ ਕਹਿ ਕੇ ਗਏ, ਵਾਦ ਵਿਵਾਦ ਤੇ ਸੰਵਾਦ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂ, ਆਪਣੇ ਪ੍ਰਿੰਸੀਪਲ ਸਾਹਿਬ ਨੂੰ, ਵਿਵਾਦ ਨਹੀਂ ਕਰਦਾ ਕੋਈ। ਹੁਣ ਇੱਕ ਤਾਂ ਹੁੰਦਾ ਵਾਦ, ਵਾਦ ਹੁੰਦਾ ਵੀ ਕਿਸੇ ਗੱਲ ਦਾ ਛਿੜ ਜਾਣਾ, ਸ਼ੁਰੂ ਹੋ ਜਾਣਾ। ਵਿਵਾਦ ਹੁੰਦਾ ਜਿਵੇਂ ਆਪਾਂ ਹੁਣ ਇਕੱਠੇ ਹੋਏ ਹੋਏ ਹਾਂ ਵੀ ਭਾਈ ਇਹਦਾ ਫੈਸਲਾ ਕੀ ਕਰੀਏ। ਜਦੋਂ ਫੈਸਲਾ ਹੋ ਗਿਆ ਤਾਂ ਉਹ ਸੰਵਾਦ ਬਣ ਗਿਆ, ਵੀ ਕਾਨੂੰਨ ਬਣ ਗਿਆ। ਹੁਣ ਜਿਹੜੇ ਅੱਜ ਦੇ ਆਪਣੇ ਵਿਦਵਾਨ ਜਾਂ ਅੱਜ ਦੇ ਲੋਕ ਆ ਨਾ ਤਾਂ ਵਾਦ ਕਰਦੇ, ਨਾ ਵਿਵਾਦ ਕਰਦੇ, ਨਾ ਸੰਵਾਦ ਕਰਦੇ, ਵਤੰਡਾ ਵਾਦ ਕਰਦੇ ਆ। ਚੌਥਾ ਸ਼ਬਦ ਲਿਖਿਆ ਇੱਕ ਪਾਣੀ 'ਚ ਮਧਾਣੀ, ਜਿਹਦੇ 'ਚੋਂ ਕੁਛ ਨਿਕਲਣਾ ਹੀ ਨਹੀਂ। ਜਿਹੜੇ ਅੱਜ ਦੇ ਵਿਦਵਾਨ ਆ ਨਾ ਐਸੀਆਂ ਗੱਲਾਂ, ਆਹ ਹੈ ਨਹੀਂ, ਆਹ ਹੈ ਨਹੀਂ, ਆ ਫਿਰ ਹੈ ਕੀ, ਉਹ ਕੋਈ ਉੱਤਰ ਨਹੀਂ। ਤਾਂ ਕਹਿਣ ਦਾ ਭਾਵ ਭਾਈ ਜੋ ਸਾਡੀ ਪ੍ਰਾਪਤਨਤਾ ਜੋ ਟਕਸਾਲ ਨੇ ਹੁਣ ਤੱਕ ਦਿੱਤਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁੱਧ ਸਰੂਪ ਅੱਜ ਮੌਜੂਦ ਹੈ, ਹੂ ਬਹੂ ਉਤਾਰਾ, ਇਹ ਭਾਈ ਸਭ ਤੋਂ ਵੱਡੀ ਟਕਸਾਲ ਦੀ ਦੇਣ ਹੈ। ਇਹਤੋਂ ਵੱਡੀ ਮੈਨੂੰ ਤਾਂ ਲੱਗਦਾ ਨਹੀਂ ਕਿ ਹੋਰ ਸਿੱਖਾਂ ਨੂੰ ਦੇਣ ਹੋਊਗੀ। ਤਾਂ ਬਾਬਾ ਜੀ ਨੇ ਜੋ ਸੈਮੀਨਾਰ ਕਰਾਇਆ, ਬਾਬਾ ਜੀ ਵਧਾਈ ਦੇ ਪਾਤਰ ਆ। ਐਸੇ ਬਾਬਾ ਜੀ ਦੇ ਮਨ ਦੇ ਵਿੱਚ ਬੜੇ ਵਲਵਲੇ ਰਹਿੰਦੇ ਆ, ਪੰਥ ਖਾਤਰ, ਲੋਕ ਭਲਾਈ ਖਾਤਰ, ਲੰਗਰਾਂ ਦਾ ਲਾਉਣਾ, ਹੋਰ ਸਭ ਕੁਛ ਕਰਨਾ, ਇਹ ਭਾਈ ਬਾਬਾ ਜੀ ਦੇ ਹੱਥੋਂ ਆ। ਸਭ ਤੋਂ ਵੱਡੀ ਗੱਲ, ਬਾਬਾ ਜੀ ਨੇ ਟਕਸਾਲ ਉਹ ਸੰਕਟਮਈ ਸਮੇਂ ਦੇ ਵਿੱਚ ਮੁਖੀ ਬਣੇ ਆ, ਅੱਜ ਟਕਸਾਲ ਨੂੰ ਨਵਾਂ ਰੂਪ ਦੇਣ ਦਾ, ਲੋਕਾਂ ਵਿੱਚ ਲਿਜਾਣ ਦਾ, ਹਰ ਸੰਪਰਦਾ ਨਾਲ ਮਿਲ ਕੇ ਚੱਲਣ ਦਾ, ਇਹ ਸਿਹਰਾ ਭਾਈ ਸਾਰਾ ਬਾਬਾ ਜੀ ਦੇ ਸਿਰ ਹੈ। ਇੰਨਾ ਕੁਛ ਕਹਿੰਦਾ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਤਿੰਨਾਂ ਨਾਲ ਬਹੁਤ ਜ਼ਿਆਦਾ ਸੁਨੇਹ ਹੈ ਔਰ ਬੜੀ ਵੱਡੀ ਸੇਵਾ ਕਰਦੇ ਨੇ, ਬੜੀ ਸਾਦਗੀ ਦੀ ਮੂਰਤ ਹਨ, ਵਚਨ ਸਿੱਧੇ ਕਰਦੇ ਨੇ ਪਰ ਅਸਰ ਬਹੁਤ ਵਧੀਆ ਇਹਨਾਂ ਦਾ ਪੈਂਦਾ ਹੈ। ਜਿਵੇਂ ਕਿ ਪ੍ਰਿੰਸੀਪਲ ਮਹਿਲ ਸਿੰਘ ਜੀ ਨੇ ਆਖਿਆ ਸੀ ਕਿ ਧਰਮ ਦੇ ਨਾਲ ਸਾਇੰਸ ਅਤੇ ਸਾਇੰਸ ਦੇ ਨਾਲ ਧਰਮ, ਅੱਜ ਇਹੋ ਜਿਹਾ ਯੁੱਗ ਆ ਚੁੱਕਾ ਹੈ। ਸਤਿਗੁਰਾਂ ਨੇ ਸਾਨੂੰ 300 ਸਾਲ ਪਹਿਲਾਂ, ਜਾਂ ਜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਲ ਕਰੀਏ ਤਾਂ 500 ਸਾਲ ਪਹਿਲਾਂ ਉਹਨਾਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਰਕੇ ਦਿੱਤੀਆਂ ਨੇ, ਮੀਰੀ ਪੀਰੀ ਭਗਤੀ ਸ਼ਕਤੀ, ਅਤੇ ਦਸਵੇਂ ਪਾਤਸ਼ਾਹ ਨੇ ਇਹਨੂੰ ਇੱਕ ਨਵਾਂ ਨਾਮ ਦਿੱਤਾ, ਦੇਗ ਤੇਗ। ਸੋ ਧਰਮ ਦੇ ਅਨੁਸਾਰ ਸਾਇੰਸ ਖੋਜ ਵਿਚਾਰ ਜੇ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਸੋ ਬਾਬਾ ਜੀ ਨੇ ਬੜੇ ਪਵਿੱਤਰ ਬਚਨ ਕੀਤੇ ਹਨ। ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਦਾਸ ਬੇਨਤੀ ਕਰੇ ਕਿ ਅੱਜ ਦਾ ਜੋ ਸੈਮੀਨਾਰ ਸੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਸਦਕਾ
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਕੇਂਦਰੀ ਸਥਾਨ ਦਮਦਮੀ ਟਕਸਾਲ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਨੂੰ ਸਮਰਪਿਤ ਇਹ ਜੋ ਅੰਤਰਰਾਸ਼ਟਰੀ ਸੈਮੀਨਾਰ ਸੀ, ਇਸ ਦੇ ਅੱਜ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਇਸ ਦੀ ਆਰੰਭਤਾ ਕੀਤੀ ਸੀ, ਔਰ ਵਿਸ਼ੇਸ਼ ਮਹਿਮਾਨ ਸਨ ਸਾਡੇ ਪ੍ਰਿੰਸੀਪਲ ਖਾਲਸਾ ਕਾਲਜ ਡਾਕਟਰ ਮਹਿਲ ਸਿੰਘ ਜੀ। ਅੱਜ ਦੇ ਇਸ ਸੈਮੀਨਾਰ ਦੇ ਪ੍ਰਧਾਨਗੀ ਜੋ ਕਰ ਰਹੇ ਨੇ ਉਹ ਪੰਥ ਦੀ ਮਹਾਨ ਸ਼ਖਸੀਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤ ਦੇ ਦਰਸ਼ਨ ਕਰਨਗੇ, ਇਹਨਾਂ ਤੋਂ ਉਪਰੰਤ ਮਹਾਂਪੁਰਖ ਧੰਨਵਾਦ ਕਰਨਗੇ ਔਰ ਫਿਰ ਸਨਮਾਨ ਕੀਤਾ ਜਾਵੇਗਾ ਸਾਡੇ ਵਿਦਵਾਨਾਂ ਦਾ, ਵਿਸ਼ੇਸ਼ ਸ਼ਖਸੀਅਤਾਂ ਦਾ, ਔਰ ਫਿਰ ਸਮਾਪਤੀ ਕੀਤੀ ਜਾਵੇਗੀ। ਆਓ ਸਤਿਕਾਰ ਦਈਏ ਜੀ। ਬੋਲੇ ਸੋ ਨਿਹਾਲ। ਪਰਮ ਸਤਿਕਾਰਯੋਗ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂਵਾਲਾ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੋਰ ਮੰਚ 'ਤੇ ਬਿਰਾਜਮਾਨ ਸਾਰੇ ਵਿਦਵਾਨ ਸੱਜਣ ਅਤੇ ਸਭ ਨੇ ਸਾਰੀ ਬਿਰਾਜਮਾਨ ਸਮੂਹ ਸੰਗਤ ਸਾਰੇ ਦਾਸ ਦੀ ਹਾਜ਼ਰੀ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਡਾ ਉਪਰਾਲਾ ਜਿਹੜਾ ਦਮਦਮੀ ਟਕਸਾਲ ਭਿੰਡਰਾਂਵਾਲਾ ਜਥਾ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ। ਆਪਾਂ ਸਾਰੇ ਜਗਤ ਗੁਰੂ ਸਿੱਖ ਧਰਮ ਦੇ ਬਾਨੀ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਅਰਧ ਸ਼ਤਾਬਦੀ ਜਿਹੜੇ ਮਨਾਉਣ ਜਾ ਰਹੇ ਹਾਂ, ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ, ਔਰ ਜਿਸ ਤਰ੍ਹਾਂ ਮੇਰੇ ਪਹਿਲਾਂ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਬਹੁਤ ਵੀ ਵਿਦਵਤਾ ਭਰਪੂਰ ਖੋਜ ਦੇ ਅਨੁਸਾਰ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀ ਜੀਵਨੀ ਪ੍ਰਤੀ, ਉਹਨਾਂ ਦੇ ਸਿਧਾਂਤਾਂ ਪ੍ਰਤੀ ਔਰ ਹੋਰ ਮਹਾਨ ਸ਼ਹੀਦਾਂ ਗੁਰਸਿੱਖਾਂ ਦੇ ਪ੍ਰਤੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਮੈਂ ਸਮਝਦਾ ਕਿ ਸਾਡੀ ਜਿਹੜੀਆਂ ਸ਼ਤਾਬਦੀਆਂ ਆਉਂਦੀਆਂ ਨੇ, ਜਦੋਂ ਵੀ ਕੋਈ ਸ਼ਤਾਬਦੀ ਆਉਂਦੀ ਹੈ ਔਰ ਇਹ ਸ਼ਤਾਬਦੀਆਂ ਜਦੋਂ ਅਸੀਂ ਮਨਾਉਂਦੇ ਹਾਂ, ਕੋਈ ਨਾ ਕੋਈ ਇੱਕ ਐਸੀ ਛਾਪ ਛੱਡ ਜਾਂਦੀਆਂ ਨੇ ਜਿਹਨੂੰ ਹਮੇਸ਼ਾ ਅਸੀਂ ਸਾਰੇ ਯਾਦ ਕਰਦੇ ਹਾਂ। ਜਿਸ ਤਰ੍ਹਾਂ ਪਹਿਲਾਂ 500 ਸਾਲਾਂ ਸ਼ਤਾਬਦੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਮਨਾਈ ਗਈ ਔਰ ਸਾਡੇ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਸੀ ਕਿ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਯੂਨੀਵਰਸਿਟੀ ਜਿਹੜੀ ਸਥਾਪਿਤ ਹੋਈ, ਬਹੁਤ ਸਾਰੇ ਸਮਾਗਮ ਜਿਹੜੇ ਉਦੋਂ ਕੀਤੇ ਗਏ। ਮੈਂ ਤਾਂ ਉਦੋਂ ਬਹੁਤ ਛੋਟਾ ਸੀ, ਲੇਕਿਨ ਬੜੇ ਸਮਾਗਮ ਉਸ ਵੇਲੇ ਵੀ ਹੋਏ, ਨਗਰ ਕੀਰਤਨ ਵੀ ਉਸ ਵੇਲੇ ਹੋਏ। ਸੋ ਮੈਨੂੰ ਯਾਦ ਹੈ ਕਿ ਜਦੋਂ ਉਹ ਸਮਾਂ ਸੀ, ਉਸ ਸਮੇਂ
ਜੋ ਲਹਿਰ ਉਦੋਂ ਚੱਲੀ ਸੀ, ਆਮ ਤੌਰ 'ਤੇ ਅਸੀਂ ਕਾਲਜਾਂ ਵਿੱਚ ਜਾਂਦੇ ਹੁੰਦੇ ਸੀ, ਖਾਸ ਤੌਰ 'ਤੇ ਸਾਡੇ ਇੱਧਰ ਮਾਲਵੇ ਦੇ ਵਿੱਚ, ਔਰ ਜਿੱਥੇ ਸੰਤ ਬਹਾਦਰ ਸਿੰਘ ਜੀ ਦਾ ਅਸਥਾਨ ਹੈ ਮਸਤੂਆਣਾ ਸਾਹਿਬ, ਉਸ ਕਾਲਜ ਦੇ ਵਿੱਚ ਉਹ ਨੈਕਸਲੈਟ ਦਾ ਬਹੁਤ ਵੱਡਾ ਜ਼ੋਰ ਸੀ ਉਹਨਾਂ ਸਮੇਂ 'ਚ। ਡਾਕਟਰ ਸੁਖਦੇਵ ਸਿੰਘ ਜੀ ਬੈਠੇ ਨੇ ਮੰਡੇਰ ਸਾਹਿਬ ਸਾਡੇ ਉਸ ਇਲਾਕੇ 'ਚੋਂ ਨੇ, ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ। ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਸੀ ਉਸ ਪਾਸੇ ਨੂੰ ਸ਼ੁਰੂ ਹੋ ਗਏ ਸੀ ਕਿ ਪਤਾ ਨਹੀਂ ਇਹ ਜਿਹੜਾ ਮਾਰਕਸਿਜ਼ਮ ਹੈਗਾ, ਇਹ ਸਿਧਾਂਤ ਹੈ, ਇਹ ਇੱਕ ਨਵਾਂ ਇਨਕਲਾਬ ਲਿਆਏਗਾ ਔਰ ਐਸਾ ਇਨਕਲਾਬ ਆਏਗਾ, ਲੋਕਾਂ ਦੇ ਵਿੱਚ ਇੱਕ ਨਵੀਂ ਜਾਗਰਤਾ ਪੈਦਾ ਹੋਏਗੀ। ਮੈਂ ਸਮਝਦਾ ਉਹਨਾਂ ਸਮਿਆਂ ਦੇ ਵਿੱਚ ਉੱਥੇ ਬਹੁਤ ਸਾਰੇ ਨੌਜਵਾਨ ਇਸ ਪਾਸੇ ਨੂੰ ਉਹ ਚੱਲੇ ਹੋਏ ਸੀ ਨਕਸਲਿਜ਼ਮ ਪਾਸੇ, ਅਤੇ ਉਹ ਕਹਿੰਦੇ ਸੀ ਕਿ ਅਸੀਂ ਇਨਕਲਾਬ ਲੈ ਕੇ ਆਉਣਾ, ਇਹ ਜਿਹੜਾ ਮਾਰਕਸਿਸਟਮਿਜ਼ਮ ਹੈ ਔਰ ਇਹ ਇੱਕ ਬਹੁਤ ਵੱਡੀ ਥਿਊਰੀ ਹੈ। ਇਸ ਤਰ੍ਹਾਂ ਦੀਆਂ ਉਸ ਸਮੇਂ ਗੱਲਾਂ ਹੁੰਦੀਆਂ, ਲੇਕਿਨ ਮੈਨੂੰ ਇਸ ਗੱਲ ਦਾ ਯਾਦ ਵੀ ਹੈ ਕਿ ਬਹੁਤ ਸਾਰੇ ਨੌਜਵਾਨ ਉੱਥੇ ਜਿਹੜੇ ਸੀ ਉਸ ਸਮੇਂ ਸੰਤ ਚੰਦ ਸਿੰਘ ਲੌਂਗੋਵਾਲ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ, ਜਿਵੇਂ ਅੱਜ ਅਸੀਂ ਸੈਮੀਨਾਰ ਕਰ ਰਹੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਤੁਹਾਨੂੰ ਇਸ ਗੱਲ ਦੀ ਪਤਾ ਹੀ ਨਹੀਂ ਹੈ ਜਿੰਨਾ ਸਿਧਾਂਤ ਵੱਡਾ ਸਿਧਾਂਤ ਸਿੱਖ ਜਮੰਦਾ ਹੈ, ਕਿਤੇ ਹੋ ਹੀ ਨਹੀਂ ਸਕਦਾ। ਜੋ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ, ਇਹਦੇ ਤੁਲ ਕੋਈ ਹੋ ਹੀ ਨਹੀਂ ਸਕਦਾ। ਬਹੁਤ ਸਾਰਾ ਲਿਟਰੇਚਰ ਉਹਨਾਂ ਨੂੰ ਦਿੱਤਾ ਗਿਆ, ਗੁਰੂ ਨਾਨਕ ਦੇਵ ਸਾਹਿਬ ਦੀਆਂ ਜੀਵਨੀਆਂ ਦਿੱਤੀਆਂ ਗਈਆਂ, ਸਿਧਾਂਤਾਂ ਦੀ ਕਿਤਾਬਾਂ ਬਖਸ਼ੀਆਂ ਗਈਆਂ ਸਿੱਖ ਜਮੰਦੀਆਂ ਸਾਰੀਆਂ ਉਹਨਾਂ ਨੂੰ। ਮੈਨੂੰ ਯਾਦ ਹੈ ਕਿ ਉਹ ਐਸੇ ਨੌਜਵਾਨ ਸੀ ਜਿਹੜਾ ਨੇ ਪੜ੍ਹਿਆ ਸਾਰਾ ਸਿੱਖ ਜਮ ਬਾਰੇ ਦੇਖਿਆ, ਕਿ ਗੁਰੂ ਨਾਨਕ ਦੇਵ ਸਾਹਿਬ ਦੀ ਜੀਵਨੀ ਪੜ੍ਹੀ, ਉਹਨੇ ਸਿਧਾਂਤ ਕੀ ਸੀ, ਏਕਤਾ ਦਾ, ਪਿਆਰ ਦਾ, ਬਰਾਬਰਤਾ ਦਾ, ਪਖੰਡ ਦੂਰ ਕਰਨਾ ਔਰ ਮਨੁੱਖ ਨੂੰ ਬਰਾਬਰ ਸਮਝਣਾ, ਊਚ ਨੀਚ ਦਾ ਭੇਦਭਾਵ ਦੂਰ ਹੋਣਾ ਔਰ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇੱਕ ਬਹੁਤ ਵੱਡੀ ਥਿਊਰੀ ਹੈ, ਇੱਕ ਬਹੁਤ ਵੱਡਾ ਸਿਧਾਂਤ ਹੈ। ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਪੜ੍ਹੀਆਂ, ਬਹੁਤ ਸਾਰੀ ਮੈਂ ਸਮਝਦਾ ਕਾਫੀ ਨੌਜਵਾਨ ਐਸੇ ਸੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਨਵੀਂ ਚੇਂਜ ਆ ਗਈ ਔਰ ਉਹ ਸਿੱਖ ਧਰਮ ਦੇ ਵੱਲ ਨੂੰ ਆ ਗਏ ਅਤੇ ਇਸ ਪਾਸੇ ਨੂੰ ਸੋਚਣ ਲੱਗ ਕੇ ਸ਼ੁਰੂ ਕਰ ਦਿੱਤਾ ਉਹਨਾਂ ਨੇ। ਇਸ ਕਰਕੇ ਦੱਸਣ ਦੀ ਲੋੜ ਸੀ ਕਿ ਕੀ ਹੈ ਸਾਡਾ ਸਿੱਖ ਜਮ, ਕੀ ਹੈ ਸਾਡੇ ਸਿਧਾਂਤ, ਕੀ ਨੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ, ਕੀ ਹੈ ਉਹਦੀ ਫਿਲਾਸਫੀ, ਕੀ ਸੀ, ਕਿਸ ਵਿਚਾਰਧਾਰਾ ਨੂੰ ਲੈ ਕੇ ਉਹ ਸੰਸਾਰ ਦੇ ਵਿੱਚ ਆਏ ਸਨ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਬਹੁਤ ਵਿਸ਼ਾਲ ਵਿਚਾਰਧਾਰਾ ਹੈ, ਬਹੁਤ ਮਹਾਨ ਵਿਚਾਰਧਾਰਾ ਹੈ। ਤੁਸੀਂ ਸਾਰੇ ਵਿਦਵਾਨ ਸੱਜਣ ਬੈਠੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡੀ ਇਹ ਸੀ ਕਿ ਇਸ ਵਿਚਾਰਧਾਰਾ ਸੰਸਾਰ ਦੇ ਵਿੱਚ ਉਹ ਗਏ, ਕੋਈ ਨਹੀਂ ਆ, ਇੱਕ ਥਾਂ 'ਤੇ ਬੈਠ ਕੇ ਉਹਨਾਂ ਨੇ ਇਹ ਪ੍ਰਚਾਰ ਕੀਤਾ, ਸਾਰੇ ਸੰਸਾਰ ਦਾ ਰਟਨ ਕੀਤਾ, ਦੇਸ਼ਾਂ ਦੇ ਵਿੱਚ ਗਏ, ਵਿਦੇਸ਼ਾਂ ਦੇ ਵਿੱਚ ਗਏ, ਹਰ ਧਰਮ ਦੇ ਲੋਕਾਂ ਦੇ ਕੋਲ ਗਏ ਔਰ ਵਿਵਾਦ ਦੀ ਗੱਲ ਕੀਤੀ, ਹਰ ਨਾਲ ਵਿਵਾਦ ਵੀ ਰਚਾਏ ਗਏ ਔਰ ਹਿੰਦੂ ਧਰਮ ਦੇ ਲੋਕਾਂ ਕੋਲ, ਮੁਸਲਮਾਨਾਂ ਕੋਲ, ਯੋਗੀਆਂ ਕੋਲ, ਸਿੱਧਾਂ ਕੋਲ, ਸਾਰਿਆਂ ਕੋਲ ਚਲੇ ਗਏ। ਸੋ ਉਹਨਾਂ ਨੇ ਧਰਮ ਦੀ ਗੱਲ ਕੀਤੀ, ਇੱਕ ਨਵੀਂ ਵਿਚਾਰਧਾਰਾ, ਇੱਕ ਨਵੀਂ ਸੋਚ ਜਿਹੜੀ ਉਹ ਉਹਨਾਂ ਲੋਕਾਂ ਨੂੰ ਦੱਸੀ ਕਿ ਸਾਡੀ ਕੀ ਸੋਚ ਹੋਣੀ ਚਾਹੀਦੀ ਹੈ, ਕਿਹੋ ਜਿਹਾ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਕਿ ਪਖੰਡਵਾਦ ਤੋਂ ਦੂਰ ਹੋ ਕੇ, ਵਹਿਮਾਂ ਭਰਮਾਂ ਤੋਂ ਦੂਰ ਹੋ ਕੇ, ਕਰਮ ਕਾਂਡਾਂ ਤੋਂ ਦੂਰ ਹੋ ਕੇ ਅਸੀਂ ਇੱਕ ਚੰਗਾ ਜੀਵਨ ਜੇ ਜਿਉਵਾਂਗੇ ਔਰ ਤਾਂ ਸਾਡਾ ਸਮਾਜ ਵੀ ਚੰਗਾ ਬਣਦਾ, ਸਾਡਾ ਜੀਵਨ ਵੀ ਜਿਹੜਾ ਹੈ ਉਹ ਨੇਕ ਬਣਦਾ, ਚੰਗਾ ਬਣਦਾ। ਔਰ ਇਸ ਕਰਕੇ ਸਾਰੇ ਉਹਨਾਂ ਲੋਕਾਂ ਕੋਲ ਜਾ ਕੇ, ਭਾਈ ਲਾਲੋ ਕੋਲ ਗਏ ਕਿ ਇਹ ਦੱਸਿਆ ਕਿ ਐਸਾ ਕਿਰਤ ਸਾਨੂੰ ਜਿਹੜੀ ਹੈ ਕਰਨੀ ਚਾਹੀਦੀ ਹੈ। ਤੋ ਮੈਂ ਸਮਝਦਾ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਇਹ ਜਿਹੜੀ ਸ਼ਤਾਬਦੀ
ਅੱਜ ਅਸੀਂ ਮਨਾ ਰਹੇ ਹਾਂ, ਅਰਧ ਸ਼ਤਾਬਦੀ ਮਨਾ ਰਹੇ ਹਾਂ ਕਿ ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀ, ਸੱਚ ਹੱਕ ਦੀ ਲੜਾਈ ਉਹਨਾਂ ਨੇ ਲੜੀ ਔਰ ਹਮੇਸ਼ਾ ਖਾਲਸਾ ਪੰਥ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦਾ ਰਿਹਾ। ਜਦੋਂ ਕਿਤੇ ਵੀ ਲੋੜ ਪੈਂਦੀ ਤਾਂ ਉਹੀ ਗੁਰੂ ਨਾਨਕ ਦਾ ਸਿਧਾਂਤ, ਉਹੀ ਵਿਚਾਰਧਾਰਾ ਜਿਹੜੀ ਦਸ ਜਾਮੇ ਸਤਿਗੁਰੂ ਮਹਾਰਾਜ ਨੇ ਧਾਰਨ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸੋ ਮੈਂ ਸਮਝਦਾ ਕਿ ਸਾਨੂੰ ਅੱਜ ਵੀ ਸਾਡੀ ਬਹੁਤ ਵੱਡੀ ਲੋੜ ਹੈ ਕਿ ਅਸੀਂ ਵਿਚਾਰਧਾਰਾ ਨੂੰ ਲੈ ਕੇ ਆਪਣੇ ਨੌਜਵਾਨ ਬੱਚਿਆਂ ਤੱਕ, ਲੋਕਾਂ ਤੱਕ ਜਾਣ ਦਾ ਇੱਕ ਬਹੁਤ ਵਧੀਆ ਮੌਕਾ ਹੈ। ਐਸੇ ਸੈਮੀਨਾਰ, ਅੰਤਰਰਾਸ਼ਟਰੀ ਸੈਮੀਨਾਰ ਕਰਨਾ, ਗੁਰਮਤਿ ਸਮਾਗਮ ਕਰਨਾ, ਨਗਰ ਕੀਰਤਨ ਹੋਣੇ, ਇਹ ਸਾਰਾ ਕੁਝ ਇਹਨਾਂ ਤੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਦਾ ਸਾਨੂੰ ਕਿੱਡੀ ਵੱਡੀ ਦੇਣ ਹੈ। ਔਰ ਇਹ ਮੈਂ ਸਮਝਦਾ ਕਿ ਅੱਜ ਦਾ ਸਾਡੇ ਲਈ ਜਿਸ ਤਰ੍ਹਾਂ ਦੀਆਂ ਸਾਰੀਆਂ ਸਿੱਖ ਸੰਸਥਾਵਾਂ, ਜਿਸ ਤਰ੍ਹਾਂ ਟਕਸਾਲ ਦਮਨੀ ਟਕਸਾਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਲੀਕੇ ਗਏ ਨੇ। ਅੱਜ ਤੁਸੀਂ ਦੇਖ ਰਹੇ ਹੋ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਜਿਹੜਾ ਸ੍ਰੀ ਨਨਕਾਣਾ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬਾਂ ਦਾ ਪ੍ਰਕਾਸ਼ ਹੋਇਆ ਸੀ, ਉਸ ਥਾਂ ਤੋਂ ਲੈ ਕੇ ਆਇਆ, ਕਿੰਨੀਆਂ ਸੰਗਤਾਂ ਹੁੰਮ ਆ ਕੇ ਉਸ ਨਗਰ ਕੀਰਤਨ ਦੇ ਵਿੱਚ ਜਾ ਰਹੀਆਂ ਨੇ, ਜਿਹੜੇ ਦੇਖੇ ਪੰਜਾਬ ਦੇ ਵਿੱਚ ਤਾਂ ਹੈ ਹੀ। ਔਰ ਮੈਂ ਸਮਝਦਾ ਬਾਹਰਲੇ ਵੀ ਜਿੱਥੇ ਜਾ ਕੇ ਭਾਈ ਰਾਮ ਸੂਰੀ ਦੇਖਿਆ ਕਲਕੱਤੇ, ਇਹਨਾਂ ਨੂੰ ਦੱਸਿਆ ਮੈਨੂੰ ਇਹਨਾਂ ਨੇ, ਕਿਵੇਂ ਬਹੁਤ ਸਾਰੀਆਂ ਸਿੱਖ ਸੰਗਤਾਂ ਹੁੰਮ ਆ ਕੇ ਪਹੁੰਚਦੀਆਂ ਨੇ। ਸਾਡੇ ਲਈ ਇਹ ਇੱਕ ਬਹੁਤ ਵਧੀਆ ਪੁਰਬ ਹੈ ਕਿ ਅਸੀਂ ਗੁਰੂ ਦੇ ਨਾਲ ਜੁੜੀਏ, ਗੁਰੂ ਦੇ ਸਿਧਾਂਤਾਂ ਅਨੁਸਾਰ ਜੁੜ ਕੇ ਆਪਣਾ ਜੀਵਨ ਜਿਹੜਾ ਹੈ ਬਸ ਕਰੀਏ। ਸਮਾਜ 'ਚੋਂ ਕ੍ਰੀਤੀਆਂ ਨੇ, ਭੈੜਾਂ ਨੇ, ਉਹ ਤਾਂਹੀਓ ਦੂਰ ਹੋ ਸਕਦੀ ਹੈ ਜੇ ਅਸੀਂ ਆਪਣੇ ਜੀਵਨ ਦੇ ਉੱਤੇ ਗੁਰੂ ਸਾਹਿਬ ਦਾ ਫਲਸਫਾ ਹੈ, ਗੁਰੂ ਸਾਹਿਬ ਦਾ ਜੋ ਸਿਧਾਂਤ ਹੈ, ਜੋ ਗੁਰੂ ਸਾਹਿਬ ਦੀ ਵਿਚਾਰਧਾਰਾ, ਉਹਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਈਏ। ਸੋ ਮੈਂ ਸਾਰੀ ਸੰਗਤ ਦਾ ਜੀ ਧੰਨਵਾਦ ਕਰਦਾ, ਖਾਸ ਤੌਰ 'ਤੇ ਦਮਦਮੀ ਟਕਸਾਲ ਦੇ ਮੁਖੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦਾ, ਕਿ ਬੜੇ ਉਪਰਾਲੇ ਕਰ ਰਹੇ ਨੇ, ਬਹੁਤ ਸਾਰੇ ਇਹਨਾਂ ਨੇ ਪ੍ਰੋਗਰਾਮ ਅਮਰੀਕੇ ਨੇ, ਅਤੇ ਸਤਿਗੁਰੂ ਦੀ ਕਿਰਪਾ ਟਕਸਾਲ ਦੇ ਉੱਤੇ ਬਹੁਤ ਵੱਡੀਆਂ, ਜੋ ਟਕਸਾਲ ਨੇ ਕੰਮ ਕੀਤੇ ਨੇ ਮੇਰੇ ਤੋਂ ਪਹਿਲਾਂ, ਸਾਡੇ ਡਾਕਟਰ ਸਾਹਿਬ ਦੱਸ ਰਹੇ ਨੇ, ਬਾਬਾ ਦੀਪ ਸਿੰਘ ਦੀ ਗੱਲ ਕੀਤੀ ਆ ਉਹਨਾਂ ਨੇ, ਇਹੋ ਜਿਹੇ ਜਿਹੜੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ, ਸਾਡੀ ਬਹੁਤ ਵੱਡੀ ਦੇਣ ਹੈ। ਸੋ ਸਾਨੂੰ ਇਹਨਾਂ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ। ਫਿਰ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ ਕਿ ਸਮਾਂ ਵੀ ਕਾਫੀ ਹੋ ਚੁੱਕਾ ਹੈ, ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੇ ਟਕਸਾਲ, ਉਹ ਸਾਰੀਆਂ ਹੀ ਸੰਗਤਾਂ ਦਾ, ਵਿਦਵਾਨਾਂ ਦਾ ਔਰ ਖਾਲਸਾ ਕਾਲਜ ਦੇ ਪ੍ਰਿੰਸੀਪਲ, ਇੱਥੋਂ ਦੇ ਪ੍ਰਬੰਧਕ ਸੱਜਣਾਂ ਦਾ ਧੰਨਵਾਦ ਕਰਨਗੇ। ਆਓ ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਪਰਮ ਸਨਮਾਨਯੋਗ ਅੱਜ ਦੇ ਸੈਮੀਨਾਰ ਵਿੱਚ ਜੁੜੀਆਂ ਹੋਈਆਂ ਸਮੁੱਚੀਆਂ ਸੰਗਤਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਵਿਚਾਰ ਗੋਸ਼ਟੀ ਦੀ ਪ੍ਰਥਾ ਪ੍ਰਾਰੰਭ ਕੀਤੀ, ਜਿਸ ਦਾ ਮੂਲ ਪ੍ਰਮਾਣ ਸਾਡੇ ਕੋਲ ਸ੍ਰੀ ਜਪਜੀ ਸਾਹਿਬ ਸਿੱਧ ਗੋਸ਼ਟ ਬਾਣੀ ਅਤੇ ਹੋਰ ਬਾਣੀਆਂ ਹਨ। ਉਸ ਵਿਚਾਰ ਗੋਸ਼ਟੀ ਨੂੰ ਸਮੁੱਚੇ ਪੰਥ ਨੇ ਹਮੇਸ਼ਾ ਵਾਸਤੇ ਅੱਗੇ ਤੋਂ ਅੱਗੇ ਜਾਰੀ ਰੱਖਣ ਵਿੱਚ ਆਪਣੇ ਵੱਡੇ ਉਪਰਾਲੇ ਕੀਤੇ ਹਨ। ਦਮਦਮੀ ਟਕਸਾਲ ਸਿੱਖ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਨੂੰ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸਤਿਗੁਰੂ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਨਵਾਜਿਆ, ਆਪ ਜਿਸ ਦੀ ਸਥਾਪਨਾ ਕੀਤੀ। ਔਰ ਇਹ ਅੱਜ ਦਾ ਸੈਮੀਨਾਰ ਦਮਦਮੀ ਟਕਸਾਲ ਦੇ ਤਿੰਨ ਮੁਖੀਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ। ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜੋ ਦਮਦਮੀ ਟਕਸਾਲ ਦੇ ਵੀ ਮੁਖੀ ਸਨ, ਸਿੱਖ ਮਿਸਲਾਂ ਦੇ ਵਿੱਚੋਂ ਸ਼ਹੀਦੀ ਮਿਸਲ ਦੇ ਵੀ ਜਥੇਦਾਰ ਸਨ। ਕਿਉਂਕਿ ਟਕਸਾਲ ਦੀ ਸਥਾਪਨਾ ਪਹਿਲਾਂ ਹੋਈ ਹੈ, ਮਿਸਲਾਂ ਦੀ ਸਥਾਪਨਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਵਿੱਚ ਹੋਈ ਹੈ, ਇਸ ਕਰਕੇ ਆਪ ਜੀ ਸ਼ਹੀਦੀ ਮਿਸਲ ਦੇ ਵੀ ਮੁਖੀ ਸਨ। ਔਰ ਆਪ ਜੀ ਨੂੰ ਪੰਥ ਵਿੱਚ ਜਿਹੜਾ ਸਭ ਤੋਂ ਵੱਡਾ ਰੁਤਬਾ ਹਾਸਲ ਸੀ, ਉਹ ਸੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਹਿਲੇ ਜਥੇਦਾਰ ਹੋਣ ਦਾ। ਇਸ ਕਰਕੇ ਬਾਬਾ ਜੀ ਦਾ ਜਿੱਥੇ ਮਹਾਨ ਜੀਵਨ, ਉਹਨਾਂ ਦੀ ਮਹਾਨ ਕਰਨੀ ਨੂੰ ਨਤਮਸਤਕ ਆਪਾਂ ਹੋ ਹੀ ਸਕਦੇ ਹਾਂ, ਹੋਰ ਉਹਨਾਂ ਦੇ ਜੀਵਨ ਉੱਤੇ ਕੀ ਬੋਲ ਸਕਦੇ ਹਾਂ। ਜਿੱਥੇ ਉਹ ਮਹਾਨ ਗੁਰਬਾਣੀ ਦੀ ਜਿਹੜੀ ਸਭ ਤੋਂ ਸਿਖਰਲੀ ਅਵਸਥਾ ਹੈ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕੇ ਲੱਠਣ ਬ੍ਰਹਮ ਗਿਆਨੀ ਹੋਏ, ਇਹ ਅਵਸਥਾ ਨੂੰ ਜਿੱਥੇ ਬਾਬਾ ਜੀ ਪ੍ਰਾਪਤ ਸਨ, ਉੱਥੇ ਉਹਨਾਂ ਨੇ ਇਹ ਅਵਸਥਾ ਪ੍ਰਾਪਤ ਕਰਕੇ ਜੋ ਪੰਥ ਦੀਆਂ ਸੇਵਾਵਾਂ ਕੀਤੀਆਂ। ਜੇ ਗੁਰੂ ਘਰਾਂ ਦੀ ਸੇਵਾ ਦੀ ਗੱਲ ਕਰੀਏ ਤਾਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਿਰਮਾਣ ਵੀ ਉਹਨਾਂ ਨੇ ਆਪਣੇ ਹਸਤਕਮਲਾਂ ਨਾਲ ਕਰਵਾਇਆ। ਜੇ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਾਲਵੇ ਦੀ ਧਰਤੀ ਦੇ ਵਿੱਚ ਪਾਣੀ ਦੇ ਸਰੋਤ, ਖੂਹ ਆਦਿਕ ਲਗਵਾਉਣੇ, ਖਾਸ ਕਰਕੇ ਦਮਦਮਾ ਸਾਹਿਬ ਹੀ ਆਪਣੇ ਹੱਥੀਂ ਖੂਹ ਲਗਾਇਆ ਔਰ ਪਾਣੀ ਦੀ ਘਾਟ ਨੂੰ ਸੰਗਤਾਂ ਲਈ ਪੂਰੀ ਕਰਨ ਵਾਸਤੇ ਬਹੁਤ ਵੱਡਾ ਇਹ ਉਪਰਾਲਾ ਉਹਨਾਂ ਮਹਾਂਪੁਰਖਾਂ ਦਾ ਸੀ। ਔਰ ਉਹ ਜਿੱਥੇ ਅੱਜ ਸਾਡੇ ਬਿਲਡਿੰਗਾਂ ਦੇ ਨਿਰਮਾਣ ਵਿੱਚ ਨਕਸ਼ੇ ਦੀ ਮੁੱਖ ਭੂਮਿਕਾ ਮੰਨੀ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਸਿੱਖ ਆਰਟੀਕਲ ਵਿੱਚ ਗੁਰੂ ਕਾਲ ਤੋਂ ਬਾਅਦ ਨਕਸ਼ਾ ਉਲੀਕਣ ਦੀ ਜਿਹੜੀ ਮਹਾਨ ਦੇਣ ਸੀ, ਉਹ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਵੇਖੀ ਜਾ ਸਕਦੀ ਹੈ। ਅੱਜ ਵੀ ਉਹਨਾਂ ਦੇ ਬਣਾਏ ਅਸਥਾਨ ਭੂਰਾ ਸਾਹਿਬ ਅਤੇ ਬੁੰਗੇ ਦਮਦਮਾ ਸਾਹਿਬ ਸੁਭਾਈਮਾਨ ਹੈ। ਔਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਲਿਖੇ, ਅਰਬੀ ਭਾਸ਼ਾ ਵਿੱਚ ਲਿਖਿਆ, ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ। ਅਖੀਰ 'ਤੇ ਆ ਕੇ ਉਹਨਾਂ ਨੇ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਖਾਤਰ ਆਪਣੇ ਸੀਸ ਦੀ ਵੀ ਕੁਰਬਾਨੀ ਦਿੱਤੀ ਔਰ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਸਾਕਾਰ ਕਰਕੇ ਵਿਖਾਇਆ। ਜਾਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਖੱਬੇ ਹੱਥ ਦੀ ਤਲੀ ਉੱਤੇ ਆਪਣਾ ਸੀਸ ਟਿਕਾ ਕੇ, 18 ਸੇਰ ਪੱਕੇ ਦਾ ਖੰਡਾ ਪਕੜ ਕੇ, 80 ਤੋਂ 84 ਸਾਲ ਦੀ ਉਮਰ ਦੇ ਦਰਮਿਆਨ ਉਹਨਾਂ ਨੇ ਇੱਕ ਲਾਮਿਸਾਲ ਆਪਣੀ ਸ਼ਹਾਦਤ ਦਿੱਤੀ। ਦੂਜੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਜਿੱਥੇ ਉਹ ਟਕਸਾਲ ਦੇ ਵੀ ਮੁਖੀ ਸਨ, ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਵੀ ਦੂਸਰੇ ਜਥੇਦਾਰ ਸਨ। ਔਰ ਉਹਨਾਂ ਨੇ 30 ਸਿੰਘਾਂ ਨਾਲ ਕੇਵਲ
30,000 ਫੌਜ ਦਾ ਆਪਣੇ ਧੜ ਨਾਲ ਹੀ ਮੁਕਾਬਲਾ ਕਰਕੇ ਸ਼ਹਾਦਤ ਦਿੱਤੀ। ਔਰ ਛੇਵੇਂ ਮੁਖੀ ਮਹਾਂਪੁਰਖ ਗਿਆਨੀ ਭਾਈ ਸੰਤ ਸਿੰਘ ਜੀ, ਮੈਂ ਇਹ ਜ਼ਿਕਰ ਤਾਂ ਥੋੜ੍ਹਾ ਸੰਖੇਪ ਵਿੱਚ ਕਰ ਰਿਹਾ ਕਿ ਜਿਨ੍ਹਾਂ ਮਹਾਂਪੁਰਖਾਂ ਨੂੰ ਇਹ ਸਮਰਪਿਤ ਕੀਤਾ ਗਿਆ ਅੱਜ ਦਾ ਸੈਮੀਨਾਰ, ਉਹਨਾਂ ਦਾ ਸਾਨੂੰ ਪੰਥ ਦੀਆਂ ਸੇਵਾਵਾਂ ਵਿੱਚ ਪਾਇਆ ਯੋਗਦਾਨ ਸੰਖੇਪ ਵਿੱਚ ਯਾਦ ਹੋਣਾ ਚਾਹੀਦਾ। ਗਿਆਨੀ ਭਾਈ ਸੰਤ ਸਿੰਘ ਜੀ ਜਿੱਥੇ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਨ, ਉੱਥੇ ਉਹਨਾਂ ਨੇ ਹਰਿਮੰਦਰ ਸਾਹਿਬ ਉੱਤੇ ਸੋਨਾ ਲਵਾਉਣ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰਨਾ ਦੇ ਕੇ ਆਪ ਇਹ ਸੇਵਾ ਕਰਵਾਈ। ਮਹਾਰਾਜਾ ਰਣਜੀਤ ਸਿੰਘ ਮੁਲਤਾਨ ਦੀ ਜੰਗ ਵੇਲੇ ਉਹਨਾਂ ਦੇ ਪਾਸ ਆਏ, ਕਹਿਣ ਲੱਗੇ ਸਿੰਘ ਸਾਹਿਬ ਅਰਦਾਸ ਕਰੋ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਂਪੁਰਖ ਭਾਈ ਸੰਤ ਸਿੰਘ ਜੀ ਆਖਣ ਲੱਗੇ, ਰਾਜਿਆ ਤੂੰ ਆਪ ਸੋਨੇ ਦੇ ਮਹਿਲਾਂ ਵਿੱਚ ਰਹਿਣਾ ਅਤੇ ਧੰਨ ਗੁਰੂ ਰਾਮਦਾਸ ਜੀ ਦੇ ਮਹਿਲਾਂ ਦੀ ਤੈਨੂੰ ਕੋਈ ਚਿੰਤਾ ਨਹੀਂ। ਸਤ ਸੰਗਤ ਜੀ, ਰਾਜੇ ਨੂੰ ਹਲੂਣਾ ਦੇਣਾ ਨਾ ਇਹ ਬੜਾ ਔਖਾ ਕੰਮ ਹੁੰਦਾ, ਪਰ ਐਸੇ ਨਿਰਭੈ ਔਰ ਮਹਾਨ ਉਹ ਯੋਧੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਹੱਥ ਜੁੜ ਗਏ। ਕਹਿਣ ਲੱਗੇ ਜੀ ਜੰਗ ਵਿੱਚ ਫਤਿਹ ਪ੍ਰਾਪਤ ਹੋ ਜਾਏ ਤਾਂ ਮੈਂ ਇਹ ਸੇਵਾ ਕਰਾਵਾਂਗਾ। ਇੱਥੇ ਬਸ ਨਹੀਂ, ਜੇ ਕਿਤੇ ਜੰਗਾਂ ਯੁੱਧਾਂ ਦੇ ਵਿੱਚ ਜੂਝਣ ਦਾ ਸਮਾਂ ਵੀ ਆਇਆ, ਜਿੱਥੇ ਉੱਚ ਕੋਟੀ ਦੇ ਵਿਦਵਾਨ ਵੀ ਸਨ, ਮਹਾਂਪੁਰਖ ਵੀ ਸਨ, ਉੱਥੇ ਮੁਲਤਾਨ ਦੇ ਜੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਫੱਟੜ ਹੋ ਗਿਆ, ਡੂੰਘੀ ਖਾਈ ਵਿੱਚ ਡਿੱਗ ਪਿਆ। ਫੱਟੜ ਹੋਏ ਨੂੰ ਮੋਢਿਆਂ 'ਤੇ ਆਪ ਚੁੱਕ ਕੇ ਸੁਰੱਖਿਅਤ ਥਾਂ 'ਤੇ ਉਹ ਮਹਾਂਪੁਰਖਾਂ ਨੇ ਪਹੁੰਚਾਇਆ, ਜਿਨ੍ਹਾਂ ਦੀ ਯਾਦ ਵਿੱਚ ਅੱਜ ਦਾ ਸੈਮੀਨਾਰ ਸਮਰਪਿਤ ਹੈ। ਜੰਗ ਯੁੱਧ ਵੀ ਲੜੇ, ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਵੀ ਕਰਾਈਆਂ ਔਰ ਸਿੰਘਾਂ ਨੂੰ ਵਿੱਦਿਆ ਵੀ ਪੜ੍ਹਾਈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਸਿੱਖ ਪੰਥ ਦੇ ਅੱਜ ਚਕੋਟੀ ਦੇ ਵਿਦਵਾਨ ਮੰਨੇ ਜਾਂਦੇ ਹੈ, ਤਾਂ ਉਹ ਭਾਈ ਸੰਤ ਸਿੰਘ ਜੀ ਦੇ ਵਿਦਿਆਰਥੀ ਆ। ਉਹਨਾਂ ਕੋਲੋਂ ਉਹਨਾਂ ਨੇ ਗੁਰਮਤਿ ਦੀ ਵਿੱਦਿਆ ਅਤੇ ਹੋਰ ਸ਼ਾਸਤਰਾਂ ਦੀ ਵਿੱਦਿਆ ਪੜ੍ਹੀ। ਸੋ ਸਾਧ ਸੰਗਤ ਜੀ, ਇਹਨਾਂ ਮੁਖੀਆਂ ਦੀਆਂ ਬਹੁਤ ਵੱਡੀਆਂ ਬੇਸ਼ੁਮਾਰ ਘਾਲਣਾਵਾਂ ਹਨ, ਜਿਨ੍ਹਾਂ ਨੇ ਕੌਮ ਲਈ ਪੰਥ ਲਈ ਆਪਣਾ ਜੀਵਨ ਲੇਖੇ ਲਾਇਆ ਔਰ ਹਰ ਪੱਖ ਤੋਂ ਹੀ ਬਹੁ ਪੱਖੀ ਸ਼ਖਸੀਅਤ ਜੇ ਕਹਿ ਲਿਆ ਜਾਵੇ ਤਾਂ ਇਹ ਕੋਈ ਅਤ ਕਥਨੀ ਨਹੀਂ, ਹਰ ਪੱਖ ਤੋਂ ਸੰਪੂਰਨ ਇਹ ਮਹਾਂਪੁਰਖ ਸਨ। ਔਰ ਉਸ ਤੋਂ ਅੱਗੇ ਅੱਜ ਆਪ ਸੰਗਤਾਂ ਨੂੰ ਯਾਦ ਦਿਵਾਇਆ ਗਿਆ ਕਿ ਇਸ ਕਾਲਜ ਵਿੱਚ, ਇਹ ਖਾਲਸਾ ਕਾਲਜ ਜਿਹੜਾ ਸਾਡੇ ਸਿੱਖ ਰਾਜਿਆਂ ਨੇ, ਸਿੱਖ ਰਿਆਸਤਾਂ ਦੇ ਮੁਖੀਆਂ ਨੇ, ਸਿੱਖ ਸੰਗਤਾਂ ਨੇ ਪੰਥ ਦੇ ਅੱਗੇ ਚਾਦਰ ਵਿਛਾ ਕੇ ਸਿੱਖਾਂ ਦਾ ਇੱਕ ਵਿੱਦਿਅਕ ਅਦਾਰਾ ਇਸ ਧਰਤੀ 'ਤੇ ਸਥਾਪਿਤ ਕਰਨ ਲਈ ਸਾਰਿਆਂ ਦੇ ਯੋਗਦਾਨ ਲਈ ਅਪੀਲ ਕੀਤੀ ਸੀ। ਔਰ ਉਹ ਸਮਾਂ ਸੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਕਾਲ ਦਾ, ਔਰ ਉਹ ਮਹਾਂਪੁਰਖ ਵੀ ਪਾਕਿਸਤਾਨ ਉਦੋਂ ਅਜੇ ਨਹੀਂ ਬਣਿਆ ਸੀ, ਲੈਲਪੁਰ ਦੇ ਇਲਾਕਿਆਂ ਵਿੱਚੋਂ ਵਿਚਰ ਵਿਚਰ ਕੇ ਉਹਨਾਂ ਨੇ ਵੀ ਉਗਰਾਹੀ ਕਰਕੇ ਇਸ ਖਾਲਸਾ ਕਾਲਜ ਦੀ ਇਮਾਰਤ ਦੀ ਸੇਵਾ ਵਿੱਚ ਭੇਜੀ ਆਪਣੇ ਸਮੇਂ ਵਿੱਚ। ਸੋ ਸਾਧ ਸੰਗਤ ਜੀ, ਇਹ ਸਿੱਖਾਂ ਦਾ ਪਹਿਲਾ ਵਿੱਦਿਅਕ ਅਦਾਰਾ ਜਿਹੜਾ ਐਡੀ ਵੱਡੀ ਪੱਧਰ 'ਤੇ ਸਮੁੱਚੀ ਕੌਮ ਦੇ ਦਸਵੰਧ ਦੇ ਯੋਗਦਾਨ ਦੁਆਰਾ ਇਹ ਬਣਾਇਆ ਗਿਆ। ਔਰ ਇਸ ਖਾਲਸਾ ਕਾਲਜ ਵਿੱਚ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ
ਗਿਆਰਵੀਂ ਬਾਰਵੀਂ ਇਹ ਦੋ ਕਲਾਸਾਂ ਇੱਥੇ ਉਹਨਾਂ ਨੇ ਵਿੱਦਿਆ ਪੜ੍ਹੀ। ਜੀਵਨ ਦੀ ਗੱਲ ਚੱਲ ਰਹੀ ਸੀ, ਮਹਾਂਪੁਰਖਾਂ ਦਾ ਕਿਹੋ ਜਿਹਾ ਜੀਵਨ ਸੀ। ਅੰਮ੍ਰਿਤ ਵੇਲੇ ਖਾਲਸਾ ਕਾਲਜ ਵਿੱਚੋਂ ਉੱਠ ਕੇ ਇਸ਼ਨਾਨ ਕਰਦੇ, ਨੰਗੇ ਚਰਨੀ ਮਹਾਂਪੁਰਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੋਜ਼ਾਨਾ ਦਰਸ਼ਨ ਕਰਨ ਇੱਥੋਂ ਪੈਦਲ ਤੁਰ ਕੇ ਜਾਂਦੇ। ਪੰਜ ਬਾਣੀਆਂ ਔਰ ਪੰਜ ਗ੍ਰੰਥੀ ਦਾ ਜ਼ਬਾਨੀ ਨਿਤਨੇਮ ਕਰਦਿਆਂ ਜਾਣਾ ਔਰ ਹਰਿਮੰਦਰ ਸਾਹਿਬ ਵਿੱਚ ਜਾ ਕੇ ਪਹਿਲਾਂ ਫਿਰ ਬਾਹਰ ਇਸ਼ਨਾਨ ਕਰਨਾ, ਫਿਰ ਸਰੋਵਰ ਵਿੱਚ ਕਰਨਾ, ਹਰਿਮੰਦਰ ਸਾਹਿਬ ਦਰਸ਼ਨ ਕਰਕੇ ਕੀਰਤਨ ਸੁਣ ਕੇ ਉੱਥੋਂ ਫਿਰ ਪੈਦਲ ਤੁਰਨਾ ਅਤੇ ਇਸ ਕਾਲਜ ਤੱਕ ਦੁਬਾਰਾ ਆਉਂਦਿਆਂ ਆਉਂਦਿਆਂ 25 ਜਪਜੀ ਸਾਹਿਬ ਦੇ ਪਾਠ ਪੂਰੇ ਕਰਨੇ। ਇੰਨਾ ਨਿਤਨੇਮ, ਇੰਨਾ ਬਾਣੀ ਦਾ ਅਭਿਆਸ ਉਹਨਾਂ ਦਾ। ਇਸ ਕਾਲਜ ਦੌਰਾਨ ਪੜ੍ਹਾਈ ਕਰਦਿਆਂ ਉਹਨਾਂ ਦਾ ਨਿਯਮ ਸੀ, ਉਹਨਾਂ ਦੇ ਜੀਵਨ ਦੀ ਜੋ ਮਹਾਨ ਘਾਲਣਾ ਉਹਨਾਂ ਨੇ ਇੱਥੇ ਦੁਨਿਆਵੀ ਵਿੱਦਿਆ ਪ੍ਰਾਪਤ ਕਰਦਿਆਂ ਵੀ ਘਾਲਣਾ ਘਾਲੀ। ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਉਹ ਵੀ ਮਹਾਂਪੁਰਖਾਂ ਦੀ ਆਗਿਆ ਵਿੱਚ ਇੱਥੇ ਰਹਿ ਕੇ ਨਾਲੇ ਵਿੱਦਿਆ ਨਾਲੇ ਨਿਤਨੇਮ ਔਰ ਨਾਲ ਨਾਲ ਪੰਥ ਦੀਆਂ ਸੇਵਾਵਾਂ ਲਈ ਵੀ ਲਗਾਤਾਰ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਸੋ ਖਾਲਸਾ ਜੀ, ਅੱਜ ਜੋ ਆਪਾਂ ਦਮਦਮੀ ਟਕਸਾਲ ਦਾ ਜੋ ਹੈੱਡਕੁਆਟਰ ਵਰਤਮਾਨ ਸਮੇਂ ਵਿੱਚ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉਸ ਦੀ 50 ਸਾਲਾ ਸਥਾਪਨਾ ਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਰੱਖੇ ਗਏ। ਸੈਮੀਨਾਰਾਂ ਦਾ ਪ੍ਰਯੋਜਨ ਕੀ ਹੈ ਕਿ ਇਹਨਾਂ ਸੈਮੀਨਾਰਾਂ ਰਾਹੀਂ ਅਸੀਂ, ਜਿਵੇਂ ਡਾਕਟਰ ਸੁਖਦਿਆਲ ਸਿੰਘ ਜੀ ਨੇ ਸਾਡੇ ਮਨਾਂ ਨੂੰ ਟੁੰਬਿਆ, ਪ੍ਰੋਫੈਸਰ ਸੁਖਦਿਆਲ ਸਿੰਘ ਜੀ ਨੇ ਗੱਲ ਬੜੀ ਭਾਵਪੂਰਤ ਆਖੀ ਕਿ ਹਰ ਸ਼ਤਾਬਦੀ ਵਿੱਚੋਂ, ਹਰ ਗੁਰਪੁਰਬ ਵਿੱਚੋਂ ਪੰਥ ਕੁਝ ਨਾ ਕੁਝ ਲੈ ਕੇ ਅੱਗੇ ਤੁਰਿਆ ਰਿਹਾ। ਪਿਛਲੇ ਲੰਮੇ ਸਮੇਂ ਵਿੱਚ ਸਾਡੇ ਵਿੱਚ ਕੌਮੀ ਜਜ਼ਬੇ ਦੀ, ਪੰਥ ਪ੍ਰਸਤੀ ਦੀ, ਪੰਥ ਨੂੰ ਚੜ੍ਹਦੀਆਂ ਕਲਾਂ ਵਾਲੇ ਪਾਸੇ ਲਿਜਾਣ ਦੀ ਬੜੀ ਵੱਡੀ ਘਾਟ ਆਈ, ਬੜਾ ਵਿਸਲਾਪਣ ਸਾਡੇ ਵਿੱਚ ਆਇਆ। ਸਾਡਾ ਇੱਕ ਇਹ ਨਿਮਾਣਾ ਯਤਨ ਹੈ ਕਿ ਉਹ ਘਾਟਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਪੂਰਿਆਂ ਕਰਕੇ ਦੁਬਾਰਾ ਫਿਰ ਪੰਥਕ ਸ਼ਕਤੀ ਨੂੰ ਇੱਕਮੁੱਠ ਕਰਕੇ ਕੌਮ ਦੀ ਚੜ੍ਹਦੀ ਕਲਾ ਵਾਲੇ ਜੋ ਕਾਰਜ ਆ ਉਹ ਅਸੀਂ ਸਾਰੇ ਮਿਲ ਕੇ ਕਰ ਸਕੀਏ। ਸੋ ਇਹਨਾਂ ਸੈਮੀਨਾਰਾਂ ਦਾ ਮੁੱਖ ਪ੍ਰਯੋਜਨ ਇਹੋ ਹੀ ਹੈ, ਕੌਮ ਦੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸਾਰੇ ਕਾਰਜ ਕਰਨੇ। ਮੈਂ ਜਿਹੜੇ ਵਿਦਵਾਨ ਅੱਜ ਇਹ ਸੈਮੀਨਾਰ ਵਿੱਚ ਆਏ, ਜੇਕਰ ਇਹਨਾਂ ਵਿਦਵਾਨਾਂ ਨੂੰ, ਇਕੱਲੇ ਇਕੱਲੇ ਵਿਦਵਾਨ ਨੂੰ ਅਸੀਂ ਤਿੰਨ ਤਿੰਨ ਘੰਟੇ ਵੀ ਦਈਏ, ਦੋ ਦੋ ਤਿੰਨ ਤਿੰਨ ਦਿਨ ਸੈਮੀਨਾਰ ਦੇ ਰੱਖੇ ਜਾਣ, ਤਾਂ ਵੀ ਇਹਨਾਂ ਲਈ ਉਹ ਵਕਤ ਬਹੁਤ ਥੋੜ੍ਹਾ, ਪਰ ਅਸੀਂ ਬਹੁਤ ਥੋੜ੍ਹਾ ਸਮਾਂ ਦੇ ਪਾਏ ਹਾਂ। ਮੈਂ ਡਾਕਟਰ ਹਰਭਜਨ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਇਹਨਾਂ ਸੈਮੀਨਾਰਾਂ ਵਿੱਚ ਸਾਡੇ ਲਈ ਯੋਗਦਾਨ ਹੈ, ਸਾਡੇ ਸੈਮੀਨਾਰਾਂ ਦੇ ਜੋ ਕੋਆਰਡੀਨੇਟਰ ਹਨ, ਮੈਂ ਉਹਨਾਂ ਦਾ, ਪ੍ਰੋਫੈਸਰ ਸੁਖਦਿਆਲ ਸਿੰਘ ਜੀ ਦਾ ਔਰ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ, ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ, ਜਿਨ੍ਹਾਂ ਨੇ ਖਾਲਸਾ ਕਾਲਜ ਵਿੱਚ ਸੈਮੀਨਾਰ ਕਰਾਉਣ ਵਿੱਚ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ, ਮੈਂ ਇਹਨਾਂ ਦਾ ਵੀ ਉਚੇਚੇ ਤੌਰ 'ਤੇ ਔਰ ਇਹਨਾਂ ਦੇ ਸਹਿਯੋਗ ਦਾ ਔਰ ਇਹਨਾਂ ਦੀਆਂ ਵਿਦਵਤਾ ਭਰੀਆਂ ਸੇਵਾਵਾਂ ਦਾ ਵੀ ਔਰ ਡਾਕਟਰ ਜਸਵੰਤ ਸਿੰਘ ਜੀ ਦਾ ਉਚੇਚੇ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨਮਾਨਯੋਗ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਜੋ ਅੱਜ ਦੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਹਨ। ਇਹਨਾਂ ਤੋਂ ਇਲਾਵਾ ਜਿੰਨੀਆਂ ਵੀ ਧਾਰਮਿਕ ਹਸਤੀਆਂ ਆਈਆਂ ਸਾਡੇ ਪਾਸ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਔਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜੋ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਪੁੱਤਰ ਹਨ, ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਦੇ ਭਰਾਤਾ ਜੀ ਹਨ। ਇਸੇ ਤਰ੍ਹਾਂ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਜੋ ਉਚੇਚੇ ਤੌਰ 'ਤੇ ਇਹਨਾਂ ਸੈਮੀਨਾਰਾਂ ਵਿੱਚ ਬਹੁਤ ਵੱਡਾ ਸਾਨੂੰ ਸਹਿਯੋਗ ਦੇ ਰਹੇ ਹੈ। ਇਸ ਤੋਂ ਇਲਾਵਾ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ, ਸੰਤ ਬਾਬਾ ਪਾਲ ਸਿੰਘ ਜੀ ਪਟਿਆਲੇ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ, ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਮੇਜਰ ਸਿੰਘ ਜੀ ਬਾਂਹ ਵਾਲੇ, ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਂਕ, ਇਸ ਤੋਂ ਇਲਾਵਾ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ, ਔਰ ਸੰਤ ਬਾਬਾ ਕਮਲਜੀਤ ਸਿੰਘ ਜੀ ਨਾਗੀਆਣਾ, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਸਹਿਬਾਨ, ਰਾਗੀ ਭਾਈ ਰਾਮ ਸਿੰਘ ਜੀ ਜੋ ਵੱਡੇ ਮਹਾਂਪੁਰਖਾਂ ਤੋਂ ਲੈ ਕੇ ਜਿਨ੍ਹਾਂ ਨੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ, ਅੱਜ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਵੱਡੀ ਭਾਰੀ ਸੇਵਾ ਕਰ ਰਹੇ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਡਾਕਟਰ ਅਮਰਜੀਤ ਸਿੰਘ ਜੀ, ਔਰ ਇਸੇ ਤਰ੍ਹਾਂ ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਨਾਲ ਜਿਨ੍ਹਾਂ ਨੇ ਲੰਮਾ ਸਮਾਂ ਸੇਵਾਵਾਂ ਕੀਤੀਆਂ, ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਲ ਵੀ ਰਹੇ, ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਮਹਿਤਾ, ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਪ੍ਰਿੰਸੀਪਲ ਸੂਬਾ ਸਿੰਘ ਜੀ, ਇਸੇ ਤਰ੍ਹਾਂ ਸਾਧ ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਵੀ ਜਿੰਨੇ ਵੱਖ ਵੱਖ ਮੈਂਬਰ ਸਹਿਬਾਨ ਹਨ, ਮੈਂ ਸਾਰੇ ਮੈਂਬਰ ਸਹਿਬਾਨਾਂ ਦਾ, ਔਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਪਰਿਵਾਰ ਵਿੱਚੋਂ ਭਾਈ ਸੁਖਵਿੰਦਰ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ, ਇਸੇ ਤਰ੍ਹਾਂ ਬਾਬਾ ਮਨਮੋਹਨ ਸਿੰਘ ਜੀ, ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਜਿੰਨੀਆਂ ਵੀ ਹੋਰ ਸ਼ਖਸੀਅਤਾਂ ਆਈਆਂ, ਜਿੰਨੇ ਵੀ ਮੈਂਬਰ ਸਹਿਬਾਨ ਆਏ ਜਾਂ ਜਿੰਨੀਆਂ ਵੀ ਸੰਗਤਾਂ ਆਈਆਂ, ਮੈਂ ਸਾਰਿਆਂ ਦੇ ਦਿਲ ਦੀ ਗਹਿਰਾਈ ਵਿੱਚੋਂ ਆਪ ਸਭ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਡੀ ਸੈਮੀਨਾਰਾਂ ਦੀ ਮੈਨੇਜਿੰਗ ਕਮੇਟੀ ਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਜੈਬ ਸਿੰਘ ਜੀ 82 ਮੈਂਬਰ, ਧਰਮ ਪ੍ਰਚਾਰ ਕਮੇਟੀ ਪ੍ਰੋਫੈਸਰ ਸਰਚਾਂਦ ਸਿੰਘ ਜੀ, ਭਾਈ ਹਰਸ਼ਦੀਪ ਸਿੰਘ ਜੀ, ਡਾਕਟਰ ਅਵਤਾਰ ਸਿੰਘ ਜੀ ਬੁੱਟਰ, ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਮੈਂ ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਔਰ ਸਰਦਾਰ ਅਮਰਵੀਰ ਸਿੰਘ ਜੀ ਢੋਟ, ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਬਹੁਤ ਵੱਡਾ ਸਾਡਾ ਯੋਗਦਾਨ ਦਿੱਤਾ, ਔਰ ਬੜਾ ਭਾਰੀ ਸਹਿਯੋਗ ਦਿੱਤਾ। ਮੈਂ ਉਹਨਾਂ ਦਾ ਵੀ, ਇਲਾਕੇ ਦੇ ਪਤਵੰਤਿਆਂ ਦਾ, ਸ਼ਹਿਰ ਦੀ ਸੰਗਤ ਦਾ, ਦੂਰੋਂ ਦੂਰੋਂ ਜਿੰਨੀ ਵੀ ਸੰਗਤ, ਜਿੰਨੇ ਵੀ ਇਸ, ਜਿੰਨੇ ਵੀ ਅੰਮ੍ਰਿਤਸਰ ਸਾਹਿਬ ਜੀ ਦੇ ਅਦਾਰੇ ਆ, ਉਹਨਾਂ ਦੇ ਜਿੰਨੇ ਵੀ ਵਿਦਿਆਰਥੀ ਆਏ ਹੈ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਵੀਰਾਂ ਦਾ, ਪ੍ਰੈਸ ਰਿਪੋਰਟਰ ਸਾਹਿਬਾਨਾਂ ਦਾ, ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਸੰਚਾਲਕਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਗਲੇ ਜੋ ਸੈਮੀਨਾਰ ਰੱਖੇ ਗਏ ਹੈ, 14 ਸਤੰਬਰ ਨੂੰ ਸਾਡਾ ਸੈਮੀਨਾਰ ਦਿਨੇ 10 ਵਜੇ ਤੋਂ ਲੈ ਕੇ 2 ਵਜੇ ਤੱਕ
ਮਾਤਾ ਸੁੰਦਰ ਕੌਰ ਜੀ, ਜਿਸ ਦਾ ਨਾਮ ਮਾਤਾ ਸੁੰਦਰੀ ਕਾਲਜ ਦਿੱਲੀ ਵਿਖੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ 24 ਸਤੰਬਰ ਦਾ ਸੈਮੀਨਾਰ ਪਟਿਆਲਾ ਯੂਨੀਵਰਸਿਟੀ ਵਿਖੇ ਰੱਖਿਆ ਗਿਆ ਹੈ। 13 ਅਕਤੂਬਰ ਦਾ ਸਾਡਾ ਸੈਮੀਨਾਰ ਮੁੰਬਈ ਵਿਖੇ ਰੱਖਿਆ ਹੋਇਆ ਹੈ। 20 ਅਕਤੂਬਰ ਨੂੰ ਮੋਗੇ ਗੁਰੂ ਨਾਨਕ ਦੇਵ ਕਾਲਜ ਦੇ ਵਿੱਚ ਮੋਗੇ ਸ਼ਹਿਰ ਵਿੱਚ ਰੱਖਿਆ ਹੋਇਆ ਹੈ। ਸੋ ਇਹ ਸਾਰੇ ਸੈਮੀਨਾਰਾਂ ਵਿੱਚ ਵੀ ਤੁਸੀਂ ਹੁੰਮ ਹੁਮਾ ਕੇ ਸਾਰਿਆਂ ਨੇ ਪਹੁੰਚਣਾ, ਦਰਸ਼ਨ ਦੀਦਾਰ ਦੇਣੇ। ਇਸ ਤੋਂ ਇਲਾਵਾ 23, 24, 25 ਅਕਤੂਬਰ ਦੇ ਸਮਾਗਮ ਮਹਿਤੇ ਵਿਖੇ ਰੱਖੇ ਹਨ, ਉਹਨਾਂ ਵਿੱਚ ਵੀ ਹੁੰਮ ਹੁਮਾ ਕੇ ਆਪ ਜੀ ਨੇ ਪਹੁੰਚਣਾ। ਹੁਣ ਸਾਧ ਸੰਗਤ ਜੀ ਆਈਆਂ ਸ਼ਖਸੀਅਤਾਂ ਦਾ, ਪ੍ਰੋਫੈਸਰ ਸਾਹਿਬਾਨਾਂ ਦਾ, ਵਿਦਵਾਨਾਂ ਦਾ ਸਨਮਾਨ ਹੋਏਗਾ। ਉਸ ਤੋਂ ਬਾਅਦ ਗੁਰੂ ਮਹਾਰਾਜ ਦਾ ਲੰਗਰ ਤਿਆਰ ਹੈ, ਸਾਰਿਆਂ ਨੇ ਲੰਗਰ ਛਕ ਕੇ ਫਿਰ ਚਾਲਾ ਪਾਉਣਾ। ਆਪ ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸੇਵਾ ਵਿੱਚ, ਤੁਹਾਡੇ ਸਨਮਾਨ ਵਿੱਚ ਜਿੰਨੀਆਂ ਵੀ ਤਰੁੱਟੀਆਂ ਰਹੀਆਂ, ਮੈਂ ਹੱਥ ਜੋੜ ਕੇ ਆਪ ਤੋਂ ਖਿਮਾ ਜਾਚਨਾ ਕਰਦਾ ਹਾਂ। ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ, ਹੁਣ ਮਹਾਂਪੁਰਖਾਂ ਦੇ ਵਚਨ ਅਨੁਸਾਰ ਸਾਡੇ ਮੁੱਖ ਮਹਿਮਾਨ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਣਾ ਹੈ। ਦਾਸ ਸਭ ਤੋਂ ਪਹਿਲਾਂ ਬੇਨਤੀ ਕਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਹੜੇ ਕਿ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਹਨ, ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਬਾਬਾ ਜੀ ਔਰ ਪ੍ਰਧਾਨ ਸਾਹਿਬ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਔਰ ਵਿਸ਼ੇਸ਼ ਜੀ ਤਾਂ ਸਾਡੇ ਵਿਦਵਾਨ ਪ੍ਰਿੰਸੀਪਲ ਮਹਿਲ ਸਿੰਘ ਜੀ ਸਾਰੇ ਹੀ ਰਲ ਕੇ ਸਨਮਾਨ ਕਰਨ ਲੱਗੇ ਨੇ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਬਸ 5-7 ਮਿੰਟ ਦਾ ਸਮਾਗਮ ਹੈ ਹੋਰ, ਫਿਰ ਸਾਰਿਆਂ ਨੇ ਹੀ ਸੰਗਤੀ ਰੂਪ 'ਚ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰ ਦੀ ਜੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋਨਿਹਾ, ਨਾਲ ਹੀ ਬੇਨਤੀ ਕਰੇ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਬੋਲੇ ਸੋਨਿਹਾ। ਹੁਣ ਸਾਡੇ ਇਸ ਸੈਮੀਨਾਰ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ ਹੈ, ਅਤਿ ਸਤਿਕਾਰਯੋਗ ਡਾਕਟਰ ਹਰਭਜਨ ਸਿੰਘ ਜੀ, ਜਿਹੜੇ ਇਹਨਾਂ ਸੈਮੀਨਾਰਾਂ ਦੇ ਕੋਆਰਡੀਨੇਟਰ ਵੀ ਹਨ, ਉਹਨਾਂ ਨੂੰ ਬੇਨਤੀ ਸਨਮਾਨ ਪ੍ਰਾਪਤ ਕਰਨ। ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਣੀ ਸਾਹਿਬ, ਡਾਕਟਰ ਜਸਵੰਤ ਸਿੰਘ ਜੀ ਬੁੱਗਰਾ, ਔਰ ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਪ੍ਰਾਪਤ ਕੀਤੇ ਜਾਣ ਜੀ। ਬੋਲੇ ਸੋਨਿਹਾ, ਨਾਲ ਹੀ ਬੇਨਤੀ ਹੈ ਅਤਿ ਸਤਿਕਾਰਯੋਗ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਮਹਾਂਪੁਰਖ, ਔਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸਪੁੱਤਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ,
ਇਹ ਜਿੰਨੀਆਂ ਵੀ ਸ਼ਖਸੀਅਤਾਂ ਦੇ ਨਾਮ ਬੋਲੇ ਗਏ ਨੇ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਦੀ। ਆਓ ਸਾਰਿਆਂ ਦਾ ਸੰਗਤੀ ਰੂਪ ਦੇ ਵਿੱਚ ਸਤਿਕਾਰ ਕਰੀਏ, ਜਕਾਰੇ ਦੇ ਰੂਪ ਦੇ ਵਿੱਚ ਸਤਿਕਾਰ ਕਰੀਏ। ਬੋਲੇ ਸੋ ਨਿਹਾ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸੱਜੇ ਹੱਥ ਲੰਗਰ ਚੱਲ ਰਿਹਾ ਹੈ। ਅਗਲਾ ਸੈਮੀਨਾਰ 14 ਸਤੰਬਰ ਨੂੰ ਦਿੱਲੀ ਦੇ ਵਿੱਚ ਹੋਵੇਗਾ। ਸ਼੍ਰੀ ਮਾਤਾ ਸੁੰਦਰ ਕੌਰ ਜੀ ਜੋ ਖਾਲਸਾ ਕਾਲਜ ਹੈ ਦਿੱਲੀ ਵਿੱਚ, ਉੱਥੇ ਹੋਣ ਜਾ ਰਿਹਾ ਹੈ। ਸੋ ਆਪ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿੰਨਾ ਵੀ ਪ੍ਰੋਗਰਾਮ ਅੱਜ ਦਾ ਸੈਮੀਨਾਰ ਦਾ ਹੋਇਆ ਹੈ, ਇਹ ਪੰਜਾਬ ਗਲੋਬਲ ਪੰਜਾਬ ਟੀਵੀ 'ਤੇ ਸਾਡੇ ਚੈਨਲ ਵਾਲੇ ਵੀਰਾਂ ਵੱਲੋਂ ਲਾਈਵ ਕੀਤਾ ਗਿਆ ਹੈ ਔਰ ਦਮਦਮੀ ਟਕਸਾਲ ਟੀਵੀ ਯੂਟਿਊਬ ਪੇਜ 'ਤੇ ਵੀ ਇਹ ਸਾਰਾ ਪ੍ਰੋਗਰਾਮ ਅਪਲੋਡ ਕੀਤਾ ਗਿਆ ਹੈ ਔਰ ਨਾਲ ਨਾਲ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਫੇਸਬੁੱਕ ਪੇਜ 'ਤੇ ਲਾਈਵ ਕੀਤਾ ਗਿਆ ਹੈ। ਸੋ ਜਿਹੜੀਆਂ ਸੰਗਤਾਂ ਇਹਨੂੰ ਸੁਣਨਾ ਚਾਹੁੰਦੀਆਂ ਹੋਣ, ਦੇਖਣਾ ਚਾਹੁੰਦੀਆਂ ਹੋਣ, ਗਲੋਬਲ ਪੰਜਾਬ ਟੀਵੀ ਤੋਂ ਉਹ ਪ੍ਰਾਪਤ ਕਰ ਸਕਦੇ ਨੇ।